ਮੱਤੀ ਅਧਿਆਇ 1 ਕਲਪਤਰੀ ਯਿਸੂ ਮਸੀਹ ਦਾਊਦ ਦੇ ਪੁੱਤਰ ਦੀ ਜਿਹੜਾ ਅਬਰਾਹਮ ਦਾ ਪੁੱਤਰ ਸੀ ਅਬਰਾਹਮ ਤੋਂ ਇਸਹਾਕ ਜੰਮਿਆ ਅਤੇ ਇਸਹਾਕ ਤੋਂ ਯਕੂਬ ਜੰਮਿਆ ਅਤੇ ਯਕੂਬ ਤੋਂ ਯਹੂਦਾ ਤੇ ਉਸ ਦੇ ਭਰਾ ਜੰਮੇ ਅਤੇ ਯਹੂਦਾ ਤੋਂ ਫਰਸ ਅਤੇ ਜ਼ਰਾ ਤਮਾਰ ਦੀ ਕੋ ਖ ਜੰਮੇ ਅਤੇ ਫਰਸ ਤੋਂ ਹਸਰੋਨ ਜੰਮਿਆ ਅਤੇ ਹਸਰੋਨ ਤੋਂ ਰਾਮ ਜੰਮਿਆ ਅਤੇ ਰਾਮ ਤੋਂ ਅਮੀਨਾ ਦਾਬ ਜੰਮਿਆ ਅਤੇ ਅਮੀਨਾ ਦਾਬ ਤੋਂ ਨਹਸ਼ੋਨ ਜੰਮਿਆ ਅਤੇ ਨਹਸੋਂ ਤੋਂ ਸਲਮੂਨ ਜਮਿਆ ਅਤੇ ਸਲਮੂਨ ਤੋਂ ਬੁਆਜ਼ ਰਹਾਬ ਦੀ ਕੋ ਖ ਜਮਿਆ ਅਤੇ ਬੁਆਜ਼ ਤੋਂ ਉਬੇਦ ਰੂਦ ਦੀ ਕੋ ਖ ਜਮਿਆ ਅਤੇ ਉਬੇਦ ਤੋਂ ਯਸੇ ਜਮਿਆ ਅਤੇ ਯਸੇ ਤੋਂ ਦਾਊਦ ਪਾਸ਼ਾ ਜਮਿਆ ਅਤੇ ਦਾਊਦ ਪਾਸ਼ਾ ਤੋਂ ਸੁਲੇਮਾਨ ਉਰੀਆ ਦੀ ਤੀਵੀ ਦੀ ਕੋ ਖ ਜਮਿਆ ਅਤੇ ਸੁਲੇਮਾਨ ਤੋਂ ਰਹੂਬਾਮ ਜਮਿਆ ਅਤੇ ਰਹੂਬਾਮ ਤੋਂ ਅਬਿਆ ਜਮਿਆ ਅਤੇ ਅਬਿਆ ਤੋਂ ਆਸਾ ਜਮਿਆ ਅਤੇ ਆਸਾ ਤੋਂ ਯੋਸ਼ਾਫਾਤ ਜਮਿਆ ਅਤੇ ਯੋਸ਼ਾਫਾਟ ਤੋਂ ਯੂਰਾਮ ਜੰਮਿਆ ਅਤੇ ਯੂਰਾਮ ਤੋਂ ਉਜ਼ੀਆ ਜੰਮਿਆ ਅਤੇ ਉਜ਼ੀਆ ਤੋਂ ਯੋਥਾਮ ਜੰਮਿਆ ਅਤੇ ਯੋਥਾਮ ਤੋਂ ਆਹਾਜ਼ ਜੰਮਿਆ ਅਤੇ ਆਹਾਜ਼ ਤੋਂ ਹਿਜ਼ਕੀਆ ਜੰਮਿਆ ਅਤੇ ਹਿਜ਼ਕੀਆ ਤੋਂ ਮਨਸੇ ਜੰਮਿਆ ਅਤੇ ਮਨਸੇ ਤੋਂ ਅਮੋਨ ਜੰਮਿਆ ਅਤੇ ਅਮੋਨ ਤੋਂ ਯੋਸ਼ੀਆ ਜੰਮਿਆ ਅਤੇ ਯੋਸ਼ੀਆ ਤੋਂ ਯਕਨਯਾਹ ਔਰ ਉਹਦੇ ਪ੍ਰਾ ਬਾਬਲ ਨੂੰ ਉੱਠ ਜਾਣ ਦੇ ਸਮੇਂ ਜੰਮੇ ਬਾਬਲ ਨੂੰ ਉੱਠ ਜਾਣ ਤੋਂ ਪਿੱਛੋਂ यकनिया तो छलतीयल जमिया अति छलतीयल तो ज़रबाबल बल जमया ज़रबाबल तो अभिहूत जमया अभिहूत तो अल याकीम जमिया अल यकीब तो अजोर जमया अजोर तो सदोक जमया अ सदोक तो याकीन जमिया याकीन तो अलिहूद जमया अलिहूद तो अलाजार जमिया अलाजार तो मथान जमिया अथ मथान तो यकूब जमया ਅਤੇ ਯਾਕੂਬ ਤੋਂ ਯੂਸਫ ਜਮਿਆ ਉਹ ਉਸ ਮਰੀਮ ਦਾ ਪਤੀ ਸੀ ਜਿਹਦੇ ਕੋਖੋਂ ਯਿਸੂ ਜਮਿਆ ਜਿਹੜਾ ਮਸੀਹ ਹੁੰਦਾ ਹੈ ਸੋ ਅਬਰਾਹਮ ਤੋਂ ਲੈ ਕੇ ਦਾਊਦ ਤੱਕ ਸਭੇ 14 ਪੀੜੀਆਂ ਹਨ ਅਤੇ ਦਾਊਦ ਤੋਂ ਲੈ ਕੇ ਬਾਬਲ ਨੂੰ ਉੱਠ ਜਾਣ ਤੱਕ 14 ਪੀੜੀਆਂ ਹਨ ਅਤੇ ਬਾਬਲ ਨੂੰ ਉੱਠ ਜਾਣ ਤੋਂ ਲੈ ਕੇ ਮਸੀਹ ਤੱਕ 14 ਪੀੜੀਆਂ ਹਨ ਯਿਸੂ ਮਸੀਹ ਦਾ ਜਨਮ یوں ਹੋਇਆ ਕਿ ਜਾਂ ਉਹਦੀ ਮਾਤਾ ਮਰੀਮ ਦੀ ਯੂਸਫ ਨਾਲ ਕੁੜਮਾਈ ਹੋਈ ਸੀ ਤਾਂ ਉਹਨਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਉਹ ਬਤਰਾਤ ਮਤੋਂ ਗਰਭਵੰਤੀ ਪਾਈ ਗਈ। ਤਦ ਉਹਦੇ ਪਤੀ ਯੂਸਫ ਨੇ ਜਿਹੜਾ ਧਰਮੀ પુરੁਖ ਸੀ ਇਹ ਨਹੀਂ ਚਾਹੁੰਦਾ ਸੀ ਭਈ ਉਹਨੂੰ ਕਲੰਕਨ ਪ੍ਰਗਟ ਕਰੇ ਇਹ ਦਲੀਲ ਕੀਤੀ ਜੋ ਉਹਨੂੰ ਚੁੱਪ ਕੀਤਾ ਤੇ ਤਿਆਗ ਦੇਵੇ। ਪਰ ਜਾਂ ਉਹ ਇਹਨਾਂ ਗੱਲਾਂ ਦੀ ਚਿੰਤਾ ਵਿੱਚ ਪਿਆ ਹੋਇਆ ਸੀ ਤਾਂ ਵੇਖੋ ਪ੍ਰਭੂ ਦੇ ਇੱਕ ਦੂਤ ਨੇ ਸੁਪਨੇ ਵਿੱਚ ਉਹਨੂੰ ਦਰਸ਼ਨ ਦੇ ਕੇ ਕਿਹਾ "हे ਯੂਸਫ ਦਾਊਦ ਦੇ ਪੁੱਤਰ ਤੂੰ ਆਪਣੀ ਪਤਨੀ ਮਰੀਮ ਨੂੰ ਆਪਣੇ ਘਰ ਲਿਆਉਣ ਤੋਂ ਨਾ ਡਰ" ਕਿਉਂਕਿ ਜਿਹੜਾ ਉਹਦੀ ਕੁੱਖ ਵਿੱਚ ਆਇਆ ਹੈ ਉਹ ਪਵਿੱਤਰ ਆਤਮਾ ਤੋਂ ਹੈ ਅਤੇ ਉਹ ਪੁੱਤਰ ਜਨਨੇਗੀ ਅਤੇ ਤੂੰ ਉਹਦਾ ਨਾਮ ਯਿਸੂ ਰੱਖੀ ਕਿਉਂ ਜੋ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵੇਗਾ ਇਹ ਸਭ ਕੁਝ ਇਸ ਲਈ ਹੋਇਆ ਪਈ ਜਿਹੜੀ ਗੱਲ ਪ੍ਰਭੂ ਨੇ نبی ਦੀ ਜ਼ੁਬਾਨੀ ਆਖੀ ਸੀ ਉਹ ਪੂਰੀ ਹੋਵੇ ਕਿ ਵੇਖੋ ਕੁਆਰੀ ਗਰਭਣੀ ਹੋਵੇਗੀ ਅਤੇ ਪੁੱਤਰ ਜਨਨੇਗੀ ਅਤੇ ਉਹ ਉਸਦਾ ਨਾਮ ਇਮੈਨੂਅਲ ਰੱਖਣਗੇ ਜਿਸਦਾ ਅਰਥ ਹੈ ਪਰਮੇਸ਼ਰ ਸਾਡੇ ਸੰਗ ਤਦੋਂ ਯੂਸਫ ਨੇ ਸੁੱਤੇ ਉੱਠ ਕੇ ਜਿਵੇਂ ਪ੍ਰਭੂ ਦੇ ਦੂਤ ਨੇ ਉਹਨੂੰ ਆਗਿਆ ਦਿੱਤੀ ਸੀ ਤਵੇਂ ਕੀਤਾ ਔਰ ਆਪਣੇ ਪਤਨੀ ਨੂੰ ਆਪਣੇ ਘਰ ਲਿਆਇਆ ਤੇ ਉਹਨੂੰ ਨਾ ਜਾਣਿਆ ਜਿੰਨਾ ਚਿਰ ਉਹ ਪੁੱਤਰ ਨਾ ਜਣੇ ਅਤੇ ਉਹਦਾ ਨਾਮ ਯਿਸੂ ਰੱਖਿਆ ਮੱਤੀ ਅਧਿਆਇ 2 ਜਾਂ ਯਿਸੂ ਰਾਜਾ ਹੇਰੋਦੇਸ ਦੀ ਦਿਨੀ ਯਹੂਦੀਆ ਦੇ ਬੇਥਲਹਮ ਵਿੱਚ ਜੰਮਿਆ ਤਾਂ ਵੇਖੋ ਜੋਤਸ਼ੀ ਨੇ ਚੜ੍ਹਦੇ ਪਾਸਿਓਂ ਯਰੂਸ਼ਲਮ ਵਿੱਚ ਆਣ ਕੇ ਕਿਹਾ ਜਿਹੜਾ ਯੂਦੀਆ ਦਾ ਪਤਸ਼ਾਹ ਜੰਮਿਆ ਹੈ ਉਹ ਕਿੱਥੇ ਹੈ ਕਿਉਂ ਜੋ ਅਸਾਂ ਚੜ੍ਹਦੇ ਪਾਸੇ ਉਹਦਾ ਤਾਰਾ ਡਿਠਾ ਅਤੇ ਉਹਨੂੰ ਮੱਥਾ ਟੇਕਣ ਆਏ ਹਾਂ ਇਹ ਗੱਲ ਸੁਣ ਕੇ ਰਾਜਾ ਹੇਰੋਦੇਸ ਸਾਰੇ ਯਰੂਸ਼ਲਮ ਸਣੇ ਕਬਰਾਇਆ ਅਤੇ ਉਸ ਨੇ ਸਾਰੇ ਪ੍ਰধান ਜਾਜਕਾਂ ਅਤੇ ਕੌਮ ਦੇ ਗ੍ਰੰਥੀਆਂ ਨੂੰ ਇਕੱਠਿਆਂ ਕਰਕੇ ਉਹਨਾਂ ਨੂੰ ਪੁੱਛਿਆ ਜੋ ਮਸੀਹ ਕਿੱਥੇ ਜੰਮੇਗਾ ਉਹਨਾਂ ਨੇ ਉਸ ਨੂੰ ਕਿਹਾ ਯਹੂਦੀਆ ਦੇ ਬੈਤਲਹਮ ਵਿੱਚ ਕਿਉਂ ਜੋ ਨਬੀ ਜਦਾਹੀ ਐਉਂ ਲਿਖਿਆ ਹੋਇਆ ਹੈ ਕਿ ਹੈ ਬੈਤਲ੍ਹਮ ਯਹੂਦਾ ਦੇਸ਼ ਦੇ ਤੋ ਯਹੂਦਾ ਦੇ ਹਾਕਮਾਂ ਵਿੱਚੋਂ ਕਿਸੇ ਤਰ੍ਹਾਂ ਛੋਟਾ ਨਹੀਂ ਹੈ ਕਿਉਂ ਜੋ ਤੇਰੇ ਵਿੱਚੋਂ ਇੱਕ ਹਾਕਮ ਨਿਕਲੇਗਾ ਜਿਹੜਾ ਮੇਰੀ ਪਰਜਾ ਇਸਰਾਇਲ ਦੀ ਪਾਲਣਾ ਕਰੇਗਾ ਤਦ ਹੈਰੋਦੇਸ ਨੇ ਜੋਤਸ਼ੀਆਂ ਨੂੰ ਚੁੱਪ ਕੀਤੇ ਬੁਲਾ ਕੇ ਉਹਨਾਂ ਕੋਲੋਂ ਠੀਕ-ਠੀਕ ਪਤਾ ਲਿਆ ਕਿ ਤਾਰਾ ਕਦੋਂ ਖੜ ਦਿੱਤਾ ਅਤੇ ਉਸ ਨੇ ਉਹਨਾਂ ਨੂੰ ਬੈਤਲ੍ਹਮ ਵੱਲ ਇਹ ਕਹਿ ਕੇ ਕਲਿਆ ਪੇ ਜਾਓ ਜਤਨ ਨਾਲ ਉਸ ਬਾਲਕ ਦੀ ਪਾਲ ਕਰੋ ਅਜ ਜਦ ਉਹ ਲੱਭ ਪਵੇ ਤਦ ਮੁਰ ਮੈਨੂੰ ਖਬਰ ਦਿਓ ਤਾਂ ਮੈਂ ਵੀ ਜਾ ਕੇ ਉਹ ਮਥਾ ਟੇਕਾਂ ਉਹ ਰਾਜੇ ਦੀ ਸੁਣ ਕੇ ਤੁਰ ਪਈ ਅਤੇ ਵੇਖੋ ਉਹ ਤਾਰਾ ਜਿਹੜਾ ਉਹਨਾਂ ਦੇ ਚੜ੍ਹਦੇ ਪਾਸੇ ਡਿੱਠਾ ਸੀ ਉਹਨਾਂ ਦੇ ਅੱਗੇ-ਅੱਗੇ ਚੱਲਿਆ ਇਥੋ ਤਿਕ ਜੋ ਉਸ ਥਾਂ ਦੇ ਉੱਤੇ ਜਾ ਟੇਕਿਆ ਜਿੱਥੇ ਉਹ ਬਾਲਕ ਸੀ ਅਤੇ ਤਾਰੇ ਨੂੰ ਵੇਖ ਕੇ ਉਹ ਵੱਡੇ ਹੀ ਆਨੰਦ ਹੋਏ ਅਤੇ ਉਹਨਾਂ ਨੇ ਉਸ ਘਰ ਵਿੱਚ ਜਾ ਕੇ ਬਾਲਕ ਨੂੰ ਉਹਦੀ ਮਾਤਾ ਮਰੀਮ ਦੇ ਨਾਲ ਡਿੱਠਾ ਔਰ ਪੈਲੀ ਪੈਕੇ ਉਹਨੂੰ ਮੱਥਾ ਟੇਕਿਆ ਅਤੇ ਆਪਣੀਆਂ ਥੈਲੀਆਂ ਖੋਲ ਕੇ ਸੋਨਾ ਅਤੇ ਲੂਬਾਨ ਅਤੇ ਗੰਦਰਸ ਉਹਦੀ ਭੇਟ ਕੀਤੀ। ਔਰ ਸੁਪਨੇ ਵਿੱਚ ਖਬਰ ਪਾ ਕੇ ਜੋ ਹੇਰੋਦੇਸ ਦੇ ਕੋਲ ਫੇਰ ਨਾ ਜਾਣ ਉਹ ਹੋਰ ਰਸਤੇ ਆਪਣੇ ਦੇਸ਼ ਨੂੰ ਮੁੜ ਗਏ। ਜਿਉ ਤੁਰਗੇ ਸੰਤ ਵੇਖੋ ਪ੍ਰਭੂ ਦੇ ਇੱਕ ਦੂਤ ਨੇ ਯੂਸਫ ਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਆਖਿਆ ਉਠ ਬਾਲਕ ਅਤੇ ਉਹਦੀ ਮਾਤਾ ਨੂੰ ਨਾਲ ਲੈ ਕੇ ਮਿਸਰ ਦੇਸ਼ ਨੂੰ ਭੱਜ ਜਾ। ਅਤੇ ਜੱਤੀਕਰ ਮੈਂ ਤੈਨੂੰ ਨਾ ਆਖਾਂ ਉਥੇ ਰਹੁ ਕਿਉਂਕਿ ਹੇਰੋਦੇਸ ਉਹਦੇ ਨਾਸ ਕਰਨ ਲਈ ਇਸ ਬਾਲਕ ਨੂੰ ਭਾਲੇਗਾ ਤਦ ਉਹ ਉੱਠ ਕੇ ਰਾਤੋ ਰਾਤ ਬਾਲਕ ਅਤੇ ਉਹਦੀ ਮਾਤਾ ਨੂੰ ਨਾਲ ਲੈ ਕੇ ਮਿਸਰ ਵੱਲ ਤੁਰ ਪਿਆ ਅਤੇ ਹੇਰੋਦੇਸ ਦੇ ਮਰਨ ਤੋਂ ਢੀ ਉਥੇ ਰਿਹਾ ਇਸ ਲਈ ਕਿ ਜਿਹੜਾ ਬਚਨ ਪ੍ਰਭੂ ਨੇ ਨਵੀ ਦੀ ਜ਼ਬਾਨੀ ਆਖਿਆ ਸੀ ਪੂਰਾ ਹੋਵੇ ਭਈ ਮੈਂ ਆਪਣੇ ਪੁੱਤਰ ਨੂੰ ਮਿਸਰ ਵਿੱਚੋਂ ਸੱਦਿਆ ਜਾ ਹੇਰੋਦੇਸ ਨੇ ਵੇਖਿਆ ਕਿ ਜੋਤਿਸ਼ੀਆਂ ਨੇ ਮੇਰੇ ਨਾਲ ਮੁਖੌਲ ਕੀਤਾ ਤਾਂ ਉਹਨੂੰ ਵੱਡਾ ਕਰੋਧ ਆਇਆ ਅਤੇ ਮਰਖਾ ਨੂੰ ਕਹ ਲਿਖੇ ਬੈਤਲਹਮ ਅਤੇ ਉਹਦੇ ਆਲੇ-ਦੁਆਲੇ ਦੇ ਸਭਨਾਂ ਨੀਂਗਰਾਂ ਨੂੰ ਮਰਵਾ ਸੁੱਟਿਆ ਜਿਹੜੇ ਦੋ ਵਰਿਆਂ ਦੇ ਅਤੇ ਇਦੋਂ ਇਆਣੇ ਸਨ ਉਸ ਸਮੇਂ ਦੇ ਅਨੁਸਾਰ ਜਿਹੜਾ ਜੋਤਿਸ਼ੀਆਂ ਤੋਂ ਠੀਕ ਪਤਾ ਲਿਆ ਸੀ ਤਦ ਉਹ ਬਚਨ ਜਿਹੜਾ ਯਿਰਮੀਆ ਨਬੀ ਨੇ ਆਖਿਆ ਸੀ ਪੂਰਾ ਹੋਇਆ ਪਈ ਰਾਮਾ ਵਿੱਚ ਇੱਕ ਆਵਾਜ਼ ਸੁਣਾਈ ਦਿੱਤੀ ਰੋਣਾ ਅਤੇ ਵੱਡਾ ਦਰਲਾਪ ਰਖੇਲ ਆਪਣੇ ਬੱਚਾ ਨੂੰ ਰੋਂਦੀ ਹੈ ਅਤੇ ਤਸੱਲੀ ਨਹੀਂ ਚਾਹਦੀ ਇਸ ਲਈ ਉਹ ਨਹੀਂ ਹਨ ਜਹਾਇਰੋਦੇਸ ਮਰ ਗਿਆ ਤਾਂ ਵੇਖੋ ਪ੍ਰਭੂ ਦੇ ਇੱਕ ਦੂਤ ਨੇ ਮਿਸਰ ਵਿੱਚ ਯੂਸਫ ਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਆਖਿਆ ਉਠ ਬਾਲਕ ਅਤੇ ਉਹਦੀ ਮਾਤਾ ਨੂੰ ਨਾਲ ਲੈ ਕੇ ਇਸਰਾਇਲ ਦੇ ਦੇਸ਼ ਨੂੰ ਜਾ ਕਿਉਂਕਿ ਜਿਹੜੇ ਬਾਲਕ ਦੇ ਪ੍ਰਾਣ ਦੇ ਵੈਰੀ ਸਨ ਉਹ ਮਰ ਗਏ ਤਦ ਉਹ ਉਠਿਆ ਅਤੇ ਬਾਲਕ ਅਤੇ ਉਹਦੀ ਮਾਤਾ ਨੂੰ ਨਾਲ ਲੈ ਕੇ ਇਸਰਾਇਲ ਦੇ ਦੇਸ਼ ਵਿੱਚ ਆਇਆ ਪਰ ਜਾਂ ਸੁਣਿਆ ਜੋ ਅਰਕਲਾਉਸ ਯਹੂਦਿਆ ਵਿੱਚ ਆਪਣੇ ਪਿਤਾ ਹੇਰੋਦੇਸ ਦੇ ਥਾਂ ਰਾਜ ਕਰਦਾ ਹੈ ਤਾਂ ਉੱਥੇ ਜਾਣ ਤੋਂ ਡਰਿਆ ਪਰ ਸੁਪਨੇ ਵਿੱਚ ਖਬਰ ਪਾ ਕੇ ਗਲਿਲ ਦੇ ਇਲਾਕੇ ਵਿੱਚ ਚਲਿਆ ਗਿਆ ਅਤੇ ਨਾਸਰਤ ਨਾਮੇ ਇੱਕ ਨਗਰ ਵਿੱਚ ਜਾ ਵਸਿਆ ਇਸ ਲਈ ਕਿ ਜਿਹੜਾ ਬਚਨ ਨਬੀਆਂ ਦੀ ਜ਼ੁਬਾਨੀ ਆਖਿਆ ਗਿਆ ਸੀ ਪੂਰਾ ਹੋਵੇ ਜੋ ਉਹ ਨਾਸਰੀ ਕਹਾਵੇਗਾ ਮਤੀ ਅਧਿਆਇ 3 ਉਹਨੇ ਦਿਨ ਯੋਨਾ ਬਪਤਸਮਾ ਦੇਣ ਵਾਲਾ ਆਣ ਕੇ ਯਹੂਦੀਆ ਦੇ ਉਜਾੜ ਵਿੱਚ ਪ੍ਰਚਾਰ ਕਰਦੇ ਹੋਏ ਕਹਿਣ ਲੱਗਾ ਤੋਬਾ ਕਰੋ ਕਿਉਂ ਜੋ ਸੁਰਗ ਦਾ ਰਾਜ ਜਿਹੜਾ ਆਇਆ ਹੈ ਕਿ ਇਹ ਉਹ ਹੈ ਜਿਹਦੇ ਵਿਖੇ ਯਿਸਾਯਾ ਨਬੀ ਦੀ ਜ਼ੁਬਾਨੀ ਆਖਿਆ ਗਿਆ ਸੀ ਪਈ ਉਜਾੜ ਵਿੱਚ ਹੋਕਾ ਦੇਣ ਵਾਲੇ ਦੀ ਆਵਾਜ਼ ਪਈ ਪ੍ਰਭੂ ਦੇ ਰਸਤੇ ਨੂੰ ਤਿਆਰ ਕਰੋ ਉਹਦੇ ਰਹਾਂ ਨੂੰ ਸਿੱਧੇ ਕਰੋ ਇਸ ਯੋਨਾ ਦੇ ਬਸਤਰ ਊਠ ਦੇ ਵਾਲਾਂ ਦੇ ਸਨ ਅਤੇ ਚਮਦੀ ਪੇਟੀ ਉਹਦੇ ਲੱਕ ਦੇ ਦੁਆਲੇ ਸੀ ਅਤੇ ਉਹਦਾ ਭੋਜਨ ਟਿੱਡੀਆਂ ਅਤੇ ਬਣਸ਼ੈਤ ਸੀ। ਤਦ ਯਰੂਸ਼ਲੈਮ ਅਤੇ ਸਾਰੇ ਯਹੂਦੀਆਂ ਅਤੇ ਯਰਦਨ ਦੇ ਸਭ ਲਾਂਭ-ਛਾਂਭ ਦੇ ਰਹਿਣ ਵਾਲੇ ਉਹਦੇ ਕੋਲ ਚੱਲੇ ਆਉਂਦੇ ਸਨ। ਅਤੇ ਆਪੋ ਆਪਣੇ ਪਾਪਾ ਨੂੰ ਮੰਨ ਕੇ ਯਰਦਨ ਨਦੀ ਵਿੱਚ ਉਹਦੇ ਹੱਥੋਂ ਬਪਤਿਸਮਾ ਲੈਂਦੇ ਸਨ। ਪਰ ਜਾਂ ਉਹਨੇ ਵੇਖਿਆ ਜੋ ਫਰੀਸੀਆਂ ਅਤੇ ਸਦੂਕੀਆਂ ਵਿੱਚੋਂ ਬਥੇਰੇ ਮੈਥੋਂ ਬਪਤਿਸਮਾ ਲੈਂਨ ਨੂੰ ਆਉਂਦੇ ਹਨ ਤਾਂ ਉਹਨਾਂ ਨੂੰ ਕਿਹਾ ਕਿ ਇਹ ਸੱਪਾਂ ਦੇ ਬੱਚੋ ਤੁਹਾਨੂੰ ਆਉਣ ਵਾਲੇ ਕੋਪ ਤੋਂ ਭਜਣਾ ਕਿੰ ਦੱਸਿਆ ਸੋ ਤੁਸੀਂ ਤੌਬਾ ਜੋਗਾ ਫਲ ਦਿਓ ਪਰ ਆਪਣੇ ਮਨ ਵਿੱਚ ਇਸ ਗੱਲ ਦੇ ਕਹਿਣ ਦੀ ਸੋਚ ਨਾ ਕਰੋ ਕਿ ਅਬਰਾਹਮ ਸਾਡਾ ਪਿਤਾ ਹੈ ਕਿਉਂਕਿ ਮੈਂ ਤੁਹਾਨੂੰ ਆਖਦਾ ਹਾਂ ਭਈ ਪਰਮੇਸ਼ਰ ਅਬਰਾਹਮ ਦੇ ਲਈ ਇਹਨਾਂ ਪੱਥਰਾਂ ਵਿੱਚੋਂ ਬਾਲਕ ਪੈਦਾ ਕਰ ਸਕਦਾ ਹੈ ਅਤੇ ਬਿਰਛਾਂ ਦੀ ਜੜ੍ਹ ਉਤੇ ਹੁਣ ਕੋਹਾੜਾ ਰੱਖਿਆ ਹੋਇਆ ਹੈ ਸੋ ਹਰ ਇੱਕ ਬਿਰਚ ਜਿਹੜਾ ਅੱਛਾ ਫਲ ਨਹੀਂ ਦਿੰਦਾ ਵੱਡਾ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ ਮੈਂ ਤੁਹਾਨੂੰ ਤੌਬਾ ਦੇ ਲਈ ਪਾਣੀ ਨਾਲ ਬਪਤਸਮਾ ਦਿੰਦਾ ਹਾਂ ਪਰ ਜਿਹੜਾ ਮੇਰੇ ਪਿੱਛੇ ਆਉਣ ਵਾਲਾ ਹੈ ਉਹ ਮੈਥੋਂ ਬਲਵੰਤ ਹੈ ਅਤੇ ਮੈਂ ਉਹਦੀ ਜੁੱਤੀ ਚੁੱਕਣ ਦੇ ਯੋਗ ਨਹੀਂ ਹਾਂ ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਸਮਾ ਦੇਊ ਉਹਦੀ ਤੰਗਲੀ ਉਹਦੇ ਹੱਥ ਵਿੱਚ ਹੈ ਅਤੇ ਉਹ ਆਪਣੇ ਪਿੜ ਨੂੰ ਚੰਗੀ ਤਰ੍ਹਾਂ ਸਾਫ਼ ਕਰੂ ਅਤੇ ਆਪਣੀ ਕਣਕ ਨੂੰ ਕੋਠੇ ਵਿੱਚ ਜਮਾ ਕਰੂ ਪਰ ਤੂੜੀ ਨੂੰ ਉਸ ਅਗਨ ਵਿੱਚ ਸਾੜੇਗਾ ਜਿਹੜੀ ਬੁਝਣ ਵਾਲੀ ਨਹੀਂ ਤਦ ਯਿਸੂ ਗਲੀਲ ਤੋਂ ਯਰਦਨ ਦੇ ਕੰਢੇ ਯੋਹਨਾ ਕੋਲ ਉਸ ਦੇ ਹੱਥੋਂ ਬਪਤਿਸਮਾ ਲੈਣ ਨੂੰ ਆਇਆ ਪਰ ਯੋਹਨਾ ਨੇ ਇਹ ਕਹਿ ਕੇ ਉਸ ਨੂੰ ਰੋਕਿਆ ਭਈ ਮੈਨੂੰ ਤਾਂ ਤੇਥੋਂ ਬਪਤਿਸਮਾ ਲੈਣ ਦੀ ਲੋੜ ਹੈ ਅਜੇ ਤੂੰ ਮੇਰੇ ਕੋਲ ਆਇਆ ਹੈ ਪਰ ਯਿਸੂ ਨੇ ਉਸ ਨੂੰ ਉੱਤਰ ਦਿੱਤਾ ਹੁਣ ਹੁਣ ਦੇ ਕਿਉਂਕਿ ਸਾਨੂੰ ਜੋਗ ਹੈ ਜੋ ਸਾਰੇ ਧਰਮ ਨੂੰ ਇਸੇ ਤਰ੍ਹਾਂ ਪੂਰਾ ਕਰੀਏ ਤਾਂ ਉਸ ਨੇ ਹੁਣ ਦਿੱਤਾ ਅਤੇ ਜਦ ਯਿਸੂ ਬਪਤਸਮਾ ਲੈ ਚੁੱਕਿਆ ਤਾਂ ਚਟ ਪਾਣੀ ਤੋਂ ਉੱਪਰ ਆਇਆ ਅਤੇ ਵੇਖੋ ਆਕਾਸ਼ ਉਹਦੇ ਲਈ ਖੁੱਲ ਗਿਆ ਅਤੇ ਉਹਨੇ ਪਰਮੇਸ਼ਰ ਦਾ ਆਤਮਾ ਕਬੂਤਰ ਦੇ ਵਾਂਗੂ ਉਤਰਦਾ ਅਤੇ ਆਪਣੇ ਉੱਤੇ ਆਉਂਦਾ ਦਿੱਠਾ ਔਰ ਵੇਖੋ ਇੱਕ ਸੁਰਗੀ ਬਾਣੀ ਆਈ ਕਿ ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਪ੍ਰਸੰਨ ਹਾਂ ਮੱਤੀ ਅਧਿਆਇ 4 ਤਦ ਯਿਸੂ ਆਤਮਾ ਦੀ ਅਗਵਾਈ ਨਾਲ ਉਜਾੜ ਵਿੱਚ ਗਿਆ ਪੇਸ਼ਤਾਨ ਕੋਲ ਪਰਤਾਇਆ ਜਾਵੇ ਅਤੇ ਜਾਂ 40 ਦਿਨ ਅਤੇ 40 ਰਾਤ ਵਰਤ ਰੱਖਿਆ ਤਾਂ ਉੁੜਗ ਉਹਨੂੰ ਭੁੱਖ ਲੱਗੀ। ਤਦ ਪਰਤਾਉਣ ਵਾਲੇ ਨੇ ਕੋਲ ਆਣ ਕੇ ਉਹਨੂੰ ਕਿਹਾ ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਕਹੋ ਜੋ ਇਹ ਪੱਥਰ ਰੋਟੀਆਂ ਬਣ ਜਾਣ। ਪਰ ਉਹਨੇ ਉੱਤਰ ਦਿੱਤਾ ਲਿਖਿਆ ਹੈ ਪਈ ਇਨਸਾਨ ਨਿਰੀ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ਰ ਦੇ ਮੱਖੋਂ ਨਿਕਲਦਾ ਹੈ। ਫਿਰ ਸ਼ੈਤਾਨ ਉਹਨੂੰ ਪਵਿੱਤਰ ਸ਼ਹਿਰ ਵਿੱਚ ਨਾਲ ਲੈ ਗਿਆ ਅਤੇ ਹੈਕਲ ਦੇ ਕਿੰਗਰੀ ਉਹਤੇ ਖੜਾ ਕਰਕੇ ਉਹਨੂੰ ਕਿਹਾ ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਆਪਣੇ ਆਪ ਨੂੰ ਹੇਠਾਂ ਡੇਗ ਦੇ ਕਿਉਂਕਿ ਜੋ ਲਿਖਿਆ ਹੈ ਕਿ ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ ਉਹ ਤੈਨੂੰ ਹੱਥਾਂ ਉਤੇ ਚੁੱਕ ਲੈਣਗੇ ਮਤੇ ਪੱਥਰ ਨਾਲ ਤੇਰੇ ਪੈਰ ਨੂੰ ਛੱਟ ਲੱਗੇ ਯਿਸੂ ਨੇ ਉਸ ਨੂੰ ਆਖਿਆ ਇਹ ਵੀ ਲਿਖਿਆ ਹੈ ਜੋ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਨਾ ਪਰਤਾ ਫਿਰ ਸ਼ੈਤਾਨ ਉਹਨੂੰ ਇੱਕ ਵੱਡੇ ਉੱਚੇ ਪਹਾੜ ਉਤੇ ਨਾਲ ਲੈ ਗਿਆ ਅਤੇ ਜਗਤ ਦੀਆਂ ਸਾਰੀਆਂ ਰਾਜਸ਼ਾਹੀਆਂ ਅਤੇ ਉਹਨਾਂ ਦਾ ਜਲਵਾ ਉਹਨੂੰ ਵਿਖਾਇਆ ਅਤੇ ਉਹਨੂੰ ਕਿਹਾ ਜੇ ਤੂੰ ਨਿਉਕੇ ਮੈਨੂੰ ਮੱਥਾ ਟੇਕ ਕੇ ਤਾਂ ਇਹ ਸਭ ਕੁਝ ਮੈਂ ਤੈਨੂੰ ਦੇ ਦੇਾਂਗਾ ਤਦੋਂ ਯਿਸੂ ਨੇ ਉਸਨੂੰ ਕਿਹਾ हे ਸ਼ੈਤਾਨ ਚਲੇ ਜਾ ਕਿਉਂ ਜੋ ਲਿਖਿਆ ਹੈ ਪਈ ਤੂੰ ਆਪਣੇ ਪਰਮੇਸ਼ਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਉਪਾਸਨਾ ਕਰ ਤਦ ਸ਼ੈਤਾਨ ਉਹਨੂੰ ਛੱਡ ਗਿਆ ਅਤੇ ਵੇਖੋ ਦੂਤ ਕੋਲ ਆਣ ਕੇ ਉਹਦੀ ਟਹਿਲ ਕਰਨ ਲੱਗੇ ਜਾਂ ਉਹਨੇ ਸੁਣਿਆ ਕਿ ਯਹੂਨਾ ਫੜਿਆ ਗਿਆ ਤਾਂ ਉਹ ਗਲੀਲ ਨੂੰ ਤੁਰ ਪਿਆ ਅਤੇ ਨਾਸਤ ਨੂੰ ਛੱਡ ਕੇ ਕਫਰਨਾਹੂਮ ਵਿੱਚ ਜਾ ਰਿਹਾ ਜਿਹੜਾ ਝੀਲ ਦੇ ਕੰਢੇ ਜਬਲੂਨ ਅਤੇ ਨਫਤਾਲੀ ਦੇ ਬੰਨਿਆਂ ਵਿੱਚ ਹੈ ਪਈ ਜਿਸ ਹੈ ਨਬੀ ਦਾ ਵਾਅਦਾ ਪੂਰਾ ਹੋਵੇ ਕਿ ਜਬਲੂਨ ਦੀ ਧਰਤੀ ਅਤੇ ਨਫਤਾਲੀ ਦੀ ਧਰਤੀ ਸਮੁੰਦਰ ਦੀ ਰਾਹ ਯਰਦਨੋਂ ਪਾਰ ਪਰਾਈਆਂ ਕੌਮਾਂ ਦੀ ਗਲੀਲ ਜਿਹੜੇ ਲੋਕ ਅਨੇਰੇ ਵਿੱਚ ਬੈਠੇ ਹੋਏ ਸਨ ਉਹਨਾਂ ਨੇ ਵੱਡਾ ਚਾਨਣ ਵੇਖਿਆ ਅਤੇ ਜਿਹੜੇ ਮੌਤ ਦੇ ਦੇਸ਼ ਅਤੇ ਛਾਇਆ ਵਿੱਚ ਬੈਠੇ ਹੋਏ ਸਨ ਉਹਨਾਂ ਲਈ ਚਾਨਣ ਪ੍ਰਕਾਸ਼ ਹੋਇਆ ਉਸ ਵੇਲੇ ਯਿਸੂ ਪ੍ਰਚਾਰ ਕਰਨ ਅੱਗੇ ਕਹਿਣ ਲੱਗਾ ਭਈ ਤੋਬਾ ਕਰੋ ਕਿਉਂ ਜੋ ਸੁਰਗ ਦਾ ਰਾਜ ਨੇੜੇ ਆਇਆ ਹੈ ਗਲਿਲ ਦੀ ਝੀਲ ਦੇ ਕੰਢੇ ਫਿਰਦਿਆਂ ਹੋਇਆਂ ਉਸ ਨੇ ਦੋ ਪਰਾਵਾਂ ਅਰਥਾਤ ਸ਼ਮੌਨ ਨੂੰ ਜਿਹੜਾ ਪਤਰਸਕ ਹੁੰਦਾ ਹੈ ਅਤੇ ਉਹਦੇ ਪਰਾ ਇੰਦਰੀਆਸ ਨੂੰ ਝੀਲ ਵਿੱਚ ਜਾਲ ਪਾਉਂਦੇ ਦਿੱਠਾ ਕਿਉਂ ਜੋ ਉਹ ਮਾਛੀ ਸਨ ਅਤੇ ਉਹਨਾਂ ਨੂੰ ਕਿਹਾ ਮੇਰੇ ਮਗਰ ਆਓ ਤਾਂ ਜਦੋਂ ਮੈਂ ਤੁਹਾਨੂੰ ਮਨੁੱਖਾਂ ਦੇ ਸ਼ਿਕਾਰੀ ਬਣਾਵਾਂਗਾ ਅਤੇ ਉਹ ਝੱਟ ਜਾਲਾਂ ਨੂੰ ਛੱਡ ਕੇ ਉਹਦੇ ਮਗਰ ਹੋ ਤੁਰੇ ਔਰ ਉਥੋਂ ਅੱਗੇ ਵੱਧ ਕੇ ਉਹਨੇ ਹੋਰ ਦੋ ਭਰਾਵਾਂ ਅਰਥਾਤ ਜ਼ਬਦੀ ਦੇ ਪੁੱਤਰ ਯਾਕੂਬ ਨੂੰ ਅਤੇ ਉਹਦੇ ਪਾਈ ਉਹਨਾਂ ਨੂੰ ਵੇਖਿਆ ਜਿਹੜੇ ਆਪਣੇ ਪਿਓ ਦੇ ਨਾਲ ਬੇੜੀ ਉੱਤੇ ਆਪਣੇ ਜਾਲਾਂ ਨੂੰ ਸੁਧਾਰਦੇ ਸਨ ਔਰ ਉਹਨਾਂ ਨੂੰ ਸੱਧਿਆ ਤਾਂ ਉਹ ਝੱਟ ਬੇੜੀ ਨੂੰ ਅਤੇ ਆਪਣੇ ਪਿਓ ਨੂੰ ਛੱਡ ਕੇ ਉਹਦੇ ਮਗਰ ਹੋ ਤੁਰੇ ਇਸੂ ਸਾਰੇ ਗਲੀਲ ਵਿੱਚ ਫਿਰਦਾ ਹੋਇਆ ਉਹਨਾਂ ਦੀਆਂ ਸਮਾਜਾਂ ਵਿੱਚ ਉਪਦੇਸ਼ ਦਿੰਦਾ ਅਤੇ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਦਾ ਅਤੇ ਲੋਕਾਂ ਵਿੱਚੋਂ ਸਾਰੇ ਰੋਗ ਅਤੇ ਸਾਰੇ ਮਾਨਦਗਿ ਨੂੰ ਹਟਾਉਂਦਾ ਸੀ। ਔਰ ਸਾਰੇ ਸੂਰਿਆ ਦੇਸ਼ ਵਿੱਚ ਉਹਦੀ ਧਮ ਪੈ ਗਈ ਅਤੇ ਉਹਨਾਂ ਸਭਨਾਂ ਰੋਗੀਆਂ ਨੂੰ ਜਿਹੜੇ ਕਈ ਪ੍ਰਕਾਰ ਦੇ ਰੋਗਾਂ ਅਤੇ ਦੁੱਖਾਂ ਵਿੱਚ ਫਸੇ ਹੋਏ ਸਨ ਅਤੇ ਉਹਨਾਂ ਨੂੰ ਪੂਤ ਚਿੰਬੜੇ ਹੋਏ ਸਨ ਅਤੇ ਮਿਰਗੀ ਵਾਲਿਆਂ ਅਤੇ ਅਦਰੰਗੀਆਂ ਨੂੰ ਉਹਦੇ ਕੋਲ ਲਿਆਏ ਔਰ ਉਸਨੇ ਉਹਨਾਂ ਨੂੰ ਚੰਗੇ ਕੀਤਾ ਅਤੇ ਵੱਡੀਆਂ ਪੀੜਾਂ ਗਲੀਲ ਅਤੇ ਦਿਕਾ ਪੁਲਿਸ ਅਤੇ ਯਰੂਸ਼ਲਮ ਅਤੇ ਯਹੂਦੀਆ ਅਤੇ ਯਰਦਨ ਦੇ ਪਾਰੋਂ ਉਹਦੇ ਮਗਰ ਲੱਗ ਪਈਆਂ ਮੱਤੀ ਅਧਿਆਏ 5 ਪੀੜ ਨੂੰ ਵੇਖ ਕੇ ਉਹ ਪਹਾੜ ਉੱਤੇ ਚੜ ਗਿਆ ਔਰ ਜਦ ਬੈਠਾ ਤਦ ਉਹਦੇ ਚੇਲੇ ਉਹਦੇ ਕੋਲ ਆਏ ਅਤੇ ਉਸਨੇ ਆਪਣਾ ਮੂੰਹ ਖੋਲਿਆ ਅਤੇ ਉਹਨਾਂ ਨੂੰ ਇਹ ਉਪਦੇਸ਼ ਦੇਣ ਲੱਗਾ ਤਨ ਉਹ ਜਿਹੜੇ ਦਿਲ ਦੇ ਗਰੀਬ ਹਨ ਕਿਉਂ ਜੋ ਸੁਰਗ ਦਾ ਰਾਜ ਉਹਨਾਂ ਦਾ ਹੈ ਤਨ ਉਹ ਜਿਹੜੇ ਸੋਖ ਕਰਦੇ ਹਨ ਕਿਉਂ ਜੋ ਉਹ ਸ਼ਾਂਤ ਕੀਤੇ ਜਾਣਗੇ ਤਨ ਉਹ ਜਿਹੜੇ ਹਲੀਮ ਹਨ ਕਿਉਂ ਜੋ ਉਹ ਧਰਤੀ ਦੇ ਵਾਰਸ ਹੋਣਗੇ ਤਨ ਉਹ ਜਿਹੜੇ ਧਰਮ ਦੇ ਭੁਖੇ ਤੇ ਧਿਆਏ ਹਨ ਕਿਉਂ ਜੋ ਉਹ ਰਜਾਇਆ ਜਾਣਗੇ ਤਨ ਉਹ ਜਿਹੜੇ ਦਇਵਾਨ ਹਨ ਕਿਉਂ ਜੋ ਉਹਨਾਂ 'ਤੇ ਦਇਆ ਕੀਤੀ ਜਾਵੇਗੀ ਤਨ ਉਹ ਜਿਹੜੇ ਸ਼ੁੱਧਮਨ ਹਨ ਕਿਉਂ ਜੋ ਉਹ ਪਰਮੇਸ਼ਰ ਨੂੰ ਵੇਖਣਗੇ ਤਨ ਉਹ ਜਿਹੜੇ ਮਹਿਲ ਕਰਾਉਣ ਵਾਲੇ ਹਨ ਕਿਉਂ ਜੋ ਉਹ ਪਰਮੇਸ਼ਰ ਦੇ ਪੁੱਤਰ ਕਹਾਉਣਗੇ ਤਨ ਉਹ ਜਿਹੜੇ ਧਰਮ ਦੇ ਕਾਰਨ ਸਤਾਏ ਗਏ ਹਨ ਕਿਉਂ ਜੋ ਸੁਰਗ ਦਾ ਰਾਜ ਉਹਨਾਂ ਦਾ ਹੈ ਤਨ ਹੋ ਤੁਸੀਂ ਜਾਂ ਮਨੁੱਖ ਮੇਰੇ ਕਾਰਨ ਤੁਹਾਨੂੰ ਬੋਲੀਆਂ ਮਾਰਨਗੇ ਅਤੇ ਸਤਾਉਣਗੇ ਅਤੇ ਹਰ ਇੱਕ ਬੁਰੀ ਗੱਲ ਤੁਹਾਡੇ ਉੱਤੇ ਝੂਠ ਮੂਠ ਲਾਉਣਗੇ ਆਨੰਦ ਹੋਵੋ ਅਤੇ ਖੁਸ਼ੀ ਕਰੋ ਕਿਉਂ ਜੋ ਤੁਹਾਡਾ ਫਲ ਸੁਰਗ ਵਿੱਚ ਬਹੁਤ ਹੈ ਇਸ ਲਈ ਜੋ ਉਹਨਾਂ ਨੇ ਤੁਹਾਥੋਂ ਅਗਲੇ ਨਬੀਆਂ ਨੂੰ ਇਸੇ ਤਰ੍ਹਾਂ ਸਤਾਇਆ ਸੀ ਤੁਸੀਂ ਧਰਤੀ ਦੇ ਲੂਣ ਹੋ ਪਰ ਜੇ ਲੂਣ ਬੇਸਵਾਦ ਹੋ ਜਾਵੇ ਤਾਂ ਕਿਸ ਵਿਧ ਸਲੂਣਾ ਕੀਤਾ ਜਾਵੇਗਾ ਉਹ ਫਿਰ ਕਿਸੇ ਕੰਮ ਦਾ ਨਹੀਂ ਪਰ ਇਹ ਕੀ ਬਾਹਰ ਸੁੱਟਿਆ ਅਤੇ ਮਨੁੱਖਾਂ ਦੇ ਪੈਰਾਂ ਹੇਠ ਮਿੱਧਿਆ ਜਾਵੇ ਤੁਸੀਂ ਜਗਤ ਦੇ ਚਾਨਣ ਹੋ ਜਿਹੜਾ ਨਗਰ ਪਹਾੜ ਉੱਤੇ ਵੱਸਦਾ ਹੈ ਉਹ ਗੁਜਾ ਨਹੀਂ ਰਹਿ ਸਕਦਾ ਅਤੇ ਦੀਵਾ ਬਾਲ ਕੇ ਟੋਪੇ ਦੀ ਨਹੀਂ ਸਗੋਂ ਦੀਵ ਰੋਤੇ ਰੱਖਦੇ ਹਨ ਤਾਂ ਉਹ ਸਭਨਾਂ ਨੂੰ ਜਿਹੜੇ ਘਰ ਵਿੱਚ ਹਨ ਚਾਨਣ ਦਿੰਦਾ ਹੈ ਇਸੇ ਤਰ੍ਹਾਂ ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ ਤਾਂ ਜੋ ਉਹ ਤੁਹਾਡੇ ਸ਼ੁਭ ਕਰਮ ਵੇਖ ਕੇ ਤੁਹਾਡੇ ਪਿਤਾ ਦੀ ਜਿਹੜਾ ਸੁਰਗ ਵਿੱਚ ਹੈ ਵਡਿਆਈ ਕਰਨ ਇਹ ਨਾ ਸਮਝੋ ਪਈ ਮੈਂ ਤੁਰੈਤ ਜਾਂ ਨਬੀਆਂ ਨੂੰ ਖੰਡਨ ਆਇਆ ਹਾਂ ਮੈਂ ਖੰਡਨ ਨਹੀਂ ਸਗੋਂ ਪੂਰਿਆ ਕਰਨ ਨੂੰ ਆਇਆ ਹਾਂ ਕਿਉਂ ਜੋ ਮੈਂ ਤੁਹਾਨੂੰ ਸਤਿ ਆਖਦਾ ਹਾਂ ਕਿ ਜਿੰਨਾ ਚਿਰ ਆਕਾਸ਼ ਅਤੇ ਧਰਤੀ ਟਲ ਨਾ ਜਾਣ ਇੱਕ ਅੱਖਰ ਜਾਂ ਇੱਕ ਬਿੰਦੀ ਵੀ ਤੁਰੇ ਦੀ ਨਾ ਟਲੇਗੀ ਜਦ ਤੱਕ ਸਭ ਕੁਝ ਪੂਰਾ ਨਾ ਹੋਵੇ ਸੋ ਜੇ ਕੋਈ ਇਹਨਾਂ ਸਭ ਨਾਲੋਂ ਛੋਟੇ ਹੁਕਮਾਂ ਵਿੱਚੋਂ ਇੱਕ ਨੂੰ ਵੀ ਟਾਲ ਦੇਵੇ ਅਤੇ ਇਸੇ ਤਰ੍ਹਾਂ ਮਨੁੱਖਾਂ ਨੂੰ ਸਿਖਲਾਵੇ ਜੋ ਸੁਰਗ ਦੇ ਰਾਜ ਵਿੱਚ ਸਭ ਨਾਲੋਂ ਛੋਟਾ ਕਹਾਵੇਗਾ ਪਰ ਜਿਹੜਾ ਉਹਦੀ ਪਾਲਣਾ ਕਰੇ ਅਤੇ ਸਿਖਲਾਵੇ ਉਹ ਸੁਰਗ ਦੇ ਰਾਜ ਵਿੱਚ ਵੱਡਾ ਕਹਾਵੇਗਾ ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਵੀ ਜੇ ਤੁਹਾਡਾ ਧਰਮ ਗ੍ਰੰਥੀਆਂ ਅਤੇ ਫਰੀਸੀਆਂ ਦੇ ਧਰਮ ਨਾਲੋਂ ਵੱਧ ਨਾ ਹੋਵੇ ਤਾਂ ਤੁਸੀਂ ਸੁਰਗ ਦੇ ਰਾਜ ਵਿੱਚ ਕਿਸੇ ਵੀਦ ਨਾ ਵੜੋਗੇ ਤੁਸੀਂ ਸੁਣਿਆ ਹੈ ਜੋ ਅਗਲਿਆਂ ਨੂੰ ਇਹ ਕਿਹਾ ਗਿਆ ਸੀ ਤੂੰ ਖੂਨ ਨਾ ਕਰ ਅਤੇ ਜੇ ਕੋਈ ਖੂਨ ਕਰੇ ਸੋ ਅਦਾਲਤ ਵਿੱਚ ਸਜ਼ਾ ਦੇ ਲਾਇਕ ਹੋਵੇਗਾ ਪਰ ਮੈਂ ਤੁਹਾਨੂੰ ਆਖਦਾ ਹਾਂ ਵੀ ਹਰੇਕ ਜੋ ਆਪਣੇ ਭਰਾਵ ਤੇ ਕ੍ਰੋਧ ਕਰੇ ਉਹ ਅਦਾਲਤ ਵਿੱਚ ਸਜ਼ਾ ਦੇ ਲਾਇਕ ਹੋਵੇਗਾ ਅਤੇ ਜਿਹੜਾ ਆਪਣੇ ਭਰਾ ਨੂੰ ਗਾਲ ਦੇਵੇ ਉਹ ਸਭਾ ਵਿੱਚ ਸਜ਼ਾ ਦੇ ਲਾਇਕ ਹੋਵੇਗਾ ਪਰ ਜਿਹੜਾ ਕਹੇ ਮੂਰਖਾ ਉਹ ਅਗੰਦੇ ਨਰਕ ਦੀ ਸਜ਼ਾ ਦੇ ਲਾਇਕ ਹੋਵੇਗਾ ਸੋ ਜੇ ਤੂੰ ਜਗ ਵਿਧੀ ਉੱਤੇ ਆਪਣੀ ਭੇਟ ਚੜਾਉਣ ਲੱਗੇ ਔਰ ਉੱਥੇ ਤੈਨੂੰ ਚੇਤੇ ਆਵੇ ਜੋ ਮੈਂ ਆਪਣੇ ਭਰਾ ਨਾਲ ਖੋਟ ਕਮਾਇਆ ਹੈ ਤਾਂ ਉੱਥੇ ਆਪਣੀ ਭੇਟ ਜਗ ਵਿਧੀ ਦੇ ਸਾਹਮਣੇ ਛੱਡ ਕੇ ਚਲੇ ਜਾ ਅਤੇ ਪਹਿਲਾਂ ਆਪਣੇ ਭਰਾ ਨਾਲ ਮੇਲ ਕਰ ਪਿੱਛੋਂ ਆਣ ਕੇ ਆਪਣੀ ਭੇਟ ੜਾ ਜਿੰਨਾ ਚਿਰ ਤੂੰ ਆਪਣੇ ਮੁਦੇਈ ਨਾਲ ਰਸਤੇ ਵਿੱਚ ਹੈ ਜੇ ਤੀ ਉਹਦੇ ਨਾਲ ਮਿਲਾਬ ਕਰ ਮਤੇ ਮੁਦੇਈ ਤੈਨੂੰ ਹਾਕਮ ਦੇ ਹਵਾਲੇ ਕਰੇ ਅਤੇ ਹਾਕਮ ਤੈਨੂੰ ਸਿਪਾਹੀ ਦੇ ਹਵਾਲੇ ਕਰੇ ਅਤੇ ਤੂੰ ਕੈਦ ਵਿੱਚ ਪੈ ਜਾਵੇਂ ਮੈਂ ਤੈਨੂੰ ਸਤ ਅਖਦਾ ਹਾਂ ਭਈ ਜਿੰਨਾ ਚਿਰ ਤੂੰ ਕੌਡੀ ਕੌਡੀ ਨਾ ਭਰ ਦੇਵੇਂ ਉਥੋਂ ਕਿਸੇ ਵੀ ਨਾ ਛੁੱਟੇਗਾ ਤੂੰ ਸੁਣਿਆ ਹੈ ਜੋ ਇੱਕ ਕਿਹਾ ਗਿਆ ਸੀ ਭਈ ਤੂੰ ਜ਼ਨਾ ਨਾ ਕਰ ਪਰ ਮੈਂ ਤੈਨੂੰ ਅਖਦਾ ਹਾਂ ਜੋ ਕੋਈ ਤੀਵੀ ਨੂੰ ਬੁਰੀ ਇੱਛਾ ਕਰਕੇ ਵੇਖਦਾ ਹੈ ਸੋ ਤਦੋਂ ਹੀ ਆਪਣੇ ਮਨੋਂ ਉਹਦੇ ਨਾਲ ਜ਼ਨਾ ਕਰ ਚੁੱਕਿਆ ਔਰ ਜੇ ਤੇਰੀ ਸੱਜੀ ਅੱਖ ਤੈਨੂੰ ਠੁਕਰ ਖਾਵੇ ਤਾਂ ਉਹਨੂੰ ਕੱਢ ਕੇ ਆਪਣੇ ਕੋਲੋਂ ਸੁੱਟ ਦੇ ਕਿਉਂ ਜੋ ਤੇਰੇ ਲਈ ਇਹੋ ਭਲਾ ਹੈ ਕਿ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ ਹੋਵੇ ਪਰ ਤੇਰਾ ਸਾਰਾ ਸਰੀਰ ਨਰਕ ਵਿੱਚ ਸੁੱਟਿਆ ਨਾ ਜਾਵੇ ਅਤੇ ਜਿਤਨਾ ਸੱਜਾ ਹੱਥ ਤੈਨੂੰ ਠੁਕਰ ਖਾਵੇ ਤਾਂ ਉਹਨੂੰ ਵੱਢ ਕੇ ਆਪਣੇ ਕੋਲ ਸੁੱਟ ਦੇ ਕਿਉਂਕਿ ਤੇਰੇ ਲਈ ਇਹੋ ਪਲ ਹੈ ਕਿ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ ਹੋਵੇ ਪਰ ਤੇਰਾ ਸਾਰਾ ਸਰੀਰ ਨਰਕ ਵਿੱਚ ਨਾ ਜਾਵੇ ਅਤੇ ਇਹ ਵੀ ਕਿਹਾ ਗਿਆ ਸੀ ਪਈ ਜਿਹੜਾ ਆਪਣੀ ਤੀਵੀ ਨੂੰ ਤਿਆਗੇ ਉਹ ਉਸ ਨੂੰ ਤਿਆਗ ਪੱਤਰੀ ਲਿਖ ਦੇਵੇ ਪਰ ਮੈਂ ਤੁਹਾਨੂੰ ਆਖਦਾ ਹਾਂ ਪਈ ਜਿਹੜਾ ਆਪਣੀ ਤੀਵੀ ਨੂੰ ਹਰਾਮ ਕਰੇ ਤੋਂ ਛੁੱਟ ਕਿਸੇ ਹੋਰ ਸਬਬ ਨਾਲ ਤਿਆਗੇ ਉਹ ਉਸ ਕੋਲੋਂ ਜ਼ਨਾ ਕਰਾਉਂਦਾ ਹੈ ਅਤੇ ਜੇ ਕੋਈ ਉਸ ਤਿਆਗੀ ਹੁਈ ਨਾਲ ਵਿਆਹ ਕਰੇ ਸੋ ਜਨਾ ਕਰਦਾ ਹੈ ਫੇਰ ਤੁਸੀਂ ਸੁਣਿਆ ਹੈ ਜੋ ਅਗਲਿਆਂ ਨੂੰ ਇਹ ਕਿਹਾ ਗਿਆ ਸੀ ਭਈ ਤੂੰ ਝੂਠੀ ਸੌ ਨਾ ਖਾ ਪਰ ਪ੍ਰਭੂ ਦੇ ਲਈ ਆਪਣੀਆਂ ਸੌਹਾਂ ਪੂਰੀਆਂ ਕਰ ਪਰ ਮੈਂ ਤੁਹਾਨੂੰ ਆਖਦਾ ਭਈ ਕਦੇ ਵੀ ਸੌ ਨਾ ਖਾਣੀ ਨਾ ਆਕਾਸ਼ ਦੀ ਇਸ ਲਈ ਜੋ ਪਰਮੇਸ਼ਰ ਦਾ ਸਿੰਘ ਆਸਨ ਹੈ ਅਤੇ ਨਾ ਧਰਤੀ ਦੀ ਇਸ ਲਈ ਜੋ ਉਹ ਉਸਦੇ ਚਰਨਾਂ ਦੀ ਚੌਂਕੀ ਹੈ ਅਤੇ ਨਾ ਯਰੂਸ਼ਲਮ ਦੀ ਜੋ ਉਹ ਮਹਾਰਾਜ ਦਾ ਸ਼ਹਿਰ ਹੈ ਅਤੇ ਨਾ ਆਪਣੇ ਸਿਰ ਦੀ ਸੌਖਾ ਕਿਉਂ ਜੋ ਤੂੰ ਇੱਕ ਵਾਲ ਨੂੰ ਧੋਲਾ ਜਾਂ ਕਾਲਾ ਨਹੀਂ ਕਰ ਸਕਦਾ ਪਰ ਤੁਹਾਡੇ ਬੋਲਨ ਵਿੱਚ ਹਾਂ ਦੀ ਹਾਂ ਅਤੇ ਨਾ ਦੀ ਨਾ ਹੋਵੇ ਔਰ ਜੋ ਇਹਨਾਂ ਤੋਂ ਵੱਧ ਹੈ ਸੋ ਬਦਿਤ ਹੁੰਦਾ ਹੈ ਤੁਸੀਂ ਸੁਣਿਆ ਹੈ ਜੋ ਕਿਹਾ ਗਿਆ ਸੀ ਕਿ ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ ਪਰ ਮੈਂ ਤੁਹਾਨੂੰ ਆਖਦਾ ਹਾਂ ਜੋ ਦੁਸ਼ਟ ਦਾ ਸਾਹਮਣਾ ਨਾ ਕਰਨਾ ਸਗੋ ਜੋ ਕੋਈ ਤੇਰੀ ਸਜੀ ਗੱਲ ਹੋਤੇ ਚਿਪੇੜ ਮਾਰੇ ਤਾਂ ਦੂਈ ਵੀ ਉਹਦੀ ਵੱਲ ਪਵਾ ਦੇ ਅਤੇ ਜਿਹੜਾ ਤੇਰੇ ਉੱਤੇ ਨਾਲਿਸ਼ ਕਰਕੇ ਤੇਰਾ ਕੁਰਤਾ ਲੈਣਾ ਚਾਹੇ ਤਾਂ ਉਹਨੂੰ ਚਾਦਰ ਵੀ ਲੈਣ ਦੇ ਅਤੇ ਜੇ ਕੋਈ ਤੈਨੂੰ ਇੱਕ ਕੋ ਵਗਾਰ ਲੈ ਜਾਵੇ ਤਾਂ ਉਹਦੇ ਨਾਲ ਦੋ ਕੋ ਚੱਲ ਜਾ ਜਿਹੜਾ ਤੈਥੋਂ ਮੰਗੇ ਉਹਨੂੰ ਦੇ ਅਤੇ ਜੋ ਤੇਰੇ ਕੋਲ ਉਧਾਰ ਮੰਗੇ ਉਸ ਤੋਂ ਮੂੰਹ ਨਾ ਮੋੜ ਤੁਸੀਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ ਤੂੰ ਆਪਣੇ ਗੋਢੀ ਨਾਲ ਪਿਆਰ ਕਰ ਅਤੇ ਆਪਣੇ ਵੈਰੀ ਨਾਲ ਵੈਰ ਰੱਖ ਪਰ ਮੈਂ ਤੁਹਾਨੂੰ ਆਖਦਾ ਪਈ ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਜੋ ਤੁਹਾਨੂੰ ਸਤਾਉਣ ਉਹਨਾਂ ਲਈ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਆਪਣੇ ਪਿਤਾ ਦੇ ਜਿਹੜਾ ਸੁਰਗ ਵਿੱਚ ਹੈ ਪੁੱਤਰ ਹੋਵੋ ਕਿਉਂਕਿ ਜੋ ਉਹ ਆਪਣਾ ਸੂਰਜ ਬੁਰਿਆਂ ਅਤੇ ਭਲਿਆਂ ਉੱਤੇ ਚਾੜ੍ਹਦਾ ਹੈ ਅਤੇ ਧਰਮੀਆਂ ਅਤੇ ਕੁਧਰਮੀਆਂ ਉੱਤੇ ਮੀਂਹ ਵਰਸਾਉਂਦਾ ਹੈ ਜੇ ਤੁਸੀਂ ਉਹਨਾਂ ਨਾਲ ਹੀ ਪਿਆਰ ਕਰੋ ਜਿਹੜੇ ਤੁਹਾਡੇ ਨਾਲ ਪਿਆਰ ਕਰਦੇ ਹਨ ਤਾਂ ਤੁਹਾਡਾ ਕੀ ਫਲ ਹੈ ਪਲਾਂ ਮਸੂਲੀਏ ਵੀ ਇਹੋ ਨਹੀਂ ਕਰਦੇ ਅਤੇ ਜੇਕਰ ਤੁਸੀਂ ਨਿਹਰਾ ਆਪਣੇ ਭਾਈਆਂ ਨੂੰ ਪ੍ਰਣਾਮ ਕਰੋ ਤਾਂ ਤੁਸੀਂ ਕੀ ਵੱਧ ਕਰਦੇ ਹੋ ਪਲਾਂ ਪਰਾਈਆਂ ਕੋਮ ਦੇ ਲੋਕ ਵੀ ਇਹੋ ਨਹੀਂ ਕਰਦੇ ਸੋ ਜਿਵੇਂ ਤੁਹਾਡਾ ਸੁਰਗੀ ਪਿਤਾ ਸੰਪੂਰਨ ਹੈ ਤਿਵੇਂ ਤੁਸੀਂ ਵੀ ਸੰਪੂਰਨ ਹੋਵੋ ਮੱਤੀ ਅਧਿਆਇ 6 ਖਬਰਦਾਰ ਤੁਸੀਂ ਆਪਣੇ ਧਰਮ ਦੇ ਕੰਮ ਮਨੁੱਖਾਂ ਦੇ ਸਾਹਮਣੇ ਉਹਨਾਂ ਨੂੰ ਵਿਖਾਉਣ ਲਈ ਨਾ ਕਰੋ ਨਹੀਂ ਤਾਂ ਤੁਹਾਡੇ ਪਿਤਾ ਕੋਲ ਜਿਹੜਾ ਸੁਰਗ ਵਿੱਚ ਹੈ ਤੁਹਾਡਾ ਕੁਝ ਫਲ ਨਹੀਂ ਸੋ ਜਾਂ ਤੂੰ দান ਕਰੇ ਆਪਣੇ ਮੂਰੇ ਤੁਰੀ ਨਾ ਬਜਵਾ ਜਿਸ ਪ੍ਰਕਾਰ ਕਪਟੀ ਸਮਾਜਾਂ ਅਤੇ ਰਸਤਿਆਂ ਵਿੱਚ ਕਰਦੇ ਹਨ ਭਈ ਲੋਕ ਉਹਨਾਂ ਦੀ ਵਡਾਈ ਕਰਨ ਮੈਂ ਤੁਹਾਨੂੰ ਸੱਤ ਆਖਦਾ ਹਾਂ ਜੋ ਉਹ ਆਪਣਾ ਫਲ ਪਾ ਚੁੱਕੇ ਪਰ ਜਾਂ ਤੂੰ দান ਕਰੇ ਤਾਂ ਜੋ ਕੁਝ ਤੇਰਾ ਸੱਜਾ ਹੱਥ ਕਰਦਾ ਹੈ ਤੇਰਾ ਖੱਬਾ ਹੱਥ ਨਾ ਜਾਣੇ ਪਈ ਤੇਰਾ ਦਾਨ ਗੁਪਤ ਵਿੱਚ ਹੋਵੇ ਅਤੇ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਹੈ ਤੈਨੂੰ ਫਲ ਦੇਵੇ ਅਤੇ ਜਾਂ ਤੁਸੀਂ ਪ੍ਰਾਰਥਨਾ ਕਰੋ ਤਾਂ ਕਪੜੀਆਂ ਵਾਂਗੂ ਨਾ ਹੋ ਕਿਉਂ ਜੋ ਉਹ ਸਮਾਜਾਂ ਅਤੇ ਚੌਂਕਾਂ ਦੇ ਖੁੰਝੇ ਵਿੱਚ ਖੜੇ ਹੋ ਕੇ ਪ੍ਰਾਰਥਨਾ ਕਰਨੀ ਪਸੰਦ ਕਰਦੇ ਹਨ ਜੋ ਮਨੁੱਖ ਉਹਨਾਂ ਨੂੰ ਵੇਖਣ ਮੈਂ ਤੁਹਾਨੂੰ ਸੱਤ ਆਖਦਾ ਹਾਂ ਜੋ ਉਹ ਆਪਣਾ ਫਲ ਪਾ ਚੁੱਕੇ ਪਰ ਜਾਂ ਤੂੰ ਪ੍ਰਾਰਥਨਾ ਕਰੇ ਤਾਂ ਆਪਣੀ ਕੋਠੜੀ ਵਿੱਚ ਵੜ ਅਤੇ ਆਪਣਾ ਬੂਹਾ ਭੇੜ ਕੇ ਆਪਣੇ ਪਿਤਾ ਤੋਂ ਜਿਹੜਾ ਗੁਪਤ ਹੈ ਪ੍ਰਾਰਥਨਾ ਕਰ ਅਤੇ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਹੈ ਤੈਨੂੰ ਫਲ ਦੇਵੇਗਾ ਅਤੇ ਤੁਸੀਂ ਪ੍ਰਾਰਥਨਾ ਕਰਦਿਆਂ ਹੋਇਆਂ ਪਰਾਇਆ ਕੋਮਾਂ ਦੇ ਲੋਕਾਂ ਵਾਂਗਰ ਬਕਬਕ ਨਾ ਕਰੋ ਕਿਉਂਕਿ ਉਹ ਸਮਝਦੇ ਹਨ ਪੈਸਾਰੇ ਬਹੁਤ ਬੋਲਣ ਕਰਕੇ ਸਾਡੀ ਸੁਣੀ ਜਾਵੇਗੀ ਸੋ ਤੁਸੀਂ ਉਹਨਾਂ ਵਰਗੇ ਨਾ ਹੋਵੋ ਕਿਉਂ ਜੋ ਤੁਹਾਡਾ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਪਿਤਾ ਨੂੰ ਕਿੰਨਾ-ਕਿੰਨਾ ਅਵਸਥਾ ਦੀ ਲੋੜ ਹੈ ਸੋ ਤੁਸੀਂ ਇਸ ਵਿਧ ਨਾਲ ਪ੍ਰਾਰਥਨਾ ਕਰੋ हे ਸਾਡੇ ਪਿਤਾ ਜਿਹੜਾ ਸੁਰਗ ਵਿੱਚ ਹੈ ਤੇਰਾ ਨਾਮ ਪਾਕ ਮੰਨਿਆ ਜਾਵੇ ਤੇਰਾ ਰਾਜ ਆਵੇ ਤੇਰੀ ਮਰਜ਼ੀ ਜੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਿਵੇਂ ਉੱਤੇ ਵੀ ਹੋਵੇ ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ ਸਾਡੇ ਕਰਜ਼ ਸਾਨੂੰ ਮਾਫ ਕਰ ਜਿਵੇਂ ਅਸਾਂ ਵੀ ਆਪਣੇ ਕਰਜ਼ਾਈਆਂ ਨੂੰ ਮਾਫ ਕੀਤਾ ਹੈ ਅਤੇ ਸਾਨੂੰ ਪਰਤਾਵੇ ਵਿੱਚ ਨਾ ਲਿਆ ਸਗੋਂ ਬ੍ਰਹਿਤ ਬਚਾ ਕਿਉਂ ਜੋ ਤੁਸੀਂ ਮਨੁੱਖਾਂ ਨੂੰ ਉਹਨਾਂ ਦੇ ਅਪਰਾਧ ਮਾਫ ਕਰ ਦਿਓ ਤਾਂ ਤੁਹਾਡਾ ਸੁਰਗੀ ਪਿਤਾ ਤੁਹਾਨੂੰ ਵੀ ਮਾਫ ਕਰ ਦੇਵੇਗਾ ਪਰ ਜੇ ਤੁਸੀਂ ਮਨੁੱਖਾਂ ਨੂੰ ਉਹਨਾਂ ਦੇ ਅਪਰਾਧ ਮਾਫ ਨਾ ਕਰੋ ਤਾਂ ਤੁਹਾਡਾ ਪਿਤਾ ਵੀ ਤੁਹਾਡੇ ਅਪਰਾਧ ਮਾਫ ਨਾ ਕਰੇਗਾ ਅਤੇ ਜਾਂ ਤੁਸੀਂ ਵਰਤ ਰੱਖੋ ਤਾਂ ਕਪਟੀਆਂ ਵਾਂਗੂ ਮੂੰਹ ਉਦਾਸ ਨਾ ਬਣਾਓ ਕਿਉਂ ਜੋ ਉਹ ਆਪਣੇ ਮੂੰਹ ਇਸ ਲਈ ਵਿਗਾੜਦੇ ਹਨ ਪਈ ਉਹ ਮੁਨਖਾਂ ਨੂੰ ਵਰਤੀ ਮਲੂਮ ਹੋਣ ਮੈਂ ਤੁਹਾਨੂੰ ਸੱਤ ਅਖਦਾ ਹਾਂ ਪਈ ਉਹ ਆਪਣਾ ਫਲ ਪਾ ਚੁਕੇ ਪਰ ਜਾਂ ਤੂੰ ਵਰਤ ਰੱਖੇ ਤਾਂ ਆਪਣੇ ਸਿਰ ਉਤੇ ਤੇਲ ਲਾ ਅਤੇ ਆਪਣਾ ਮੂੰਹ ਤੋਂ ਤੂੰ ਮੁਨਖਾਂ ਨੂੰ ਨਹੀਂ ਪਰ ਆਪਣੇ ਪਿਤਾ ਨੂੰ ਜਿਹੜਾ ਗੁਪਤ ਵਿੱਚ ਹੈ ਵਰਤੀ ਮਲੂਮ ਹੋਵੇ ਅਤੇ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਹੈ ਤੈਨੂੰ ਫਲ ਦੇਵੇਗਾ ਆਪਣੇ ਲਈ ਧਰਤੀ ਉਤੇ ਤਨ ਨਾ ਜੋੜੋ ਜਿੱਥੇ ਕੀੜਾ ਅਤੇ ਜੰਗਾਲ ਵਿਗਾੜਦਾ ਹੈ ਔਰ ਜਿੱਥੇ ਚੋਰ ਸਨ ਮਾਰਦੇ ਅਤੇ ਚੁਰਾਉਂਦੇ ਹਨ ਪਰ ਸੁਰਗ ਵਿੱਚ ਆਪਣੇ ਲਈ ਤਨ ਜੋੜੋ ਜਿੱਥੇ ਨਾ ਕੀੜਾ ਨਾ ਜੰਗਾਲ ਵਿਗਾੜਦਾ ਹੈ ਔਰ ਜਿੱਥੇ ਚੋਰ ਨਾ ਸਨ ਮਾਰਦੇ ਨਾ ਚੁਰਾਉਂਦੇ ਹਨ ਕਿਉਂਕਿ ਜਿੱਥੇ ਤੇਰਾ ਤਨ ਹੈ ਉਥੇ ਤੇਰਾ ਮਨ ਵੀ ਹੋਵੇਗਾ ਸਰੀਰ ਦਾ ਦੀਵਾ ਅੱਖ ਹੈ ਇਸ ਲਈ ਜੇ ਤੇਰੀ ਅੱਖ ਨਿਰਮਲ ਹੋਵੇ ਤਾਂ ਤੇਰਾ ਸਾਰਾ ਸਰੀਰ ਚਾਂਦਨ ਹੋਵੇਗਾ ਪਰ ਜੇ ਤੇਰੀ ਅੱਖ ਬੁਰੀ ਹੋਵੇ ਤਾਂ ਤੇਰਾ ਸਾਰਾ ਸਰੀਰ ਹਨੇਰਾ ਹੋ ਜਾਵੇਗਾ ਸੋਜੇ ਤੇਰੇ ਅੰਦਰ ਦਾ ਚਾਨਣ ਹਨੇਰਾ ਹੋਵੇ ਤਾਂ ਕਿੱਡਾ ਹਨੇਰਾ ਹੋਵੇਗਾ ਕੋਈ ਮਨੁੱਖ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ ਕਿਉਂ ਜੋ ਇੱਕ ਨਾਲ ਵੈਰ ਅਤੇ ਦੂਏ ਨਾਲ ਪ੍ਰੀਤ ਰੱਖੇਗਾ ਜਾਂ ਇੱਕ ਨਾਲ ਮਿਲੇ ਰਹੇਗਾ ਅਤੇ ਦੂਏ ਨੂੰ ੁੱਟ ਜਾਣੇਗਾ ਤੁਸੀਂ ਪਰਮੇਸ਼ਰ ਅਤੇ ਮਾਇਆ ਦੋਹਾਂ ਦੀ ਸੇਵਾ ਨਹੀਂ ਕਰ ਸਕਦੇ ਹੋ ਇਸ ਕਰਕੇ ਮੈਂ ਤੁਹਾਨੂੰ ਆਖਦਾ ਹਾਂ ਜੋ ਆਪਣੇ ਪ੍ਰਾਣਾਂ ਦੇ ਲਈ ਚਿੰਤਾ ਨਾ ਕਰੋ ਭਈ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ ਅਤੇ ਨਾ ਆਪਣੇ ਸਰੀਰ ਦੇ ਲਈ ਜੋ ਕੀ ਪਹਿਨਾਂਗੇ ਭਲਾ ਪ੍ਰਾਣ ਭੋਜਨ ਨਾਲੋਂ ਅਤੇ ਸਰੀਰ ਬਸਤਰ ਨਾਲੋਂ ਵਧੇਕ ਨਹੀਂ ਆਕਾਸ਼ ਦੇ ਪੰਛੀਆਂ ਵੱਲ ਧਿਆਨ ਕਰੋ ਜੋ ਉਹ ਨਾ ਬੀਜਦੇ ਹਨ ਨਾ ਵੜਦੇ ਹਨ ਅਤੇ ਨਾ ਹੀ ਢੋਲਿਆਂ ਵਿੱਚ ਇਕੱਠੇ ਕਰਦੇ ਹਨ ਪਰ ਤੁਹਾਡਾ ਸੁਰਗੀ ਪਿਤਾ ਉਹਨਾਂ ਦੀ ਪਿਰਤ ਪਾਲ ਕਰਦਾ ਹੈ ਭਲਾ ਤੁਸੀਂ ਉਹਨਾਂ ਨਾਲੋਂ ਉੱਤਮ ਨਹੀਂ ਹੋ ਅਤੇ ਤੁਹਾਡੇ ਵਿੱਚੋਂ ਉਹ ਕਿਹੜਾ ਹੈ ਜਿਹੜਾ ਚਿੰਤਾ ਕਰਕੇ ਆਪਣੀ ਉਮਰ ਨੂੰ ਇੱਕ ਪਲ ਵਧਾ ਸਕਦਾ ਹੈ ਅਤੇ ਬਸਤਰ ਲਈ ਕਾਹਨੂੰ ਚਿੰਤਾ ਕਰਦੇ ਹੋ ਜੰਗਲੀ ਸੋਸਨਾ ਨੂੰ ਵੇਖੋ ਜੋ ਉਹ ਕਿਕਰ ਵੱਧਦੇ ਹਨ ਉਹ ਨਾ ਮਿਹਨਤ ਕਰਦੇ ਨਾ ਕੱਟਦੇ ਹਨ ਪਰ ਮੈਂ ਤੁਹਾਨੂੰ ਕਹਿੰਦਾ ਹਾਂ ਭਈ ਸੁਲੇਮਾਨ ਵੀ ਆਪਣੀ ਸਾਰੀ ਭੜਕ ਵਿੱਚ ਇਹਨਾਂ ਵਿੱਚੋਂ ਇੱਕ ਜਿਹਾ ਪੈਨਿਆ ਹੋਇਆ ਨਾ ਸੀ ਸੋ ਜਾਂ ਪਰਮੇਸ਼ਰ ਜੰਗਲੀ ਬੂਟੀ ਨੂੰ ਜਿਹੜੀ ਅੱਜ ਹੈ ਅਤੇ ਭਲਕੇ ਤੰਦੂਰ ਵਿੱਚ ਝੋਕੀ ਜਾਂਦੀ ਅਜਿਹਾ ਪੈਨਾਉਂਦਾ ਹੈ ਤਾਂ ਇਹ ਥੋੜੀ ਪ੍ਰਤੀਤ ਵਾਲਿਓ ਪਰ ਉਹ ਤੁਹਾਨੂੰ ਇਸ ਤੋਂ ਵੱਧ ਨਾ ਬਣਾਵੇਗਾ ਸੋ ਤੁਸੀਂ ਚਿੰਤਾ ਕਰਕੇ ਇਹ ਨਾ ਕਹੋ ਭਈ ਕੀ ਖਾਵਾਂਗੇ ਜਾਂ ਕੀ ਪੀਵਾਂਗੇ ਜਾਂ ਕੀ ਪਹਿਨਾਂਗੇ ਪਰਾਈਆਂ ਕੋਮੋਂ ਦੇ ਲੋਕ ਇਹਨਾਂ ਸਭਨਾ ਵਸਤਾਂ ਨੂੰ ਭਾਲਦੇ ਹਨ ਕਿਉਂਕਿ ਤੁਹਾਡਾ ਸੁਰਗੀ ਪਿਤਾ ਜਾਣਦਾ ਹੈ ਜੋ ਤੁਹਾਨੂੰ ਇਹਨਾਂ ਸਭਨਾ ਵਸਤਾਂ ਦੀ ਲੋੜ ਹੈ ਪਰ ਤੁਸੀਂ ਪਹਿਲਾਂ ਉਹਦੇ ਰਾਜ ਅਤੇ ਉਹਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਇਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ ਸੋ ਤੁਸੀਂ ਪਲਕ ਦੇ ਲਈ ਚਿੰਤਾ ਨਾ ਕਰੋ ਕਿਉਂ ਜੋ ਪਲਕ ਆਪਣੇ ਲਈ ਆਪੇ ਚਿੰਤਾ ਕਰੇਗਾ ਅੱਜ ਦੇ ਲਈ ਅੱਜ ਹੀ ਦਾ ਦੁੱਖ ਬਥੇਰਾ ਹੈ ਮੱਤੀ ਅਜਾਏ ਸਤ ਦੋਸ਼ ਨਾ ਲਾਓ ਤਾਂ ਜੋ ਤੁਹਾਡੇ ਉੱਤੇ ਦੋਸ਼ ਲਾਇਆ ਨਾ ਜਾਏ ਕਿਉਂਕਿ ਜਿਸ ਨਿਯਮ ਨਾਲ ਤੁਸੀਂ ਦੋਸ਼ ਲਾਉਂਦੇ ਹੋ ਉਸੇ ਨਾਲ ਤੁਹਾਡੇ ਉੱਤੇ ਵੀ ਦੋਸ਼ ਲਾਇਆ ਜਾਵੇਗਾ ਹਥੀ ਜਿਸ ਮੇਪ ਨਾਲ ਤੁਸੀਂ ਮਿਣਦੇ ਹੋ ਉਸੇ ਨਾਲ ਤੁਹਾਡੇ ਲਈ ਮਿਣਾ ਜਾਵੇਗਾ ਅਤੇ ਤੂੰ ਉਸ ਕੱਖ ਨੂੰ ਜਿਹੜਾ ਤੇਰੇ ਭਾਈ ਦੀ ਅੱਖ ਵਿੱਚ ਹੈ ਕਿਉਂ ਵੇਖਦਾ ਹੈ ਪਰ ਉਸ ਸ਼ਤਿਰ ਦੀ ਵੱਲ ਜੋ ਤੇਰੀ ਆਪਣੀ ਅੱਖ ਵਿੱਚ ਹੈ ਧਿਆਨ ਨਹੀਂ ਕਰਦਾ। अथवा ਕੀ ਕਰ ਤੂੰ ਆਪਣੇ ਭਾਈ ਨੂੰ ਆਖੇਗਾ ਲਿਆ ਤੇਰੀ ਅੱਖ ਵਿੱਚੋਂ ਕੱਖ ਕੱਢ ਸੋਟਾਂ ਅਤੇ ਵੇਖ ਤੇਰੀ ਆਪਣੀ ਅੱਖ ਵਿੱਚ ਸ਼ਤਿਰ ਹੈ। ਏ ਕਪੜੀ ਪਹਿਲਾਂ ਉਸ ਸ਼ਤਿਰ ਨੂੰ ਆਪਣੀ ਅੱਖੋਂ ਕੱਢ ਤਾਂ ਚੰਗੀ ਤਰ੍ਹਾਂ ਵੇਖ ਕੇ ਤੂੰ ਉਸ ਕੱਖ ਨੂੰ ਆਪਣੇ ਭਾਈ ਦੇਖੋ ਕੱਢ ਸਕੇਗਾ। ਪਵਿੱਤਰ ਵਸਤ ਕੁੱਤੇ ਆਂ ਨਾ ਪਾਉ ਅਤੇ ਆਪਣੇ ਮੋਤੀ ਸੁਨਾ ਅੱਗੇ ਨਾ ਸੁੱਟੋ ਕਿਤੇ ਇਹੋ ਨਾ ਹੋਵੇ ਜੋ ਉਹ ਉਹਨਾਂ ਨੂੰ ਆਪਣੇ ਪੈਰਾਂ ਹੇਠ ਮਿਦ ਦੇਣ ਅਤੇ ਮੁਰਕੇ ਤੁਹਾਨੂੰ ਪਾੜਨ ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ ਢੂੰਡੋ ਤਾਂ ਤੁਹਾਨੂੰ ਲੱਭੇਗਾ ਖੜਕਾਓ ਤਾਂ ਤੁਹਾਡੇ ਲਈ ਖੁੱਲ ਜਾਵੇਗਾ ਕਿਉਂਕਿ ਹਰੇਕ ਮੰਗਣ ਵਾਲਾ ਪਾ ਲੈਂਦਾ ਹੈ ਅਤੇ ਢੂੰਡਣ ਵਾਲੇ ਨੂੰ ਲੱਭਦਾ ਹੈ ਅਤੇ ਖੜਕਾਉਣ ਵਾਲੇ ਲਈ ਖੁੱਲ ਜਾਵੇਗਾ ਜਾਂ ਤੁਹਾਡੇ ਵਿੱਚੋਂ ਕਿਹੜਾ ਮਨੁੱਖ ਹੈ ਕਿ ਜੇ ਉਸ ਦਾ ਪੁੱਤਰ ਉਸ ਤੋਂ ਰੋਟੀ ਮੰਗੇ ਤਾਂ ਉਹਨੂੰ ਪੱਥਰ ਦੇਵੇ ਅਤੇ ਜੇ ਮੱਛੀ ਮੰਗੇ ਤਾਂ ਉਹਨੂੰ ਸੱਪ ਦੇਵੇ ਸੋ ਜੇ ਤੁਸੀਂ ਬੁਰੀ ਹੋ ਕੇ ਆਪਣੇ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਕਿੰਨਾ ਵਧੇਕ ਤੁਹਾਡਾ ਸੁਰਗੀ ਪਿਤਾ ਆਪਣੇ ਮੰਗਣ ਵਾਲਿਆਂ ਨੂੰ ਚੰਗੀਆਂ ਅਵਸਥਾ ਦੇਵੇਗਾ ਸੋ ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਹਨਾਂ ਨਾਲ ਉਵੇਂ ਕਰੋ ਕਿਉਂਕਿ ਜੋ ਤਰੇਤ ਅਤੇ ਨਬੀਆਂ ਦਾ ਇਹੋ ਮਤਲਬ ਹੈ ਪੀੜੇ ਫਾਟਕ ਤੋਂ ਵੜੋ ਕਿਉਂ ਜੋ ਮੁਕਲਾ ਹੈ ਉਹ ਫਾਟਕ ਅਤੇ ਖੁੱਲਾ ਹੈ ਉਹ ਰਾ ਜਿਹੜਾ ਨਾਸ ਨੂੰ ਜਾਂਦਾ ਹੈ ਔਰ ਬਹੁਤੇ ਹਨ ਜਿਹੜੇ ਉਸ ਉੱਤੇ ਜਾਂਦੇ ਹਨ ਅਤੇ ਪੀੜਾ ਹੈ ਉਹ ਫਾਟਕ ਅਤੇ ਸੋੜਾ ਹੈ ਉਹ ਰਾ ਜਿਹੜਾ ਜੀਵਨ ਨੂੰ ਜਾਂਦਾ ਹੈ ਅਤੇ ਜੋ ਉਸ ਨੂੰ ਲੱਭਦੇ ਹਨ ਸੋ ਵਿਰਲੇ ਹਨ ਝੂਠੇ ਨਵੀਆਂ ਤੋਂ ਹੁਸ਼ਿਆਰ ਰਹੋ ਜਿਹੜੇ ਤੁਹਾਡੇ ਕੋਲ ਪੀੜਾਂ ਦੇ ਪੇਸ ਵਿੱਚ ਆਉਂਦੇ ਹਨ ਪਰ ਅੰਦਰੋਂ ਉਹ ਪਾੜਨ ਵਾਲੇ ਬਗਿਆੜ ਹਨ ਤੁਸੀਂ ਉਹਨਾਂ ਦੇ ਫਲਾਂ ਤੋਂ ਉਹਨਾਂ ਨੂੰ ਪਛਾਣੋਗੇ ਪਲਾ ਕੰਡਿਆਲੀਆਂ ਤੋਂ ਦਾਖ ਜਾਂ ਊਂਟ ਕਟਾਰਿਆਂ ਤੋਂ ਹੰਜੀਰ ਤੋੜਦੇ ਹਨ ਇਸੇ ਪ੍ਰਕਾਰ ਹਰ ਇੱਕ ਅੱਛਾ ਬਿਰਚ ਚੰਗਾ ਫਲ ਦਿੰਦਾ ਹੈ ਪਰ ਮਾੜਾ ਬਿਰਚ ਬੁਰਾ ਫਲ ਦਿੰਦਾ ਹੈ ਅੱਛਾ ਬਿਰਚ ਬੁਰਾ ਫਲ ਨਹੀਂ ਦੇ ਸਕਦਾ ਅਤੇ ਨਾ ਮਾੜਾ ਬਿਰਚ ਚੰਗਾ ਫਲ ਦੇ ਸਕਦਾ ਹੈ ਹਰ ਇੱਕ ਬਿਰਚ ਜਿਹੜਾ ਚੰਗਾ ਫਲ ਨਹੀਂ ਦਿੰਦਾ ਵੱਢਿਆ ਅਤੇ ਅੱਗੇ ਵਿੱਚ ਸੁੱਟਿਆ ਜਾਂਦਾ ਹੈ ਸੋ ਤੁਸੀਂ ਉਹਨਾਂ ਦੇ ਫਲਾਂ ਤੋਂ ਉਹਨਾਂ ਨੂੰ ਪਛਾਣੋਗੇ ਨਾ ਹਰੇਕ ਜਿਹੜਾ ਮੈਨੂੰ ਪ੍ਰਭੂ ਪ੍ਰਭੂ ਕਹਿੰਦਾ ਹੈ ਸੁਰਗ ਦੇ ਰਾਜ ਵਿੱਚ ਵੜੇਗਾ ਬਲਕਿ ਉਹ ਜੋ ਮੇਰੇ ਸੁਰਗੀ ਪਿਤਾ ਦੀ ਮਰਜ਼ੀ ਉਤੇ ਚੱਲਦਾ ਹੈ ਉਸ ਦਿਨ ਅਨੇਕ ਮੈਨੂੰ ਆਖਣਗੇ हे ਪ੍ਰਭੂ हे ਪ੍ਰਭੂ ਕਿ ਅਸਾਂ ਤੇਰਾ ਨਾਮ ਲੈ ਕੇ ਅਗੰਬ ਵਾਕ ਨਹੀਂ ਕੀਤਾ ਅਤੇ ਤੇਰਾ ਨਾਮ ਲੈ ਕੇ ਪੂਤ ਨਹੀਂ ਕੱਢੇ ਅਤੇ ਤੇਰਾ ਨਾਮ ਲੈ ਕੇ ਬਹੁਤੀਆਂ ਕਰਾਮਾਤਾ ਨਹੀਂ ਕੀਤੀਆਂ ਤਦ ਮੈਂ ਉਹਨਾਂ ਨੂੰ ਸਾਫ਼ ਆਖਾਂਗਾ ਪਈ ਮੈਤ ਨੂੰ ਕਦੇ ਨਹੀਂ ਜਾਣਿਆ हे ਬੁਰਿਆਰੋ ਮੇਰੇ ਕੋਲੋਂ ਜਾਓ ਸੋ ਹਰੇਕ ਜੋ ਇਹ ਬਚਨ ਸੁਣਦਾ ਅਤੇ ਉਹਨਾਂ ਤੇ ਚੱਲਦਾ ਹੈ ਉਹ ਉਸ ਬੁੱਧਵਾਨ ਵਰਗਾ ਜਾਣਿਆ ਜਾਵੇਗਾ ਜਿਨੇ ਪੱਥਰ ਉੱਤੇ ਆਪਣਾ ਘਰ ਬਣਾਇਆ ਅਤੇ ਮੀ ਵਰਿਆ ਅਤੇ ਹੜ ਆਏ ਅਤੇ ਹਨੇਰੀਆਂ ਵਗੀਆਂ ਔਰ ਉਸ ਘਰ ਨੂੰ ਧੱਕਾ ਮਾਰਿਆ ਪਰ ਉਹ ਨਾ ਡਿੱਗਿਆ ਕਿਉਂਕਿ ਉਹਦੀ ਨਿਉ ਪੱਥਰ ਉੱਤੇ ਧਰੀ ਹੋਈ ਸੀ ਅਤੇ ਹਰੇਕ ਜੋ ਮੇਰੇ ਇਹ ਬਚਨ ਸੁਣਦਾ ਅਤੇ ਉਹਨੋ ਅਤੇ ਨਹੀਂ ਚਲਦਾ ਉਹ ਉਸ ਮੂਰਖ ਵਰਗਾ ਠਰਾਇਆ ਜਾਵੇਗਾ ਜਿਨੇ ਆਪਣਾ ਘਰ ਰੇਤ ਉਤੇ ਬਣਾਇਆ ਅਤੇ ਮੀਂਹ ਵਰਿਆ ਅਤੇ ਹੜ ਆਏ ਅਤੇ ਅਨੇਰੀਆਂ ਵਗੀਆਂ ਅਤੇ ਉਸ ਘਰ ਨੂੰ ਧੱਕਾ ਮਾਰਿਆ ਅਤੇ ਉਹ ਟੈਪਿਆ ਅਤੇ ਉਹਦਾ ਵੱਡਾ ਨਾਸ ਹੋਇਆ ਅਤੇ ਇਉਂ ਹੋਇਆ ਕਿ ਜਾਂ ਯਿਸੂ ਇਹ ਗੱਲਾਂ ਕਰ ਹਟਿਆ ਤਾਂ ਪੀੜ ਉਹਦੀ ਉਪਦੇਸ਼ ਤੋਂ ਹੈਰਾਨ ਹੋਈ ਕਿਉਂਕਿ ਉਹ ਉਹਨਾਂ ਦੇ ਗ੍ਰੰਥੀਆਂ ਵਾਂਗੂ ਨਹੀਂ ਪਰ ਇਖਤਿਆਰ ਵਾਲੇ ਵਾਂਗੂ ਉਹਨਾਂ ਨੂੰ ਉਪਦੇਸ਼ ਦਿੰਦਾ ਸੀ ਮੱਤੀ ਅਜੇ 8 ਜਾਂ ਉਹ ਪਹਾੜ ਉਤਰਿਆ ਤਾਂ ਵੱਡੀ ਭੀੜ ਉਹਦੇ ਮਗਰ ਲੱਗ ਪਈ ਅਤੇ ਵੇਖੋ ਇੱਕ ਕੁੜੀ ਨੇ ਕੋਲ ਆਣ ਕੇ ਉਸ ਅੱਗੇ ਮੱਥਾ ਟੇਕਿਆ ਅਤੇ ਕਿਹਾ ਪ੍ਰਭੂ ਜੀ ਜੇ ਤੂੰ ਚਾਹੇ ਤਾਂ ਮੈਨੂੰ ਸ਼ੁੱਧ ਕਰ ਸਕਦਾ ਹੈ ਤਾਂ ਉਸਨੇ ਹੱਥ ਲੰਮਾ ਕਰਕੇ ਉਹਨੂੰ ਛੋਇਆ ਅਤੇ ਆਖਿਆ ਮੈਂ ਚਾਹੁੰਦਾ ਹਾਂ ਤੂੰ ਸ਼ੁੱਧ ਹੋ ਜਾ ਅਤੇ ਉਸੇ ਵੇਲੇ ਉਹਦਾ ਕੋੜ ਜਾਂਦਾ ਰਿਹਾ ਤਾਂ ਯਿਸੂ ਨੇ ਉਹਨੂੰ ਆਖਿਆ ਖਬਰਦਾਰ ਕਿਸੇ ਨੂੰ ਨਾ ਦੱਸੀ ਪਰ ਜਾ ਕੇ ਆਪਣਾ ਆਪ ਜਾਜਕ ਨੂੰ ਵਿਖਾ ਅਤੇ ਜਿਹੜੀ ਭੇਟ ਮੂਸਾ ਨੇ ਠਰਾਈ ਚੜ੍ਹਾ ਪਈ ਉਹਨਾਂ ਲਈ ਸਾਖੀ ਹੋਵੇ ਜਾਂ ਉਹ ਕਫਰਨਹੂਮ ਵਿੱਚ ਵੜਿਆ ਤਾਂ ਇੱਕ ਸੂਬੇਦਾਰ ਉਸ ਕੋਲ ਆਇਆ ਅਤੇ ਉਹਦੀ ਮਿੰਨਤ ਕਰਕੇ ਕਿਹਾ ਪ੍ਰਭੂ ਜੀ ਮੇਰਾ ਨੌਕਰ ਝੋਲੇ ਦਾ ਮਾਰਿਆ ਘਰ ਵਿੱਚ ਵੱਡਾ ਦੁਖੀ ਪਿਆ ਹੈ ਅਤੇ ਸੁਣੀ ਆਖਿਆ ਮੈਂ ਆਣ ਕੇ ਉਹਨੂੰ ਚੰਗਾ ਕਰ ਦਿਆਂਗਾ ਪਰ ਸੂਬੇਦਾਰ ਨੇ ਉੱਤਰ ਦਿੱਤਾ ਪ੍ਰਭੂ ਜੀ ਮੈਂ ਇਸ ਜੋਗ ਨਹੀਂ ਜੋ ਤੂੰ ਮੇਰੀ ਛੱਤ ਦੇ ਹੇਠਾਂ ਆਵੇਂ ਪਰ 네ਰਾ ਵਚਨ ਕਰ ਤਾਂ ਮੇਰਾ ਨੌਕਰ ਚੰਗਾ ਹੋ ਜਾਊ ਕਿਉਂਕਿ ਮੈਂ ਵੀ ਇੱਕ ਮਨੁੱਖ ਦੁਇਏ ਦੇ ਹੁਕਮ ਵਿੱਚ ਹਾਂ ਅਤੇ ਸਪਾਹੀਆਂ ਨੂੰ ਆਪਣੇ ਇਖਤਿਆਰ ਵਿੱਚ ਰੱਖਦਾ ਹਾਂ ਹਰ ਇੱਕ ਨੂੰ ਆਖਦਾ ਹਾਂ ਜਾ ਤਾਂ ਉਹ ਜਾਂਦਾ ਹੈ ਅਤੇ ਦੁਇਏ ਨੂੰ ਆ ਤੋ ਆਉਂਦਾ ਹੈ ਔਰ ਆਪਣੇ ਚਾਕਰ ਨੂੰ ਇਹ ਕਰ ਤਾ ਉਹ ਕਰਦਾ ਹੈ ਇਹ ਸੁਨੇ ਇਹ ਸੁਣ ਕੇ ਅਚਰਜ ਮੰਨਿਆ ਅਤੇ ਉਹਨਾਂ ਨੂੰ ਜਿਹੜੇ ਮਗਰਮਗਰ ਆਉਂਦੇ ਸਨ ਕਿਹਾ ਪਈ ਮੈਂ ਤੁਹਾਨੂੰ ਸਤ ਆਖਦਾ ਹਾਂ ਕਿ ਇਸਰਾਇਲ ਵਿੱਚ ਵੀ ਮੈਂ ਐਡੀ ਨਿਚਰ ਨਹੀਂ ਵੇਖੀ ਔਰ ਮੈਂ ਤੁਹਾਨੂੰ ਆਖਦਾ ਹਾਂ ਜੋ ਬਥੇਰੇ ਚੜਦੇ ਹੋ ਅਤੇ ਲੈਹਦੇ ਆਉਣਗੇ ਅਤੇ ਸੁਰਗ ਦੇ ਰਾਜ ਵਿੱਚ ਅਬਰਾਹਮ ਅਤੇ ਇਸਹਾਕ ਅਤੇ ਯਕੂਬ ਨਾਲ ਬੈਠਣਗੇ ਪਰ ਰਾਜ ਦੇ ਪੁੱਤਰ ਬਾਹਰ ਦੇ ਅੰਦਕੋਰ ਵਿੱਚ ਕੱਢੇ ਜਾਣਗੇ ਉੱਥੇ ਰੋਣਾ ਅਤੇ ਕਚੀਚੀਆਂ ਵਟਣਾ ਹੋਵੇਗਾ ਤਾਂ ਯਿਸੂ ਨੇ ਸੂਬੇਦਰ ਨੂੰ ਕਿਹਾ ਜਾ ਜਿਹਿਤੈ ਨੇਚਾ ਕੀਤੀ ਤੇਰੇ ਲਈ ਤੇਹਈ ਹੋਵੇ ਅਤੇ ਉਹ ਨੌਕਰ ਉਸੇ ਕੜੀ ਚੰਗਾ ਹੋ ਗਿਆ ਯਿਸੂ ਨੇ ਪੱਤਰ ਦੇ ਘਰ ਵਿੱਚ ਆਣ ਕੇ ਉਹਦੇ ਸਸ ਨੂੰ ਤਾਪ ਨਾਲ ਪਈ ਹੋਈ ਵੇਖਿਆ ਅਤੇ ਉਸ ਨੇ ਉਹਦਾ ਹੱਥ ਛੋਇਆ ਅਤੇ ਉਹਦਾ ਤਾਪ ਲੈ ਗਿਆ ਔਰ ਉਹਨੇ ਉੱਠ ਕੇ ਉਸ ਦੀ ਖਾਤਰ ਕੀਤੀ ਅਤੇ ਜਾਂ ਸੰਝ ਹੋਈ ਉਸ ਦੇ ਕੋਲ ਬਹੁਤਿਆਂ ਨੂੰ ਲਿਆਏ ਜਿਨ੍ਹਾਂ ਨੂੰ ਪੂਤ ਚਿਮੜੇ ਹੋਏ ਸਨ ਅਤੇ ਉਸ ਨੇ ਬਚਨ ਨਾਲ ਰੂਹ ਨੂੰ ਕਢ ਦਿੱਤਾ ਸਾਰੇ ਰੋਗੀਆਂ ਨੂੰ ਚੰਗਾ ਕੀਤਾ ਤਾਂ ਜੋ ਯਿਸਾਇਆ نبی ਦਾ ਉਹ ਵਾਕ ਪੂਰਾ ਹੋਵੇ ਭਈ ਉਹਨੇ ਆਪੇ ਸਾਡੀਆਂ ਮਾਦਗੀਆਂ ਲੈ ਲਈਆਂ ਅਤੇ ਰੋਗਾਂ ਨੂੰ ਚੁੱਕ ਲਿਆ ਤਦ ਯਿਸੂ ਨੇ ਬਹੁਤ ਗੀੜ ਆਪਣੇ ਚਿਹਰੇ ਵੇਖ ਕੇ ਪਾਰ ਚੱਲਣ ਦੀ ਆਗਿਆ ਦਿੱਤੀ ਅਤੇ ਇੱਕ ਗਰੰਥੀ ਨੇ ਕੋਲ ਆਣ ਕੇ ਉਹਨੂੰ ਕਿਹਾ ਗੁਰੂ ਜੀ ਜਿੱਥੇ ਕਿਤੇ ਤੂੰ ਜਾਵੇਂ ਮੈਂ ਤੇਰੇ ਮਗਰ ਚੱਲਾਂਗਾ ਅਤੇ ਯਿਸੂ ਨੇ ਉਹਨੂੰ ਆਖਿਆ ਭਈ ਲੂੰਬਰੀਆਂ ਦੇ ਘੂਰ ਨੇ ਤੇ ਆਕਾਸ਼ ਦੇ ਪੰਛੀਆਂ ਦੇ ਆਲਣੇ ਹਨ ਪਰ ਮਨੁੱਖ ਦੇ ਪੁੱਤਰ ਦੇ ਸਿਰ ਧਰ ਨੂੰ ਥਾ ਨਹੀਂ ਅਰ ਚੇਲੇ ਵਿੱਚੋਂ ਹੋਰ ਦੂਏ ਨੇ ਉਹਨੂੰ ਆਖਿਆ ਪ੍ਰਭੂ ਜੀ ਮੈਨੂੰ ਪ੍ਰਵਾਨਗੀ ਦੇ ਜੋ ਪਹਿਲਾਂ ਜਾ ਕੇ ਆਪਣੇ ਪਿਓ ਨੂੰ ਦੱਬਾ ਪਰ ਯਿਸੂ ਨੇ ਉਹਨੂੰ ਕਿਹਾ ਤੂੰ ਮੇਰੇ ਮਗਰ ਚੱਲਿਆ ਅਤੇ ਮੁਰਦਿਆਂ ਨੂੰ ਆਪਣੇ ਮੁਰਦਿਆਂ ਦੱਬਣ ਦੇ ਜਾਂ ਉਹ ਬੇੜੀ ਉੱਤੇ ਚੜਿਆ ਉਹਦੇ ਚੇਲੇ ਉਹਦੇ ਮਗਰ ਆਏ ਔਰ ਵੇਖੋ ਝਿਲ ਵਿੱਚ ਐਡਾ ਤੂਫਾਨ ਆਇਆ ਜੋ ਬੇੜੀ ਲਹਿਰਾਂ ਵਿੱਚ ਲੁਕਦੀ ਜਾਂਦੀ ਸੀ ਪਰ ਉਹ ਸੁੱਤਾ ਪਿਆ ਸੀ ਅਤੇ ਉਹਨਾਂ ਨੇ ਕੋਲ ਆਣ ਕੇ ਉਹਨੂੰ ਜਗਾਇਆ ਅਤੇ ਕਿਹਾ ਪ੍ਰਭੂ ਜੀ ਬਚਾ ਅਸੀਂ ਤਾਂ ਮਰ ਚਲੇ ਹਾਂ ਤਾਂ ਉਹਨੇ ਉਹਨਾਂ ਨੂੰ ਆਖਿਆ हे ਥੋੜੀ ਪ੍ਰਤੀਤ ਵਾਲਿਓ ਤੁਸੀਂ ਕਿਉਂ ਡਰਦੇ ਹੋ ਤਾਂ ਉਹਨੇ ਉੱਠ ਕੇ ਪੌਣ ਅਤੇ ਝੀਲ ਨੂੰ ਦਬਕਾ ਦਿੱਤਾ ਅਤੇ ਵੱਡਾ ਚੈਨ ਹੋ ਗਿਆ ਤਾਂ ਉਹ ਮਨੁੱਖ ਹੈਰਾਨ ਹੋ ਕੇ ਬੋਲੇ ਜੋ ਇੱਕ ਇਹੋ ਜਿਹਾ ਪੁਰਖ ਹੈ ਕਿ ਪੌਣ ਅਤੇ ਝੀਲ ਵੀ ਉਸ ਦੀ ਮੰਨ ਲੈਂਦੇ ਹਨ ਜਾਂ ਉਹ ਪਾਰ ਗਦਰੀਨੀਆਂ ਦੇ ਦੇਸ਼ ਵਿੱਚ ਪਹੁੰਚਿਆ ਤਾਂ ਦੋ ਮਨੁੱਖ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਕਬਰਾਂ ਵਿੱਚੋਂ ਨਿਕਲ ਕੇ ਉਹਨੂੰ ਮਿਲੇ ਅਤੇ ਉਹ ਐਡੇ ਕੜੇ ਸਨ ਜੋ ਉਸ ਰਸਤੇ ਕੋਈ ਲੰਘ ਨਹੀਂ ਸਕਦਾ ਅਤੇ ਵੇਖੋ ਉਹਨਾਂ ਨੇ ਪੁਕਾਰ ਕੇ ਆਖਿਆ हे ਪਰਮੇਸ਼ਰ ਦੇ ਪੁੱਤਰ ਤੇਰਾ ਸਾਡੇ ਨਾਲ ਕੀ ਕੰਮ ਕੀ ਤੂੰ ਵੇਲੋਂ ਪਹਿਲਾਂ ਸਾਨੂੰ ਦੁੱਖ ਦੇਣ ਇੱਥੇ ਆਇਆ ਹੈ ਉਹਨਾਂ ਤੋਂ ਕੁਝ ਦੂਰ ਬਹੁਤ ਸਾਰੇ ਸੂਰਾਂ ਦਾ ਇਝੜ ਚੁਕਦਾ ਸੀ ਅਰਪੂਤਾ ਨੇ ਉਹ ਜੀ ਮੰਨਤਾ ਕਰਕੇ ਆਖਿਆ ਜੇ ਤੂੰ ਸਾਨੂੰ ਕੱਢਦਾ ਹੈ ਤਾਂ ਸਾਨੂੰ ਸੂਰਾਂ ਦੇ ਇਜਰ ਵਿੱਚ ਕੱਲ ਦੇ ਉਸ ਨੇ ਉਹਨਾਂ ਨੂੰ ਆਖਿਆ ਜਾਓ ਤਾਂ ਉਹ ਨਿਕਲ ਕੇ ਸੂਰਾਂ ਵਿੱਚ ਜਾਵੜੇ ਅਤੇ ਵੇਖੋ ਸਾਰਾ ਇਜਰ ਤਾਂ ਹੈ ਉਤੋਂ ਸਿਰ ਤੋੜ ਭੱਜ ਕੇ ਝੀਲ ਵਿੱਚ ਜਾ ਪਿਆ ਅਤੇ ਪਾਣੀ ਵਿੱਚ ਡੁੱਬ ਮੋਇਆ ਤਦ ਚਗੌਣ ਵਾਲੇ ਨੱਠੇ ਅਤੇ ਨਗਰ ਵਿੱਚ ਜਾ ਕੇ ਸਾਰੀ ਵਾਰਤਾ ਅਤੇ ਪੂਤਾਂ ਵਾਲਿਆਂ ਦੀ ਵਿਥਿਆ ਸੁਣਾ ਦਿੱਤੀ ਔਰ ਵੇਖੋ ਸਾਰਾ ਨਗਰ ਯਿਸੂ ਦੇ ਮਿਲਨ ਨੂੰ ਨਿਕਲਿਆ ਔਰ ਜਾਂ ਉਹਨੂੰ ਵੇਖਿਆ ਤਾਂ ਉਹਦੀਆਂ ਮਿੰਨਤਾਂ ਕੀਤੀਆਂ ਜੋ ਸਾਡੀ ਹੱਦੋਂ ਬਾਹਰ ਨਿਕਲ ਜਾਓ ਮੱਤੀ ਅਧਿਆਇ 9 ਉਹ ਬੇੜੀ ਉੱਤੇ ਚੜ ਕੇ ਪਾਰ ਲੰਘਿਆ ਔਰ ਆਪਣੇ ਨਗਰ ਵਿੱਚ ਆਇਆ ਅਤੇ ਵੇਖੋ ਇੱਕ ਮੰਜੀ ਉੱਤੇ ਪਏ ਹੋਏ ਅਧਰੰਗੀ ਨੂੰ ਉਸ ਕੋਲ ਲਿਆਏ ਅਤੇ ਯਿਸੂ ਨੇ ਉਹਨਾਂ ਦੀ ਨੇਚਾ ਵੇਖ ਕੇ ਉਸ ਅਧਰੰਗੀ ਨੂੰ ਆਖਿਆ हे ਪੁੱਤਰ ਹੌਸਲਾ ਰੱਖ ਤੇਰੇ ਪਾਪ ਮਾਫ ਹੋਏ ਅਤੇ ਵੇਖੋ ਕਈਆਂ ਗਰੰਥੀਆਂ ਨੇ ਆਪਣੇ ਮਨ ਵਿੱਚ ਕਿਹਾ ਜੋ ਇੱਕ ਕੁਫਰ ਪਕਦਾ ਹੈ ਤਾਂ ਯਿਸੂ ਨੇ ਉਹਨਾਂ ਦੀ ਸੋਚ ਵਿਚਾਰ ਮਲੂਮ ਕਰਕੇ ਆਖਿਆ ਤੁਸੀਂ ਕਹਨੋ ਆਪਣੇ ਮਨ ਵਿੱਚ ਬੁਰੇ ਵਿਚਾਰ ਕਰਦੇ ਹੋ ਭਲਾ ਕਿਹੜੀ ਗੱਲ ਸੁਖਾ ਲਈ ਹੈ ਇਹ ਕਹਿਣਾ ਜੋ ਤੇਰੇ ਮਾਫ ਹੋਏ ਜਾਂ ਇਹ ਕਹਿਣਾ ਭਈ ਉੱਠ ਅਤੇ ਤੁਰ ਪਰ ਇਸ ਲਈ ਜੋ ਤੁਸੀਂ ਜਾਣੋ ਜੋ ਮਨੁੱਖ ਦੇ ਪੁੱਤਰ ਨੂੰ ਧਰਤੀ ਉਤੇ ਪਾਪ ਮਾਫ ਕਰਨ ਦਾ ਇਖਤਿਆਰ ਹੈ ਤਦ ਉਸਨੇ ਅਧਰੰਗੀ ਨੂੰ ਕਿਹਾ ਉੱਠ ਆਪਣੀ ਮੰਜੀ ਚੁੱਕ ਕੇ ਘਰ ਚਲੇ ਜਾ ਤਾਂ ਉਹ ਉੱਠ ਕੇ ਆਪਣੇ ਘਰ ਨੂੰ ਤੁਰ ਪਿਆ ਅਤੇ ਭੀੜ ਇਹ ਵੇਖ ਕੇ ਡਰ ਗਈ ਔਰ ਪਰਮੇਸ਼ਰ ਦੀ ਵਡਾਈ ਕੀਤੀ ਜੋ ਉਹਨੇ ਮਨੁੱਖਾਂ ਨੂੰ ਐਨਾ ਇਖਤਿਆਰ ਦਿੱਤਾ ਯਿਸੂ ਨੇ ਉਤੋਂ ਅੱਗੇ ਵੱਧ ਕੇ ਮੱਤੀ ਨਾਮੇ ਇੱਕ ਮਨੁੱਖ ਨੂੰ ਮਸੂਲ ਦੀ ਚੌਂਕੀ ਉੱਤੇ ਬੈਠੀ ਵੇਖਿਆ ਔਰ ਉਹਨੂੰ ਕਿਹਾ ਪਈ ਮੇਰੇ ਮਗਰ ਹੋਤਰ ਅਤੇ ਉਹ ਉੱਠ ਕੇ ਉਹਦੇ ਮਗਰ ਹੋਤਰਿਆ ਤਾਂ ਐ ਹੋਇਆ ਕਿ ਜਾਂ ਉਹ ਘਰ ਵਿੱਚ ਰੋਟੀ ਖਾਣੇ ਬੈਠਾ ਸੀ ਤਾਂ ਵੇਖੋ ਬਹੁਤ ਸਾਰੇ ਮਸੂਲੀਏ ਅਤੇ ਪਾਪੀ ਆਣ ਕੇ ਯਿਸੂ ਔਰ ਉਹਦੇ ਚੇਲਿਆਂ ਨਾਲ ਬੈਠ ਗਏ ਅਤੇ ਫਰੀਸੀਆ ਨੇ ਇਹ ਵੇਖ ਕੇ ਉਹਦੇ ਚੇਲਿਆਂ ਨੂੰ ਆਖਿਆ ਤੁਹਾਡਾ ਗੁਰੂ ਮਸੂਲੀਆਂ ਅਤੇ ਪਾਪੀਆਂ ਦੇ ਨਾਲ ਕਿਉਂ ਖਾਂਦਾ ਹੈ ਪਰ ਉਹਨੇ ਇਹ ਸੁਣ ਕੇ ਕਿਹਾ ਨਵੇਂ ਰੋਗਿਆਂ ਨੂੰ ਨਹੀਂ ਸਗੋਂ ਰੋਗਿਆਂ ਨੂੰ ਹਕੀਮ ਦੀ ਲੋੜ ਹੈ ਪਰ ਤੁਸੀਂ ਜਾ ਕੇ ਇਹਦਾ ਅਰਥ ਸਿੱਖੋ ਕਿ ਮੈਂ ਬਲੀਦਾਨ ਨੂੰ ਨਹੀਂ ਪਰ ਦਇਆ ਨੂੰ ਚਾਹੁੰਦਾ ਹਾਂ ਕਿਉਂਕਿ ਜੋ ਮੈਂ ਧਰਮੀਆਂ ਨੂੰ ਨਹੀਂ ਸਗੋਂ ਪਾਪੀਆਂ ਨੂੰ ਬੁਲਾਉਣ ਆਇਆ ਹਾਂ ਤਦ ਯਹੂਨਾ ਦੇ ਚੇਲਿਆਂ ਨੇ ਉਹਦੇ ਕੋਲ ਆਣ ਕੇ ਕਿਹਾ ਜੋ ਇਹਦਾ ਕੀ ਕਾਰਨ ਹੈ ਕਿ ਅਸੀਂ ਅਤੇ ਫਰੀਸੀ ਬਹੁਤ ਵਰਤ ਰੱਖਦੇ ਹਾਂ ਪਰ ਤੇਰੇ ਚਲੇ ਵਰਤ ਨਹੀਂ ਰੱਖਦੇ ਯਿਸੂ ਨੇ ਉਹਨਾਂ ਨੂੰ ਆਖਿਆ ਜਿੰਨਾ ਚਿਰ ਲਾੜਾ ਜਨੇਤਿਆਂ ਦੇ ਨਾਲ ਹੈ ਭਲਾ ਉਹ ਸੋਗ ਕਰ ਸਕਦੇ ਹਨ ਪਰ ਉਹ ਦਿਨ ਆਉਣਗੇ ਜਦ ਲਾੜਾ ਉਹਨਾਂ ਤੋਂ ਅੱਧ ਕੀਤਾ ਜਾਵੇਗਾ ਤਦ ਉਹ ਵਰਤ ਰੱਖਣਗੇ ਪੁਰਾਣੇ ਕੱਪੜੇ ਨੂੰ ਕੋਰੇ ਦੀ ਟਾਕੀ ਕੋਈ ਨਹੀਂ ਲਾਉਂਦਾ ਕਿਉਂਕਿ ਉਹ ਟਾਕੀ ਜਿਹੜੀ ਲਾਈ ਹੈ ਉਸ ਕੱਪੜੇ ਤੋਂ ਕੁਝ ਖਿੱਚ ਲੈਂਦੀ ਹੈ ਅਤੇ ਉਹ ਲੰਗਾਰ ਵੱਧ ਜਾਂਦਾ ਹੈ ਅਤੇ ਨਾ ਨਵੀਂ ਮੈਨੂੰ ਪੁਰਾਣੀਆਂ ਮਸ਼ਕਾਂ ਵਿੱਚ ਭਰਦੇ ਹਨ ਨਹੀਂ ਤਾਂ ਮਸ਼ਕਾਂ ਪਾੜ ਜਾਂਦੀਆਂ ਅਤੇ ਮੈਅ ਵਗ ਜਾਂਦੀ ਅਤੇ ਮਸ਼ਕਾਂ ਦਾ ਨਾਸ ਹੋ ਜਾਂਦਾ ਪਰ ਨਵੀਂ ਮੈ ਨਵੀਆਂ ਮਸ਼ਕਾਂ ਵਿੱਚ ਭਰਦੇ ਹਨ ਸੋ ਉਹ ਦੋਵੇਂ ਬਚ ਰਹਿੰਦੀਆਂ ਹਨ ਜਦ ਉਹ ਉਹਨਾਂ ਨੂੰ ਇੱਕ ਗੱਲਾਂ ਕਹਿ ਰਿਹਾ ਸੀ ਵੇਖੋ ਇੱਕ ਸਰਦਾਰ ਨੇ ਆਣ ਕੇ ਉਹਦੇ ਅੱਗੇ ਮੱਥਾ ਟੇਕਿਆ ਅਤਿ ਆਖਿਆ ਮੇਰੀ ਬੇਟੀ ਹੁਣੇ ਮਰੀ ਹੈ ਪਰ ਤੂੰ ਆਣ ਕੇ ਆਪਣਾ ਹੱਥ ਉਸ ਤੇ ਰੱਖ ਤਾਂ ਉਹ ਜੀ ਪਵੇਗੀ ਫਿਰ ਇਹਸ ਉੱਠ ਕੇ ਆਪਣੇ ਚੇਲਿਆਂ ਸਹਨੇ ਉਹਦੇ ਮਗਰ ਤੁਰ ਪਿਆ ਔਰ ਵੇਖੋ ਇੱਕ ਜਨਾਨੀ ਜਿਹਦੇ 12 ਵਰਿਆਂ ਤੋਂ ਲਹੂ ਆਉਂਦਾ ਸੀ ਪਿੱਛੋਂ ਦੀ ਆਣ ਕੇ ਉਹਦੇ ਕੱਪੜੇ ਦਾ ਪੱਲਾ ਛੋਇਆ ਕਿਉਂ ਜੋ ਉਹ ਆਪਣੇ ਜੀਵ ਵਿੱਚ ਅਗਦੀ ਸੀ ਉਈ ਜੀ ਮੇਰੇ ਉਹਦੇ ਕੱਪੜੇ ਨੂੰ ਛੋ ਲਵਾਂ ਤਾਂ ਮੈਂ ਚੰਗੀ ਹੋ ਜਾਵਾਂਗੀ ਤਾਂ ਯਿਸੂ ਨੇ ਪਿਛਾ ਮੁੜ ਕੇ ਅਤੇ ਉਹਨੂੰ ਵੇਖ ਕੇ ਆਖਿਆ ਬੇਟੀ ਹੌਸਲਾ ਰੱਖ ਤੇਰੀ ਨੀਚਾ ਨੇ ਕੰਦ ਚੰਗਾ ਕੀਤਾ ਹੈ ਉਹ ਜਨਾਨੀ ਉਸੇ ਘੜੀਓ ਚੰਗੀ ਹੋ ਗਈ ਤਾਂ ਯਿਸੂ ਸਰਦਾਰ ਦੇ ਘਰ ਗਿਆ ਅਤੇ ਬੌਂਸਰੀ ਵਜਾਉਣ ਵਾਲਿਆਂ ਨੂੰ ਅਤੇ ਭੀੜ ਨੂੰ ਰੌਲਾ ਪਾਉਂਦਿਆਂ ਵੇਖ ਕੇ ਆਖਿਆ ਲਾਂਭੇ ਹੋਵੋ ਕਿਉਂ ਜੋ ਕੁੜੀ ਮਰੀ ਨਹੀਂ ਪ੍ਰਸੂਤੀ ਪਈ ਹੈ ਪਰ ਉਹ ਉਸ ਉਤੇ ਹੱਸੇ ਜਾਂ ਪੀੜ ਬਾਰ ਕੱਢੀ ਗਈ ਤਾਂ ਉਸ ਨੇ ਅੰਦਰ ਜਾ ਕੇ ਉਹਦਾ ਹੱਥ ਫੜਿਆ ਅਤੇ ਕੁੜੀ ਉੱਠੀ ਔਰ ਇਹ ਖਬਰ ਉਸ ਸਾਰੇ ਦੇਸ਼ ਵਿੱਚ ਖਿੰਡ ਗਈ। ਜਾਂ ਯਿਸੂ ਉੱਤ ਉੱਤ ਰਿਆ ਤਾਂ ਦੋ ਅੰਨੇ ਉਹਦੇ ਮਗਰ ਹੱਕਾ ਮਾਰਦੇ ਆਏ ਅਤੇ ਬੋਲੇ हे ਦਾਊਦ ਦੇ ਪੁੱਤਰ ਸਾਡੇ ਉੱਤੇ ਦਇਆ ਕਰ। ਔਰ ਜਾਂ ਉਹ ਘਰ ਵਿੱਚ ਗਿਆ ਤਾਂ ਉਹ ਅੰਨੇ ਉਹਦੇ ਕੋਲ ਆਏ ਅਤੇ ਯਿਸੂ ਨੇ ਉਹਨਾਂ ਨੂੰ ਕਿਹਾ ਪਲਤ ਤੂੰ ਨੇਚ ਹੈ ਜੋ ਮੈਂ ਇਹ ਕੰਮ ਕਰ ਸਕਦਾ ਹਾਂ। ਉਹਨਾਂ ਨੂੰ ਆਖਿਆ ਹਾਂ ਪ੍ਰਭੂ ਜੀ ਤਾਂ ਉਹ ਉਹਨਾਂ ਦੀ ਅੱਖਾਂ ਨੂੰ ਛੋ ਕੇ ਬੋਲਿਆ ਜੇਹੀ ਤੁਹਾਡੀ ਇੱਛਾ ਹੈ ਤੁਹਾਡੇ ਲਈ ਇਹੀ ਹੋਵੇ ਅਤੇ ਉਹਨਾਂ ਦੀਆਂ ਅੱਖੀਆਂ ਖੁੱਲ ਗਈਆਂ ਤਾਂ ਯਿਸੂ ਨੇ ਤਗੀਦ ਨਾਲ ਉਹਨਾਂ ਨੂੰ ਆਖਿਆ ਖਬਰਦਾਰ ਕੋਈ ਨਾ ਜਾਣੇ ਪਰ ਉਹਨਾਂ ਨੇ ਨਿਕਲ ਕੇ ਉਹ ਸਾਰੇ ਦੇਸ਼ ਵਿੱਚ ਉਹਦਾ ਜਸ ਖੰਡਾਇਆ ਫਿਰ ਉਹਨਾਂ ਦੇ ਬਾਹਰ ਨਿਕਲ ਜਾ ਹੀ ਵੇਖੋ ਇੱਕ ਗੁੰਗੇ ਨੂੰ ਜਿਹਨੂੰ ਭੂਤ ਚਿੰਬੜਿਆ ਹੋਇਆ ਸੀ ਉਹਦੇ ਕੋਲ ਲਿਆਏ ਅਤੇ ਜਦ ਪੂਤ ਕੱਢਿਆ ਗਿਆ ਤਦ ਗੁੰਗਾ ਬੋਲਣ ਲੱਗ ਪਿਆ ਅਤੇ ਪੀੜ ਅਚਰਜ ਮੰਨ ਕੇ ਆਖਣ ਲੱਗੀ ਭਈ ਇਸ్రਾਈਲ ਵਿੱਚ ਇਸ ਪ੍ਰਕਾਰ ਕਦੀ ਨਹੀਂ ਵੇਖਿਆ ਪਰ ਫਰੀਸੀਆ ਨੇ ਕਿਹਾ ਉਹ ਤਾਂ ਪੂਤਾਂ ਦੇ ਸਰਦਾਰ ਦੀ ਸਹਾਇਤਾ ਨਾਲ ਪੂਤਾਂ ਨੂੰ ਕੱਢਦਾ ਹੈ ਯਿਸੂ ਉਹਨਾਂ ਦੀਆਂ ਸਮਾਜਾਂ ਵਿੱਚ ਉਪਦੇਸ਼ ਦਿੰਦਾ ਅਤੇ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਦਾ ਹੋਇਆ ਅਤੇ ਸਾਰੇ ਰੋਗ ਅਤੇ ਸਾਰੀ ਮਾਨਦਗੀ ਦੂਰ ਕਰਦਾ ਹੋਇਆ ਸਰਬਤ ਨਗਰਾਂ ਅਤੇ ਪਿੰਡਾਂ ਵਿੱਚ ਫਿਰਿਆ ਅਤੇ ਜਾਂ ਉਹਨੇ ਪੀੜਾਂ ਵੇਖੀਆਂ ਤਾਂ ਉਸ ਨੂੰ ਉਹਨਾਂ ਤੇ ਤਰਸ ਆਇਆ ਕਿਉਂ ਜੋ ਉਹਨਾਂ ਪੀੜਾਂ ਵਾਂਗੂ ਜਿਨ੍ਹਾਂ ਦਾ ਆਇਆਲੀ ਨਾ ਹੋਵੇ ਉਹ ਲੋਕ ਮਾਰੇ ਹਾਲ ਅੱਜ ਢਾਵਾਂ ਡੋਲ ਫਿਰਦੇ ਸਨ ਤਾਂ ਉਹਨੇ ਆਪਣੇ ਚੇਲਨ ਨੂੰ ਆਖਿਆ ਖੇਤੀ ਪੱਕੀ ਹੋਈ ਤਾਂ ਬਹੁਤ ਹੈ ਪਰ ਵਾੜੇ ਥੋੜੇ ਹਨ ਇਸ ਲਈ ਤੁਸੀਂ ਖੇਤੀ ਦੇ ਮਾਲਕ ਦੇ ਅੱਗੇ ਬੇਨਤੀ ਕਰੋ ਜੋ ਆਪਣੇ ਖੇਤੀ ਵੱਡਨ ਨੂੰ ਵਾੜੇ ਕਲ ਦੇਵੇ ਮੱਤੀ ਅਧਿਆਇ 10 ਉਸ ਨੇ ਆਪਣੇ 12 ਚੇਲਿਆਂ ਨੂੰ ਕੁੱਲ ਸਦਕੇ ਉਹਨਾਂ ਨੂੰ ਇਖਤਿਆਰ ਦਿੱਤਾ ਜੋ ਪ੍ਰਿਸ਼ਟ ਆਤਮਾ ਨੂੰ ਕੱਢਣ ਅਤੇ ਸਾਰੇ ਰੋਗ ਅਤੇ ਸਾਰੀ ਮਾਨਦਗੀ ਨੂੰ ਦੂਰ ਕਰਨ 12 ਰਸੂਲਾਂ ਦੇ ਨਾਮ ਇਹ ਹਨ ਪਹਿਲਾ ਸ਼ਮੌਨ ਜਿਹੜਾ ਪਤਰਸ ਕਹਾਉਂਦਾ ਹੈ ਅਤੇ ਉਹਦਾ ਭਰਾ ਅੰਦਰਿਆਸ ਅਤੇ ਜ਼ਬਦੀ ਦਾ ਪੁੱਤਰ ਯਾਕੂਬ ਅਤੇ ਉਹਦਾ ਭਰਾ ਯੋਹੰਨਾ ਫਿਲਿਪਸ ਅਤੇ ਬਰਥਲਮਈ ਥੋਮਾ ਅਤੇ ਮਤੀ ਮਸੂਲੀਆ ਹਲਫਈਦਾ ਪੁੱਤਰ ਯਕੂਬ ਅਤੇ ਥੱਦਈ ਸ਼ਮੂਨ ਕਨਾਨੀ ਅਤੇ ਯੂਦਾ ਸਿਕਰੋਤੀ ਜਿਸ ਨੇ ਉਹਨੂੰ ਫੜਵਾ ਵੀ ਦਿੱਤਾ ਇਹਨਾਂ 12 ਨੂੰ ਯਿਸੂ ਨੇ ਕੱਲਿਆ ਅਤੇ ਉਹਨਾਂ ਨੂੰ ਇਹ ਅੱਗੇ ਦੇ ਕੇ ਕਿਹਾ ਤੁਸੀਂ ਪਰਾਈਆਂ ਕੌਮਾਂ ਦੇ ਰਾਹ ਨਾ ਜਾਣਾ ਅਤੇ ਸਾਮਰੀਆਂ ਦੇ ਕਿਸੇ ਨਗਰ ਵਿੱਚ ਨਾ ਵੜਨਾ ਸਗੋਂ ਇਸ్రਾਈਲ ਦੇ ਘਰਾਣੇ ਦੀਆਂ ਗਵਾਚੇ ਹੋਈਆਂ ਪਿੰਡਾਂ ਕੋਲ ਜਾਓ ਅਤੇ ਤੁਰਦੇ ਤੁਰਦੇ ਪ੍ਰਚਾਰ ਕਰਕੇ ਆਖੋ ਪਈ ਸੁਰਗ ਦਾ ਰਾਜ ਨੇੜੇ ਆਇਆ ਹੈ ਰੋਗਿਆਂ ਨੂੰ ਚੰਗਾ ਕਰੋ ਮੁਰਦਿਆਂ ਨੂੰ ਜਿਵਾ ਲਓ ਕੋੜੀਆਂ ਨੂੰ ਸ਼ੁੱਧ ਕਰੋ ਪੂਤਾਂ ਨੂੰ ਕੱਢੋ ਤੁਸੀਂ ਮੁਫਤ ਲਿਆ ਹੈ ਮੁਫਤੀ ਦਿਓ ਨਾ ਸੋਨਾ ਨਾ ਚਾਂਦੀ ਨਾ ਤਾਂਬਾ ਆਪਣੇ ਕਮਰ ਕਸੀ ਵਿੱਚ ਲੋ ਅਤੇ ਨਾ ਰਾਜ ਲਈ ਝੋਲਾ ਨਾ ਦੋ ਕੁਰਤੇ ਨਾ ਜੁੱਤੀ ਅਤੇ ਨਾ ਲਾਠੀ ਲਓ ਕਿਉਂ ਜੋ ਕੰਮ ਆਪਣੇ ਭੋਜਨ ਦਾ ਹੱਕਦਾਰ ਹੈ ਅਤੇ ਜਿਸ ਨਗਰ ਜਾਂ ਪਿੰਡ ਵਿੱਚ ਵੜੋ ਪੁੱਛੋ ਭਈ ਇੱਥੇ ਲਾਇਕ ਕੌਣ ਹੈ ਅਤੇ ਜਿੱਨਾ ਚ ਨਾ ਤੁਰੋ ਉਥੇ ਹੀ ਟਿਕੋ ਔਰ ਘਰ ਵਿੱਚ ਵੜਦਿਆਂ ਉਹਦੀ ਸੁਖ ਮੰਗੋ ਅਤੇ ਜੇ ਘਰ ਲਾਇਕ ਹੋਵੇ ਤਾਂ ਤੁਹਾਡੀ ਸ਼ਾਂਤੀ ਉਹਨੂੰ ਪਹੁੰਚੇ ਪਰ ਜੇ ਲਾਇਕ ਨਾ ਹੋਵੇ ਤਾਂ ਤੁਹਾਡੀ ਸ਼ਾਂਤੀ ਤੁਹਾਨੂੰ ਮੁੜ ਆਵੇ ਅਤੇ ਜੇ ਕੋਈ ਤੁਹਾਨੂੰ ਕਬੂਲ ਨਾ ਕਰੇ ਨਾ ਤੁਹਾਡੀਆਂ ਗੱਲਾਂ ਸੁਣੇ ਤਾਂ ਤੁਸੀਂ ਉਸ ਘਰ ਅਥਵਾ ਨਗਰ ਤੋਂ ਬਾਹਰ ਨਿਕਲ ਕੇ ਆਪਣੇ ਪੈਰਾਂ ਦੀ ਧੂੜ ਝਾੜ ਸੁੱਟੋ ਮੈਂ ਤੁਹਾਨੂੰ ਸਤ ਅਕਦਾ ਹਾਂ ਭਈ ਨਿਆਉ ਦੇ ਦਿਨ ਉਸ ਨਗਰ ਨਾਲੋਂ ਸਦੂਮ ਅਤੇ ਅਮੂਰਾ ਦੇ ਦੇਸ਼ ਦਾ ਹਾਲ ਚੱਲਣਯੋਗ ਹੋਵੇਗਾ ਵੇਖੋ ਮੈਂ ਤੁਹਾਨੂੰ ਪੇਡਾ ਵਾਂਗੂ ਵਿਗਿਆਣਾ ਵਿੱਚ ਭੇਜਦਾ ਹਾਂ ਸੋ ਤੁਸੀਂ ਸੱਪਾਂ ਵਰਗੇ ਹੁਸ਼ਿਆਰ ਅਤੇ ਕਬੂਤਰਾ ਵਰਗੇ ਭੋਲੇ ਹੋਵੋ ਪਰ ਮਨੁੱਖਾਂ ਤੋਂ ਚੌਕਸ ਰਹੋ ਕਿਉਂ ਜੋ ਉਹ ਤੁਹਾਨੂੰ ਮਜਲਿਸਾਂ ਦੇ ਹਵਾਲੇ ਕਰਨਗੇ ਅਤੇ ਆਪਣੀਆਂ ਸਮਾਜਾਂ ਵਿੱਚ ਤੁਹਾਨੂੰ ਕੋਰੜੇ ਮਾਰਨਗੇ ਅਤੇ ਤੁਸੀਂ ਮੇਰੇ ਕਾਰਨ ਹਾਕਮਾਂ ਅਤੇ ਰਾਜੇ ਦੇ ਅੱਗੇ ਹਾਜ਼ਰ ਕੀਤੇ ਜਾਓਗੇ ਜੋ ਉਹਨਾਂ ਉਤੇ ਔਰ ਪਰਾਈਆਂ ਕਮਾ ਉਤੇ ਸਾਖੀ ਹੋਵੋ ਭਜਦ ਉਹ ਤੁਹਾਨੂੰ ਫੜਾਉਣ ਤਾਂ ਚਿੰਤਾ ਨਾ ਕਰੋ ਜੋ ਅਸੀਂ ਕੀ ਕਰ ਜਾਂ ਕੀ ਬੋਲੀਏ ਕਿਉਂਕਿ ਜਿਹੜੀ ਗੱਲ ਤੁਸਾਂ ਬੋਲਣੀ ਹੈ ਉਹ ਤੁਹਾਨੂੰ ਉਸੇ ਘੜੀ ਬਖਸ਼ੀ ਜਾਵੇਗੀ ਬੋਲਣ ਵਾਲੇ ਤੁਸੀਂ ਤਾਂ ਨਹੀਂ ਪਰ ਤੁਹਾਡੇ ਪਿਤਾ ਦਾ ਆਤਮਾ ਜਿਹੜਾ ਤੁਹਾਡੇ ਵਿੱਚ ਬੋਲਦਾ ਹੈ ਔਰ ਭਾਈ ਭਾਈ ਨੂੰ ਅਤੇ ਪਿਓ ਪੁੱਤਰ ਨੂੰ ਮੌਤ ਲਈ ਫੜਵਾਏਗਾ ਅਤੇ ਬਾਲਕ ਆਪਣੇ ਮਾਪਿਆਂ ਦੇ ਵਿਰੁੱਧ ਉੱਠ ਖੜੇ ਹੋਣਗੇ ਅਤੇ ਉਹਨਾਂ ਨੂੰ ਮਰਵਾ ਸੁੱਟਣਗੇ ਅਤੇ ਮੇਰੇ ਨਾਮ ਕਰਕੇ ਸਭ ਲੋਕ ਤੁਹਾਡੇ ਨਾਲ ਵੈਰ ਰੱਖਣਗੇ ਪਰ ਜਿਹੜਾ ਅੰਤ ਤੋੜੀ ਸਹੇਗਾ ਸੋ ਹੀ ਬਚਾਇਆ ਜਾਵੇਗਾ ਪਰ ਜਦ ਲੋਕ ਤੁਹਾਨੂੰ ਇੱਕ ਨਗਰ ਵਿੱਚ ਸਤਾਉਣ ਤਾਂ ਦੁਇਏ ਨੂੰ ਪੱਜ ਜਾਓ ਕਿਉਂਕਿ ਮੈਂ ਤੁਹਾਨੂੰ ਸੱਤ ਰੱਖਦਾ ਹਾਂ ਪਰ ਤੁਸੀਂ ਇਸਰਾਇਲ ਦੇ ਸਾਰੇ ਨਗਰਾਂ ਵਿੱਚ ਨਾ ਫਿਰ ਨਾਂ ਲਵੋਗੇ ਕਿ ਮਨੁੱਖ ਦਾ ਪੁੱਤਰ ਆ ਜਾਵੇ ਚੇਲਾ ਗੁਰੂ ਨਾਲੋਂ ਵੱਡਾ ਨਹੀਂ ਨਾ ਚਾਕਰ ਆਪਣੇ ਮਾਲਕ ਨਾਲੋਂ ਐਂਦਾ ਬਹੁਤ ਹੈ ਜੋ ਚੇਲਾ ਆਪਣੇ ਗੁਰੂ ਜਿਹਾ ਅਤੇ ਚਾਕਰ ਆਪਣੇ ਮਾਲਕ ਜਿਹਾ ਹੋਵੇ ਜਾਂ ਉਹਨਾਂ ਘਰ ਦੇ ਮਾਲਕ ਨੂੰ ਬਾਲ ਜ਼ਬੂਲ ਆਖਿਆ ਤਾਂ ਕਿੰਨਾ ਵਧੇਕ ਉਹਦੇ ਘਰਦਿਆਂ ਨੂੰ ਨਾ ਆਖਣਗੇ ਸੋ ਤੁਸੀਂ ਉਹਨਾਂ ਕੋਲੋਂ ਨਾ ਡਰੋ ਕਿਉਂਕਿ ਕੋਈ ਚੀਜ਼ ਨੁਕੀ ਨਹੀਂ ਤਰੀ ਪ੍ਰਗਟ ਨਾ ਕੀਤੀ ਜਾਵੇਗੀ ਨਾ ਕੁਝ ਗੁਪਤ ਹੈ ਜੋ ਜਾਣਿਆ ਨਾ ਜਾਵੇਗਾ ਜੋ ਕੁਝ ਮੈਂ ਤੁਹਾਨੂੰ ਹਨੇਰੇ ਵਿੱਚ ਦੱਸਾਂ ਤੁਸੀਂ ਉਹਨੂੰ ਚਾਨਣ ਵਿੱਚ ਆਖੋ ਅਤੇ ਜੋ ਕੁਝ ਤੁਸੀਂ ਕੰਨਾਂ ਵਿੱਚ ਸੁਣਦੇ ਹੋ ਕੋਠਿਆਂ ਉੱਤੇ ਉਹਦਾ ਪ੍ਰਚਾਰ ਕਰੋ ਔਰ ਉਹਨਾਂ ਕੋਲੋਂ ਨਾ ਡਰੋ ਜਿਹੜੇ ਦੇਹੀ ਨੂੰ ਮਾਰ ਸੁੱਟਦੇ ਹਨ ਪਰ ਰੂਹ ਨੂੰ ਨਹੀਂ ਮਾਰ ਸਕਦੇ ਸਗੋਂ ਉਸ ਕੋਲ ਡਰੋ ਜਿਹੜਾ ਦੇਹੀ ਅਤੇ ਰੂਹ ਦੋਹਾਂ ਦਾ ਨਰਕ ਵਿੱਚ ਨਾਸ ਕਰ ਸਕਦਾ ਹੈ ਭਲਾ ਇੱਕ ਪੈਸੇ ਨੂੰ ਦੋ ਚਿੜੀਆਂ ਨਹੀਂ ਵਿਕਦੀਆਂ ਅਤੇ ਉਹਨਾਂ ਵਿੱਚੋਂ ਇੱਕ ਵੀ ਤੁਹਾਡੇ ਪਿਤਾ ਦੀ ਮਰਜ਼ੀ ਬਿਨਾਂ ਡਰਤੀ ਹੋਤ ਨਹੀਂ ਡਿਗਦੀ ਪਰ ਤੁਹਾਡੇ ਸਿਰ ਦੇ ਵਾਲ ਵੀ ਸਭ ਗਿਨੇ ਹੋਏ ਹਨ ਸੋ ਨਾ ਡਰੋ ਤੁਸੀਂ ਬਹੁਤਿਆਂ ਚਿੜੀਆਂ ਨਾਲੋਂ ਉੱਤਮ ਹੋ ਉਪਰੰਤ ਜੋ ਕਿ ਮਨੁੱਖਾਂ ਦੇ ਅੱਗੇ ਮੇਰਾ ਇਕਰਾਰ ਕਰੇਗਾ ਮੈਂ ਵੀ ਆਪਣੇ ਪਿਤਾ ਅੱਗੇ ਜਿਹੜਾ ਸੁਰਗ ਵਿੱਚ ਹੈ ਉਹਦਾ ਇਕਰਾਰ ਕਰਾਂਗਾ ਪਰ ਜੋ ਕੋਈ ਮਨੁੱਖਾਂ ਦੇ ਅੱਗੇ ਮੇਰਾ ਇਨਕਾਰ ਕਰੇਗਾ ਮੈਂ ਵੀ ਆਪਣੇ ਪਿਤਾ ਦੇ ਅੱਗੇ ਜਿਹੜਾ ਸੁਰਗ ਵਿੱਚ ਹੈ ਉਹਦਾ ਇਨਕਾਰ ਕਰਾਂਗਾ ਇਹ ਨਾ ਸਮਝੋ ਕਿ ਮੈਂ ਧਰਤੀ ਉੱਤੇ ਮੇਲ ਕਰਾਉਣ ਆਇਆ ਮੇਲ ਕਰਾਉਣ ਨਹੀਂ ਸਗੋ ਤਲਵਾਰ ਚਲਾਉਣ ਆਇਆ ਹਾਂ ਕਿਉਂਕਿ ਜੋ ਮੈਂ ਮੁਨਖ ਨੂੰ ਉਹਦੇ ਪਿਓ ਤੋਂ ਅਤੇ ਧੀ ਨੂੰ ਉਹਦੀ ਮਾਂ ਤੋਂ ਅਤੇ ਨੂੰ ਨੂੰ ਉਹਦੀ ਸੱਸ ਤੋਂ ਅੱਡ ਕਰਨ ਆਇਆ ਹਾਂ ਔਰ ਮੁਨਖ ਦੇ ਵੈਰੀ ਉਹਦੇ ਘਰ ਦੇ ਹੀ ਹੋਣਗੇ ਜੋ ਕਿ ਪਿਓ ਜਾਂ ਮਾਂ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ ਮੇਰੇ ਜੋਗ ਨਹੀਂ ਅਤੇ ਜੋ ਕਿ ਪੁੱਤਰ ਜਾਂ ਧੀ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ ਮੇਰੇ ਜੋਗ ਨਹੀਂ ਅਤੇ ਜੇ ਕੋਈ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਨਾ ਤੁਰੇ ਮੇਰੇ ਜੋਗਨੀ ਜਿਸ ਕਿਸੇ ਨੇ ਆਪਣੀ ਜਾਨ ਲਬ ਲਈ ਉਸ ਨੂੰ ਗਵਾਵੇਗਾ ਅਤੇ ਜਿਸ ਕਿਸੇ ਨੇ ਮੇਰੇ ਲਈ ਆਪਣੀ ਜਾਨ ਗਵਾਈ ਹੈ ਉਸ ਨੂੰ ਲਬ ਲਵੇਗਾ ਜਿਹੜਾ ਤੁਹਾਨੂੰ ਕਬੂਲ ਕਰੇ ਉਹ ਮੈਨੂੰ ਕਬੂਲ ਕਰਦਾ ਹੈ ਅਤੇ ਜਿਹੜਾ ਮੈਨੂੰ ਕਬੂਲ ਕਰੇ ਉਹ ਮੇਰੇ ਕੱਲਣ ਵਾਲੇ ਨੂੰ ਕਬੂਲ ਕਰਦਾ ਹੈ ਜਿਹੜਾ ਨਬੀ ਦੇ ਨਾਮ ਉੱਤੇ ਨਬੀ ਨੂੰ ਕਬੂਲ ਕਰੇ ਉਹ ਨਬੀ ਦਾ ਫਲ ਪਾਵੇਗਾ ਅਤੇ ਜਿਹੜਾ ਧਰਮੀ ਦੇ ਨਾਅ ਉਤੇ ਧਰਮੀ ਨੂੰ ਕਬੂਲ ਕਰੇ ਉਹ ਧਰਮੀ ਦਾ ਫਲ ਪਾਵੇਗਾ ਜੇ ਕੋਈ ਇਹਨਾਂ ਛੋਟੇ ਵਿੱਚੋਂ ਇੱਕ ਨੂੰ ਚੇਲੇ ਦੇ ਨਾਅ ਉਤੇ ਨਿਹਰਾ ਇੱਕ ਕਟੋਰਾ ਠੰਡੇ ਪਾਣੀ ਦਾ ਪਿਆਵੇ ਮੈਂ ਤੁਹਾਨੂੰ ਸੱਤ ਲਖਦਾ ਹਾਂ ਕਿ ਉਹ ਆਪਣਾ ਫਲ ਕਦੀ ਨਾ ਗਵਾਵੇਗਾ ਮੱਤੀ ਅਧਿਆਇ 11 یوں ਹੋਇਆ ਕਿ ਜਾਂ ਯਿਸੂ ਆਪਣੇ 12 ਚੇਲਿਆਂ ਨੂੰ ਆਗਿਆ ਦੇ ਹਟਿਆ ਤਾਂ ਉਥੋਂ ਉਹਨਾਂ ਦੇ ਨਗਰਾਂ ਵਿੱਚ ਉਪਦੇਸ਼ ਦੇਣ ਅਤੇ ਪ੍ਰਚਾਰ ਕਰਨ ਚੱਲਿਆ ਗਿਆ। ਯਹੂਨਾ ਨੇ ਕੈਦਖਾਨੇ ਵਿੱਚ ਮਸੀਹ ਦੇ ਕੰਮਾਂ ਨੂੰ ਸੁਣ ਕੇ ਆਪਣੇ ਚੇਲਿਆਂ ਦੇ ਰਾਹੀਂ ਉਹਨੂੰ ਆਖ ਕਰ ਲਿਆ। "ਪਈ ਜਿਹੜਾ ਆਉਣ ਵਾਲਾ ਸੀ ਉਹ ਤੂੰ ਹੀ ਹੈ ਜਾਂ ਅਸੀਂ ਕਿਸੇ ਹੋਰ ਨੂੰ ਉਡੀਕੀਏ?" ਯੀਸੂ ਨੇ ਉਹਨਾਂ ਨੂੰ ਉੱਤਰ ਦਿੱਤਾ, "ਜੋ ਕੁਝ ਤੁਸੀਂ ਸੁਣਦੇ ਹੋ ਅਤੇ ਵੇਖਦੇ ਹੋ ਸੋ ਯਹੂਨਾ ਨੂੰ ਜਾ ਦੱਸਿਓ ਕਿ ਅੰਨੇ ਸੁਜਾਖੇ ਹੁੰਦੇ ਹਨ" ਅਤੇ ਲੰਗੇ ਤੁਰਦੇ ਹਨ ਕੋੜੀ ਸ਼ੁੱਧ ਕੀਤੇ ਜਾਂਦੇ ਹਨ ਅਤੇ ਬੋਲੇ ਸੁਣਦੇ ਹਨ ਅਤੇ ਮੁਰਦੇ ਜਿਵਾਏ ਜਾਂਦੇ ਹਨ ਅਤੇ ਗਰੀਬਾਂ ਨੂੰ ਖੁਸ਼ਖਬਰੀ ਸੁਣਾਈ ਜਾਂਦੀ ਹੈ ਅਤੇ ਤਰਨ ਹੈ ਉਹ ਜੋ ਮੇਰੇ ਕਾਰਨ ਠੋਕਰ ਨਾ ਖਾਵੇ ਜਾਂ ਉਹ ਤੁਰ ਪਏ ਤਾਂ ਯਿਸੂ ਯਹੋਨਾ ਦੇ ਵਿਖੇ ਲੋਕਾਂ ਨੂੰ ਕਹਿਣ ਲੱਗਾ ਜੋ ਤੁਸੀਂ ਉਜਾਰ ਵਿੱਚ ਕੀ ਵੇਖਣ ਨਿਕਲੇ ਸਾਬ ਕੀ ਇੱਕ ਕਾਨੀ ਨੂੰ ਜਿਹੜਾ ਹਵਾ ਨਾਲ ਹਿਲਦਾ ਹੈ ਫਿਰ ਤੁਸੀਂ ਕੀ ਵੇਖਣ ਨਿਕਲੇ ਸਾਬ ਕੀ ਮਹੀਨ ਬਸਤਰ ਪਹਿਨੇ ਹੋਏ ਇੱਕ ਮਨੁੱਖ ਨੂੰ ਵੇਖੋ ਉਹ ਜਿਹੜੇ ਮਹੀਨ ਬਸਤਰ ਪਹਿਨਦੇ ਹਨ ਰਾਜਾਂ ਦੇ ਮਹਿਲਾਂ ਵਿੱਚ ਹਨ ਫਿਰ ਤੁਸੀਂ ਕਾਹ ਨੂੰ ਨਿਕਲੇ ਸਾਬ ਕੀ ਇੱਕ ਨਬੀ ਦੇ ਵੇਖਣ ਨੂੰ ਹਾਂ ਮੈਂ ਤੁਹਾਨੂੰ ਆਖਦਾ ਹਾਂ ਸਗੋਂ ਨਬੀ ਨਾਲੋਂ ਵੀ ਵੱਡਾ ਇਹ ਉਹ ਹੈ ਜਿਹਦੇ ਹੱਕ ਵਿੱਚ ਲਿਖਿਆ ਹੋਇਆ ਹੈ ਕਿ ਵੇਖ ਮੈਂ ਆਪਣਾ ਦੂਤ ਤੇਰੇ ਅੱਗੇ ਕੱਲਦਾ ਹਾਂ ਜਿਹੜਾ ਤੇਰੇ ਅੱਗੇ ਰਾਹ ਤਿਆਰ ਕਰੇਗਾ ਮੈਂ ਤੁਹਾਨੂੰ ਸਤ ਆਖਦਾ ਹਾਂ ਪਈ ਜਿਹੜੇ ਤੀਵਿਆਂ ਤੋਂ ਜੰਮੇ ਉਹਨਾਂ ਵਿੱਚੋਂ ਯਹੋਨਾ ਬਪਤਿਸਮਾ ਦੇਣ ਵਾਲੇ ਨਾਲੋਂ ਵੱਡਾ ਕੋਈ ਵੀ ਨਾ ਉੱਠਿਆ ਪਰ ਜੋ ਸੁਰਗ ਦੇ ਰਾਜ ਵਿੱਚ ਛੋਟਾ ਹੈ ਸੋ ਉਸ ਤੋਂ ਵੱਡਾ ਹੈ ਅਤੇ ਯਹੋਨਾ ਬਪਤਿਸਮਾ ਦੇਣ ਵਾਲੇ ਦੇ ਦਿਨਾਂ ਤੋਂ ਹੁਣ ਤੋੜੀ ਸੁਰਗ ਰਾਜ ਉੱਤੇ ਜ਼ੋਰ ਮਾਰਿਆ ਜਾਂਦਾ ਹੈ ਅਤੇ ਜ਼ੋਰ ਮਾਰਨ ਵਾਲੇ ਉਸ ਨੂੰ ਖੋਲ੍ਹ ਲੈਂਦੇ ਹਨ ਕਿਉਂ ਜੋ ਸਾਰੇ ਨਬੀ ਅਤੇ ਤੁਰੇਤ ਯਹੂਨਾ ਜ਼ਿਕਰ ਅਗੰਬ ਵਾਕ ਕਰਦੇ ਸਨ ਅਤੇ ਆਉਣ ਵਾਲਾ ਏਲੀਆ ਇਹੋ ਹੈ ਚਾਹੋ ਤ ਮੰਨੋ ਜਿਹਦੇ ਸੁਣਨ ਦੇ ਕੰਨ ਹੋਣ ਸੋ ਸੁਣੇ ਪਰ ਮੈਂ ਇਸ ਪੀੜੀ ਦੇ ਲੋਕਾਂ ਨੂੰ ਕਿਦੇ ਵਰਗਾ ਦੱਸਾਂ ਇਹ ਉਹਨਾਂ ਨੀਂਗਰਾਂ ਵਰਗੇ ਹਨ ਜਿਹੜੇ ਬਾਜ਼ਾਰਾਂ ਵਿੱਚ ਬੈਠੇ ਆਪਣੇ ਸਾਥੀਆਂ ਨੂੰ ਆਵਾਜ਼ ਮਾਰ ਕੇ ਆਖਦੇ ਹਨ ਅਸਾਂ ਤੁਹਾਡੇ ਲਈ ਬੌਂਸਰੀ ਵਜਾਈ ਪਰ ਤੁਸੀਂ ਨਾ ਨੱਚੇ ਅਸਾਂ ਸਿਆਪਾ ਕੀਤਾ ਪਰ ਤੁਸੀਂ ਨਾ ਪਿੱਟੇ ਕਿਉਂ ਜੋ ਯਹੂਨਾ ਨਾ ਖਾਂਦਾ ਨਾ ਪੀਂਦਾ ਆਇਆ ਅਤੇ ਉਹ ਆਖਦੇ ਹਨ ਜੋ ਉਹਦੇ ਨਾਲ ਇੱਕ ਭੂਤ ਹੈ ਮਨੁੱਖ ਦਾ ਪੁੱਤਰ ਖਾਂਦਾ ਪੀਂਦਾ ਆਇਆ ਅਤੇ ਉਹ ਆਖਦੇ ਹਨ ਵੇਖੋ ਇੱਕ ਖਾਊ ਅਤੇ ਸ਼ਰਾਬੀ ਮਨੁੱਖ ਮਸੂਲੀਆਂ ਔਰ ਪਾਪੀਆਂ ਦਾ ਯਾਰ ਸੋ ਗਿਆਨ ਆਪਣੇ ਕਰਮਾ ਤੋਂ ਸੱਚਾ ਠਹਿਰਿਆ ਤਦ ਉਹ ਉਹਨਾਂ ਨਗਰਾਂ ਨੂੰ ਜਿਨ੍ਹਾਂ ਵਿੱਚ ਉਹਦੀਆਂ ਕਰਾਮਾਤਾਂ ਵਿਖਾਈਆਂ ਗਈਆਂ ਸਨ ਉਲਾਮਾ ਦੇਣ ਲੱਗਾ ਜੋ ਉਹਨਾਂ ਨੇ ਤੋਬਾ ਨਹੀਂ ਸੀ ਕੀਤੀ ਹਏ ਤੈਨੂੰ ਖੁਰਾਜ਼ੀਨ ਹਏ ਤੈਨੂੰ ਬੈਦ ਸਦਾ ਕਿਉਂਕਿ ਜਿਹੜੀਆਂ ਕਰਾਮਾਤਾਂ ਤੁਹਾਡੇ ਵਿੱਚ ਵਿਖਾਈਆਂ ਗਈਆਂ ਜੇ ਸੂਰ ਅਤੇ ਸੈਦਾ ਵਿੱਚ ਵਿਖਾਈਆਂ ਜਾਂਦੀਆਂ ਤਾਂ ਉਹ ਤੱਪੜ ਪਹਿਨ ਕੇ ਅਤੇ ਸਵਾ ਵਿੱਚ ਬੈਠ ਕੇ ਕਦੀ ਦੀ ਤੋਬਾ ਕਰ ਲੈਂਦੇ ਪਰ ਮੈਂ ਤੁਹਾਨੂੰ ਆਖਦਾ ਹਾਂ ਜੋ ਨਿਆਉਂ ਦੇ ਦਿਨ ਤੁਹਾਡੇ ਨਾਲ ਸੂਰ ਅਤੇ ਸੈਦਾ ਦਾ ਹਾਲ ਚੱਲਣਯੋਗ ਹੋਵੇਗਾ ਅਤੇ ਇਹ ਕਫਰਨ ਹੂਮ ਕੀਤਾ ਆਕਾਸ਼ ਤੱਕ ਉੱਚਾ ਕੀਤਾ ਜਾਏਗਾ ਤੂੰ ਸਭੋ ਪਤਾਲ ਤੋੜੀ ਉਤਰੇਗਾ ਕਿਉਂਕਿ ਜਿਹੜੀਆਂ ਕਰਾਮਾਤਾਂ ਤੇਰੇ ਵਿੱਚ ਵਿਖਾਈਆਂ ਗਈਆਂ ਜੇ ਉਹ ਸਦੂਮ ਵਿੱਚ ਵਿਖਾਈਆਂ ਜਾਂਦੀਆਂ ਤਾਂ ਉਹ ਅੱਜ ਤਾਈਂ ਬੜੇ ਰਹਿੰਦਾ ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਨਿਆਉ ਦੇ ਦਿਨ ਤੇਰੇ ਨਾਲੋਂ ਸਦੂਮ ਦੇਸ਼ ਦਾ ਹਾਲ ਚੱਲਣਯੋਗ ਹੋਵੇਗਾ ਉਸ ਵੇਲੇ ਯਿਸੂ ਨੇ ਅੱਗੋ ਆਖਿਆ हे ਪਿਤਾ ਆਕਾਸ਼ ਅਤੇ ਧਰਤੀ ਦੇ ਮਾਲਕ ਮੈਂ ਤੇਰੀ ਵਡਾਈ ਕਰਦਾ ਹਾਂ ਜੋ ਤਾਂ ਇਹਨਾਂ ਗੱਲਾਂ ਨੂੰ ਗਿਆਨੀਆਂ ਅਤੇ ਬੁੱਧਵਾਨਾਂ ਤੋਂ ਗੁਪਤ ਰੱਖਿਆ ਅਤੇ ਉਹਨਾਂ ਨਿਆਣਿਆਂ ਉੱਤੇ ਪ੍ਰਗਟ ਕੀਤਾ ਹਾਂ ਹੈ ਪਿਤਾ ਕਿਉਂ ਜੋ ਤੈਨੂੰ ਇਹੋ ਚੰਗਾ ਲੱਗਾ ਸਭ ਕੁਝ ਮੇਰੇ ਪਿਤਾ ਨੇ ਮੈਨੂੰ ਸੌਂਪਿਆ ਹੈ ਅਤੇ ਪੁੱਤਰ ਨੂੰ ਕੋਈ ਨਹੀਂ ਜਾਣਦਾ ਪਰ ਪਿਤਾ ਅਤੇ ਨਾ ਕੋਈ ਪਿਤਾ ਨੂੰ ਜਾਣਦਾ ਹੈ ਪਰ ਪੁੱਤਰ ਅਤੇ ਉਹ ਜਿਸ ਉੱਤੇ ਪੁੱਤਰ ਉਹਨੂੰ ਪ੍ਰਗਟ ਕਰਨਾ ਚਾਹੇ ਹੈ ਸਾਰੇ ਥੱਕੇ ਹੋਏ ਅਤੇ ਭਾਰ ਹੇਠ ਦੱਬੇ ਹੋਏ ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਆਰਾਮ ਦਿਆਂਗਾ ਮੇਰਾ ਝੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ ਕਿਉਂਕਿ ਜੋ ਮੈਂ ਕੋਮਲ ਅਤੇ ਮਨ ਦਾ ਗਰੀਬ ਹਾਂ ਅਤੇ ਤੁਸੀਂ ਆਪਣੇ ਜੀਵ ਵਿੱਚ ਆਰਾਮ ਪਾਓਗੇ ਕਿਉਂਕਿ ਮੇਰਾ ਝੂਲਾ ਹੌਲਾ ਅਤੇ ਮੇਰਾ ਭਾਰ ਹਲਕਾ ਹੈ ਮੱਤੀ ਅਧਿਆਇ 12 ਉਸ ਵੇਲੇ ਯਿਸੂ ਸਬਤ ਦੇ ਦਿਨ ਖੇਤਾਂ ਵਿੱਚੋਂ ਦੀ ਲੰਘਿਆ ਅਤੇ ਉਹਦੇ ਚੇਲੇ ਪੁਖੇ ਹੋ ਕੇ ਸਿੱਟੇ ਤੋੜ-ਤੋੜ ਚੱਬਣ ਲੱਗੇ ਪਰ ਫਰੀਸੀਓ ਨੇ ਵੇਖ ਕੇ ਉਹਨੂੰ ਕਿਹਾ ਵੇਖ ਤੇਰੇ ਚੇਲੇ ਉਹ ਕੰਮ ਕਰਦੇ ਹਨ ਜਿਹੜਾ ਸਬਤ ਦੇ ਦਿਨ ਕਰਨਾ ਜੋਗ ਨਹੀਂ ਪਰ ਉਸਨੇ ਉਹਨਾਂ ਨੂੰ ਆਖਿਆ ਪਹਿਲਾਂ ਤੁਸੀਂ ਇਹ ਨਹੀਂ ਪੜਿਆ ਭਈ ਦਾਊਦ ਨੇ ਕੀ ਕੀਤਾ ਜਾਂ ਉਹ ਅਤੇ ਉਹਦੇ ਸਾਥੀ ਪੁਖੇ ਸਨ ਜੋ ਉਹ ਕਿਕਰ ਪਰਮੇਸ਼ਰ ਦੇ ਘਰ ਵਿੱਚ ਗਿਆ ਅਤੇ ਚੜਾਵੇ ਦੀਆਂ ਰੋਟੀਆਂ ਖਾਧੀਆਂ ਜਿਹੜੀਆਂ ਉਹਨੂੰ ਅਤੇ ਉਹਦੇ ਸਾਥੀਆਂ ਨੂੰ ਖਾਣੇ ਜੋਗ ਨਹੀਂ ਸਨ ਪਰ ਨਿਰੇ ਜਾਜਕਾਂ ਨੂੰ ਜਾ ਤੁਸੀਂ ਤੁਰੇ ਦੇ ਵਿੱਚ ਨਹੀਂ ਪੜਿਆ ਭਈ ਜੱਜਕ ਸਬਦ ਦੇ ਦਿਨ ਹੈਕਲ ਵਿੱਚ ਸਬਦ ਦਾ અપਮਾਨ ਕਰਕੇ ਵੀ નિર્ਦੋਸ਼ਨ ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਇੱਥੇ ਹੈਕਲ ਨਾਲੋਂ ਵੀ ਇੱਕ ਵੱਡਾ ਹੈ ਪਰ ਜੇ ਤੁਸੀਂ ਇਹਦਾ ਅਰਥ ਜਾਣਦੇ ਕਿ ਮੈਂ ਬਲਦਾਨ ਨੂੰ ਨਹੀਂ ਸਗੋਂ ਦਇਆ ਨੂੰ ਚਾਹੁੰਦਾ ਹਾਂ ਤਾਂ નિર્ਦੋਸ਼ੀਆਂ ਨੂੰ ਦੋਸ਼ੀ ਨਾ ਠਰਾਉਂਦੇ ਕਿਉਂ ਜੋ ਮਨੁੱਖ ਦਾ ਪੁੱਤਰ ਸਬਦ ਦੇ ਦਿਨ ਦਾ ਮਾਲਕ ਹੈ ਤਾਂ ਉਥੋਂ ਤੁਰ ਕੇ ਉਹ ਉਹਨਾਂ ਦੇ ਸਮਾਜ ਵਿੱਚ ਗਿਆ ਅਤੇ ਵੇਖੋ ਇੱਕ ਮਨੁੱਖ ਸੀ ਜਿਹਦਾ ਹੱਥ ਸੁੱਕਾ ਹੋਇਆ ਸੀ ਔਰ ਉਹਨਾਂ ਨੇ ਉਹਦੇ ਜੁਮੇ ਦੋਸ਼ ਲਾਉਣ ਲਈ ਇਹ ਕਹਿ ਕੇ ਉਸ ਤੋਂ ਪੁੱਛਿਆ ਪਲਾ ਸਬਦ ਦੇ ਦਿਨ ਚੰਗਾ ਕਰਨਾ ਜੋਗ ਹੈ ਉਹਨੇ ਉਹਨਾਂ ਨੂੰ ਕਿਹਾ ਕੋਈ ਤੁਹਾਡੇ ਵਿੱਚੋਂ ਇਹੋ ਜਿਹਾ ਕਿਹੜਾ ਮਨੁੱਖ ਹੈ ਜਿਹਦੇ ਕੋਲ ਇੱਕ ਪੀੜ ਹੋਵੇ ਅਤੇ ਜੇ ਉਹ ਸਬਦ ਦੇ ਦਿਨ ਟੋਏ ਵਿੱਚ ਡਿੱਗ ਪਵੇ ਤਾਂ ਉਹ ਉਸ ਨੂੰ ਫੜ ਕੇ ਨਾ ਕੱਢੇ ਸੋ ਮਨੁੱਖ ਪੀੜ ਨਾਲੋਂ ਕਿੰਨਾ ਹੀ ਉੱਤਮ ਹੈ ਇਸ ਲਈ ਸਬਦ ਦੇ ਦਿਨ ਪਲਾ ਕਰਨਾ ਜੋਗ ਹੈ ਤਦ ਉਹਨੇ ਉਸ ਮਨੁੱਖ ਨੂੰ ਆਖਿਆ ਆਪਣਾ ਹੱਥ ਲੰਮਾ ਕਰ ਅਤੇ ਉਸਨੇ ਲੰਮਾ ਕੀਤਾ ਤਾਂ ਉਹ ਦੂਇ ਵਰਗਾ ਫਿਰ ਜੰਗਾ ਹੋ ਗਿਆ ਤਦ ਫਰੀਸੀਆਂ ਨੇ ਬਾਹਰ ਜਾ ਕੇ ਉਹਦੇ ਵਿਰੁੱਧ ਮਤਾ ਕੀਤਾ ਕਿ ਕਿਸ ਤਰ੍ਹਾਂ ਉਹਦਾ ਨਾਸ ਕਰੀਏ ਪਰ ਯਿਸੂ ਇਹ ਜਾਣ ਕੇ ਉਥੋਂ ਤੁਰ ਪਿਆ ਅਤੇ ਬਹੁਤ ਸਾਰੇ ਲੋਕ ਉਹਦੇ ਮਗਰ ਲੱਗ ਤੁਰੇ ਅਤੇ ਉਸਨੇ ਉਹਨਾਂ ਸਬਦਾਂ ਨੂੰ ਚੰਗਾ ਕੀਤਾ ਅਤੇ ਉਹਨਾਂ ਨੂੰ ਤਗੀਦ ਕੀਤੀ ਜੋ ਮੈਨੂੰ ਉਜਾਗਰ ਨਾ ਕਰਨਾ ਤਾਂ ਜੋ ਇਹ ਵਾਕ ਜਿਹੜਾ ਯਸਾਇਆ نبی ਨੇ ਆਖਿਆ ਸੀ ਪੂਰਾ ਹੋਵੇ ਵੇਖੋ ਮੇਰਾ ਸੇਵਕ ਜਿਹਨੂੰ ਮੈਂ ਚੁਣਿਆ ਹੈ ਮੇਰਾ ਪਿਆਰਾ ਜਿਸ ਤੋਂ ਮੇਰਾ ਜੀ ਪ੍ਰਸੰਨ ਹੈ ਮੈਂ ਆਪਣਾ ਆਤਮਾ ਉਹਦੇ ਉੱਤੇ ਰੱਖਾਂਗਾ ਅਤੇ ਉਹ ਪਰਾਈਆਂ ਕੋਲੋਂ ਨਿਆਂ ਦੀ ਖਬਰ ਕਰੇਗਾ ਉਹ ਨਾ ਝਗੜਾ ਕਰੇਗਾ ਨਾ ਉੱਚੀ ਬੋਲੇਗਾ ਨਾ ਚੌਂਕਾ ਵਿੱਚ ਕੋਈ ਉਹਦੀ ਆਵਾਜ਼ ਸੁਨੇਗਾ ਲਿਟਾਰੇ ਹੋਏ ਕਾਨੇ ਨੂੰ ਨਾ ਤੋੜੇਗਾ ਨਾ ਤੁਖਦੀ ਹੋਈ ਸਣ ਨੂੰ ਬੁਝਾਵੇਗਾ ਜਦ ਤੱਕ ਨਿਉਂ ਦੀ ਫਤਾ ਨਾ ਕਰ ਦੇਵੇ ਅਤੇ ਉਹਦੇ ਨਾਮ ਉੱਤੇ ਪਰਾਈਆਂ ਕੋਮ ਆਸ ਰੱਖਣਗੀਆਂ ਤਦ ਲੋਕ ਇੱਕ ਅੰਨਾ ਅਤੇ ਗੁੰਗਾ ਜਿਹਨੂੰ ਪੂਛ ਚਿਮੜਿਆ ਹੋਇਆ ਸੀ ਉਹਦੇ ਕੋਲ ਲਿਆਏ ਅਤੇ ਉਸ ਨੇ ਉਹਨੂੰ ਅਜਿਹਾ ਚੰਗਾ ਕੀਤਾ ਜੋ ਗੁੰਗਾ ਬੋਲਣ ਵੇਖਣ ਲੱਗਾ ਅਤੇ ਸਾਰੇ ਲੋਕ ਅਚਰਜ ਹੋ ਕੇ ਬੋਲੇ ਪਹਲਾ ਇਹੋ ਦੌਦਾ ਪੁੱਤਰ ਨਹੀਂ ਹੈ ਪਰ ਫ੍ਰੀਸੀਆ ਨੇ ਸੁਣ ਕੇ ਕਿਹਾ ਜੋ ਪੁੱਤਾਂ ਦੇ ਸਰਦਾਰ ਬਾਲ ਜ਼ਬੂਲ ਦੀ ਸਹਤਾਂ ਬਿਨਾ ਪੁੱਤ ਨਹੀਂ ਕੱਢਦਾ ਪਰ ਉਸ ਨੇ ਉਹਨਾਂ ਦੀ ਸੋਚ ਵਿਚਾਰ ਜਾਣ ਕੇ ਉਹਨਾਂ ਨੂੰ ਆਖਿਆ ਕਿ ਜਿਸ ਕਿਸੇ ਰਾਜ ਵਿੱਚ ਫੁੱਟ ਪੈਂਦੀ ਹੈ ਸੋ ਵਿਰਾਨ ਹੋ ਜਾਂਦਾ ਹੈ ਅਤੇ ਜਿਸ ਕਿਸੇ ਨਗਰ ਵਿੱਚ अथवा ਘਰ ਵਿੱਚ ਫੁੱਟ ਪੈਂਦੀ ਹੈ ਉਹ ਕਾਇਮ ਨਾ ਰਹੇਗਾ ਅਤੇ ਜੇ ਸ਼ੈਤਾਨ ਹੀ ਸ਼ੈਤਾਨ ਨੂੰ ਕੱਢਦਾ ਹੈ ਤਾਂ ਉਹਦੇ ਆਪਣੇ ਆਪ ਵਿੱਚ ਹੀ ਫੁੱਟ ਪੈ ਗਈ ਫਿਰ ਉਹਦਾ ਰਾਜ ਕਿਕਰ ਕਾਇਮ ਰਹੇਗਾ ਅਰ ਜੇ ਮੈਂ ਬਾਹਲ ਜ਼ਬੂਲ ਦੀ ਸਹਾਇਤਾ ਨਾਲ ਪੁੱਤਾਂ ਨੂੰ ਕੱਢਦਾ ਹਾਂ ਤਾਂ ਤੁਹਾਡੇ ਪੁੱਤਰ ਕਿਹਦੀ ਸਹਾਇਤਾ ਨਾਲ ਕੱਢਦੇ ਹਨ ਇਸ ਲਈ ਤੁਹਾਡਾ ਨਿਆਂ ਕਰਨ ਵਾਲੇ ਉਹ ਹੋਣਗੇ ਪਰ ਜੇ ਮੈਂ ਪਰਮੇਸ਼ਰ ਦੀ ਆਤਮਾ ਦੀ ਸਹਾਇਤਾ ਨਾਲ ਪੁੱਤਾਂ ਨੂੰ ਕੱਢਦਾ ਹਾਂ ਤਾਂ ਪਰਮੇਸ਼ਰ ਦਾ ਰਾਜ ਤੁਹਾਡੇ ਉੱਤੇ ਆ ਪਹੁੰਚਿਆ ਹੈ ଅਥਵਾ ਕੋਈ ਕਿਸੇ ਜ਼ੋਰਾਵਰ ਦੇ ਘਰ ਵਿੱਚ ਵੜ ਕੇ ਉਹਦਾ maal ਕਿਕਰ ਲੁੱਟ ਸਕਦਾ ਹੈ ਜੇ ਪਹਿਲਾਂ ਉਸ ਜ਼ੋਰਾਵਰ ਨੂੰ ਬੰਨਣਾ ਲਵੇ ਤਾਂ ਉਹਦਾ ਘਰ ਲੁੱਟੇਗਾ ਜੋ ਮੇਰੇ ਨਾਲ ਨਹੀਂ ਸੋ ਮੇਰੇ ਵਿਰੁੱਧ ਹੈ ਅਤੇ ਜੋ ਮੇਰੇ ਸੰਗ ਇਕੱਠਾ ਨਹੀਂ ਕਰਦਾ ਸੋ ਖੰਡਾਉਂਦਾ ਹੈ ਇਸ ਲਈ ਮੈਂ ਤੁਹਾਨੂੰ ਆਖਦਾ ਹਾਂ ਜੋ ਹਰੇਕ ਪਾਪ ਅਤੇ ਕੁਫਰ ਮਨੁੱਖਾਂ ਨੂੰ ਮaaf ਕੀਤਾ ਜਾਵੇਗਾ ਪਰ ਉਹ ਕੁਫਰ ਜਿਹੜਾ ਆਤਮਾ ਦੇ ਵਿਰੁੱਧ ਹੋਵੇ ਮaaf ਨਹੀਂ ਕੀਤਾ ਜਾਵੇਗਾ ਅਤੇ ਜੋ ਕੋਈ ਮਨੁੱਖ ਦੇ ਪੁੱਤਰ ਦੇ ਵਿਰੁੱਧ ਗੱਲ ਕਰੇ ਉਹਨੂੰ ਮaaf ਕੀਤਾ ਜਾਵੇਗਾ ਪਰ ਜੋ ਕੋਈ ਪਵਿੱਤਰ ਆਤਮਾ ਦੇ ਵਿਰੁੱਧ ਗੱਲ ਕਰੇ ਇਹ ਉਸ ਨੂੰ ਨਾ ਇਸ ਯੁੱਗ ਵਿੱਚ ਨਾ ਆਉਣ ਵਾਲੇ ਜੋਗ ਵਿੱਚ ਮਾਫ ਕੀਤਾ ਜਾਵੇਗਾ ਬਿਰਚ ਨੂੰ ਚੰਗਾ ਬਣਾਓ ਅਤੇ ਉਹਦੇ ਫਲ ਨੂੰ ਵੀ ਚੰਗਾ ਜਾਂ ਬਿਰਚ ਨੂੰ ਮਾੜਾ ਬਣਾਓ ਅਤੇ ਉਹਦੇ ਫਲ ਨੂੰ ਵੀ ਮਾੜਾ ਕਿਉਂਕਿ ਜੋ ਬਿਰਚ ਆਪਣੇ ਫਲੋਂ ਹੀ ਪਛਾਣਿਆ ਜਾਂਦਾ ਹੈ ਇਹ ਸਭਪਾਉਂਦੇ ਬੱਚੋ ਤੁਸੀਂ ਬੁਰੀ ਹੋ ਕੇ ਚੰਗੀਆਂ ਗੱਲਾਂ ਕਿਕਰ ਕਰ ਸਕਦੇ ਹੋ ਕਿਉਂਕਿ ਜੋ ਮਨ ਵਿੱਚ ਭਰਿਆ ਹੋਇਆ ਹੈ ਉਹ ਮੂੰਹ ਤੇ ਆਉਂਦਾ ਹੈ ਪਲਾਮਨੁਖ ਭਲੇ ਖਜ਼ਾਨੇ ਵਿੱਚੋਂ ਪਲੀਆਂ ਗੱਲਾਂ ਕੱਢਦਾ ਹੈ ਪਰ ਬੁਰਾ ਮਨੁੱਖ ਬੁਰੇ ਖਜ਼ਾਨੇ ਵਿੱਚੋਂ ਬੁਰੀਆਂ ਗੱਲਾਂ ਕੱਢਦਾ ਹੈ ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਮਨੁੱਖ ਹਰੇਕ ਅਕਾਰਥ ਗੱਲ ਜੋ ਬੋਲਨ ਨਿਉਂ ਦੇ ਦਿਨ ਉਹਦਾ ਹਿਸਾਬ ਦੇਣਗੇ ਇਸ ਲਈ ਜੋ ਤੂੰ ਆਪਣੀਆਂ ਗੱਲਾਂ ਤੋਂ ਧਰਮੀ ਅਤੇ ਆਪਣੀਆਂ ਗੱਲਾਂ ਤੋਂ ਦੋਸ਼ੀ ਠਰਾਇਆ ਜਾਵੇਂਗਾ ਤਦ ਕਿੰਨੇ ਗ੍ਰੰਥੀਆਂ ਅਤੇ ਫਰਿਸੀਆਂ ਨੇ ਅੱਗੋਂ ਆਖਿਆ ਗੁਰੂ ਜੀ ਅਸੀਂ ਤੇਥੋਂ ਕੋਈ ਨਿਸ਼ਾਨੀ ਵੇਖਣਾ ਚਾਹੁੰਦੇ ਹਾਂ ਪਰ ਉਸਨੇ ਉਨਾਂ ਨੂੰ ਉੱਤਰ ਦਿੱਤਾ ਕਿ ਬੁਰੀ ਅਤੇ ਹਰਾਮਕਾਰ ਪੀੜੀ ਨਿਸ਼ਾਨੀ ਚਾਹੁੰਦੀ ਹੈ ਪਰ ਯੂਨਾ نبی ਦਿਨਸ਼ਾਨੀ ਬਿਨਾ ਕੋਈ ਹੋਰ ਨਿਸ਼ਾਨੀ ਉਹਨਾਂ ਨੂੰ ਨਾ ਦਿੱਤੀ ਜਾਵੇਗੀ ਕਿਉਂਕਿ ਜਿਸ ਤਰ੍ਹਾਂ ਯੂਨਾ 3 ਦਿਨ ਅਤੇ 3 ਰਾਤ ਮੱਛੀ ਦੇ ਢੇਡ ਵਿੱਚ ਸੀ ਉਸੇ ਤਰ੍ਹਾਂ ਮਨੁੱਖ ਦਾ ਪੁੱਤਰ 3 ਦਿਨ ਅਤੇ 3 ਰਾਤ ਧਰਤੀ ਦੇ ਅੰਦਰ ਹੋਵੇਗਾ ਨਿਰਵਾਦੀ ਲੋਕ ਅਦਾਲਤ ਵਿੱਚ ਇਸ ਪੀੜੀ ਦੇ ਲੋਕਾਂ ਨਾਲ ਉੱਠ ਖੜੇ ਹੋਣਗੇ ਅਤੇ ਇਹਨਾਂ ਨੂੰ ਦੋਸ਼ੀ ਠਾਉਣਗੇ ਕਿਉਂਕਿ ਉਹਨਾਂ ਨੇ ਯੂਨੋ ਦਾ ਪ੍ਰਚਾਰ ਸੁਣ ਕੇ ਤੌਬਾ ਕੀਤੀ ਅਤੇ ਵੇਖੋ ਇੱਥੇ ਯੂਨੋ ਨਾਲੋਂ ਵੀ ਇੱਕ ਵੱਡਾ ਹੈ ਦੱਖਣ ਦੀ ਰਾਣੀ ਅਦਾਲਤ ਵਿੱਚ ਇਸ ਪੀੜੀ ਦੇ ਲੋਕਾਂ ਨਾਲ ਉੱਠੇਗੀ ਅਤੇ ਇਹਨਾਂ ਨੂੰ ਦੋਸ਼ੀ ਠਹਿਰਾਵੇਗੀ ਕਿਉਂਕਿ ਉਹ ਧਰਤੀ ਦੀ ਹੱਦੋਂ ਸੁਲੇਮਾਨ ਦਾ ਗਿਆਨ ਸੁਣਨ ਲਈ ਆਈ ਅਤੇ ਵੇਖੋ ਇੱਥੇ ਸੁਲੇਮਾਨ ਨਾਲੋਂ ਵੀ ਇੱਕ ਵੱਡਾ ਹੈ ਪਰ ਜਾਂ ਪ੍ਰਿਸ਼ਟ ਆਤਮਾ ਮਨੁੱਖ ਤੋਂ ਨਿਕਲ ਗਿਆ ਹੋਵੇ ਤਾਂ ਸੁੱਕੀਆਂ ਥਾਵਾਂ ਵਿੱਚ ਆਰਾਮ ਪਾਲ ਦਾ ਫਿਰਦਾ ਹੈ ਪਰ ਨਹੀਂ ਲੱਭਦਾ ਤਦ ਉਹ ਆਖਦਾ ਹੈ ਪਈ ਮੈਂ ਆਪਣੇ ਘਰ ਜਿੱਥੋਂ ਨਿਕਲੇ ਸਾਂ ਮੁੜ ਜਾਵਾਂਗਾ ਅਤੇ ਆਣ ਕੇ ਉਹਨੂੰ ਵਿਹਲਾ ਅਤੇ ਝਾੜਿਆ ਸਵਾਰਿਆ ਹੋਇਆ ਵੇਖਦਾ ਹੈ ਤਦ ਉਹ ਜਾ ਕੇ ਹੋਰ ਸਤ ਆਤਮੇ ਆਪਣੇ ਨਾਲੋਂ ਵੀ ਭੜੇ ਸੰਗ ਲਿਆਉਂਦਾ ਹੈ ਅਤੇ ਉਹ ਅੰਦਰ ਵੜ ਕੇ ਉੱਥੇ ਵਸਦੇ ਹਨ ਤਾਂ ਉਸ ਮਨੁੱਖ ਦਾ ਪਿਛਲਾ ਹਾਲ ਪਹਿਲੇ ਨਾਲੋਂ ਬੁਰਾ ਹੁੰਦਾ ਹੈ ਇਸ ਬੁਰੀ ਪੀੜੀ ਦੇ ਲੋਕਾਂ ਦਾ ਵੀ ਠੀਕ ਇਹੋ ਜਿਹਾ ਹਾਲ ਹੋਵੇਗਾ ਉਹ ਵਜੇ ਲੋਕਾਂ ਨਾਲ ਗੱਲਾਂ ਪਿਆ ਕਰਦਾ ਸੀ ਕਿ ਵੇਖੋ ਉਹਦੀ ਮਾਤਾ ਅਤੇ ਪਰਾ ਬਾਹਰ ਖੜੇ ਉਸ ਨਾਲ ਗੱਲ ਕਰਨੀ ਚਾਹੁੰਦੇ ਸਨ ਤਾਂ ਕਿਨੇ ਉਸ ਨੂੰ ਆਖਿਆ ਵੇਖ ਤੇਰੀ ਮਾਤਾ ਅਤੇ ਤੇਰੇ ਪਰਾ ਬਾਹਰ ਖੜੇ ਤੇਰੇ ਨਾਲ ਗੱਲਾਂ ਕਰਨੀ ਚਾਹੁੰਦੇ ਹਨ ਪਰ ਉਹਨੇ ਆਖਣ ਵਾਲੀ ਨੂੰ ਉੱਤਰ ਦਿੱਤਾ ਕੌਣ ਹੈ ਮੇਰੀ ਮਾਤਾ ਅਤੇ ਕੌਣ ਮੇਰੇ ਪਰਾ ਅਤੇ ਆਪਣੇ ਚੇਲਿਆਂ ਵੱਲ ਆਪਣਾ ਹੱਥ ਫਸਾਰ ਕੇ ਕਿਹਾ ਵਿਖੋ ਮੇਰੀ ਮਾਤਾ ਅਤੇ ਮੇਰੇ ਭਰਾ ਕਿਉਂਕਿ ਜੋ ਕੋਈ ਮੇਰੇ ਸਰਗੀ ਪਿਤਾ ਦੀ ਮਰਜ਼ੀ ਉਤੇ ਚੱਲਦਾ ਹੈ ਸੋ ਹੀ ਮੇਰਾ ਭਰਾ ਅਤੇ ਭੈਣ ਅਤੇ ਮਾਤਾ ਹੈ ਮੱਤੀ ਅਧਿਆਇ 13 ਉਸ ਦਿਨ ਯਿਸੂ ਕਰੋ ਨਿਕਲ ਕੇ ਝੀਲ ਦੇ ਨੇੜੇ ਜਾ ਬੈਠਾ ਅਤੇ ਐਡੀ ਭੀੜ ਉਹਦੇ ਕੋਲ ਲੱਗ ਗਈ ਜੋ ਉਹ ਬਿੜੀ ਤੇ ਚੜ ਬੈਠਾ ਅਤੇ ਸਾਰੀ ਭੀੜ ਕੰਡੇ ਉਤੇ ਖੜੀ ਰਹੀ ਉਸ ਨੇ ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਦਿਸਤਾਂਤਾਂ ਵਿੱਚ ਕਈਆਂ ਕਿ ਵੇਖੋ ਇੱਕ ਬੀਜਣ ਵਾਲਾ ਬੀਜਨ ਨੂੰ ਨਿਕਲਿਆ ਅਤੇ ਉਹਦੇ ਬੀਜਦਿਆਂ ਕੁਝ ਪਹਿ ਵਿੱਚ ਕਿਰਪਾ ਅਤੇ ਪੰਛੀ ਆਣ ਕੇ ਉਹਨੂੰ ਚੁੱਕ ਗਏ ਅਤੇ ਕੁਝ ਪਥਰੇਲੀ ਜ਼ਮੀਨ ਵਿੱਚ ਕਿਰਿਆ ਜਿੱਥੇ ਉਹਨੂੰ ਬਹੁਤੀ ਮਿੱਟੀ ਨਾ ਮਿਲੀ ਔਰ ਡੂੰਗੀ ਮਿੱਟੀ ਨਾ ਮਿਲਣ ਕਰਕੇ ਉਹ ਛੇਤੀ ਉੱਗ ਪਿਆ ਪਰ ਜਾਂ ਸੂਰਜ ਚੜ੍ਹਿਆ ਤਾਂ ਕੁਮਲਾ ਗਿਆ ਅਤੇ ਜੜ ਨਾ ਫੜਨ ਦੇ ਕਾਰਨ ਸੁੱਕ ਗਿਆ ਅਤੇ ਕੁਝ ਕੰਡਿਆਲੀਆਂ ਵਿੱਚ ਕਿਰਿਆ ਅਤੇ ਕੰਡਿਆਲੀਆਂ ਨੇ ਵੱਧ ਕੇ ਉਹਨੂੰ ਦਬਾ ਲਿਆ ਅਤੇ ਕੁਝ ਚੰਗੀ ਜ਼ਮੀਨ ਵਿੱਚ ਕਿਰਿਆ ਅਤੇ ਫਲਿਆ ਕੁਝ 100 ਗੁਣਾ ਕੁਝ 60 ਗੁਣਾ ਅਤੇ ਕੁਝ 30 ਗੁਣਾ ਜਿਹਦੇ ਕੰਨ ਹੋਣ ਸੁ ਸੁਨੇ ਤਾਂ ਚੇਲਿਆਂ ਨੇ ਨੇੜੇ ਆਣ ਕੇ ਉਹਨੂੰ ਕਿਹਾ ਤੂੰ ਉਹਨਾਂ ਨਾਲ ਦਿਸਤਾਂਤਾਂ ਵਿੱਚ ਕਿਉਂ ਗੱਲਾਂ ਕਰਦਾ ਹੈ ਉਸ ਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਸੁਰਗ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਪਰ ਉਹਨਾਂ ਨੂੰ ਨਹੀਂ ਦਿੱਤੀ ਗਈ ਹੈ ਕਿਉਂਕਿ ਜਿਹਦੇ ਕੋਲ ਉਹ ਹੈ ਉਹਨੂੰ ਦਿੱਤਾ ਜਾਵੇਗਾ ਅਤੇ ਉਹਦਾ ਵਾਧਾ ਹੋਵੇਗਾ ਪਰ ਜਿਹਦੇ ਕੋਲ ਨਹੀਂ ਹੈ ਉਸ ਤੋਂ ਜੋ ਕੁਝ ਉਹਦੇ ਕੋਲ ਹੈ ਸੋ ਵੀ ਲੈ ਲਿਆ ਜਾਵੇਗਾ ਮੈਂ ਇਸ ਲਈ ਉਹਨਾਂ ਨਾਲ ਦ੍ਰਿਸ਼ਟਾਂਤ ਵਿੱਚ ਗੱਲਾਂ ਕਰਦਾ ਹਾਂ ਕਿ ਉਹ ਵੇਖਦੇ ਹੋਏ ਨਹੀਂ ਵੇਖਦੇ ਅਤੇ ਸੁਣਦੇ ਹੋਏ ਨਹੀਂ ਸੁਣਦੇ ਅਤੇ ਨਹੀਂ ਸਮਝਦੇ ਉਹਨਾਂ ਉੱਤੇ ਯਿਸਾ ਦਾ ਇਹ ਅਗੰਗ ਵਾਕ ਪੂਰਾ ਹੋਇਆ ਕਿ ਤੁਸੀਂ ਕੰਨਾਂ ਨਾਲ ਸੁਣੋਗੇ ਪਰ ਮੂਲੋਂ ਨਾ ਸਮਝੋਗੇ ਅਤੇ ਵੇਖਦੇ ਹੋਏ ਵੇਖੋਗੇ ਪਰ ਮੂਲੋਂ ਬੁੱਝੋਗੇ ਨਾ ਕਿਉਂ ਜੋ ਇਸ ਪਰਜਾ ਦਾ ਮਨ ਮੋਟਾ ਹੋ ਗਿਆ ਹੈ ਅਤੇ ਉਹ ਕੰਨਾਂ ਨਾਲ ਉੱਚਾ ਸੁਣਦੇ ਹਨ ਇਹਨਾਂ ਨੇ ਆਪਣੀਆਂ ਅੱਖਾਂ ਮੀਟ ਲਈਆਂ ਹਨ ਮਤੇ ਉਹ ਅੱਖਾਂ ਨਾਲ ਵੇਖਣ ਅਤੇ ਕੰਨਾਂ ਨਾਲ ਸੁਣਨ ਅਤੇ ਮਨ ਨਾਲ ਸਮਝਣ ਅਤੇ ਮੁੜ ਆਉਣ ਅਤੇ ਮੈਂ ਇਹਨਾਂ ਨੂੰ ਚੰਗਾ ਕਰਾਂ ਪਰ ਤਨ ਤੁਹਾਡੀਆਂ ਅੱਖੀਆਂ ਜੋ ਉਹ ਵਿਗਦੀਆਂ ਹਨ ਅਤੇ ਤੁਹਾਡੇ ਕੰਨ ਜੋ ਉਹ ਸੁਣਦੇ ਹਨ ਕਿਉਂਕਿ ਮੈਂ ਤੁਹਾਨੂੰ ਸੱਤ ਰੱਖਦਾ ਹਾਂ ਕਿ ਬਥੇਰੇ ਨਵੀ ਅਤੇ ਧਰਮੀ ਲੋਚਦੇ ਸਨ ਭਈ ਜੋ ਕੁਝ ਤੁਸੀਂ ਵੇਖਦੇ ਹੋ ਸੋ ਵੇਖਣ ਪਰ ਨਾ ਵੇਖਿਆ ਅਤੇ ਜੋ ਕੁਝ ਤੁਸੀਂ ਸੁਣਦੇ ਹੋ ਸੋ ਸੁਣਨ ਪਰ ਨਾ ਸੁਣਿਆ ਸੋ ਤੁਸੀਂ ਬਿਜਨ ਵਾਲੇ ਦਾ ਦਿਸਤਾਂਤ ਸੁਣੋ ਹਰ ਕੋਈ ਜੋ ਰਾਜਦਾ ਬਚਨ ਸੁਣਦਾ ਹੈ ਪਰ ਨਹੀਂ ਸਮਝਦਾ ਸੋ ਉਹਦੇ ਮਨ ਵਿੱਚ ਜੋ ਕੁਝ ਬੀਜਾ ਹੋਇਆ ਹੈ ਦੁਸ਼ਟ ਆਣ ਕੇ ਉਹਨੂੰ ਖੋਲ ਲੈਂਦਾ ਹੈ ਇਹ ਉਹ ਹੈ ਜਿਹੜਾ ਪਹੇਵਲ ਬੀਜਿਆ ਗਿਆ ਸੀ ਅਤੇ ਜਿਹੜਾ ਪਥਰੀਲੀ ਜ਼ਮੀਨ ਵਿੱਚ ਬੀਜਿਆ ਗਿਆ ਸੋ ਉਹ ਹੈ ਜੋ ਬਚਨ ਸੁਣ ਕੇ ਝਟ ਖੁਸ਼ੀ ਨਾਲ ਉਹਨ ਮੰਨ ਲੈਂਦਾ ਹੈ ਪਰ ਆਪਣੇ ਵਿੱਚ ਜੜ ਨਹੀਂ ਲਖਦਾ ਤਾਂ ਵੀ ਥੋੜਾ ਜਿਹਾ ਰਹਿੰਦਾ ਹੈ ਪਰ ਜਾਂ ਬਚਨ ਦੇ ਕਰ ਦੁੱਖ ਜਾਂ ਜ਼ੁਲਮ ਹੁੰਦਾ ਹੈ ਤਾਂ ਉਹ ਝਟ ਠੁੱਕਰ ਖਾਂਦਾ ਹੈ ਅਤੇ ਜਿਹੜਾ ਕੰਡਿਆਲਿਆਂ ਵਿੱਚ ਬੀਜਿਆ ਗਿਆ ਸੋ ਉਹ ਹੈ ਜੋ ਬਚਨ ਨੂੰ ਸੁਣਦਾ ਹੈ ਪਰ ਇਸ ਜੁਗਦੀ ਚਿੰਤਾ ਅਤੇ ਧੰਦਾ ਧੋਖਾ ਬਚਨ ਨੂੰ ਦਬਾ ਲੈਂਦਾ ਹੈ ਅਤੇ ਉਹ ਅਫਲ ਰਹਿ ਜਾਂਦਾ ਹੈ ਪਰ ਜਿਹੜਾ ਚੰਗੀ ਜ਼ਮੀਨ ਵਿੱਚ ਬੀਜਿਆ ਗਿਆ ਸੋ ਉਹ ਹੈ ਜੋ ਬਚਨ ਨੂੰ ਸੁਣਦਾ ਅਤੇ ਸਮਝਦਾ ਹੈ ਉਹ ਜ਼ਰੂਰ ਫਲ ਦਿੰਦਾ ਅਤੇ ਕੋਈ 100 ਗੁਣਾ ਕੋਈ 60 ਗੁਣਾ ਕੋਈ 30 ਗੁਣਾ ਫਲਦਾ ਹੈ ਉਸ ਨੇ ਉਹਨਾਂ ਨੂੰ ਇੱਕ ਹੋਰ ਦਿਸਤਾਂਤ ਕਿਹਾ ਪਈ ਸੁਰਗ ਦਾ ਰਾਜ ਇੱਕ ਮਨੁੱਖ ਵਰਗਾ ਹੈ ਜਿਨੇ ਆਪਣੇ ਖੇਤ ਵਿੱਚ ਚੰਗਾ ਬੀ ਬੀਜਿਆ ਪਰ ਜਦ ਲੋਕ ਸੌਰੇ ਸਨ ਤਾਂ ਉਹਦਾ ਵੈਰੀ ਆਇਆ ਔਰ ਉਹਦੀ ਕਣਕ ਵਿੱਚ ਜੰਗਲੀ ਬੂਟੀ ਬੀਜ ਗਿਆ ਔਰ ਜਦ ਅੰਗੂਰੀ ਨਿਕਲੀ ਤਾਂ ਸਿੱਟੇ ਲੱਗੇ ਤਾਂ ਜੰਗਲੀ ਬੂਟੀ ਵੀ ਦਿਸ ਪਈ ਤਾਂ ਕਰਦੇ ਮਾਲਕ ਦੇ ਚਾਕਰਾਂ ਨੇ ਕੋਲ ਆਣ ਕੇ ਉਹਨੂੰ ਆਖਿਆ ਭਲਾ ਸਵਾਮੀ ਜੀ ਤੁਸੀਂ ਆਪਣੇ ਖੇਤ ਵਿੱਚ ਚੰਗਾ ਬੀ ਨਹੀਂ ਸੀ ਬੀਜਿਆ ਫਿਰ ਜੰਗਲੀ ਬੂਟੀ ਕਿੱਥੋਂ ਆਈ ਉਹਨੇ ਉਹਨਾਂ ਨੂੰ ਆਖਿਆ ਇਹ ਕਿਸੇ ਵੈਰੀ ਦਾ ਕੰਮ ਹੈ ਤਾਂ ਚਾਕਰਾਂ ਨੇ ਉਹਨੂੰ ਆਖਿਆ ਜੇ ਮਰਜ਼ੀ ਹੋਵੇ ਤਾਂ ਅਸੀਂ ਜਾ ਕੇ ਉਹਨੂੰ ਇਕੱਠਾ ਕਰੀਏ ਪਰ ਉਹਨੇ ਆਖਿਆ ਨਾ ਮਤੇ ਤੁਸੀਂ ਜੰਗਲੀ ਬੂਟੀ ਨੂੰ ਇਕੱਠਾ ਕਰਦਿਆਂ ਕਣਕ ਨੂੰ ਵੀ ਨਾਲ ਹੀ ਪੁੱਟ ਲੋ ਵਾੜੀ ਥੋੜੀ ਦੋਹਾਂ ਨੂੰ ਰਲੇ ਮਿਲੇ ਵਜਨ ਦਿਓ ਅਰ ਮੈਂ ਵਾੜੀ ਦੇ ਵਿਲੇ ਵਡਨ ਵਾਲੇ ਨੂੰ ਆਖਾਂਗਾ ਜੋ ਪਹਿਲਾਂ ਜੰਗਲੀ ਬੂਟੀ ਨੂੰ ਇਕੱਠਾ ਕਰੋ ਅਤੇ ਫੁਕਣ ਲਈ ਉਹਦੀਆਂ ਪੂਲੀਆਂ ਬਨੋ ਪਰ ਕਣਕ ਨੂੰ ਮੇਰੇ ਕੋਠੇ ਵਿੱਚ ਜਮਾ ਕਰੋ ਉਸਨੇ ਉਹਨਾਂ ਨੂੰ ਇਕ ਹੋਰ ਦਿਸਤਾਨ ਦੇ ਕੇ ਕਿਹਾ ਪਈ ਸੁਰਗ ਦਾ ਰਾਜ ਰਾਈ ਦੇ ਇੱਕ ਦਾਣੇ ਵਰਗਾ ਹੈ ਜਿਹਨੂੰ ਕਿਸੇ ਮਨੁੱਖ ਨੇ ਲੈ ਕੇ ਆਪਣੇ ਖੇਤ ਵਿੱਚ ਬੀਜਿਆ ਉਹ ਤਾਂ ਸਭ ਬੀਆਂ ਨਾਲੋਂ ਛੋਟਾ ਹੈ ਪਰ ਜਦ ਉਗਦਾ ਹੈ ਤਾਂ ਸਬਜ਼ੀਆਂ ਨਾਲੋਂ ਵੱਡਾ ਹੁੰਦਾ ਹੈ ਅਤੇ ਰੁੱਖ ਜਿਹਾ ਹੋ ਜਾਂਦਾ ਹੈ ਕਿ ਆਕਾਸ਼ ਦੇ ਪੰਛੀ ਆਣ ਕੇ ਉਹਦੀਆਂ ਟਹਿਣੀਆਂ ਉੱਤੇ ਵਸੇਰਾ ਕਰਦੇ ਹਨ ਉਸ ਨੇ ਉਹਨਾਂ ਨੂੰ ਇੱਕ ਹੋਰ ਦਿਸਤਾਨ ਦਿੱਤਾ ਜੋ ਸੁਰਗ ਦਾ ਰਾਜ ਖਬੀਰ ਵਰਗਾ ਹੈ ਜਿਹਨੂੰ ਇੱਕ ਤੀਵੀਂ ਨੇ ਲੈ ਕੇ ਤਿੰਨ ਸਿਰ ਆٹے ਵਿੱਚ ਮਿਲਾਇਆ ਐਥੋਂ ਥੋੜੀ ਜੋ ਸਾਰਾ ਖਮੀਰਾ ਹੋ ਗਿਆ ਇਹ ਸਾਰੀਆਂ ਗੱਲਾਂ ਯਿਸੂ ਨੇ ਲੋਕਾਂ ਨੂੰ ਦਿਸਤਾਂਤ ਵਿੱਚ ਸੁਣਾਈਆਂ ਅਤੇ ਬਿਨਾ ਦਿਸਤਾਂਤ ਉਹ ਉਹਨਾਂ ਨਾਲ ਨਹੀਂ ਸੀ ਬੋਲਦਾ ਤਾਂ ਜਿਹੜਾ ਬਚਨ ਨਵੀ ਨੇ ਆਖਿਆ ਸੀ ਉਹ ਪੂਰਾ ਹੋਵੇ ਕਿ ਮੈਂ ਦਿਸਤਾਂਤਾਂ ਵਿੱਚ ਆਪਣਾ ਮੂੰਹ ਖੋਲਾਂਗਾ ਮੈਂ ਉਹਨਾਂ ਗੱਲਾਂ ਨੂੰ ਉਚਾਰਾਂਗਾ ਜਿਹੜੀਆਂ ਸੰਸਾਰ ਦੇ ਮੁੱਢੋਂ ਗੁਪਤ ਰਹੀਆਂ ਹਨ ਤਦ ਉਹ ਪੀੜ ਨੂੰ ਛੱਡ ਕੇ ਘਰ ਵਿੱਚ ਆਇਆ ਅਤੇ ਉਹਦੇ ਚੇਲਿਆਂ ਨੇ ਉਸ ਕੋਲ ਆਣ ਕੇ ਕਿਹਾ ਜੋ ਖੇਤ ਦੀ ਜੰਗਲੀ ਬੂਟੀ ਦਾ ਦਿਸਤਾਂਦ ਖੋਲ ਕੇ ਸਾਨੂੰ ਦੱਸ ਤਾਂ ਉਸ ਨੇ ਉੱਤਰ ਦਿੱਤਾ ਜਿਹੜਾ ਚੰਗਾ ਬੀਜਦਾ ਹੈ ਉਹ ਮਨੁੱਖ ਦਾ ਪੁੱਤਰ ਹੈ ਖੇਤ ਜਗਤ ਹੈ ਅਤੇ ਚੰਗਾ ਬੀ ਰਾਜ ਦੇ ਪੁੱਤਰ ਅਤੇ ਜੰਗਲੀ ਬੂਟੀ ਦੁਸ਼ਟ ਦੇ ਪੁੱਤਰ ਹਨ ਅਤੇ ਜਿਸ ਵੈਰੀ ਨੇ ਉਹਨੂੰ ਬੀਜਿਆ ਉਹ ਸ਼ੈਤਾਨ ਹੈ ਵੱਡੀ ਦੇ ਵਿਲਾ ਜੁਗ ਦਾ ਅੰਤ ਹੈ ਔਰ ਵੱਢਣ ਵਾਲੇ ਦੂਤ ਹਨ ਸੋ ਜਿਸ ਪ੍ਰਕਾਰ ਜੰਗਲੀ ਬੂਟੀ ਇਕੱਠੀ ਕੀਤੀ ਅਤੇ ਅੱਗ ਵਿੱਚ ਫੂਕੀ ਜਾਂਦੀ ਹੈ ਉਸੇ ਪ੍ਰਕਾਰ ਇਸ ਜੁਗ ਦੇ ਅੰਤ ਦੇ ਸਮੇਂ ਹੋਵੇਗਾ ਮਨੁੱਖ ਦਾ ਪੁੱਤਰ ਆਪਣੇ ਦੂਤਾਂ ਨੂੰ ਕੱਲੇਗਾ ਅਤੇ ਉਹ ਉਸ ਦੇ ਰਾਜ ਵਿੱਚੋਂ ਸਾਰੀਆਂ ਠੁਕਰਾ ਖਾਣ ਵਾਲੀਆਂ ਚੀਜ਼ਾਂ ਨੂੰ ਅਤੇ ਕੁਕਰਮੀਆਂ ਨੂੰ ਇਕੱਠੀਆਂ ਕਰਨਗੇ ਅਤੇ ਉਹਨਾਂ ਨੂੰ ਪਖਦੇ ਪੱਠੇ ਵਿੱਚ ਸੁੱਟ ਦੇਣਗੇ ਉਥੇ ਰੋਣਾ ਅਤੇ ਕਚਿਚੀਆਂ ਵਟਣਾ ਹੋਵੇਗਾ ਤਦ ਧਰਮੀ ਲੋਕ ਆਪਣੇ ਪਿਤਾ ਦੇ ਰਾਜ ਵਿੱਚ ਸੂਰਜ ਵਾਂਗੂੰ ਚਮਕਣਗੇ ਜਿਦੇ ਕੰਨ ਹੋਣ ਸੋ ਸੁਣੇ ਸੁਰਗ ਦਾ ਰਾਜ ਉਸ ਧਨ ਵਰਗ ਹੈ ਜਿਹੜਾ ਖੇਤ ਵਿੱਚ ਲੁਕਿਆ ਹੋਇਆ ਸੀ ਜਿਸ ਨੂੰ ਇੱਕ ਮਨੁੱਖ ਨੇ ਲੱਭ ਕੇ ਲੁਕਾ ਰੱਖਿਆ ਅਤੇ ਖੁਸ਼ੀ ਦੇ ਮਾਰੇ ਉਹਨੇ ਜਾ ਕੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਉਸ ਖੇਤ ਨੂੰ ਮੁੱਦ ਲੈ ਲਿਆ ਫਿਰ ਸੁਰਗ ਦਾ ਰਾਜ ਇੱਕ ਵਪਾਰੀ ਵਰਗ ਹੈ ਜਿਹੜਾ ਚੰਗੇ ਮੋਤੀਆਂ ਨੂੰ ਲਵਦਾ ਫਿਰਦਾ ਸੀ ਜਦ ਉਹਨੂੰ ਇੱਕ ਮੋਤੀ ਭਾਰੇ ਮੁੱਲ ਦਾ ਮਿਲਿਆ ਤਾਂ ਗਿਆ ਅਤੇ ਆਪਣਾ ਸਭ ਕੁਝ ਵੇਚ ਕੇ ਉਹਨੂੰ ਮੁੱਲ ਲਿਆ ਫਿਰ ਸੁਰਗ ਦਾ ਰਾਜ ਇੱਕ ਜਾਲ ਵਰਗਾ ਹੈ ਜਿਹੜਾ ਝੀਲ ਵਿੱਚ ਸੁੱਟਿਆ ਗਿਆ ਅਤੇ ਹਰ ਪਾਸ ਦੇ ਮੱਛਕੱਚ ਸਿਮੇਟ ਲਿਆ ਸੁਜਾਂ ਉਹ ਭਰ ਗਿਆ ਤਾਂ ਲੋਕ ਕੰਢੇ ਉਤੇ ਖਿੱਚ ਕੇ ਲਿਆਏ ਅਤੇ ਬੈਠ ਕੇ ਖਰੀਆਂ ਨੂੰ ਭਾਂਡੇ ਵਿੱਚ ਜਮਾ ਕੀਤਾ ਅਤੇ ਨਕਮੀਆਂ ਨੂੰ ਪਰੇ ਸੁੱਟ ਦਿੱਤਾ ਸੋ ਜੁਗ ਦੇ ਅੰਤ ਦੇ ਸਮੇ ਅਜਿਹਾ ਹੋਵੇਗਾ ਦੂਤ ਨਿਕਲ ਆਉਣਗੇ ਅਤੇ ਧਰਮੀ ਵਿੱਚੋਂ ਦੁਸ਼ਟਾਂ ਨੂੰ ਅੱਡ ਕਰਨਗੇ ਔਰ ਇਹਨਾਂ ਨੂੰ ਪਖਦੇ ਪੱਠੇ ਵਿੱਚ ਸੁੱਟ ਦੇਣਗੇ ਉੱਥੇ ਰੋਣਾ ਅਤੇ ਕਚੀਚੀਆਂ ਵਟਣਾ ਹੋਵੇਗਾ ਕੀ ਤੁਸੀਂ ਇਹ ਸਭ ਕੁਝ ਸਮਝਿਆ ਉਹਨਾਂ ਉਸ ਨੂੰ ਆਖਿਆ ਹਾਂਜੀ ਤਦ ਉਸ ਨੇ ਉਹਨਾਂ ਨੂੰ ਕਿਹਾ ਇਸ ਲਈ ਹਰ ਇੱਕ ਗ੍ਰੰਥੀ ਜਿਨੇ ਸੁਰਗ ਦੇ ਰਾਜ ਦੀ ਸਿੱਖਿਆ ਪਾਈ ਹੈ ਉਸ ਕਰ ਦੇ ਮਾਲਕ ਵਰਗਾ ਹੈ ਜਿਹੜਾ ਆਪਣੇ ਖਜ਼ਾਨੇ ਵਿੱਚੋਂ ਨਵੀਆਂ ਅਤੇ ਪੁਰਾਣੀਆਂ ਚੀਜ਼ਾਂ ਕੱਢਦਾ ਹੈ ਅਤੇ یوں ਹੋਇਆ ਕਿ ਜਾਂ ਯਿਸੂ ਨੇ ਇਹ ਦਿਸਤਾਂਤ ਪੂਰੇ ਕੀਤੇ ਤਾਂ ਉਥੋਂ ਤੁਰ ਪਿਆ ਔਰ ਆਪਣੇ ਦੇਸ਼ ਵਿੱਚ ਆਣ ਕੇ ਉਹਨਾਂ ਦੀ ਸਮਾਜ ਵਿੱਚ ਉਹਨਾਂ ਨੂੰ ਅਜਿਹਾ ਉਪਦੇਸ਼ ਦਿੰਦਾ ਸੀ ਜੋ ਉਹ 당ਗੋ ਕੇ ਕਹਿਣ ਲੱਗੇ ਭਈ ਇਸ ਮਨੁੱਖ ਨੂੰ ਇਹ ਗਿਆਨ ਔਰ ਇਹ ਕਰਾਮਾਤਾ ਕਿੱਥੋਂ ਮਿਲਿਆ ਭਲਾ ਇਹ ਤਰਖਾਣ ਦਾ ਪੁੱਤਰ ਨਹੀਂ ਅਤੇ ਇਹਦੀ ਮਾਂ ਮਰੀਮ ਨਹੀਂ ਕਹਾਉਂਦੀ ਅਤੇ ਇਹਦੇ ਪਾਈ ਯਾਕੂਬ ਔਰ ਯੂਸਫ ਔਰ ਸ਼ਮਾਉਨ ਔਰ ਯੂਦਾ ਨਹੀਂ ਹਨ ਅਤੇ ਉਹਦੀਆਂ ਸੱਬੇ ਪੈਣਾ ਸਾਡੇ ਕੋਲ ਨਹੀਂ ਹਨ ਫਿਰ ਉਹਨੂੰ ਇਹ ਸਭ ਕੁਝ ਕਿੱਥੋਂ ਮਿਲਿਆ ਇਉਂ ਉਹਨਾਂ ਉਸ ਤੋਂ ਠੁੱਕਰ ਖਾਦੀ ਪਰ ਯਿਸੂ ਨੇ ਉਹਨਾਂ ਨੂੰ ਆਖਿਆ ਨਬੀ ਦਾ ਆਪਣੇ ਦੇਸ਼ ਅਤੇ ਆਪਣੇ ਘਰ ਤੋਂ ਬਿਨਾ ਹੋਰ ਕਿਤੇ ਨਿਆਦਰ ਨਹੀਂ ਹੁੰਦਾ ਅਤੇ ਉਸ ਨੇ ਉਹਨਾਂ ਦੀ ਬੇਪ੍ਰਤੀਤੀ ਦੇ ਕਾਰਨ ਉੱਥੇ ਬਹੁਤ ਕਰਾਮਾਤਾ ਨਾ ਕੀਤੀ ਮੱਤੀ ਅਧਿਆਇ 14 ਉਸ ਸਮੇਂ ਰਾਜਾ ਹੇਰੋਦੇਸ ਨੂੰ ਯਿਸੂ ਦੀ ਖਬਰ ਸੁਣੀ ਅਤੇ ਆਪਣੇ ਨੌਕਰਾਂ ਨੂੰ ਆਖਿਆ ਇਹ ਯਹੂਨਾ ਬਪਤਿਸਮਾ ਦੇਣ ਵਾਲਾ ਹੈ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਇਸ ਲਈ ਉਹਦੇ ਵਿੱਚ ਇਹ ਸ਼ਕਤੀਆਂ ਕੰਮ ਕਰ ਰਹੀਆਂ ਹਨ ਹੇਰੋਦੇਸ ਨੇ ਆਪਣੇ ਭਾਈ ਫਿਲਿਪਸ ਦੀ ਤੀਵੀਂ ਹੇਰੋਦੀਆਸ ਦੇ ਕਾਰਨ ਯਹੂਨਾ ਨੂੰ ਫੜ ਕੇ ਵੱਢਾ ਅਤੇ ਕੈਦ ਵਿੱਚ ਪਾ ਦਿੱਤਾ ਸੀ ਇਸ ਲਈ ਜੋ ਯਹੂਨਾ ਨੇ ਉਹਨੂੰ ਆਖਿਆ ਸੀ ਪਈ ਉਹਦਾ ਰੱਖਣਾ ਤੁਹਾਨੂੰ ਯੋਗ ਨਹੀਂ ਪਰ ਜਾਂ ਉਸਨੇ ਉਹਨੂੰ ਮਾਰ ਸੁੱਟਣਾ ਚਾਹਿਆ ਤਾਂ ਲੋਕਾਂ ਤੋਂ ਡਰਿਆ ਕਿਉਂਕਿ ਉਹ ਉਸਨੂੰ ਨਵੀ ਮੰਨਦੇ ਸਨ ਪਰ ਜਾਂ ਹੇਰੋਦੇਸ ਦਾ ਜਨਮ ਦਿਨ ਆਇਆ ਤਾਂ ਹੇਰੋਦਿਆਸ ਦੇ ਤੀਹਨੇ ਵਿਚਾਰੇ ਨੱਚ ਕੇ ਹੇਰੋਦੇਸ ਨੂੰ ਰਜਾਇਆ ਸੋ ਉਹਨੇ ਸੌਖਾ ਕੇ ਇਕਰਾਰ ਕੀਤਾ ਭਈ ਜੋ ਕੁਝ ਤੂੰ ਮੰਗੇ ਸੋਈ ਤੈਨੂੰ ਦੇਵਾਂਗਾ ਤਾਂ ਉਹ ਆਪਣੀ ਮਾਂ ਦੀ ਚੁੱਕ ਨਾਲ ਬੋਲੀ ਯੋਹਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਥਾਲ ਵਿੱਚ ਮੈਨੂੰ ਦਿਓ ਤਾਂ ਰਾਜਾ ਉਦਾਸ ਹੋਇਆ ਪਰ ਆਪਣੀ ਸੌਦੇ ਕਾਰਨ ਅਤੇ ਉਹਨਾਂ ਲੋਕਾਂ ਕਰਕੇ ਜਿਹੜੇ ਉਹਦੇ ਨਾਲ ਬੈਠੇ ਸਨ ਉਸਨੇ ਦੇ ਦੇਣ ਦਾ ਹੁਕਮ ਕੀਤਾ ਅਤੇ ਮਨੁੱਖ ਭੇਜ ਕੇ ਕੈਦਖਾਨੇ ਵਿੱਚ ਯਹੂਨਾ ਦਾ ਸਿਰ ਵੜਵਾ ਸੁਟਿਆ ਅਤੇ ਉਹਦਾ ਸਿਰ ਥਾਲ ਵਿੱਚ ਲਿਆਂਦਾ ਔਰ ਕੁੜੀ ਨੂੰ ਦਿੱਤਾ ਗਿਆ ਅਤੇ ਉਹ ਆਪਣੀ ਮਾਂ ਦੇ ਕੋਲ ਲੈ ਗਈ ਔਰ ਉਹਦੀ ਚੇਲਿਆਂ ਨੇ ਉੱਥੇ ਜਾ ਕੇ ਲੋਥ ਚੁੱਕੀ ਔਰ ਉਸ ਨੂੰ ਦੱਬਿਆ ਅਤੇ ਆਣ ਕੇ ਯਿਸੂ ਨੂੰ ਖਬਰ ਦਿੱਤੀ ਜਾ ਯਿਸੂ ਨੇ ਇਹ ਸੁਣਿਆ ਤਾਂ ਉਥੋਂ ਬੇੜੀ ਉੱਤੇ ਚੜ ਕੇ ਇੱਕ ਉਜਾੜ ਥਾਂ ਵਿੱਚ ਅਲੱਗ ਚਲਾ ਗਿਆ। ਔਰ ਲੋਕ ਇਹ ਸੁਣ ਕੇ ਨਗਰਾਂ ਤੋਂ ਉਸ ਦੇ ਪਿੱਛੇ ਪੈਦਲ ਤੁਰ ਪਏ। ਅਤੇ ਉਸ ਨੇ ਨਿਕਲ ਕੇ ਵੱਡੀ ਭੀੜ ਵੇਖੀ ਔਰ ਉਹਨਾਂ 'ਤੇ ਤਰਸ ਖਾ ਕੇ ਉਹਨਾਂ ਦੇ ਰੋਗਿਆਂ ਨੂੰ ਚੰਗਾ ਕੀਤਾ। ਅਤੇ ਜਾਂ ਸੰਝ ਹੋਈ ਤਾਂ ਚੇਲਿਆਂ ਨੇ ਉਸ ਕੋਲ ਆਣ ਕੇ ਕਿਹਾ ਇਹ ਥਾਂ ਉਜਾੜ ਹੈ ਅਤੇ ਵੇਲਾ ਹੁਣ ਬੀਤ ਗਿਆ ਹੈ। ਲੋਕਾਂ ਨੂੰ ਵਿਧਿਆ ਕਰ ਤਾਂ ਪਿੰਡਾਂ ਵਿੱਚ ਜਾ ਕੇ ਆਪਣੇ ਲਈ ਖਾਣਾ-ਦਾਣਾ ਮੁੱਲ ਲੈਣ ਪਰ ਯਿਸੂ ਨੇ ਉਹਨਾਂ ਨੂੰ ਆਖਿਆ ਉਹਨਾਂ ਦੇ ਜਾਣ ਦੀ ਲੋੜ ਨਹੀਂ ਤੁਸੀਂ ਉਹਨਾਂ ਨੂੰ ਖਾਣ ਨੂੰ ਦਿਓ ਪਰ ਉਹਨਾਂ ਉਸ ਨੂੰ ਕਿਹਾ ਇੱਥੇ ਸਾਡੇ ਕੋਲ ਨਿਰੀਆਂ 5 ਰੋਟੀਆਂ ਅਤੇ 2 ਮੱਛੀਆਂ ਹਨ ਤਾਂ ਉਹ ਬੋਲਿਆ ਉਹਨਾਂ ਨੂੰ ਇੱਥੇ ਮੇਰੇ ਕੋਲ ਲਿਆਓ ਅਤੇ ਉਸ ਨੇ ਲੋਕਾਂ ਨੂੰ ਖਾਓ ਤੇ ਬੈਠਣ ਦਾ ਹੁਕਮ ਦਿੱਤਾ ਤਾਂ ਉਹਨਾਂ 5 ਰੋਟੀਆਂ ਅਤੇ ਦੋਹਾਂ ਮੱਛੇ ਨੂੰ ਲੈ ਲਿਆ ਔਰ ਆਕਾਸ਼ ਵੱਲ ਵੇਖ ਕੇ ਬਰਕਤ ਦਿੱਤੀ ਅਤੇ ਰੋਟੀਆਂ ਤੋੜ ਕੇ ਚੇਲਮ ਦਿੱਤੀਆਂ ਉਹ ਚੇਲਿਆਂ ਨੇ ਲੋਕਾਂ ਨੂੰ ਦਿੱਤੀਆਂ ਅਤੇ ਉਹ ਸਭੇ ਖਾ ਕੇ ਰਜ ਗਏ ਉਹਨਾਂ ਨੇ ਬਚੇ ਹੋਇਆ ਟੁਕੜੇ ਨਾਲ 12 ਟੁਕਰੀਆਂ ਭਰੀਆਂ ਹੋਈਆਂ ਚੁੱਕ ਲਈਆਂ ਔਰ ਖਾਣ ਵਾਲੀ ਜਨਨੀਆਂ ਅਤੇ ਬਾਲਕਾ ਬਿਨਾਂ 5000 ਮਰਦ ਸਨ ਉਹਨੇ ਉਸੇ ਵੇਲੇ ਚੇਲਿਆਂ ਨੂੰ ਤਗੀਦ ਕੀਤੀ ਪੁਜਾ ਤੇ ਕਰ ਮੈਂ ਭੀੜ ਨੂੰ ਵਿਜਾ ਨਾ ਕਰਾਂ ਤੁਸੀਂ ਬੇੜੀ ਉੱਤੇ ਚੜ੍ਹ ਕੇ ਮੈਥੋਂ ਪਹਿਲਾਂ ਪਾਰ ਲੰਘ ਜਾਓ ਅਤੇ ਉਹ ਪੀੜ ਨੂੰ ਵੀਰਿਆ ਕਰਕੇ ਪ੍ਰਾਰਥਨਾ ਕਰਨ ਲਈ ਦਿਨਾਲੀ ਵਿੱਚ ਪਹਾੜੀ ਚੜ ਗਿਆ। ਔਰ ਜਾਂ ਸੰਝ ਹੋਈ ਤਾਂ ਉਹ ਉੱਥੇ ਇਕੱਲਾ ਹੀ ਸੀ। ਪਰ ਵਿੜੀ ਉਸ ਵੇਲੇ ਝੀਲ ਵਿੱਚ ਲਹਿਰਾਂ ਦੀ ਮਾਰੀ ਡੋਲਦੀ ਸੀ। ਇਸ ਲਈ ਜੋ ਪੌਣ ਸਾਹਮਣੇ ਸੀ। ਅਤੇ ਰਾਤ ਦੇ ਚੌਥੇ ਪੈਰ ਉਹ ਝੀਲ ਦੇ ਉੱਤੋਂ ਦੀ ਉਹਨਾਂ ਵੱਲ ਤੁਰਦਾ ਹੋਇਆ ਆਇਆ। ਅਤੇ ਜਾਂ ਚੇਲਿਆਂ ਨੇ ਉਹਨੂੰ ਝੀਲ ਉੱਤੇ ਤੁਰਦਿਆਂ ਵੇਖਿਆ ਤਾਂ ਡੰਬਰ ਕੇ ਅੱਖ ਲੱਗੇ ਇਹ ਭੂਤਨਾ ਹੈ। ਅਤੇ ਡਰ ਕੇ ਟਡੇ ਆ ਉਠੇ ਪਰ ਯਿਸੂ ਨੇ ਚਾਟ ਉਹਨਾਂ ਨੂੰ ਆਖਿਆ ਹੌਸਲਾ ਰੱਖੋ ਮੈਂ ਹਾਂ ਨਾ ਡਰੋ ਤਦ ਪਤਰਸ ਨੇ ਉਹਨੂੰ ਉੱਤਰ ਦਿੱਤਾ ਪ੍ਰਭੂ ਜੀ ਜੇ ਤੂੰ ਹੈ ਤਾਂ ਮੈਨੂੰ ਪਾਣੀ ਦੇ ਉੱਤੋਂ ਦੀ ਆਪਣੇ ਕੋਲ ਆਉਣ ਦੀ ਆਗਿਆ ਦੇ ਉਹਨੇ ਆਖਿਆ ਆ ਅਤੇ ਪਤਰਸ ਬੇੜੀ ਉੱਤਰ ਕੇ ਯਿਸੂ ਦੇ ਕੋਲ ਜਾਣ ਨੂੰ ਪਾਣੀ ਉੱਤੇ ਤੁਰਨ ਲੱਗਾ ਪਰ ਪੌਣ ਨੂੰ ਵੇਖ ਕੇ ਡਰਿਆ ਔਰ ਡੁੱਬਣ ਲੱਗਾ ਤਾਂ ਚੀਕ ਮਾਰ ਕੇ ਬੋਲਿਆ ਪ੍ਰਭੂ ਜੀ ਮੈਨੂੰ ਬਚਾ ਲੈ ਅਤੇ ਚੱਟ ਯਿਸੂ ਨੇ ਹੱਥ ਲੰਮਾ ਕਰਕੇ ਉਹਨੂੰ ਫੜ ਲਿਆ ਅਤੇ ਉਹਨੂੰ ਆਖਿਆ "ਹੇ ਥੋੜੀ ਪ੍ਰਤੀਤ ਵਾਲਿਆ ਤੈਨ ਕਿਉਂ ਭਰਮ ਕੀਤਾ?" ਅਰਜਾਂ ਉਹ ਬੇੜੀ ਉੱਤੇ ਚੜ ਗਏ ਤਾਂ ਪੌਣ ਥਮ ਗਈ। ਫਿਰ ਜਿਹੜੇ ਲੋਕ ਬੇੜੀ ਉੱਤੇ ਸਨ ਉਹਨਾਂ ਨੇ ਉਸ ਦੇ ਅੱਗੇ ਇਹ ਆਖ ਕੇ ਮੱਥਾ ਟੇਕਿਆ ਕਿ ਤੂੰ ਸੱਚਮੁੱਚ ਪਰਮੇਸ਼ਰ ਦਾ ਪੁੱਤਰ ਹੈ। ਉਹ ਪਾਰ ਲੰਘ ਕੇ ਕਨਿਸਰ ਦੀ ਧਰਤੀ ਉੱਤੇ ਉਤਰੇ। ਅਰਜਾਂ ਉੱਥੇ ਦੇ ਲੋਕਾਂ ਨੇ ਉਹਨੂੰ ਪਛਾਣਿਆ ਤਾਂ ਸਾਰੇ ਇਲਾਕੇ ਵਿੱਚ ਖਬਰ ਭੇਜ ਕੇ ਸਾਰੇ ਰੋਗੀਆਂ ਨੂੰ ਉਸ ਕੋਲ ਲਿਆਂਦਾ ਅਤੇ ਉਹਦੀ ਮਨਤ ਕੀਤੀ ਜੋ ਉਹਨਾਂ ਨੂੰ ਨਿਰਾ ਆਪਣੇ ਲੀਡ ਦਾ ਪੱਲਾ ਛੁਣਦੇ ਅਰ ਜਿਨ੍ਹਾਂ ਨੇ ਛੋਇਆ ਉਹ ਚੰਗੇ ਹੋ ਗਏ ਮੱਤੀ ਅਧਾਇ 15 ਤਦ ਫਰੀਸੀਆਂ ਅਤੇ ਗਰੰਥੀਆਂ ਨੇ ਯਰੂਸ਼ਲਮ ਤੋਂ ਯਿਸੂ ਦੇ ਕੋਲ ਆਣ ਕੇ ਕਿਹਾ ਤੇਰੇ ਚੇਲੇ ਵੱਡਿਆਂ ਦੇ ਰੀਤ ਨੂੰ ਕਿਉਂ ਲੰਗਨ ਕਰਦੇ ਹਨ ਕਿ ਰੋਟੀ ਖਾਣ ਦੇ ਵੇਲੇ ਹੱਥ ਨਹੀਂ ਧੋਂਦੇ ਪਰ ਉਸਨੇ ਉਹਨਾਂ ਨੂੰ ਉਤਰ ਦਿੱਤਾ ਤੁਸੀਂ ਵੀ ਕਿਉਂ ਆਪਣੀ ਰੀਤ ਨਾਲ ਪਰਮੇਸ਼ਰ ਦੇ ਹੁਕਮ ਨੂੰ ਉਲੰਘਣ ਕਰਦੇ ਹੋ ਕਿਉਂ ਜੋ ਪਰਮੇਸ਼ਰ ਨੇ ਫਰਮਾਇਆ ਕਿ ਆਪਣੇ ਪਿਤਾ ਅਤੇ ਆਪਣੀ ਮਾਤਾ ਦਾ ਆਦਰ ਕਰ ਅਤੇ ਜਿਹੜਾ ਪਿਤਾ ਜਾਂ ਮਾਤਾ ਨੂੰ ਮੰਦਾ ਬੋਲੇ ਉਹ ਜਾਨੋਂ ਮਾਰਾ ਜਾਵੇ ਪਰ ਤੁਸੀਂ ਆਖਦੇ ਹੋ ਪਈ ਜਿਹੜਾ ਪਿਤਾ ਜਾਂ ਮਾਤਾ ਨੂੰ ਕਹੇ ਕਿ ਜੋ ਕੁਝ ਮੇਰੇ ਕੋਲੋਂ ਤੈਨੂੰ ਲਾਭ ਹੋ ਸਕਦਾ ਸੀ ਸੋ ਭੇਟ ਹੋ ਗਿਆ ਉਹ ਆਪਣੇ ਪਿਤਾ ਜਾਂ ਮਾਤਾ ਦਾ ਆਦਰ ਨਾ ਕਰੇ ਇਹ ਉਹ ਤਸਾ ਆਪਣੀ ਰੀਤ ਨਾਲ ਪਰਮੇਸ਼ਰ ਦੇ ਬਚਨ ਨੂੰ ਅਕਾਰਤ ਕਰ ਦਿੱਤਾ ਹੈ ਕਪਟਿਓ ਇਸਾ ਨੇ ਤੁਹਾਡੇ ਵਿਖੇ ਠੀਕ ਅਗਮਵਾਕ ਕੀਤਾ ਹੈ ਕਿ ਇਹ ਲੋਕ ਆਪਣੇ ਬੁੱਲਾਂ ਨਾਲ ਮੇਰਾ ਆਦਰ ਕਰਦੇ ਹਨ ਪਰ ਇਹਨਾਂ ਦਾ ਦਿਲ ਮੈਥੋਂ ਦੂਰ ਹੈ ਉਹ ਵਿਰਥਾ ਮੇਰੀ ਉਪਾਸਨਾ ਕਰਦੇ ਹਨ ਉਹ ਮਨੁੱਖਾਂ ਦੇ ਹੁਕਮਾਂ ਦੀ ਸਿੱਖਿਆ ਦਿੰਦੇ ਹਨ ਉਸ ਨੇ ਲੋਕਾਂ ਨੂੰ ਕੋਲ ਸੱਦ ਕੇ ਉਹਨਾਂ ਨੂੰ ਆਖਿਆ ਸੁਣੋ ਅਤੇ ਸਮਝੋ ਕਿ ਜੋ ਮੂਵ ਵਿੱਚ ਜਾਂਦਾ ਹੈ ਸੋ ਮਨੁੱਖ ਨੂੰ ਪ੍ਰਿਸ਼ਟ ਨਹੀਂ ਕਰਦਾ ਬਲਕਨ ਜੋ ਮੂੰਹੋਂ ਨਿਕਲਦਾ ਹੈ ਸੋਈ ਮਨੁੱਖ ਨੂੰ ਪ੍ਰਿਸ਼ਟ ਕਰਦਾ ਹੈ ਤਦ ਚੇਲਿਆਂ ਨੇ ਜਿਹੜੇ ਆਣ ਕਿਉਂ ਨੂੰ ਆਖਿਆ ਪਨਾਤਿਆਂ ਨੂੰ ਮਾਲੂਮ ਹੈ ਜੋ ਫ੍ਰਿਸਿਆ ਨੇ ਇਹ ਗੱਲ ਸੁਣ ਕੇ ਠੁੱਕਰ ਖਾਦੀ ਉਹਨੇ ਉੱਤਰ ਦਿੱਤਾ ਕਿ ਹਰੇਕ ਬੂਟਾ ਜੋ ਮੇਰੇ ਸੁਰਗੀ ਪਿਤਾ ਨੇ ਨਹੀਂ ਲਾਇਆ ਸੋ ਜੜੋਂ ਪੁੱਟਿਆ ਜਾਵੇਗਾ ਉਹਨਾਂ ਨੂੰ ਜਾਣ ਦਿਓ ਉਹ ਅੰਨੇ ਆਗੂ ਹਨ ਅਤੇ ਅੰਨਾ ਅੰਨੇ ਦਾ ਆਗੂ ਹੋਵੇ ਤਾਂ ਦੋਵੇਂ ਟੋ ਵਿੱਚ ਡਿੱਗਣਗੇ ਤਦ ਪਤਰਸ ਨੇ ਅਗੂ ਉਹਨਾਂ ਆਖਿਆ ਜੋ ਇਹ ਦਿਸਤਾਂ ਦਾ ਅਰਥ ਸਾਨੂੰ ਦੱਸ ਉਹਨੇ ਕਿਹਾ ਭਲਾ ਤੁਸੀਂ ਵੀ ਅਜੇ ਨਿਰਬੁੱਧ ਹੋ ਕਿ ਤੁਸੀਂ ਨਹੀਂ ਸਮਝਦੇ ਕਿ ਸਭ ਕੁਝ ਜੋ ਮੂੰਹ ਵਿੱਚ ਜਾਂਦਾ ਹੈ ਸੋ ਢਿੱਡ ਵਿੱਚ ਪੈਂਦਾ ਅਤੇ ਬਾਹਰ ਸਿੱਧ ਖਾਨੇ ਵਿੱਚ ਸੁੱਟਿਆ ਜਾਂਦਾ ਹੈ ਪਰ ਜਿਹੜੀਆਂ ਗੱਲਾਂ ਮੂੰਹੋਂ ਨਿਕਲਦੀਆਂ ਹਨ ਉਹ ਦਿਲ ਵਿੱਚੋਂ ਆਉਂਦੀਆਂ ਹਨ ਅਤੇ ਇਹ ਮਨੁੱਖ ਨੂੰ ਪ੍ਰਸ਼ਟ ਕਰਦੀਆਂ ਹਨ ਕਿਉਂਕਿ ਬੁਰੇ ਖਿਆਲ ਖੂਨ ਜ਼ਨਾਹਕਾਰੀਆਂ ਹਰਾਮਕਾਰੀਆਂ ਚੋਰੀਆਂ ਝੂਠੀਆਂ ਉਗਾਈਆਂ ਕੁਫਰ ਦਿਲ ਵਿੱਚੋਂ ਨਿਕਲਦੇ ਹਨ ਇਹੋ ਗੱਲਾਂ ਹਨ ਜਿਹੜੀਆਂ ਮਨੁੱਖ ਨੂੰ ਪ੍ਰਿਸ਼ਟ ਕਰਦੀਆਂ ਹਨ ਪਰ ਅੰਤੋਂ ਓਤੇ ਹੱਥਾਂ ਨਾਲ ਰੋਟੀ ਖਾਣੀ ਮਨੁੱਖ ਨੂੰ ਪ੍ਰਿਸ਼ਟ ਨਹੀਂ ਕਰਦੀ ਯਿਸੂ ਉੱਥੋਂ ਚੱਲ ਕੇ ਸੂਰ ਅਤੇ ਸੈਦਰਾ ਦੇ ਇਲਾਕੇ ਵਿੱਚ ਗਿਆ ਔਰ ਵੇਖੋ ਇੱਕ ਕਨਾਨੀ ਧੀ ਉਹਨਾਂ ਹੱਦਾਂ ਵਿੱਚੋਂ ਨਿਕਲ ਕੇ ਹੱਕਾਂ ਮਾਰਦੀ ਬੋਲੀ ਕਿਹੇ ਪ੍ਰਭੂ ਦਾਊਦ ਦੇ ਪੁੱਤਰ ਮੇਰੇ ਉੱਤੇ ਦਇਆ ਕਰੋ ਮੇਰੀ ਧੀ ਦਾ ਬਦਰੂ ਦੇ ਸਾਈ ਨਾਲ ਬੁਰਾ ਹਾਲ ਹੈ ਪਰ ਉਹਨੇ ਉਸ ਨੂੰ ਕੋਈ ਉੱਤਰ ਨਾ ਦਿੱਤਾ ਤਦ ਉਹਦੀ ਚੇਲਿਆਂ ਨੇ ਕੋਲ ਆਣ ਕੇ ਉਹਦੇ ਅੱਗੇ ਅਰਜ਼ ਕੀਤੀ ਭਈ ਉਸ ਨੂੰ ਵਿਧਿਆ ਕਰ ਕਿਉਂ ਜੋ ਸਾਡੇ ਮਗਰ ਡੰਡ ਪਾਉਂਦੀ ਹੈ ਪਰ ਉਹ ਆਈ ਅਤੇ ਉਹਦੇ ਅੱਗੇ ਮੱਥਾ ਟੇਕ ਕੇ ਬੋਲੀ ਪ੍ਰਭੂ ਜੀ ਮੇਰੀ ਸਹਾਇਤਾ ਕਰੋ ਤਾਂ ਉਹਨੇ ਉੱਤਰ ਦਿੱਤਾ ਕਿ ਬਾਲਕਾਂ ਦੀ ਰੋਟੀ ਲੈ ਕੇ ਕਤੂਰੀਆਂ ਅੱਗੇ ਸੁੱਟਣੀ ਚੰਗੀ ਨਹੀਂ ਹੈ ਉਹ ਬੋਲੀ ਠੀਕ ਪ੍ਰਭੂ ਜੀ ਪਰ ਜਿਹੜੇ ਚੂਰੇ ਪੂਰੇ ਉਨ੍ਹਾਂ ਦੇ ਮਾਲਕਾਂ ਦੀ ਮੇਜ ਦੇ ਉੱਤੋਂ ਡਿੱਗਦੇ ਹਨ ਉਹ ਕਤੂਰੇ ਵੀ ਖਾਂਦੇ ਹਨ ਤਾਂ ਯਿਸੂ ਨੇ ਉਸ ਨੂੰ ਉੱਤਰ ਦਿੱਤਾ "ਹੇ ਬੀਬੀ ਤੇਰੀ ਨੀਚਾ ਵੱਢੀ ਹੈ ਜਿਵੇਂ ਤੂੰ ਚਾਹੁੰਦੀ ਹੈ ਤੇਰੇ ਲਈ ਤੇਵੇਂ ਹੀ ਹੋਵੇ" ਅਤੇ ਉਸ ਦੀ ਧੀ ਉਸੇ ਕੜੀ ਚੰਗੀ ਹੋਗੀ ਯਿਸੂ ਉੱਥੋਂ ਤੁਰ ਕੇ ਗਲੀਲ ਦੇ ਛੀਲ ਦੇ ਨੇੜੇ ਆਇਆ ਅਤੇ ਪਹਾੜ ਤੇ ਚੜ ਕੇ ਉੱਥੇ ਬਹਿ ਗਿਆ ਅਤੇ ਬਹੁਤ ਤੋਲੀਆਂ ਲੰਗਿਆਂ ਅੰਨਿਆਂ ਗੁੰਗਿਆਂ ਟੁੰਡਿਆਂ ਅਤੇ ਹੋਰ ਬਥੇਰਿਆਂ ਨੂੰ ਆਪਣੇ ਸੰਗ ਲੈ ਕੇ ਉਹਦੇ ਕੋਲ ਆਈਆਂ ਅਤੇ ਉਹਨਾਂ ਨੂੰ ਉਹਦੇ ਚਰਨਾਂ ਉੱਤੇ ਪਾਇਆ ਅਤੇ ਉਸਨੇ ਉਹਨਾਂ ਨੂੰ ਚੰਗਾ ਕੀਤਾ ਇੱਥੋਂ ਤੋੜੀ ਕਿ ਜਾਂ ਲੋਕਾਂ ਨੇ ਜੋ ਗੁੰਗੇ ਬੋਲਦੇ ਟੁੰਡੇ ਚੰਗੇ ਹੁੰਦੇ ਅਤੇ ਲੰਗੇ ਤੁਰਦੇ ਅਤੇ ਅੰਨੇ ਵੇਖਦੇ ਹਨ ਤਾਂ ਹੈਰਾਨ ਹੋਏ ਅਤੇ ਇਸਰਾਇਲ ਦੇ ਪਰਮੇਸ਼ਰ ਦੀ ਵਡਿਆਈ ਕੀਤੀ ਤਾਂ ਯਿਸੂ ਨੇ ਆਪਣੇ ਚੇਲਨ ਨੂੰ ਕੁਲ ਸਦਕੇ ਕਿਹਾ ਮੈਨੂੰ ਲੋਕਾਂ ਉੱਤੇ ਤਰਸ ਆਉਂਦਾ ਹੈ ਕਿਉਂਕਿ ਉਹ ਤਿੰਨ ਦਿਨਾਂ ਤੋਂ ਮੇਰੇ ਨਾਲ ਰਹਿੰਦੇ ਹਨ ਹਤੇ ਉਹਨਾਂ ਦੇ ਕੋਲ ਖਾਣ ਨੂੰ ਕੁਝ ਨਹੀਂ ਔਰ ਮੈਂ ਨਹੀਂ ਚਾਹੁੰਦਾ ਕਿ ਉਹਨਾਂ ਨੂੰ ਭੁੱਖਿਆ ਵਿਦਿਆ ਕਰਾਂ ਮਤਿ ਉਹ ਰਸਤੇ ਵਿੱਚ ਹਸ ਜਾਣ ਤਾਂ ਚੇਲਿਆਂ ਨੇ ਉਹਨੂੰ ਕਿਹਾ ਕਿ ਉਜਾਰ ਵਿੱਚ ਅਸੀਂ ਐਨੀਆਂ ਰੋਟੀਆਂ ਕਿੱਥੋਂ ਲਈਏ ਜੋ ਐਡੀ ਭੀੜ ਨੂੰ ਰਜਾਈਏ ਤਾਂ ਚੇਲਿਆਂ ਨੇ ਉਹਨੂੰ ਕਿਹਾ ਕਿ ਉਜਾਰ ਵਿੱਚ ਅਸੀਂ ਐਨੀਆਂ ਰੋਟੀਆਂ ਕਿੱਥੋਂ ਲਈਏ ਜੋ ਐਡੀ ਭੀੜ ਨੂੰ ਰਜਾਈਏ ਤਾਂ ਯਿਸੂ ਨੇ ਉਹਨਾਂ ਨੂੰ ਆਖਿਆ ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ ਉਹ ਬੋਲੇ 7 ਅਤੇ ਥੋੜੀਆਂ ਨਿਕੀਆਂ ਮੱਛੀਆਂ ਹਨ ਤਦ ਉਸਨੇ ਭੀੜ ਨੂੰ ਆਖਿਆ ਜੋ ਪੁੰਜੀ ਬੈਠ ਜਾਣ ਤਾਂ ਉਸਨੇ ਉਹ ਸੱਤ ਰੋਟੀਆਂ ਔਰ ਮੱਛੀਆਂ ਲਈਆਂ ਅਤੇ ਸ਼ੁਕਰ ਕਰਕੇ ਤੂੜੀਆਂ ਅਤੇ ਚੇਲੇਨ ਦਿੱਤੀਆਂ ਅਤੇ ਚੇਲੇਨ ਦੇ ਲੋਕਾਂ ਨੂੰ ਅਤੇ ਉਹ ਸਭੇ ਖਾ ਕੇ ਰਜ ਗਏ ਔਰ ਬਚੇ ਹੋਏ ਟੁਕੜੇ ਨਾਲ ਉਹਨਾਂ ਨੇ ਸੱਤ ਟੁਕੜੇ ਪਰੇ ਹੋ ਚੁੱਕਲੇ ਅਤੇ ਖਾਣ ਵਾਲੇ ਜਨਾਨੀਆਂ ਅਤੇ ਬਾਲਕਾਂ ਬਿਨਾਂ 4000 ਮਰਦ ਸਨ ਫਿਰ ਲੋਕਾਂ ਨੂੰ ਵਿਦਿਆ ਕਰਕੇ ਉਹ ਵੀਡੀਓ ਤੇ ਚੜ ਗਿਆ ਅਤੇ ਮਗਦਾਨ ਦੀਆਂ ਹੱਦਾਂ ਵਿੱਚ ਆਇਆ ਮੱਤੀ ਅਧਿਆਇ 16 ਫਰੀਸੀਆਂ ਅਤੇ ਸਦੂਕੀਆਂ ਨੇ ਕੋਲ ਆਣ ਕੇ ਪਰਤਾਉਣ ਲਈ ਉਸ ਅੱਗੇ ਅਰਦਾਸ ਕੀਤੀ ਜੋ ਸਾਨੂੰ ਆਕਾਸ਼ ਵੱਲੋਂ ਕੋਈ ਨਿਸ਼ਾਨ ਵਿਖਾ ਦੇ ਪਰ ਉਸ ਨੇ ਉਹਨਾਂ ਨੂੰ ਉੱਤਰ ਦਿੱਤਾ ਭਈ ਸਾਂਝ ਦੇ ਵੇਲੇ ਤੁਸੀਂ ਕਹਿੰਦੇ ਹੋ ਜੋ ਭਲਕੇ ਨਿੰਬਲ ਹੋ ਕਿਉਂਕਿ ਆਕਾਸ਼ ਲਾਲ ਹੈ ਅਤੇ ਸਵੇਰ ਨੂੰ ਆਖਦੇ ਹੋ ਅੱਜ ਹਨੇਰੀ ਵਗੇਗੀ ਕਿਉਂਕਿ ਆਕਾਸ਼ ਲਾਲ ਅਤੇ ਗਹਿਰਾ ਹੈ ਆਕਾਸ਼ ਦੇ ਤੌਰ ਪਰ ਦੀ ਜਾਂਚ ਕਰਨੀ ਤੁਹਾਨੂੰ ਆਉਂਦੀ ਹੈ ਪਰ ਸਮਿਆਂ ਦੇ ਨਿਸ਼ਾਨ ਮਲੂਮ ਨਹੀਂ ਕਰ ਸਕਦੇ ਇਸ ਪੀੜ ਦੇ ਬੁਰੇ ਅਤੇ ਹਰਾਮਕਾਰ ਲੋਕ ਨਿਸ਼ਾਨ ਚਾਹੁੰਦੇ ਹਨ ਪਰ ਯੂਨਾ ਦੇ ਨਿਸ਼ਾਨ ਬਿਨਾ ਉਹਨਾਂ ਨੂੰ ਕੋਈ ਹੋਰ ਨਿਸ਼ਾਨ ਦਿੱਤਾ ਨਾ ਜਾਵੇਗਾ ਅਤੇ ਉਹ ਉਹਨਾਂ ਨੂੰ ਛੱਡ ਕੇ ਚਲਿਆ ਗਿਆ ਚੇਲੇ ਪਾਰ ਪਹੁੰਚੇ ਔਰ ਰੋਟੀ ਲੈਣੀ ਭੁੱਲ ਗਏ ਸਨ ਤਦ ਯਿਸੂ ਨੇ ਉਹਨਾਂ ਨੂੰ ਆਖਿਆ ਖਬਰਦਾਰ ਫਰੀਸੀਆਂ ਅਤੇ ਸਦੂਕੀਆਂ ਦੇ ਖਮੀਰ ਤੋਂ ਹੁਸ਼ਿਆਰ ਰਹੋ ਅਤੇ ਉਹ ਆਪੋ ਵਿੱਚ ਵਿਚਾਰ ਕਰਕੇ ਕਹਿਣ ਲੱਗੇ ਭਈ ਅਸੀਂ ਰੋਟੀ ਜੋ ਨਹੀਂ ਲਿਆਏ ਪਰ ਯਿਸੂ ਨੇ ਇਹ ਜਾਣ ਕੇ ਕਿਹਾ हे ਥੋੜੀ ਪ੍ਰਤੀਤ ਵਾਲਿਓ ਤੁਸੀਂ ਆਪੋ ਵਿੱਚ ਕਿਉਂ ਵਿਚਾਰ ਕਰਦੇ ਹੋ ਜੋ ਸਾਡੇ ਕੋਲ ਰੋਟੀਆਂ ਨਹੀਂ ਹਨ ਪਹਿਲਾਂ ਤੁਸੀਂ ਅਜੇ ਨਹੀਂ ਸਮਝਦੇ ਹੋ ਅਤੇ ਉਹਨਾਂ 5000ਾਂ ਦੀਆਂ ਪੰਜ ਰੋਟੀਆਂ ਨੂੰ ਚੇਤੇ ਨਹੀਂ ਰੱਖਦੇ ਅਰ ਤੁਸੀਂ ਕਿੰਨੇ ਟੋਕਰੇ ਚੁਕ ਲਈਆਂ ਅਤੇ ਨਾ ਉਹਨਾਂ ਚੋਂ ਹਜ਼ਾਰਾਂ ਦੀਆਂ ਸੱਤ ਰੋਟੀਆਂ ਨੂੰ ਅਰ ਤੁਸੀਂ ਕਿੰਨੇ ਟੋਕਰੇ ਚੁਕਲੇ ਸਨ ਤੁਸੀਂ ਕਿਉਂ ਨਹੀਂ ਸਮਝਦੇ ਜੋ ਮੈਂ ਤੁਹਾਨੂੰ ਰੋਟੀਆਂ ਦੀ ਗੱਲ ਨਹੀਂ ਆਖੀ ਪਰ ਫਰੀਸੀਆਂ ਅਤੇ ਸਦੂਕੀਆਂ ਦੇ ਖਮੀਰ ਤੋਂ ਹੁਸ਼ਿਆਰ ਰਹੋ ਤਦੋਂ ਸਮਝੇ ਪਈਸ ਨੇ ਰੋਟੀ ਦੇ ਖਮੀਰ ਤੋਂ ਨਹੀਂ ਸਗੋਂ ਫਰੀਸੀਆਂ ਅਤੇ ਸਦੂਕੀਆਂ ਦੀ ਸਿੱਖਿਆ ਤੋਂ ਹੁਸ਼ਿਆਰ ਰਹਿਣ ਨੂੰ ਆਖਿਆ ਸੀ ਯਿਸੂ ਨੇ ਕੈਸਰੀਆ ਫਲੀਪੀ ਦੇ ਇਲਾਕੇ ਵਿੱਚ ਆਣ ਕੇ ਆਪਣੇ ਚੇਲਿਆਂ ਨੂੰ ਇਹ ਕਹਿ ਕੇ ਪੁੱਛਿਆ ਜੋ ਲੋਕ ਮਨੁੱਖ ਦੇ ਪੁੱਤਰ ਨੂੰ ਕੀ ਆਖਦੇ ਹਨ ਉਹ ਬੋਲੇ ਕਈ ਤਾਂ ਯੋਨਾ ਬਪਤਿਸਮਾ ਦੇਣ ਵਾਲਾ ਕਹਿੰਦੇ ਹਨ ਅਤੇ ਕਈ 엘िया ਅਤੇ ਕਈ ਯਰਮੀਆ ਜਾਂ ਨਬੀ ਵਿੱਚੋਂ ਕੋਈ ਉਸ ਨੇ ਉਹਨਾਂ ਨੂੰ ਕਿਹਾ ਪਰ ਤੁਸੀਂ ਮੈਨੂੰ ਕੀ ਕਹਿੰਦੇ ਹੋ ਜੋ ਮੈਂ ਕੌਣ ਹਾਂ ਸ਼ਮਾਉਨ ਪਤਸ ਨੇ ਉੱਤਰ ਦਿੱਤਾ ਤੂੰ ਮਸੀਹ ਜਿਉਂਦੇ ਪਰਮੇਸ਼ਰ ਦਾ ਪੁੱਤਰ ਹੈ ਯਿਸੂ ਨੇ ਉਹਨੂੰ ਉੱਤਰ ਦਿੱਤਾ ਤਨ ਹੈ ਤੂੰ ਸ਼ਮੂਨ ਬਰਯੂਨਾ ਕਿਉਂ ਜੋ ਸਰੀਰ ਅਤੇ ਲਹੂ ਨੇ ਨਹੀਂ ਸਗੋ ਮੇਰੇ ਪਿਤਾ ਨੇ ਜਿਹੜਾ ਸੁਰਗ ਵਿੱਚ ਹੈ ਇਹ ਗੱਲ ਤੇਰੇ ਉੱਤੇ ਪ੍ਰਗਟ ਕੀਤੀ ਅਤੇ ਮੈਂ ਵੀ ਤੈਨੂੰ ਆਖਦਾ ਹਾਂ ਜੋ ਤੂੰ ਪੱਥਰ ਹੈ ਅਤੇ ਮੈਂ ਇਸ ਪੱਥਰ ਉੱਤੇ ਆਪਣੀ ਕਲੀਸਿਆ ਬਣਾਵਾਂਗਾ ਅਤੇ ਪਤਾਲ ਦੇ ਫਾਟਕਾਂ ਦਾ ਉਹਦੇ ਉੱਤੇ ਕੁਝ ਵਸਣਾ ਚੱਲੇਗਾ ਮੈਂ ਸੁਰਗ ਦੇ ਰਾਜ ਦੀਆਂ ਕੁੰਜੀਆਂ ਤੈਨੂੰ ਦਿਆਂਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਬੰਨੇਗਾ ਸੁਰਗ ਵਿੱਚ ਬੰਨਾ ਜਾਵੇਗਾ ਅਤੇ ਦੋ ਕੁਸਤ ਤਰਤੀ ਹੋਤੇ ਖੋਲੇਗਾ ਸੁਰਗ ਦੇ ਬੱਚ ਖੋਲਿਆ ਜਾਵੇਗਾ ਤਦ ਉਹਨੇ ਚੇਲਿਆਂ ਨੂੰ ਤਾਗੀਦ ਕੀਤੀ ਭਈ ਕਿਸੇ ਨੂੰ ਨਾ ਦੱਸੋ ਜੋ ਮੈਂ ਮਸੀਹਾ ਉਸ ਸਮੇਂ ਤੋਂ ਯਿਸੂ ਆਪਣੇ ਚੇਲਿਆਂ ਨੂੰ ਦੱਸਣ ਲੱਗਾ ਭਈ ਮੈਨੂੰ ਜ਼ਰੂਰ ਹੈ ਜੋ ਯਰੂਸ਼ਲਮ ਨੂੰ ਜਾਵਾਂ ਅਤੇ ਬਜ਼ੁਰਗਾਂ ਅਤੇ ਪ੍ਰਧਾਨ ਜਾਜਕਾਂ ਅਤੇ ਗਰੰਥੀਆਂ ਦੇ ਹੱਥੋਂ ਬਹੁਤ ਦੁੱਖ ਚੱਲਾਂ ਅਤੇ ਮਾਰ ਦਿੱਤਾ ਜਾਵਾਂ ਅਤੇ 3 ਦਿਨ ਜੀ ਉਠਾਂ ਤਦ ਪਤਰਸ ਉਹਨੂੰ ਇੱਕ ਪਾਸੇ ਕਰਕੇ ਛਿੜਕਣ ਲੱਗਾ ਅਤੇ ਉਹਨੂੰ ਕਿਹਾ ਪ੍ਰਭੂ ਜੀ ਪਰਮੇਸ਼ਰ ਇਹ ਨਾ ਕਰੇ ਤੇਰੇ ਲਈ ਇਹ ਕਦੇ ਨਾ ਹੋਵੇਗਾ ਪਰ ਉਹਨੇ ਮੁੜ ਕੇ ਪਤਸ ਨੂੰ ਆਖਿਆ हे ਸ਼ੈਤਾਨ ਮੈਂ ਤੋ ਪਿੱਛੇ ਹਟ ਤੂੰ ਮੇਰੇ ਲਈ ਠੁਕਰ ਦਾ ਕਾਰਨ ਹੈ ਕਿਉਂ ਜੋ ਤੂੰ ਪਰਮੇਸ਼ਰ ਦੀਆਂ ਨਹੀਂ ਪਰ ਮਨੁੱਖਾਂ ਦੀਆਂ ਗੱਲਾਂ ਦਾ ਧਿਆਨ ਰੱਖਦਾ ਹੈ ਤਦ ਯਿਸੂ ਨੇ ਆਪਣੇ ਚੇਲਾਂ ਨੂੰ ਕਿਹਾ ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣੇ ਚਾਹੇ ਉਸ ਨੂੰ ਗਵਾ ਦੇਵੇਗਾ ਪਰ ਜਿਹੜਾ ਮੇਰੇ ਲਈ ਆਪਣੀ ਜਾਨ ਗਵਾਏ ਉਸ ਨੂੰ ਲਭ ਲਵੇਗਾ ਕਿਉਂਕਿ ਮਨੁੱਖ ਨੂੰ ਕੀ ਲਾਭ ਜੇ ਸਾਰੇ ਜਗਤ ਨੂੰ ਕਮਾਵੇ ਪਰ ਆਪਣੀ ਜਾਨ ਦਾ ਨੁਕਸਾਨ ਕਰੇ अथवा ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇਵੇਗਾ ਕਿਉਂ ਜੋ ਮਨੁੱਖ ਦਾ ਪੁੱਤਰ ਆਪਣੇ ਦੂਤਾਂ ਸਣੇ ਆਪਣੇ ਪਿਤਾ ਦੇ ਤੇਜ ਨਾਲ ਆਵੇਗਾ ਅਤੇ ਉਸ ਸਮੇਂ ਉਹ ਹਰੇਕ ਨੂੰ ਉਹ ਜੀ ਕਰਨੀ ਮੁਜਬ ਫਲ ਦੇਵੇਗਾ ਮੈਂ ਤੁਹਾਨੂੰ ਸਤ ਅਖਦਾ ਹਾਂ ਜੋ ਕੋਈ ਇਹਨਾਂ ਵਿੱਚੋਂ ਜਿਹੜੇ ਇੱਥੇ ਖੜੇ ਹਨ ਮੌਤ ਦਾ ਸਵਾਦ ਨਾ ਚਖਣਗੇ ਜਦ ਤੋੜੀ ਮਨੁੱਖ ਦੇ ਪੁੱਤਰ ਨੂੰ ਆਪਣੇ ਰਾਜ ਵਿੱਚ ਆਉਂਦਾ ਨਾ ਵੇਖਣ ਮੱਤੀ ਅਧਿਆਇ 17 ਜੀਆਂ ਦਿਨਾਂ ਪਿਛੋਂ ਯਿਸੂ ਪਤਰਸ ਅਤੇ ਯਕੂਬ ਅਤੇ ਉਹਦੇ ਭਾਈ ਇਹਨਾਂ ਨੂੰ ਨਾਲ ਲੈ ਕੇ ਉਹਨਾਂ ਨੂੰ ਇੱਕ ਉੱਚੇ ਪਹਾੜ ਉੱਤੇ ਵਖਰਾ ਲੈ ਗਿਆ ਅਤੇ ਉਹਦਾ ਰੂਪ ਉਹਨਾਂ ਦੇ ਸਾਹਮਣੇ ਬਦਲ ਗਿਆ ਔਰ ਉਹਦਾ ਮੂੰਹ ਸੂਰਜ ਵਾਂਗੂ ਚਮਕਿਆ ਅਤੇ ਉਹਦੇ ਕੱਪੜੇ ਚੰਨਨ ਜੇ ਚਿੱਟੇ ਹੋ ਗਏ ਔਰ ਵੇਖੋ موسی ਅਤੇ ਏਲੀਆ ਉਸ ਨਾਲ ਗੱਲਾਂ ਕਰਦੇ ਉਹਨਾਂ ਨੂੰ ਵਿਖਾ ਲਈ ਦਿੱਤੇ ਤਦ ਪਤਰਸਰੀ ਅੱਗੋਂ ਯਿਸੂ ਨੂੰ ਆਖਿਆ ਪ੍ਰਭੂ ਜੀ ਸਾਡਾ ਇੱਥੇ ਹੋਣਾ ਚੰਗਾ ਹੈ ਜੇ ਤੂੰ ਚਾਹੇ ਤਾਂ ਇੱਥੇ ਤਿੰਨ ਡੇਰੇ ਬਣਾਵਾ ਇੱਕ ਤੇਰੇ ਲਈ ਅਤੇ ਇੱਕ موسی ਲਈ ਅਤੇ ਇੱਕ ਏਲੀਆ ਲਈ ਉਹ ਅਜੇ ਬੋਲਦਾ ਹੀ ਸੀ ਕਿ ਵੇਖੋ ਇੱਕ ਜੋਤਮਾਨ ਬੱਦਲ ਨੇ ਉਹਨਾਂ ਉੱਤੇ ਛਾਂਵ ਕੀਤੀ ਅਤੇ ਵੇਖੋ ਉਸ ਬੱਦਲ ਵਿੱਚੋਂ ਇੱਕ ਆਵਾਜ਼ ਇਹ ਕਹਿੰਦੀ ਆਈ ਜੋ ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਪ੍ਰਸੰਨ ਹਾਂ ਉਹ ਦੀ ਸੁਣੋ ਅਤੇ ਚੇਲੇ ਇਹ ਸੁਣ ਕੇ ਮੂਦੇ ਮੂੰਹ ਡਿੱਗ ਪਏ ਅਤੇ ਬਹੁਤ ਡਰੇ ਪਰ ਯਿਸੂ ਨੇ ਨੇੜੇ ਆਣ ਕੇ ਉਹਨਾਂ ਨੂੰ ਛੋਇਆ ਅਤੇ ਕਿਹਾ ਉੱਠੋ ਅਤੇ ਨਾ ਡਰੋ ਤਦ ਉਹਨਾਂ ਨੇ ਆਪਣੀ ਅੱਖਾਂ ਚੁੱਕ ਕੇ ਹੋਰ ਕਿਸੇ ਨੂੰ ਨਹੀਂ ਪਰ ਇਕੱਲੇ ਯਿਸੂ ਨੂੰ ਡਿਠਾ ਜਾਉ ਪਹਾੜੋਂ ਉਤਰਦਿ ਸੰ ਤਾਂ ਯਿਸੂ ਨੇ ਉਹਨਾਂ ਨੂੰ ਹੁਕਮ ਕੀਤਾ ਕਿ ਜਦ ਤੀਕ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਨਾ ਜੀਉ ਉਠੇ ਇਸ ਦਰਸ਼ਨ ਦੀ ਗੱਲ ਕਿਸੇ ਨੂੰ ਨਾ ਦੱਸਿਓ ਤਦ ਉਹਦੇ ਚੇਲਿਆਂ ਨੇ ਉਸ ਨੂੰ ਪੁੱਛਿਆ ਫਿਰ ਗਰੰਥੀ ਕਿਉਂ ਆਖਦੇ ਹਨ ਜੋ ਏਲੀਆ ਦਾ ਪਹਿਲਾਂ ਆਉਣਾ ਜ਼ਰੂਰ ਹੈ ਉਸ ਨੇ ਉੱਤਰ ਦਿੱਤਾ ਜੋ ਏਲੀਆ ਠੀਕ ਆਉਂਦਾ ਹੈ ਅਤੇ ਸਭ ਕੁਝ ਬਹਾਲ ਕਰੇਗਾ ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਏਲੀਆ ਤਾਂ ਆ ਚੁੱਕਿਆ ਅਤੇ ਉਹਨਾਂ ਨੇ ਉਹਨੂੰ ਨਾ ਪਛਾਣਿਆ ਪਰ ਜੋ ਕੁਝ ਉਹਨਾਂ ਨੇ ਚਾਹਿਆ ਸੋ ਉਹਦੇ ਨਾਲ ਕੀਤਾ ਇਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਉਹਨਾਂ ਦੇ ਹੱਥੋਂ ਦੁੱਖ ਪਾਵੇਗਾ ਤਦ ਚੇਲਿਆਂ ਨੇ ਸਮਝਿਆ ਜੋ ਉਹਨੇ ਸਾਡੇ ਨਾਲ ਯੋਨਾ ਬਪਤਿਸਮਾ ਦੇਣ ਵਾਲੇ ਦੀ ਗੱਲ ਕੀਤੀ ਹੈ ਜਦ ਉਹ ਭੀੜ ਦੇ ਕੋਲ ਪਹੁੰਚੇ ਤਦ ਇੱਕ ਮਨੁੱਖ ਉਹਦੇ ਕੋਲ ਆਇਆ ਅਤੇ ਉਹਦੇ ਅੱਗੇ ਗੋਡੇ ਨਵਾ ਕੇ ਬੋਲਿਆ ਪ੍ਰਭੂ ਜੀ ਮੇਰੇ ਪੁੱਤਰ ਉਤੇ ਦਇਆ ਕਰੋ ਕਿਉਂਕਿ ਉਹ ਮਿਰਗੀ ਦੇ ਮਾਰੇ ਬਹੁਤ ਦੁੱਖ ਪਾਉਂਦਾ ਹੈ ਉਹ ਤਾਂ ਬਹੁਤ ਵਾਰੀ ਅੱਗ ਵਿੱਚ ਅਤੇ ਬਹੁਤ ਵਾਰੀ ਪਾਣੀ ਵਿੱਚ ਡਿੱਗ ਪੈਂਦਾ ਹੈ ਅਤੇ ਮੈਂ ਉਸ ਨੂੰ ਤੁਹਾਡੇ ਚੇਲਿਆਂ ਕੋਲ ਲਿਆਇਆ ਸੀ ਪਰ ਉਹ ਉਸ ਨੂੰ ਚੰਗਾ ਨਾ ਕਰ ਸਕੇ ਤਾਂ ਯਿਸੂ ਨੇ ਉੱਤਰ ਦਿੱਤਾ "हे ਬੇਪ੍ਰਤੀਤ ਅਤੇ ਅੜਬ ਪੀੜੀ ਕੱਲ ਤੋੜੀ ਮੈਂ ਤੁਹਾਡੇ ਸੰਗ ਰਹਾਂਗਾ ਕੱਲ ਤੋੜੀ ਤੁਹਾਡੀ ਸੰਹਾਂਗਾ" ਉਹਨੂੰ ਇੱਥੇ ਮੇਰੇ ਕੋਲ ਲਿਆ ਤਾਂ ਯਿਸੂ ਨੇ ਉਹਨੂੰ ਛਿੜਚਾ ਅਤੇ ਪੂਤ ਉਸ ਵਿੱਚੋਂ ਨਿਕਲ ਗਿਆ ਔਰ ਮੁੰਡਾ ਉਸੇ ਕੜੀਓ ਚੰਗਾ ਹੋ ਗਿਆ ਤਦ ਚੇਲਿਆਂ ਨੇ ਇਕਾਂਤ ਵਿੱਚ ਯਿਸੂ ਦੇ ਕੋਲ ਆਣ ਕੇ ਆਖਿਆ ਕਿ ਅਸੀਂ ਉਹਨੂੰ ਕਿਉਂ ਨਕੜ ਸਕੇ ਉਸਨੇ ਉਹਨਾਂ ਨੂੰ ਕਿਹਾ ਆਪਣੇ ਕੱਟਨੇ ਚ ਅਧਿਕਾਰਨ ਕਿਉਂਜ ਮੈਂ ਤੁਹਾਨੂੰ ਸਤ ਅਖਦਾ ਹਾਂ ਕਿ ਜੇ ਤੁਹਾਡੇ ਵਿੱਚ ਇੱਕ ਰਾਏ ਦੇ ਦਾਣੇ ਸਮਾਨ ਨਿਚਾ ਹੋਵੇ ਤਾਂ ਤੁਸੀਂ ਇਸ ਪਹਾੜ ਨੂੰ ਕਹੋਗੇ ਜੋ ਇਧਰੋਂ ਹਟ ਕੇ ਉਸ ਥਾਂ ਚਲੇ ਜਾ ਅਤੇ ਉਹ ਚਲੇ ਜਾਵੇਗਾ ਅਤੇ ਤੁਹਾਨੂੰ ਕੋਈ ਕੰਮ ਅਨਹੋਣਾ ਨਾ ਹੋਵੇਗਾ ਜਦੋਂ ਗਲੀਲ ਵਿੱਚ ਇਕੱਠੇ ਹੋਏ ਯਿਸੂ ਨੇ ਉਹਨਾਂ ਨੂੰ ਕਿਹਾ ਮਨੁੱਖ ਦਾ ਪੁੱਤਰ ਮਨੁੱਖਾਂ ਦੇ ਹੱਥੀ ਫੜਵਾਇਆ ਜਾਵੇਗਾ ਅਤੇ ਉਹ ਉਸ ਨੂੰ ਮਾਰ ਸੁੱਟਣਗੇ ਅਤੇ ਉਹ 3 ਦਿਨ ਜੀ ਉੱਠੇਗਾ ਤਾਂ ਉਹ ਬਹੁਤ ਉਦਾਸ ਹੋਏ। ਜਦੋਂ ਕਫਰਨ ਹੂਮ ਵਿੱਚ ਆਏ ਤਾਂ ਅਠਾਨੇ ਉਹ ਗਰਾਊਂਡ ਵਾਲਿਆਂ ਨੇ ਪਤਰਸ ਦੇ ਕੋਲ ਆਣ ਕੇ ਕਿਹਾ ਕਿ ਤੁਹਾਡਾ ਗੁਰੂ ਅਠਾਨੇ ਨਹੀਂ ਦਿੰਦਾ। ਉਹਨੇ ਕਿਹਾ ਹਾਂ ਦਿੰਦਾ ਹੈ। ਜਦੋਂ ਘਰ ਵਿੱਚ ਆਇਆ ਤਾਂ ਯਿਸੂ ਨੇ ਅੱਗੋਂ ਹੀ ਉਸ ਨੂੰ ਕਿਹਾ ਸ਼ਮਾਉਨ ਤੂੰ ਕੀ ਸਮਝਦਾ ਹੈ ਜੋ ਧਰਤੀ ਦੇ ਰਾਜੇ ਕਿੰਨਾ ਤੋਂ ਕਰ ਜਾਂ ਮਸੂਲ ਲੈਂਦੇ ਹਨ ਆਪਣੇ ਪੁੱਤਰਾਂ ਤੋਂ ਜਾਂ ਪਰਾਇਆ ਤੋਂ ਜਦ ਉਹ ਬੋਲਿਆ ਪਰਾਇਆ ਤੋਂ ਤਦ ਯਿਸੂ ਨੇ ਉਹਨੂੰ ਆਖਿਆ ਫਿਰ ਪੁੱਤਰ ਤਾਂ ਮਾਫ ਹੋਏ ਪਰ ਇਸ ਲਈ ਜੋ ਅਸੀਂ ਉਹਨਾਂ ਨੂੰ ਠੁੱਕ ਨਾ ਖਵਾਈਏ ਤੂੰ ਜਾ ਕੇ ਝੀਲ ਵਿੱਚ ਕੁੰਡੀ ਸੁੱਟ ਔਰ ਜੋ ਮੱਛੀ ਪਹਿਲਾਂ ਨਿਕਲੇ ਉਹਨੂੰ ਚੁੱਕ ਅਤੇ ਉਹਦਾ ਮੂੰਹ ਖੋਲ ਕੇ 1 ਰੁਪਇਆ ਪਾਏਗਾ ਸੋ ਉਹਨੂੰ ਲੈ ਕੇ ਮੇਰੇ ਅਤੇ ਆਪਣੇ ਬਦਲੇ ਉਹਨਾਂ ਨੂੰ ਦੇ ਦੇਈ ਮੱਤੀ ਅਧਿਆਇ 18 ਉਸੇ ਘੜੀ ਜੇ ਲਈ ਯਿਸੂ ਕੋਲ ਆਣ ਕੇ ਬੋਲੇ ਜੋ ਸੁਰਗ ਦੇ ਰਾਜ ਵਿੱਚ ਸਭ ਨਾਲੋਂ ਵੱਡਾ ਕੌਣ ਹੈ ਤਾਂ ਉਸਨੇ ਇੱਕ ਛੋਟੇ ਬਾਲਕ ਨੂੰ ਕੋਲ ਸੱਦ ਕੇ ਉਸ ਨੂੰ ਉਹਨਾਂ ਦੇ ਵਿਚਾਲੇ ਖੜਾ ਕੀਤਾ ਅਤੇ ਕਿਹਾ ਮੈਂ ਤੁਹਾਨੂੰ ਸੱਚ ਆਖਦਾ ਹਾਂ ਪਈ ਜੇ ਤੁਸੀਂ ਨਾ ਮੁੜੋ ਅਤੇ ਛੋਟਿਆਂ ਬਾਲਕਾਂ ਵਾਂਗੂ ਨਾ ਬਣੋ ਤਾਂ ਸੁਰਗ ਦੇ ਰਾਜ ਵਿੱਚ ਕਦੀ ਨਾ ਬੜੋਗੇ ਉਪਰੰਤ ਜੋ ਕੋਈ ਆਪਣੇ ਆਪ ਨੂੰ ਇਸ ਬਾਲਕ ਵਾਂਗੂ ਛੋਟਾ ਜਾਣੇ ਸੂਈ ਸੁਰਗਦੀ ਰਾਜ ਵਿੱਚ ਸਭ ਨਾਲੋਂ ਵੱਡਾ ਹੈ ਅਤੇ ਜੇ ਕੋਈ ਮੇਰੇ ਨਾਮ ਕਰਕੇ ਅਜੇ ਇੱਕ ਬਾਲਕ ਨੂੰ ਕਬੂਲ ਕਰੇ ਸੋ ਮੈਨੂੰ ਕਬੂਲ ਕਰਦਾ ਹੈ ਪਰ ਜੇ ਇਹਨਾਂ ਛੋਟੇ ਵਿੱਚੋਂ ਜਿਹੜੇ ਮੇਰੇ ਉੱਤੇ ਨੀਚਾ ਕਰਦੇ ਹਨ ਇੱਕ ਨੂੰ ਠੁਕਰ ਖਵਾਵੇ ਉਹਦੇ ਲਈ ਚੰਗਾ ਸੀ ਜੋ ਖراس ਦਾ ਪੁੜ ਉਹਦੇ ਗਲ ਵਿੱਚ ਬੰਨਿਆ ਜਾਂਦਾ ਅਤੇ ਉਹ ਸਮੁੰਦਰ ਦੇ ਡੂੰਗਾਨ ਵਿੱਚ ਡੁੱਬਿਆ ਜਾਂਦਾ ਠੁਕਰਾਂ ਦੇ ਕਾਰਨ ਜਗਤ ਉਤੇ ਹਹਾਕਾਰ ਕਿਉਂ ਜੋ ਠੁਕਰਾਂ ਦਾ ਲੱਗਣਾ ਤਾਂ ਜ਼ਰੂਰ ਹੈ ਪਰ ਹਾਏ ਉਸ ਮਨੁੱਖ ਤੇ ਜਿਸ ਕਰਕੇ ਠੁਕਰ ਲੱਗਦੀ ਹੈ ਪਰ ਜੇ ਤੇਰਾ ਹੱਥ ਜਾਂ ਤੇਰਾ ਪੈਰ ਤੈਨੂੰ ਠੁਕਰ ਖਵਾਵੇ ਤਾਂ ਉਹ ਵੜ ਕੇ ਆਪਣੇ ਕੋਲ ਸੁੱਟ ਦੇ ਟੁੰਡਾ ਜਾਂ ਲੰਗਾ ਹੋ ਕੇ ਜੀਵਨ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਪਲ ਹੈ ਜੋ ਦੋ ਹੱਥ ਜਾਂ ਦੋ ਪੈਰ ਹੁੰਦਿਆਂ ਨੂੰ ਸਦੀਪਕ ਅਗ ਵਿੱਚ ਸੁੱਟਿਆ ਜਾਵੇ ਅਤੇ ਜੇ ਤੇਰੀ ਅੱਖ ਤੈਨੂੰ ਠੁਕਰ ਖਵਾਵੇ ਤਾਂ ਉਹਨੂੰ ਕੱਢ ਕੇ ਆਪਣੇ ਕੋਲ ਸੁੱਟ ਦੇ ਕਾਣਾ ਹੋ ਕੇ ਜੀਵਨ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਭਲਾ ਹੈ ਕਿ ਦੋ ਅੱਖੀਆਂ ਹੁੰਦੀਆਂ ਤੂੰ ਅਗਦੇ ਨਰਕ ਵਿੱਚ ਸੁੱਟਿਆ ਜਾਵੇਂ ਖਬਰਦਾਰ ਤੁਸੀਂ ਇਨ੍ਹਾਂ ਛੋਟੇ ਵਿੱਚੋਂ ਕਿਸੇ ਨੂੰ ਤੁੱਛ ਨਾ ਜਾਣੋ ਕਿਉਂਕਿ ਜੋ ਮੈਂ ਤੁਹਾਨੂੰ ਆਖਦਾ ਹਾਂ ਭਈ ਸੁਰਗ ਰਾਜ ਵਿੱਚ ਉਹਨਾਂ ਦੇ ਦੂਤ ਮੇਰੇ ਪਿਤਾ ਦਾ ਜਿਹੜਾ ਸੁਰਗ ਵਿੱਚ ਹੈ ਮੂੰਹ ਸਦਾ ਵਿਖਦੇ ਹਨ ਤੁਸੀਂ ਕੀ ਸਮਝਦੇ ਹੋ ਜੇ ਕਿਸੇ ਮਨੁੱਖ ਦੀਆਂ 100 ਪੇਡਾ ਹੋਣ ਅਤੇ ਉਹਨਾਂ ਵਿੱਚੋਂ ਇੱਕ ਗਵਾਚ ਜਾਵੇ ਤਾਂ ਭਲਾ ਉਹ ਉਹਨਾਂ 99 ਨੂੰ ਪਹਾੜ ਉੱਤੇ ਛੱਡ ਕੇ ਉਸ ਗਵਾਚੇ ਹੋਈ ਨੂੰ ਨਾ ਭਲਦਾ ਫਿਰੇਗਾ ਮੈਂ ਤੁਹਾਨੂੰ ਸੱਚ ਦੱਸਦਾ ਹਾਂ ਪਈ ਜੇ ਇਉਂ ਹੋਵੇ ਜੋ ਉਹਨੂੰ ਲੱਭੇ ਤਾਂ ਉਹ ਉਸ ਦੇ ਕਾਰਨ ਉਹਨਾਂ 99 ਨਾਲੋਂ ਜਿਹੜੀਆਂ ਗਵਾਚ ਨਾ ਗਈਆਂ ਸਨ ਬਹੁਤ ਆਨੰਦ ਹੋਵੇਗਾ ਇਸੇ ਤਰ੍ਹਾਂ ਤੁਹਾਡੇ ਪਿਤਾ ਦੀ ਜਿਹੜਾ ਸੁਰਗ ਵਿੱਚ ਹੈ ਮਰਜੀ ਨਹੀਂ ਜੋ ਇਨ੍ਹਾਂ ਛੋਟੇ ਵਿੱਚੋਂ ਇੱਕ ਦਾ ਵੀ ਨਾਸ ਹੋਵੇ ਜੇ ਤੇਰਾ ਭਾਈ ਤੇਰਾ ਗੁਨਾਹ ਕਰੇ ਤਾਂ ਜਾ ਔਰ ਉਹਦੇ ਸੰਗ ਇਕੱਲਾ ਹੋ ਕੇ ਉਹਨੂੰ ਸਮਝਾ ਦੇ ਜਿਉਂ ਤੇਰੀ ਸੁਣੇ ਤਾਂ ਤੈਂ ਆਪਣੇ ਭਾਈ ਨੂੰ ਖਟ ਲਿਆ ਪਰ ਜੇ ਨਾ ਸੁਣੇ ਤਾਂ ਤੂੰ ਇੱਕ ਜਾਂ ਦੋ ਜਣੇ ਆਪਣੇ ਨਾਲ ਹੋਰ ਲੈ ਤਾਂ ਹਰ ਇੱਕ ਗੱਲ ਦੋ ਜਾਂ ਤਿੰਨ ਗਵਾਹਾਂ ਦੇ ਮੂੰਹੋਂ ਸਾਬਤ ਹੋ ਜਾਵੇ ਅਰ ਜੇ ਉਹ ਉਹਨਾਂ ਦੀ ਵੀ ਨਾ ਸੁਣੇ ਤਾਂ ਕਲੀਸਿਆ ਨੂੰ ਖਬਰ ਦੇ ਫੇਰ ਜੇ ਉਹ ਕਲੀਸੇ ਦੀ ਵੀ ਨਾ ਸੁਣੇ ਤਾਂ ਉਹ ਤੇਰੇ ਅੱਗੇ ਪ੍ਰਾਈ ਕੌਮ ਵਾਲੇ ਅਤੇ ਮਸੂਲੀਏ ਵਰਗਾ ਹੋਵੇ ਅਤੇ ਮੈਂ ਤੁਹਾਨੂੰ ਸਤ ਅਕਦਾ ਹਾਂ ਪਉ ਜੋ ਕੁਝ ਤੁਸੀਂ ਧਰਤੀ ਉੱਤੇ ਬੰਨੋਗੇ ਸੋ ਸੁਰਗ ਵਿੱਚ ਬੰਨਿਆ ਜਾਵੇਗਾ ਅਤੇ ਜੋ ਕੁਝ ਤੁਸੀਂ ਧਰਤੀ ਉੱਤੇ ਖੋਲੋਗੇ ਸੋ ਸੁਰਗ ਵਿੱਚ ਖੋਲਿਆ ਜਾਵੇਗਾ ਫਿਰ ਮੈਂ ਤੁਹਾਨੂੰ ਆਖਦਾ ਹਾਂ ਜੇ ਤੁਹਾਡੇ ਵਿੱਚੋਂ ਦੋ ਜਣੇ ਧਰਤੀ ਉੱਤੇ ਕਿਸੇ ਕੰਮ ਲਈ ਮਿਲ ਕੇ ਬੇਨਤੀ ਕਰਨ ਤਾਂ ਮੇਰੇ ਪਿਤਾ ਵੱਲੋਂ ਜਿਹੜਾ ਸੁਰਗ ਵਿੱਚ ਹੈ ਉਹਨਾਂ ਲਈ ਕੀਤਾ ਜਾਵੇਗਾ ਕਿਉਂਕਿ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ ਉੱਤੇ ਇਕੱਠੇ ਹੋਣ ਉੱਥੇ ਮੈਂ ਉਹਨਾਂ ਦੇ ਵਿਚਕਾਰ ਹਾਂ ਤਦ ਪਤਰਸ ਨੇ ਕੋਲ ਆਣ ਕੇ ਉਹਨੂੰ ਆਖਿਆ ਪ੍ਰਭੂ ਜੀ ਮੇਰਾ ਭਾਈ ਕਿੰਨੀ ਵਾਰੀ ਮੇਰਾ ਪਾਪ ਕਰੇ ਅਤੇ ਮੈਂ ਉਹਨੂੰ ਮਾਫ ਕਰਾਂ ਕਿ ਸੱਤ ਵਾਰ ਤੀਕਰ ਯਿਸੂ ਨੇ ਉਹਨੂੰ ਕਿਹਾ ਮੈਂ ਤੈਨੂੰ ਸੱਤ ਵਾਰ ਤੀਕਰ ਨਹੀਂ ਆਖਦਾ ਪਰ 70 ਦੇ 7 ਗੁਣਾ ਤੀਕਰ ਇਸ ਲਈ ਸੁਰਗ ਦਾ ਰਾਜ ਇੱਕ ਰਾਜਾ ਵਰਗਾ ਹੈ ਜਿਨੇ ਆਪਣੇ ਨੌਕਰਾਂ ਤੋਂ ਹਿਸਾਬ ਲੈਣਾ ਚਾਹਿਆ ਅਤੇ ਜਾਂ ਉਹ ਹਿਸਾਬ ਲੈਣ ਲੱਗਾ ਤਾਂ 10000 ਤੋੜੇ ਦੇ ਇੱਕ ਕਰਜ਼ਾਈ ਨੂੰ ਉਹਦੇ ਕੋਲ ਲੈ ਪਰ ਜਦ ਉਹਦੇ ਕੋਲ ਦੇਣ ਨੂੰ ਕੁਝ ਨਾ ਸੀ ਤਦ ਉਹਦੇ ਮਾਲਕ ਨੇ ਹੁਕਮ ਦਿੱਤਾ ਜੋ ਉਹ ਅਤੇ ਉਹਦੇ ਧੀਵੀ ਅਤੇ ਉਹਦੇ ਬਾਲ ਬੱਚੇ ਔਰ ਸਭ ਕੁਝ ਜੋ ਉਹਦਾ ਹੈ ਵੇਚਿਆ ਜਾਵੇ ਅਤੇ ਕਰਜ਼ ਭਰ ਲਿਆ ਜਾਵੇ ਤਦ ਉਸ ਨੌਕਰ ਨੇ ਪੈਰੀ ਪਹਿਕੇ ਉਹਨ ਮੱਥਾ ਟੇਕਿਆ ਅਤੇ ਕਿਹਾ ਸਵਾਮੀ ਜੀ ਮੇਰੇ ਉਤੇ ਤਿਰਜ ਕਰੋ ਤਾਂ ਮੈਂ ਤੁਹਾਡਾ ਸਾਰਾ ਕਰਜ਼ ਭਰ ਦਿਆਂਗਾ ਤਦ ਉਸ ਨੌਕਰ ਦੇ ਮਾਲਕ ਨੇ ਤਰਸ ਖਾ ਕੇ ਉਹਨ ਛੱਡ ਦਿੱਤਾ ਅਤੇ ਕਰਜ਼ ਵੀ ਉਹਨ ਬਖਸ਼ ਦਿੱਤਾ ਜਾ ਉਹ ਨੌਕਰ ਬਾਹਰ ਨਿਕਲਿਆ ਤਾਂ ਉਹਦੇ ਨਾਲ ਦੇ ਨੌਕਰਾਂ ਵਿੱਚੋਂ ਇੱਕ ਹਣ ਲੱਭ ਪਿਆ ਜਿਸ ਤੋਂ ਉਹਨੇ 50 ਰੁਪਏ ਲੈਣੇ ਸਨ ਅਤੇ ਉਸ ਉੱਤੇ ਹੱਥ ਪਾ ਕੇ ਸੰਗਿਓ ਫੜ ਲਿਆ ਅਤੇ ਆਖਿਆ ਜੋ ਮੇਰਾ ਨਿਕਲਦਾ ਹੈ ਸੋਦੇ ਤਦ ਉਹਦੇ ਨਾਲ ਦਾ ਨੌਕਰ ਉਹਦੇ ਪੈਰੀ ਪਿਆ ਅਤੇ ਮਿੰਨਤ ਕਰਕੇ ਕਿਹਾ ਮੇਰੇ ਉਤੇ ਤਿਰਜ ਕਰ ਤਾਂ ਮੈਂ ਤੇਰਾ ਕਰਜ਼ ਭਰ ਦਿਆਂਗਾ ਪਰ ਉਹਨੇ ਨਾ ਮੰਨਿਆ ਸਗੋ ਜਾ ਕੇ ਉਸ ਨੂੰ ਕੈਦ ਵਿੱਚ ਪਾ ਦਿੱਤਾ ਜਿੰਨਾ ਚਿਰ ਕਰਜ਼ ਨਾ ਭਰ ਦੇਵੇ ਪਰ ਜਾਂ ਉਹਦੇ ਨਾਲ ਦੇ ਨੌਕਰਾਂ ਨੇ ਇਹ ਹਾਲ ਦੇਖਾ ਤਾਂ ਵੱਡੇ ਉਦਾਸ ਹੋਏ ਅਤੇ ਜਾ ਕੇ ਆਪਣੇ ਮਾਲਕ ਨੂੰ ਸਾਰਾ ਹਾਲ ਦੱਸ ਦਿੱਤਾ ਤਦ ਉਹਦੇ ਮਾਲਕ ਨੇ ਉਹਨੂੰ ਆਪਣੇ ਕੋਲ ਸੱਦ ਕੇ ਕਿਹਾ ਓਏ ਦੁਸ਼ਟ ਨੌਕਰ ਮੈਂ ਤੈਨੂੰ ਉਹ ਸਾਰਾ ਕਰਜ਼ ਛੱਡ ਦਿੱਤਾ ਇਸ ਲਈ ਜੋ ਤੈ ਮੇਰੀ ਮਿੰਨਤ ਕੀਤੀ ਫਿਰ ਜਹੀ ਮੈਂ ਤੇਰੇ ਉੱਤੇ ਦਇਆ ਕੀਤੀ ਕਿ ਤੈਨੂੰ ਆਪਣੇ ਨਾਲ ਦੇ ਨੌਕਰ ਉਤੇ ਤਹੀ ਦਇਆ ਕਰਨੀ ਚਾਹੀਦੀ ਸੀ ਅਤੇ ਜਿੰਨਾ ਚਿਰ ਸਾਰਾ ਕਰਜ਼ ਭਰਨਾ ਦੇਵੇਂ ਉਸ ਦੇ ਮਾਲਕ ਨੇ ਕ੍ਰੋਧੀ ਹੋ ਕੇ ਉਹਨੂੰ ਦੁੱਖਦਾਇਕਾਂ ਦੇ ਹਵਾਲੇ ਕੀਤਾ ਇਸੇ ਤਰ੍ਹਾਂ ਮੇਰਾ ਸੁਰਗੀ ਪਿਤਾ ਵੀ ਤੁਹਾਡੇ ਨਾਲ ਕਰੇਗਾ ਜੇ ਤੁਸੀਂ ਆਪਣੇ ਭਾਈਆਂ ਨੂੰ ਆਪਣੇ ਦਿਲਾਂ ਤੋਂ ਮਾਫ਼ ਨਾ ਕਰੋ ਮੱਤੀ ਅਧਾਇ 19 ਇਉਂ ਹੋਇਆ ਕਿ ਜਦ ਯਿਸੂ ਇਹ ਗੱਲਾਂ ਕਰ ਹਟਿਆ ਤਾਂ ਗਲੀਲ ਤੋਂ ਚੱਲਿਆ ਗਿਆ ਔਰ ਯਰਦਨ ਦੇ ਪਾਰ ਯਹੂਦੀਆਂ ਦੀਆਂ ਹੱਦਾਂ ਵਿੱਚ ਆਇਆ ਅਤੇ ਬਹੁਤ ਸਾਰੇ ਲੋਕ ਉਹਦੇ ਪਿੱਛੇ ਹੋ ਤੁਰੇ ਔਰ ਉਸਨੇ ਉੱਥੇ ਉਹਨਾਂ ਨੂੰ ਚੰਗਾ ਕੀਤਾ ਫਰੀਸੀ ਉਹਦੇ ਪਰਤਾਉਣ ਲਈ ਉਹਦੇ ਕੋਲ ਆਣ ਕੇ ਬੋਲੇ ਕਿ ਮਨੁੱਖ ਨੂੰ ਇਹ ਜੋਗ ਹੈ ਜੋ ਕਿਸੇ ਗੱਲੋਂ ਆਪਣੇ ਤੀਵੀ ਨੂੰ ਤਿਆਗ ਦੇਵੇ ਉਸਨੇ ਉੱਤਰ ਦਿੱਤਾ ਕਿ ਤੁਸੀਂ ਇਹ ਨਹੀਂ ਪੜਿਆ ਭਈ ਜਿਸਨੇ ਉਹਨਾਂ ਨੂੰ ਬਣਾਇਆ ਉਹਨੇ ਮੁੱਢੋਂ ਉਹਨਾਂ ਨੂੰ ਨਰ ਅਤੇ ਨਾਰੀ ਬਣਾਇਆ ਅਤੇ ਕਿਹਾ ਜੋ ਅਸਲੀ ਮਰਦ ਆਪਣੇ ਮਾਪੇ ਛੱਡ ਕੇ ਆਪਣੀ ਤੀਵੀ ਨਾਲ ਮਿਲਿਆ ਰਹੇਗਾ ਅਤੇ ਉਹ ਦੋਵੇਂ ਇੱਕ ਸਰੀਰ ਹੋਣਗੇ ਸੋ ਹੁਣ ਉਹ ਦੋ ਨਹੀਂ ਬਲਕਣ ਇੱਕੋ ਸਰੀਰ ਹਨ ਸੋ ਜੋ ਕੁਝ ਪਰਮੇਸ਼ਰ ਨੇ ਜੁੜ ਦਿੱਤਾ ਹੈ ਉਹਨ ਮਨੁੱਖ ਅਡ ਨਾ ਕਰੇ ਉਹਨਾਂ ਨੇ ਉਸ ਨੂੰ ਆਖਿਆ ਫਿਰ موسی ਨੇ ਕਿਉਂ ਤਿਆਗ ਪਤਰੀ ਦੇਣ ਅਤੇ ਉਹਨੂੰ ਤਿਆਗਣ ਦੀ ਆਗਾ ਦਿੱਤੀ ਉਸ ਨੇ ਉਹਨਾਂ ਨੂੰ ਕਿਹਾ موسی ਨੇ ਤੁਹਾਡੀ ਸਖਤ ਦਲੀਲ ਕਰਕੇ ਤੁਹਾਨੂੰ ਆਪਣੀਆਂ ਤੀਵੀਆਂ ਤਿਆਗਣ ਦੀ ਪ੍ਰਵਾਨਗੀ ਦਿੱਤੀ ਪਰ ਮੁੱਢ ਉਹ ਜਹ ਨਹੀਂ ਸੀ ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਜੋ ਕੋਈ ਆਪਣੀ ਤੀਵੀ ਨੂੰ ਬਿਨਾਂ ਹਰਾਮਕਾਰੀ ਦੇ ਕਿਸੇ ਹੋਰ ਕਾਰਨ ਤੋਂ ਤਿਆਗ ਦੇਵੇ ਅਤੇ ਦੂਈ ਨਾਲ ਵਿਆਹ ਕਰੇ ਸੋ ਜਨਾ ਕਰਦਾ ਹੈ ਜੇ ਲਿਆ ਨੇ ਉਹਨੂੰ ਕਿਹਾ ਜੇ ਤੀਵੀ ਨਾਲ ਮਨੁੱਖ ਦਾ ਇਹ ਹਾਲ ਹੈ ਤਾਂ ਵਿਆਹ ਕਰਨਾ ਹੀ ਅੱਛਾ ਨਹੀਂ ਪਰ ਉਸਨੇ ਉਹਨਾਂ ਨੂੰ ਆਖਿਆ ਇਸ ਗੱਲ ਨੂੰ ਸਭ ਲੋਕ ਕਬੂਲ ਨਹੀਂ ਕਰਦੇ ਪਰ ਉਹ ਜਿਨ੍ਹਾਂ ਨੂੰ ਬਖਸ਼ਿਆ ਗਿਆ ਕਿਉਂਕਿ ਅਜੇ ਖੁਸਰੇ ਹਨ ਜਿਹੜੇ ਮਾਂ ਦੇ ਕੁਖੋਂ ਇਸੇ ਤਰ੍ਹਾਂ ਜੰਮੇ ਅਤੇ ਅਜੇ ਖੁਸਰੇ ਹਨ ਜਿਹੜੇ ਮਨੁੱਖਾਂ ਦੇ ਖੁਸਰੇ ਕਿੱਥੇ ਹੋਏ ਹਨ ਅਤੇ ਅਜਿਹੇ ਖੁਸ਼ਰੇ ਹਨ ਕਿ ਜਿਨ੍ਹਾਂ ਨੇ ਸੁਰਗ ਦੇ ਰਾਜ ਦੇ ਕਾਰਨ ਆਪਣੇ ਆਪ ਨੂੰ ਖੁਸ਼ਰੇ ਕੀਤਾ ਹੈ ਜਿਹੜਾ ਕਬੂਲ ਕਰ ਸਕਦਾ ਹੈ ਉਹ ਕਬੂਲ ਕਰੇ ਤਦ ਛੋਟੇ ਬਾਲਕਾਂ ਨੂੰ ਉਹਦੇ ਕੋਲ ਲਿਆਈ ਤਦ ਉਹ ਉਹਨਾਂ ਉਤੇ ਹੱਥ ਰੱਖ ਕੇ ਪ੍ਰਾਰਥਨਾ ਕਰੇ ਪਰ ਚੇਲਿਆਂ ਨੇ ਉਹਨਾਂ ਨੂੰ ਝਿੜਕਿਆ ਤਾਂ ਯਿਸੂ ਨੇ ਆਖਿਆ ਬਾਲਕਾਂ ਨੂੰ ਕੁਝ ਨਾ ਆਖੋ ਔਰ ਉਹਨਾਂ ਨੂੰ ਮੇਰੇ ਕੋਲ ਆਉਣ ਤੋਂ ਨਾ ਵਰਜੋ ਕਿਉਂ ਜੋ ਸੁਰਗ ਦਾ ਰਾਜ ਇਹੋ ਜਿਹਾ ਦਾ ਹੈ ਅਤੇ ਉਹ ਉਹਨਾਂ ਉੱਤੇ ਹੱਥ ਰੱਖ ਕੇ ਉੱਥੋਂ ਚਲਿਆ ਗਿਆ ਤਾਂ ਵੇਖੋ ਇੱਕ ਜਣੇ ਨੇ ਉਹਦੇ ਕੋਲ ਆਣ ਕੇ ਕਿਹਾ ਗੁਰੂ ਜੀ ਮੈਂ ਕਿਹੜਾ ਭਲਾ ਕੰਮ ਕਰਾਂ ਜੋ ਮੈਨੂੰ ਸਦੀਪਕ ਜੁਣ ਮਿਲੇ ਉਸਨੇ ਉਹਨੂੰ ਆਖਿਆ ਤੂੰ ਭਲਾਈ ਦੇ ਵਿਖੇ ਮੈਨੂੰ ਕਿਉਂ ਪੁੱਛਦਾ ਹੈ ਭਲਾਤਾ ਇੱਕੋ ਹੀ ਹੈ ਪਰ ਜੇ ਤੂੰ ਜੁਣੁੱਚ ਵੜਨਾ ਚਾਹੁੰਦਾ ਹੈ ਤਾਂ ਹੁਕਮਾਂ ਨੂੰ ਮੰਨ ਉਸਨੇ ਉਹਨੂੰ ਆਖਿਆ ਕਿਹੜੇ ਹੁਕਮ ਤਾਂ ਯਿਸੂ ਨੇ ਕਿਹਾ ਇਹ ਜੋ ਖੂਨ ਨਾ ਕਰ ਜਨਾਹ ਨਾ ਕਰ ਚੋਰੀ ਨਾ ਕਰ ਚੁਠੀ ਗੋਈ ਨਾ ਦੇ ਆਪਣੇ ਮਾਪਿਓ ਦਾ ਆਦਰ ਕਰ ਅਤੇ ਆਪਣੇ ਗੌਂਡੀ ਨੂੰ ਆਪਣੀ ਜੇ ਪਿਆਰ ਕਰ ਉਸ ਜਵਾਨ ਨੇ ਉਹਨੂੰ ਆਖਿਆ ਮੈਂ ਤਾਂ ਇਹਨਾਂ ਸਬਦਾਂ ਨੂੰ ਮੰਨਿਆ ਹੈ ਹੁਣ ਮੇਰੇ ਵਿੱਚ ਕੀ ਘਾਟਾ ਹੈ ਇਹ ਸੁਨੇ ਉਹਨੂੰ ਕਿਹਾ ਜੇ ਤੂੰ ਪੂਰਾ ਬੰਨਾ ਚਾਹੁੰਦਾ ਹੈ ਤਾਂ ਜਾ ਕੇ ਆਪਣਾ ਮਾਲ ਵੇਚ ਕੇ ਕੰਗਾਲਾਂ ਨੂੰ ਦੇ ਦੇ ਤਾਂ ਤੈਨੂੰ ਸੁਰਗ ਵਿੱਚ ਖਜ਼ਾਨਾ ਮਿਲੇਗਾ ਅਤੇ ਆ ਮੇਰੇ ਮਗਰ ਹੋ ਤਰ ਪਰ ਉਸ ਜਵਾਨ ਨੇ ਜਾਂ ਇਹ ਗੱਲ ਸੁਣੀ ਤਾਂ ਉਦਾਸ ਹੋ ਕੇ ਚਲਾ ਗਿਆ ਕਿਉਂ ਜੋ ਉਹ ਵੱਡਾ ਮਾਲਦਾਰ ਸੀ ਤਦ ਯਿਸੂ ਨੇ ਆਪਣੇ ਚੇਲਾਂ ਨੂੰ ਕਿਹਾ ਮੈਂ ਤੁਹਾਨੂੰ ਸਤ ਅਕਦਾ ਹਾਂ ਜੋ ਤਨੀ ਦਾ ਸੁਰਗ ਦੇ ਰਾਜ ਵਿੱਚ ਵੜਨਾ ਔਖਾ ਹੈ ਫਿਰ ਮੈਂ ਤੁਹਾਨੂੰ ਅਖਦਾ ਹਾਂ ਜੋ ਸੂਈ ਦੇ ਨੱਕੇ ਦੇ ਵਿੱਚ ਦੀ ਊਠ ਦਾ ਲੰਗਣਾ ਇਸ ਨਾਲੋਂ ਸੁਖਾਲਾ ਹੈ ਜੋ ਤਨੀ ਮਨੁੱਖ ਪਰਮੇਸ਼ਰ ਦੇ ਰਾਜ ਵਿੱਚ ਵੜੇ ਅਤੇ ਚੇਲੇ ਇਹ ਸੁਣ ਕੇ ਵੱਡੇ ਹੈਰਾਨ ਹੋਏ ਅਤੇ ਬੋਲੇ ਫਿਰ ਕਿਹਦੀ ਮੁਕਤੀ ਹੋ ਸਕਦੀ ਤਦ ਯਿਸੂ ਨੇ ਉਹਨਾਂ ਵੱਲ ਵੇਖ ਕੇ ਉਹਨਾਂ ਨੂੰ ਕਿਹਾ ਇਹ ਮਨੁੱਖ ਤੋਂ ਅਨ ਹੋਣਾ ਹੈ ਪਰ ਪਰਮੇਸ਼ਰ ਤੋਂ ਸਭ ਕੁਝ ਹੋ ਸਕਦਾ ਹੈ ਤਦ ਪਤਰਸ ਨੇ ਉਹਨੂੰ ਉੱਤਰ ਦਿੱਤਾ ਵੇਖ ਅਸੀਂ ਸਭ ਕੁਝ ਛੱਡ ਕੇ ਤੇਰੇ ਮਗਰ ਹੋ ਤੁਰੇ ਹਾਂ ਫਿਰ ਸਾਨੂੰ ਕੀ ਲੱਭੂ ਯਿਸੂ ਨੇ ਉਹਨਾਂ ਨੂੰ ਕਿਹਾ ਮੈਂ ਤੁਹਾਨੂੰ ਸਤ ਅਖਦਾ ਹਾਂ ਭਈ ਜਦ ਮਨੁੱਖ ਦਾ ਪੁੱਤਰ ਨਵੀਂ ਸ੍ਰਿਸ਼ਟੀ ਵਿੱਚ ਆਪਣੇ ਤੇਜ ਤੇ ਸੰਗਸਣ ਉੱਤੇ ਬੈਠੇਗਾ ਤਾਂ ਤੁਸੀਂ ਵੀ ਜੋ ਮੇਰੇ ਮਗਰ ਹੋ ਤੁਰੇ ਹੋ ਬਾਰਾ ਸੰਗਸਣਾਂ ਉੱਤੇ ਬੈਠੋਗੇ ਅਤੇ ਇਸਰਾਇਲ ਦੇ 12 ਗੋਤਾਂ ਦਾ ਨਿਆਂ ਕਰੋਗੇ ਅਤੇ ਹਰ ਕੋਈ ਜਿਨੇ ਘਰਾ ਜਾਂ ਭਾਈਆਂ ਜਾਂ ਭੈਣਾਂ ਜਾਂ ਪਿਓ ਜਾਂ ਮਾਂ ਜਾਂ ਬਾਲ ਬੱਚਿਆਂ ਜਾਂ ਜ਼ਮੀਨ ਨੂੰ ਮੇਰੇ ਨਾਮ ਦੇ ਕਾਰਨ ਛੱਡਿਆ ਹੈ ਉਹ 100 ਗੁਣਾ ਪਾਵੇਗਾ ਅਤੇ ਸਦੀਪਕ ਜੀਉਣ ਦਾ ਵਾਰਸ ਹੋਵੇਗਾ ਪਰ ਬਥੇਰੇ ਪਹਿਲੇ ਪਿਛਲੇ ਹੋਣਗੇ ਅਤੇ ਪਿਛਲੇ ਪਹਿਲੇ ਮੱਤੀ ਅਧਿਆਇ 20 ਸੁਰਗ ਦਾ ਰਾਜ ਇੱਕ ਘਰ ਦੇ ਮਾਲਕ ਵਰਗਾ ਹੈ ਜਿਹੜਾ ਲੜਕੇ ਕਰੋ ਨਿਕਲਿਆ ਭਈ ਆਪਣੇ ਅੰਗੂਰੀ ਬਾਗ ਵਿੱਚ ਮਜ਼ਦੂਰ ਲਾਵੇ ਅਤੇ ਜਾਂ ਉਹਨੇ ਮਜ਼ਦੂਰਾਂ ਨਾਲ ਇੱਕ ਇੱਕ 98 ਦਿਹਾੜੀ ਚੁਕਾ ਲਈ ਤਾਂ ਉਹਨਾਂ ਨੂੰ ਆਪਣੇ ਬਾਗ ਵਿੱਚ ਕੱਲ ਦਿੱਤਾ ਅਤੇ ਪਹਿਰ ਕੁ ਦਿਨ ਚੜੇ ਬਾਹਰ ਜਾ ਕੇ ਉਹਨੇ ਹੋਰਨਾਂ ਨੂੰ ਬਾਜ਼ਾਰ ਵਿੱਚ ਵਿਹਲੇ ਖੜੇ ਵੇਖਿਆ ਅਤੇ ਉਹਨਾਂ ਨੂੰ ਆਖਿਆ ਤੁਸੀਂ ਵੀ ਬਾਗ ਵਿੱਚ ਜਾਓ ਔਰ ਜੋ ਹੱਕ ਹੋਵੇਗਾ ਸੋ ਤੁਹਾਨੂੰ ਦੇਵਾਂਗਾ ਅਤੇ ਉਹ ਗਈ ਫਿਰ ਦੁਪਹਿਰ ਅਰਤੀਏ ਪਹਿਰ ਦੇ ਲਗਭਗ ਬਾਹਰ ਜਾ ਕੇ ਉਹਨੇ ਉਸੇ ਤਰ੍ਹਾਂ ਕੀਤਾ ਅਰ ਕੰਟਾ ਕੁਦਨ ਰਹਦੇ ਬਾਹਰ ਜਾ ਕੇ ਉਹਨੇ ਹੋਰਨਾਂ ਨੂੰ ਖੜੇ ਵੇਖਿਆ ਅਤੇ ਉਹਨਾਂ ਨੂੰ ਕਿਹਾ ਤੁਸੀਂ ਇੱਥੇ ਸਾਰਾ ਦਿਨ ਕਿਉਂ ਵਿਲੇ ਖੜੇ ਰਹੇ ਉਹਨਾਂ ਨੇ ਉਸ ਨੂੰ ਕਿਹਾ ਇਸ ਲਈ ਜੋ ਕਿਨੇ ਸਾਨੂੰ ਦਿਹਾੜੀ ਨਾ ਲਾਇਆ ਉਸ ਨੇ ਉਹਨਾਂ ਨੂੰ ਕਿਹਾ ਤੁਸੀਂ ਵੀ ਬਾਗ ਵਿੱਚ ਜਾਓ ਅਤੇ ਜਾਂ ਸੰਝ ਹੋਈ ਬਾਗ ਦੇ ਮਾਲਕ ਨੇ ਆਪਣੇ ਮੁਖਤਿਆਰ ਨੂੰ ਆਖਿਆ ਭਈ ਮਜ਼ਦੂਰਾਂ ਨੂੰ ਸਦ ਅਰ ਪਿਛਲਾ ਤੋਂ ਲੈ ਕੇ ਪਹਿਲਾ ਜ਼ਿਕਰ ਉਹਨਾਂ ਨੂੰ ਮਜ਼ਦੂਰੀ ਦੇ ਅਤੇ ਜਾਂ ਉਹ ਆਏ ਜਿਹੜੇ ਘੰਟਾ ਦਿਨ ਰਹਿਦੇ ਕੰਮ ਲੱਗੇ ਸਨ ਤਾਂ ਉਹਨਾਂ ਨੂੰ ਵੀ ਇੱਕ ਇੱਕ ਅਠਾਨੀ ਮਿਲੀ ਅਤੇ ਜਾਂ ਪਹਿਲੇ ਆਏ ਉਹਨਾਂ ਇਹ ਸਮਝਿਆ ਭਈ ਸਾਨੂੰ ਕੁਝ ਵੱਧ ਬਿਲੂ ਅਤੇ ਉਹਨਾਂ ਨੂੰ ਵੀ ਇੱਕੋ ਇੱਕ ਅਠਾਨੀ ਮਿਲੀ ਪਰ ਉਹ ਇਹ ਲੈ ਕੇ ਘਰ ਦੇ ਮਾਲਕ ਉਤੇ ਕੁੱੜਨ ਲੱਗੇ ਅਤੇ ਬੋਲੇ ਜੋ ਇਹਨਾਂ ਪਿਛਲਿਆਂ ਨੇ ਇੱਕੋ ਘੜੇ ਕੰਮ ਕੀਤਾ ਔਰ ਤਾਂ ਇਹਨਾਂ ਨੂੰ ਸਾਡੇ ਬਰਾਬਰ ਕਰ ਦਿੱਤਾ ਜਿਨ੍ਹਾਂ ਸਾਰੇ ਦਿਨ ਦਾ ਭਾਰ ਅਤੇ ਤੁਪ ਸਹੀ ਤਦੋਂ ਸਨੇ ਉਹਨਾਂ ਵਿੱਚੋਂ ਇੱਕ ਨੂੰ ਉਤਰ ਦਿੱਤਾ भई मैं तेरे उत्ते कुछ बेइनसाफी नहीं करता भला मैं तेरे नाल एक अठियानी नहीं चुकाई सी तू अपना लेके चले जा पर मेरी मर्जी है कि जिन्ना तेन दिता उन्ना ही इस पिछले को भी दिया भला मेरा अख्तियार नहीं कि अपने माल नाल जो चाह करा कि तू इसलिए बुरी नज़र वेखदा है जो मैं भला हाँ इस तरह पिछले पहले हो ਜਾ ਯਿਸੂ ਯਰੂਸ਼ਲਮ ਨੂੰ ਜਾਂਦਾ ਸੀ ਤਾਂ 12 ਚੇਲਿਆਂ ਨੂੰ ਅਲੱਗ ਕਰਕੇ ਰਾਹ ਵਿੱਚ ਉਹਨਾਂ ਨੂੰ ਆਖਿਆ ਵੇਖੋ ਅਸੀਂ ਯਰੂਸ਼ਲਮ ਨੂੰ ਜਾਂਦੇ ਹਾਂ ਅਤੇ ਮਨੁੱਖ ਦਾ ਪੁੱਤਰ ਪ੍ਰਦਾਨ ਜਾਜਕਾਂ ਔਰ ਗਰੰਥੀਆਂ ਦੇ ਹੱਥ ਫੜਵਾਇਆ ਜਾਵੇਗਾ ਅਤੇ ਉਸ ਨੂੰ ਮਾਰ ਸੁੱਟਣ ਦਾ ਹੁਕਮ ਦੇਣਗੇ ਅਤੇ ਉਸ ਨੂੰ ਠੱਠਾ ਕਰਨ ਔਰ ਕੋਰੜੇ ਮਾਰਨ ਔਰ ਸਲੀਬ ਉੱਤੇ ਚੜਾਉਣ ਲਈ ਪਰਾਇਆ ਹਕੂਮਤ ਅਤੇ ਉਸ ਨੂੰ ਠੱਠਾ ਕਰਨ ਕੋਰੜੇ ਮਾਰਨ ਅਤੇ ਸਲੀਬ ਉੱਤੇ ਚੜਾਉਣ ਲਈ ਪਰਿਆਂ ਕੋ ਮਦ ਹੱਥ ਫੜਵਾ ਦੇਣਗੇ ਅਤੇ ਉਤੀਏ ਦਿਨ ਫਿਰ ਜੁਆਇਆ ਜਾਏਗਾ ਤਦ ਜ਼ਬਦੀ ਦੇ ਪੁੱਤਰਾਂ ਦੀ ਮਾਤਾ ਆਪਣੇ ਪੁੱਤਰਾਂ ਸੋਨੇ ਉਸ ਦੇ ਕੋਲ ਆਈ ਅਤੇ ਮੱਥਾ ਟੇਕ ਕੇ ਉਸ ਅੱਗੇ ਇੱਕ ਅਰਜ਼ ਕਰਨ ਲੱਗੀ ਸੋ ਉਸ ਨੇ ਉਹਨੂੰ ਆਖਿਆ ਤੂੰ ਕੀ ਚਾਹੁੰਦੀ ਹੈ ਉਹਨੇ ਉਸ ਨੂੰ ਕਿਹਾ ਆਗਿਆ ਕਰ ਜੋ ਤੇਰੇ ਰਾਜ ਵਿੱਚ ਮੇਰੇ ਇਹ ਦੋਵੇਂ ਪੁੱਤਰ ਇੱਕ ਤੇਰੇ ਸੱਜੇ ਅਤੇ ਇੱਕ ਤੇਰੇ ਖੱਬੇ ਹੱਥ ਬਠਣ ਪਰ ਯਿਸੂ ਨੇ ਉੱਤਰ ਦਿੱਤਾ ਤੁਸੀਂ ਨਹੀਂ ਜਾਣਦੇ ਹੋ ਜੋ ਕੀ ਮੰਗਦੇ ਹੋ ਉਹ ਪਿਆਲਾ ਜਿਹੜਾ ਮੈਂ ਪੀਣ ਨੂੰ ਹਾਂ ਕੀ ਤੁਸੀਂ ਪੀ ਸਕਦੇ ਹੋ ਉਹਨਾਂ ਉਸ ਨੂੰ ਆਖਿਆ ਅਸੀਂ ਪੀ ਸਕਦੇ ਹਾਂ ਉਸਨੇ ਉਹਨਾਂ ਨੂੰ ਕਿਹਾ ਤੁਸੀਂ ਤਾਂ ਮੇਰਾ ਪਿਆਲਾ ਜ਼ਰੂਰ ਪੀਓਗੇ ਪਰ ਸਜੇ ਖਬੇ ਬਿਠਾਲਣਾ ਮੇਰਾ ਕੰਮ ਨਹੀਂ ਪਰ ਉਹਨਾਂ ਲਈ ਹੈ ਜਿਨ੍ਹਾਂ ਲਈ ਮੇਰੇ ਪਿਤਾ ਨੇ ਉਹਨੂੰ ਤਿਆਰ ਕੀਤਾ ਹੈ ਅਤੇ ਜਾਂ ਦਸਾਂ ਨੇ ਇਹ ਸੁਣਿਆ ਤਾਂ ਉਹਨਾਂ ਦੋਹਾਂ ਪਰਮੋਤੇ ਖਿਜ ਗਏ ਤਦ ਯਿਸੂ ਨੇ ਉਹਨਾਂ ਨੂੰ ਕੋਲ ਸੱਦ ਕੇ ਆਖਿਆ ਤੁਸੀਂ ਜਾਣਦੇ ਹੋ ਜੋ ਪਰਾਇਆ ਕੌਮਾਂ ਦੇ ਸਰਦਾਰ ਉਨ੍ਹਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਉਹ ਜਿਹੜੇ ਵੱਡੇ ਹਨ ਉਨ੍ਹਾਂ ਉੱਤੇ ਤੌਹਜ਼ ਜਮਾਉਂਦੇ ਹਨ ਤੁਹਾਡੇ ਵਿੱਚ ਅਜਿਹਾ ਨਾ ਹੋਵੇ ਪਰ ਜੋ ਕੋਈ ਤੁਹਾਡੇ ਵਿੱਚ ਵੱਡਾ ਹੋਣਾ ਚਾਹੇ ਸੋ ਤੁਹਾਡਾ ਟਹਿਲੂ ਬਣੇ ਅਤੇ ਜੋ ਕੋਈ ਤੁਹਾਡੇ ਵਿੱਚੋਂ ਸਰਦਾਰ ਬਣਿਆ ਚਾਹੇ ਸੋ ਤੁਹਾਡਾ ਕਾਮਾ ਹੋਵੇ ਜਿਵੇਂ ਮਨੁੱਖ ਦਾ ਪੁੱਤਰ ਆਪਣੇ ਟਹਿਲ ਕਰਾਉਣ ਲਈ ਨਹੀਂ ਸਗੋ ਟਹਿਲ ਕਰਨ ਅਤੇ ਬਹੁਤਿਆਂ ਜਿੱਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ ਜਦ ਉਹ ਜਰੀਹੁ ਤੋਂ ਨਿਕਲਦੇ ਸਨ ਤਦ ਵੱਡੀ ਪੀੜ ਉਹਦੇ ਪਿੱਛੇ ਹੋ ਤਰੀ ਅਤੇ ਵੇਖੋ ਕਿ ਦੋ ਅੰਨੇ ਜਿਹੜੇ ਸੜਕ ਦੇ ਕੰਢੇ ਬੈਠੇ ਸਨ ਜਾਂ ਇਹ ਸੁਣਿਆ ਜੋ ਯਿਸੂ ਲੰਘੇ ਜਾਂਦਾ ਹੈ ਉੱਚੀ ਦੇ ਕੇ ਬੋਲੇ हे ਪ੍ਰਭੂ ਦਾਊਦ ਦੇ ਪੁੱਤਰ ਸਾਡੇ ਉੱਤੇ ਦਇਆ ਕਰ ਅਤੇ ਪੀੜ ਨੇ ਉਹਨਾਂ ਨੂੰ ਝਿੜਕਿਆ ਪੋ ਚੁੱਪ ਕਰ ਜਾਣ ਪਰ ਉਹ ਹੋਰ ਵੀ ਉੱਚੀ ਦੇ ਕੇ ਬੋਲੇ हे ਪ੍ਰਭੂ ਦਾਊਦ ਦੇ ਪੁੱਤਰ ਸਾਡੇ ਉੱਤੇ ਦਇਆ ਕਰ ਤਦ ਯਿਸੂ ਨੇ ਖੜਾ ਹੋ ਕੇ ਉਹਨਾਂ ਨੂੰ ਸੱਦਿਆ ਅਤੇ ਕਿਹਾ ਤੁਸੀਂ ਕੀ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਕਰਾਂ ਉਹਨਾਂ ਉਸ ਨੂੰ ਆਖਿਆ ਪ੍ਰਭੂ ਜੀ ਸਾਡੀਆਂ ਅੱਖਾਂ ਖੁੱਲ ਜਾਣ ਅਤੇ ਯਿਸੂ ਨੇ ਤਰਸ ਖਾ ਕੇ ਉਹਨਾਂ ਦੀਆਂ ਅੱਖਾਂ ਨੂੰ ਛੋਇਆ ਔਰ ਉਹ ਝੱਟ ਸੁਜਾਖੇ ਹੋ ਗਏ ਅਤੇ ਉਹਦੇ ਮਗਰ ਤੁਰ ਪਏ ਮੱਤੀ ਅਧਿਆਇ 21 ਜਾਂ ਉਹ ਯਰੂਸ਼ਲਮ ਦੇ ਨੇੜੇ ਆਏ ਔਰ ਜਤੂਨ ਦੇ ਪਹਾੜ ਉੱਤੇ ਬੈਤਫਗਾ ਕੋਲ ਪਹੁੰਚੇ ਤਾਂ ਯਿਸੂ ਨੇ ਦੋ ਚੇਲਿਆਂ ਨੂੰ ਕੱਲਿਆ ਅਤੇ ਉਹਨਾਂ ਨੂੰ ਕਿਹਾ ਉਸ ਪਿੰਡ ਨੂੰ ਜਿਹੜਾ ਤੁਹਾਡੇ ਸਾਹਮਣੇ ਹੈ ਜਾਓ ਅਤੇ ਵੜਦੇ ਹੀ ਤੁਸੀਂ ਇੱਕ ਗਧੀ ਬਣੀ ਹੋਈ ਔਰ ਉਹਦੇ ਨਾਲ ਬੱਚੇ ਨੂੰ ਪਾਓਗੇ ਸੋ ਖੋਲ ਕੇ ਮੇਰੇ ਕੋਲ ਲਿਆਓ ਔਰ ਜੇ ਕੋ ਤੁਹਾਨੂੰ ਕੁਝ ਕਹੇ ਤਾਂ ਕਹਿਣਾ ਕਿ ਪ੍ਰਭੂ ਨੂੰ ਇਹਨਾਂ ਦੀ ਲੋੜ ਹੈ ਫਿਰ ਉਹ ਉਸੇ ਵੇਲੇ ਉਹਨਾਂ ਨੂੰ ਕਲ ਦੇਵੇਗਾ ਸੋ ਇਹ ਇਸ ਲਈ ਹੋਇਆ ਕਿ ਨਬੀ ਦਾ ਇਹ ਬਚਨ ਪੂਰਾ ਹੋਵੇ ਸਿਯੋਂ ਦੀ ਧੀ ਨੂੰ ਆਖੋ ਵੇਖ ਤੇਰਾ ਪਾਤਸ਼ਾਹ ਦਿਨ ਕੀ ਨਾਲ ਗਧੇ ਉੱਤੇ ਸਗੋਂ ਗਧੇ ਦੇ ਬੱਚੇ ਉੱਤੇ ਸਵਾਰ ਹੋ ਕੇ ਤੇਰੇ ਕੋਲ ਆਉਂਦਾ ਹੈ ਤਾਂ ਚੇਲਿਆਂ ਨੇ ਜਾ ਕੇ ਜਿਕਰ ਯਿਸੂ ਨੇ ਹੁਕਮ ਦਿੱਤਾ ਸੀ ਤੇ ਹੈ ਕੀਤਾ ਅਤੇ ਗਧੇ ਨੂੰ ਬੱਚੇ ਸਣੇ ਲਿਆਏ ਔਰ ਆਪਣੇ ਲੀੜੇ ਉਹਨਾਂ ਦੇ ਉੱਤੇ ਪਾ ਦਿੱਤੇ ਅਤੇ ਉਹ ਉਹਨਾਂ ਤੇ ਚੜ ਬੈਠਾ ਅਤੇ ਭੀੜ ਦੇ ਬਹੁਤਿਆ ਲੋਕਾਂ ਨੇ ਆਪਣੇ ਲੀੜੇ ਰਸਤੇ ਵਿੱਚ ਵਿਛਾਏ ਪਰ ਹੋਰਨਾਂ ਨੇ ਬਿਰਛਰ ਦੀਆਂ ਡਾਲੀਆਂ ਵੱਢ ਕੇ ਰਸਤੇ ਵਿੱਚ ਵਿਛਾ ਦਿੱਤੀਆਂ ਅਤੇ ਪੀੜ ਜਿਹੜੀ ਉਹਦੇ ਅੱਗੇ ਪਿੱਛੇ ਚਲੀ ਜਾਂਦੀ ਸੀ ਉੱਚੀ ਆਵਾਜ਼ ਨਾਲ ਆਖਣ ਲੱਗੀ ਹੋਸਨਾ ਦਊ ਦੇ ਪੁੱਤਰ ਨੂੰ ਮੁਬਾਰਕ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ ਪਰਮ ਧਾਮ ਵਿੱਚ ਹੋਸਨਾ ਔਰ ਜਦ ਉਹ ਯਰੂਸ਼ਲਮ ਵਿੱਚ ਵੜਿਆ ਤਾਂ ਸਾਰਾ ਸ਼ਹਿਰ ਇਹ ਦੇਖ ਆਖਦੇ ਹਿਲ ਗਿਆ ਕਿ ਇਹ ਕੌਣ ਹੈ ਤਾਂ ਲੋਕਾਂ ਨੇ ਆਖਿਆ ਇਹ ਯਿਸੂ ਗਲੀਲ ਦੇ ਨਾਸਰ ਦਾ ਨਬੀ ਹੈ ਫਿਰ ਯਿਸੂ ਪਰਮੇਸ਼ਰ ਦੇ ਹੇਕਲ ਵਿੱਚ ਗਿਆ ਅਤੇ ਉਹਨਾਂ ਸਬਦਾਂ ਨੂੰ ਜਿਹੜੇ ਹੇਕਲ ਵਿੱਚ ਵੇਚਦੇ ਔਰ ਮੁਦਲਿਆਂ ਦੇ ਸੰ ਕਰ ਦਿੱਤਾ ਅਤੇ ਸਰਾਫਾਂ ਦੇ ਤਖਤਪੋਸ਼ ਔਰ ਕਬੂਤਰ ਵੇਚਣ ਵਾਲਿਆਂ ਚੌਂਕੀਆਂ ਉਲਟਾ ਦਿੱਤੀਆਂ ਅਤੇ ਉਹਨਾਂ ਨੂੰ ਕਿਹਾ ਕਿ ਲਿਖਿਆ ਹੈ ਜਿ ਮੇਰਾ ਘਰ ਪ੍ਰਾਰਥਨਾ ਦਾ ਘਰ ਸਦਾਵੇਗਾ ਪਰ ਤੁਸੀਂ ਉਹਨੂੰ ਡਾਕੂਆਂ ਦੇ ਖੋਹ ਬਣਾਉਂਦੇ ਹੋ ਅਤੇ ਹੇਕਲ ਵਿੱਚ ਅੰਨੇ ਔਰ ਲੰਗੇ ਉਹਦੇ ਕੋਲ ਆਏ ਅਤੇ ਉਸ ਨੇ ਉਹਨਾਂ ਨੂੰ ਚੰਗਾ ਕੀਤਾ ਅਰਜਨ ਪ੍ਰਧਾਨ ਜਾਜ ਅਤੇ ਗ੍ਰੰਥੀਆਂ ਨੇ ਉਨ੍ਹਾਂ ਅਚਰਜ ਕੰਮਾਂ ਨੂੰ ਜਿਹੜੇ ਉਸਨੇ ਕੀਤੇ ਔਰ ਬਾਲਕਾਂ ਨੂੰ ਹੈਂਕਲ ਵਿੱਚ ਉੱਚੀ ਆਵਾਜ਼ ਨਾਲ ਬੋਲਦੇ ਅਤੇ ਦਾਊਦ ਦੇ ਪੁੱਤਰ ਨੂੰ ਹੋਸਨ ਨਾਲ ਆਖਦੇ ਵੇਖਿਆ ਤਾਂ ਖਿੱਚ ਗਈ। ਅਤੇ ਉਹਨੂੰ ਕਿਹਾ ਕਿ ਤੂੰ ਸੁਣਦਾ ਹੈ ਜੋ ਏਕੀ ਅੱਖ ਦੇ ਹਨ। ਯਿਸੂ ਨੇ ਉਹਨਾਂ ਨੂੰ ਕਿਹਾ ਹਾਂ ਕਿ ਤੁਸੀਂ ਕਦੇ ਨਹੀਂ ਪੜਿਆ ਜੋ ਬਾਲਕਾਂ ਅਤੇ ਦੁੱਧ ਚੁੰਗਣ ਵਾਲਿਆਂ ਦੇ ਮੂੰਹ ਤਾਂ ਉਸ ਤਦ ਪੂਰੀ ਕਰਵਾਈ ਤਾਂ ਉਹ ਉਹਨਾਂ ਨੂੰ ਛੱਡ ਕੇ ਸ਼ਰੂ ਬਾਹਰ ਨਿਕਲ ਗਿਆ। ਔਰ ਬਹਿਤਨੀਆਂ ਵਿੱਚ ਆਣ ਕੇ ਉੱਥੇ ਰਾਤ ਕੱਟੀ। ਜਾਂ ਤੜਕੇ ਉਹ ਸ਼ਹਿਰ ਨੂੰ ਮੁੜਿਆ ਜਾਂਦਾ ਸੀ ਤਾਂ ਉਹਨੂੰ ਭੁੱਖ ਲੱਗੀ। ਅਤੇ ਰਸਤੇ ਕੋਲ ਹੰਜੀਰ ਦਾ ਇੱਕ ਬਿਰਚ ਵੇਖ ਕੇ ਉਸ ਦੇ ਨੇੜੇ ਗਿਆ ਪਰ ਪੱਤਾ ਬਿਨਾਂ ਉਸ ਉੱਤੇ ਹੋਰ ਕੁਝ ਨਾ ਲੱਭਿਆ। ਅਤੇ ਉਸ ਨੇ ਉਸ ਨੂੰ ਆਖਿਆ ਕਿ ਅੱਜ ਤੋਂ ਲੈ ਕੇ ਤੈਨੂੰ ਕਦੀ ਫਲ ਨਾ ਲੱਗੇ। ਅਤੇ ਹੰਜੀਰ ਦਾ ਬਿਰਚ ਉਵੇਂ ਸੁੱਕ ਗਿਆ। ਔਰ ਚੇਲੇ ਇਹ ਵੇਖ ਕੇ ਹੈਰਾਨ ਹੋਏ ਅਤੇ ਬੋਲੇ ਕਿ ਹੰਜੀਰ ਦਾ ਬਿਰਚ ਕਿਕਰ ਐਡੀ ਛੇਤੀ ਸੁੱਕ ਗਿਆ। ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ ਮੈਂ ਤੁਹਾਨੂੰ ਸੱਤ ਆਖਦਾ ਹਾਂ ਭਈ ਜੇ ਤੁਹਾਨੂੰ ਨੀਚਾ ਹੋਵੇ ਅਤੇ ਤੁਸੀਂ ਪਰਮ ਨਾ ਕਰੋ ਤਾਂ ਤੁਸੀਂ ਨਿਹਰਾ ਇਹ ਨਹੀਂ ਕਰੋਗੇ ਜੋ ਹੰਜੀਰ ਦੇ ਵਿੱਚ ਨਾ ਹੋਇਆ ਸਗੋ ਜੇ ਤੁਸੀਂ ਇਸ ਪਹਾੜ ਨੂੰ ਕਹੋ ਜੋ ਉੱਠ ਔਰ ਸਮੁੰਦਰ ਵਿੱਚ ਜਾ ਪੈ ਤਾਂ ਜੇ ਹੋ ਜਾਵੇਗਾ ਅਤੇ ਸਭ ਕੁਝ ਜੋ ਤੁਸੀਂ ਨੀਚਾ ਨਾਲ ਪ੍ਰਾਰਥਨਾ ਕਰਕੇ ਮੰਗੋ ਸੋ ਪਾਓਗੇ ਜਦੋਂ ਹੈਕਲ ਵਿੱਚ ਆਣ ਕੇ ਉਪਦੇਸ਼ ਦਿੰਦਾ ਸੀ ਤਦ ਪ੍ਰਧਾਨ ਜਾਜਕ ਔਰ ਲੋਕਾਂ ਦੇ ਬਜ਼ੁਰਗ ਉਹਦੇ ਕੋਲ ਆਏ ਅਤੇ ਬੋਲੇ ਤੂੰ ਕਿਹੜੇ اختیار ਨਾਲ ਇਹ ਕੰਮ ਕਰਦਾ ਹੈ ਔਰ ਕਿਨੇ ਤੈਨੂੰ اختیار ਦਿੱਤਾ ਹੈ ਪਰ ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ ਮੈਂ ਵੀ ਤੁਹਾਨੂੰ ਇੱਕ ਗੱਲ ਪੁੱਛਣਾ ਸੋ ਜੇ ਤੁਸੀਂ ਮੈਨੂੰ ਦੱਸੋ ਤਾਂ ਮੈਂ ਵੀ ਤੁਹਾਨੂੰ ਦੱਸਾਂਗਾ ਭਈ ਮੈਂ ਕਿਹੜੇ اختیار ਨਾਲ ਇਹ ਕੰਮ ਕਰਦਾ ਹਾਂ ਯੂਨਨ ਦਾ ਬਪਤਿਸਮਾ ਕਿੱਥੋਂ ਸੀ ਸੁਰਗ ਵੱਲੋਂ ਜਾਂ ਮਨੁੱਖਾ ਵੱਲੋਂ ਉਹ ਆਪੋ ਵਿੱਚ ਵਿਚਾਰ ਕਰਕੇ ਕਹਿਣ ਲੱਗੇ ਜੇ ਕਹੀਏ ਸੁਰਗ ਵੱਲੋਂ ਤੋ ਸਾਨੂੰ ਆਖੋ ਫਿਰ ਤੁਸੀਂ ਉਹਦੀ ਪ੍ਰਤੀ ਕਿਉਂ ਨਾ ਕੀਤੀ ਔਰ ਜੇ ਕਹੀਏ ਮਨੁੱਖਾ ਵੱਲੋਂ ਤਾਂ ਲੋਕਾਂ ਤੋਂ ਡਰਦੇ ਸਨ ਕਿਉਂ ਜੋ ਸਭੇ ਇਹਨਾਂ ਨੂੰ ਨਬੀ ਜਾਣਦੇ ਹਨ ਸੋ ਉਹਨਾਂ ਨੇ ਯਿਸੂ ਨੂੰ ਉਤਰ ਦਿੱਤਾ ਅਸੀਂ ਨਹੀਂ ਜਾਣਦੇ ਉਸਨੇ ਵੀ ਉਹਨਾਂ ਨੂੰ ਆਖਿਆ ਮੈਂ ਵੀ ਤੁਹਾਨੂੰ ਨਹੀਂ ਦੱਸਦਾ ਜੋ ਕਿਹੜੇ ਅਥਿਆਰ ਨਾਲ ਮੈਂ ਇਹ ਕੰਮ ਕਰਦਾ ਹਾਂ ਪਰ ਤੁਸੀਂ ਕੀ ਸਮਝਦੇ ਹੋ ਇੱਕ ਮਨੁੱਖ ਦੇ ਦੋ ਪੁੱਤਰ ਸਨ ਅਤੇ ਉਹ ਪਹਿਲੇ ਦੇ ਕੋਲ ਆਣ ਕੇ ਬੋਲਿਆ ਪੁੱਤਰ ਜਾ ਅੱਜ ਅੰਗੂਰੀ ਬਾਗ ਵਿੱਚ ਕੰਮ ਕਰ ਅਤੇ ਉਸ ਨੇ ਉੱਤਰ ਦਿੱਤਾ ਮੇਰਾ ਜੀ ਨਹੀਂ ਕਰਦਾ ਪਰ ਪਿੱਛੋਂ ਪਛਤਾ ਕੇ ਗਿਆ ਫਿਰ ਦੂਏ ਕੋਲ ਆਣ ਕੇ ਇਹੋ ਹੀ ਕਿਹਾ ਅਤੇ ਉਸ ਨੇ ਉੱਤਰ ਦਿੱਤਾ ਅੱਛਾ ਜੀ ਪਰ ਗਿਆਨ ਸੋ ਇਹਨਾਂ ਦੋਹਾਂ ਵਿੱਚੋਂ ਕਿਹਨੇ ਪਿਤਾ ਜੀ ਮਰਜ਼ੀ ਪੂਰੀ ਕੀਤੀ ਉਹਨਾਂ ਆਖਿਆ ਪਹਿਲੇ ਨਹੀਂ ਯਿਸੂ ਨੇ ਉਹਨਾਂ ਨੂੰ ਕਿਹਾ ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਮਸੀਹੀਏ ਅਤੇ ਕੰਜਰੀਆਂ ਤੁਹਾਡੇ ਨਾਲੋਂ ਪਹਿਲਾਂ ਪਰਮੇਸ਼ਰ ਦੇ ਰਾਜ ਵਿੱਚ ਜਾਂਦੇ ਹਨ ਕਿਉਂਕਿ ਜੋ ਯਹੋਨਾ ਧਰਮ ਦੇ ਰਾਹੀਂ ਤੁਹਾਡੇ ਕੋਲ ਆਇਆ ਅਤੇ ਤੁਸੀਂ ਉਹਦੀ ਪ੍ਰਤੀਤ ਨਾ ਕੀਤੀ ਪਰ ਮਸੂਲੀਆਂ ਔਰ ਕੰਜਰੀਆਂ ਨੇ ਉਹਦੀ ਪ੍ਰਤੀਤ ਕੀਤੀ ਅਤੇ ਤੁਸੀਂ ਇਹ ਵੇਖ ਕੇ ਪਿੱਛੋਂ ਵੀ ਨਾ ਪਛਤਾਏ ਭਈ ਉਹਦੀ ਪ੍ਰਤੀਤ ਕਰ ਦੇ ਇੱਕ ਹੋਰ ਦਿਸਟਾਂਸ ਸੁਣੋ ਜੋ ਇੱਕ ਘਰ ਦਾ ਮਾਲਕ ਸੀ ਜਿਹਨੇ ਅੰਗੂਰੀ ਬਾਗ ਲਾਇਆ ਅਤੇ ਉਹਦੇ ਚੁਫੇਰੇ ਬਾੜ ਦਿੱਤੀ ਅਤੇ ਉਸ ਵਿੱਚ ਰਸਲੀ ਇੱਕ ਚੁਬੱਚਾ ਕੱਢਿਆ ਅਤੇ ਬੁਰਜ ਸਾਰਿਆ ਔਰ ਉਹਨੂੰ ਮਾਲੀਆਂ ਦੇ ਹੱਥ ਸੌਂਪ ਕੇ ਪਰਦੇਸ ਚਲੇ ਗਿਆ ਜਾਂ ਫਲਾਂ ਦੀ ਰੁੱਤ ਜਿਹੜੀ ਆਈ ਤਾਂ ਉਹਨੇ ਆਪਣੇ ਚਾਕਰ ਮਾਲੀਆਂ ਦੇ ਕੋਲ ਆਪਣੇ ਫਲ ਲੈਣ ਲਈ ਘੱਲੇ ਅਤੇ ਮਾਲੀਆਂ ਨੇ ਉਹਦੇ ਚਾਕਰਾਂ ਨੂੰ ਫੜ ਕੇ ਕਿਸੇ ਨੂੰ ਕੁੱਟਿਆ ਔਰ ਕਿਸੇ ਨੂੰ ਮਾਰ ਸੁੱਟਿਆ ਔਰ ਕਿਸੇ ਨੂੰ ਪਥਰਾਉ ਕੀਤਾ ਫਿਰ ਉਹਨੇ ਹੋਰ ਚਾਕਰ ਪਹਿਲੇ ਨਾਲੋਂ ਵਧੇਰੇ ਘੱਲੇ ਅਤੇ ਉਹਨਾਂ ਨੇ ਇਹਨਾਂ ਨਾਲ ਵੀ ਉਸੇ ਤਰ੍ਹਾਂ ਕੀਤਾ ਉੜਕ ਉਸਨੇ ਆਪਣੇ ਪੁੱਤਰ ਨੂੰ ਉਹਨਾਂ ਦੇ ਕੋਲ ਇਹ ਕਹਿ ਕੇ ਘੱਲਿਆ ਭਈ ਉਹ ਮੇਰੇ ਪੁੱਤਰ ਦਾ ਆਦਰ ਕਰਨਗੇ ਪਰ ਮਾਲੀਆਂ ਨੇ ਜਾਂ ਉਹਦੇ ਪੁੱਤਰ ਨੂੰ ਵੇਖਿਆ ਤਾਂ ਅਪ ਵਿੱਚ ਕਿਆ ਵਾਰਿਸ ਇਹੋ ਹੈ ਆਉ ਇਹਨੂੰ ਮਾਰ ਸੁੱਟੀਏ ਅਤੇ ਉਹਦਾ ਵਿਰਸਾ ਸੰਭਲੀਏ ਅਤੇ ਉਹਨਾਂ ਉਸ ਨੂੰ ਫੜਿਆ ਔਰ ਬਾਗੋਂ ਬਾਹਰ ਕੱਢ ਕੇ ਮਾਰ ਸੁੱਟਿਆ ਸੋ ਜਦ ਬਾਗ ਦਾ ਮਾਲਕ ਆਵੇਗਾ ਤਦ ਉਹਨਾਂ ਮਾਲੀਆਂ ਨਾਲ ਕੀ ਕਰੇਗਾ ਉਹਨਾਂ ਨੇ ਉਸ ਨੂੰ ਆਖਿਆ ਕਿ ਉਹਨਾਂ ਬੁਰੀਆਾਂ ਦਾ ਬੁਰੀ ਤਰ੍ਹਾਂ ਨਾਸ ਕਰੂ ਅਤੇ ਅੰਗੂਰੀ ਬਾਗ ਹੋਰਨਾ ਮਾਲੀਆਂ ਨੂੰ ਸੌਂਪੇਗਾ ਜੋ ਰੁੱਤ ਸਰ ਉਹਨੂੰ ਫਲ ਪਚਾਉਣਗੇ ਯਿਸੂ ਨੇ ਉਹਨਾਂ ਨੂੰ ਆਖਿਆ ਭਲਾ ਤੁਸੀਂ ਲਿਖਤ ਵਿੱਚ ਕਦੇ ਨਹੀਂ ਪੜਿਆ ਜਿਸ ਪੱਥਰ ਨੂੰ ਰਾਜਾ ਨੇ ਰੱਦਿਆ ਸੋਈ ਖੁੰਝੇ ਦਾ ਸਿਰਾ ਹੋ ਗਿਆ ਇਹ ਪ੍ਰਭੂ ਦੀ ਵੱਲੋਂ ਹੋਇਆ ਅਤੇ ਸਾਡੀ ਨਜ਼ਰ ਵਿੱਚ ਅਚਰਜ ਹੈ ਇਸ ਕਰਕੇ ਮੈਂ ਤੁਹਾਨੂੰ ਆਖਦਾ ਜੋ ਪਰਮੇਸ਼ਰ ਦਾ ਰਾਜ ਤੌਹਤੋਂ ਖੋਇਆ ਅਤੇ ਪ੍ਰਾਈ ਕੌਮ ਨੂੰ ਜਿਹੜੀ ਉਹਦੇ ਫਲ ਦੇਵੇ ਦਿੱਤਾ ਜਾਵੇਗਾ ਔਰ ਜੋ ਕੋਈ ਇਸ ਪੱਥਰ ਤੇ ਡਿੱਗੇਗਾ ਸੋ ਚੂੜ-ਚੂੜ ਹੋ ਜਾਵੇਗਾ ਪਰ ਜਿਹਦੇ ਉੱਤੇ ਉਹ ਡਿੱਗੇ ਉਹਨੂੰ ਪੀਸ ਉੱਟੇਗਾ ਜਾਂ ਪ੍ਰਧਾਨ ਜਾਜ ਕਾ ਅਤੇ ਫਰਿਸੀਆਂ ਨੇ ਉਹ ਦੇ ਡਿਸਟੈਂਸ ਹੁਣੇ ਤਾਂ ਮعلوم ਕੀਤਾ ਜੋ ਸਾਡੇ ਹੱਕ ਵਿੱਚ ਆਖਦਾ ਹੈ ਅਤੇ ਜਾਂ ਉਸ ਨੂੰ ਫੜਨਾ ਚਾਹੁੰਦੇ ਸਨ ਤਾਂ ਲੋਕਾਂ ਤੋਂ ਡਰੇ ਇਸ ਲਈ ਜੋ ਉਹ ਉਸ ਨੂੰ ਨਬੀ ਮੰਨਦੇ ਸਨ ਮੱਤੀ ਅਧਿਆਇ 3 ਤਦ ਯਿਸੂ ਨੇ ਲੋਕਾਂ ਨੂੰ ਅਤੇ ਆਪਣੇ ਚੇਲਿਆਂ ਨੂੰ ਕਿਹਾ ਗਰੰਥੀ ਅਤੇ ਫਰੀਸੀ ਮੂਸਾ ਦੀ ਗੱਦੀ ਉੱਤੇ ਬੈਠੇ ਹਨ ਇਸ ਲਈ ਸਭ ਕੁਝ ਜੋ ਉਹ ਤੁਹਾਨੂੰ ਕਹਿਣ ਤੁਸੀਂ ਮੰਨ ਲੈਣਾ ਅਤੇ ਉਹਦੀ ਪਾਲਨ ਕਰਨੀ ਪਰ ਉਹਨਾਂ ਵਰਗੇ ਕੰਮ ਨਾ ਕਰਨਾ ਕਿਉਂ ਜੋ ਉਹ ਕਹਿੰਦੇ ਹਨ ਪਰ ਕਰਦੇ ਨਹੀਂ ਉਹ ਭਾਰੇ ਬੋਝ ਜਿਨ੍ਹਾਂ ਦਾ ਚੁਕਣਾ ਔਖਾ ਹੈ ਬਨ ਕੇ ਮੁਲਖਾਂ ਦੇ ਮੋਢਿਆਂ ਉੱਤੇ ਰੱਖਦੇ ਹਨ ਪਰ ਉਹ ਆਪ ਉਹਨਾਂ ਨੂੰ ਆਪਣੀ ਉਂਗਲ ਨਾਲ ਖਿਸਕਾਉਣ ਨੂੰ ਰਾਜ਼ੀ ਨਹੀਂ ਉਹ ਆਪਣੇ ਸਭ ਕੰਮ ਲੋਕਾਂ ਦੇ ਵਿਖਲਾਵੇ ਲਈ ਕਰਦੇ ਹਨ ਕਿਉਂ ਜੋ ਉਹ ਆਪਣੇ ਤਵੀਦ ਚੌੜੀ ਕਰਦੇ ਅਤੇ ਆਪਣੀਆਂ ਝਾਲਨਾ ਵਧਾਉਂਦੇ ਹਨ ਅਤੇ ਮਹਿਮਾਨੀਆਂ ਵਿੱਚ ਉੱਚੀਆਂ ਥਾਵਾਂ ਅਤੇ ਸਮਾਜਾਂ ਵਿੱਚ ਅਗਲੀਆਂ ਕੁਰਸੀਆਂ ਅਤੇ ਬਜਾਰਾਂ ਵਿੱਚ ਪ੍ਰਣਾਮ ਲੈਣ ਅਤੇ ਮਨੁੱਖਾਂ ਕੋਲੋਂ ਸਵਾਮੀ ਜੀ ਕਹਣ ਦੇ ਭੁੱਖੇ ਹਨ ਪਰ ਤੁਸੀਂ ਸਵਾਮੀ ਨਾ ਕਹੋ ਕਿਉਂ ਜੋ ਤੁਹਾਡਾ ਗੁਰੂ ਇੱਕੋ ਹੈ ਅਰ ਤੁਸੀਂ ਸਭ ਭਾਈ ਹੋ ਧਰਤੀ ਉੱਤੇ ਕਿਸੇ ਨੂੰ ਆਪਣਾ ਪਿਤਾ ਨਾ ਆਖੋ ਕਿਉਂ ਜੋ ਤੁਹਾਡਾ ਪਿਤਾ ਇੱਕੋ ਹੈ ਜਿਹੜਾ ਆਕਾਸ਼ ਉੱਤੇ ਹੈ ਅਰ ਨਾ ਤੁਸੀਂ ਮਾਲਕ ਕਹੋ ਕਿਉਂ ਜੋ ਤੁਹਾਡਾ ਮਾਲਕ ਇੱਕੋ ਹੈ ਅਰਥਾਤ ਮਸੀਹ ਪਰ ਉਹ ਜਿਹੜਾ ਤੁਹਾਡੇ ਵਿੱਚੋਂ ਹੋਰਨ ਨਾਲੋਂ ਵੱਡਾ ਹੈ ਸੋ ਤੁਹਾਡਾ ਟੈਲੂਆ ਹੋਵੇ ਅਤੇ ਜੋ ਕੋਈ ਆਪਣੇ ਆਪ ਨੂੰ ਉੱਚਾ ਕਰੇਗਾ ਸੋ ਨੀਵਾ ਕੀਤਾ ਜਾਵੇਗਾ ਅਤੇ ਜੋ ਕੋਈ ਆਪਣੇ ਆਪ ਨੂੰ ਨੀਵਾ ਕਰੇਗਾ ਸੋ ਉੱਚਾ ਕੀਤਾ ਜਾਵੇਗਾ ਪਰ हे ਕਪਟੀ ਗਰੰਥਿਓ ਅਤੇ ਫ੍ਰੀਸਿਓ ਤੁਹਾਡੇ ਉੱਤੇ ਹਾਏ ਹਾਏ ਇਸ ਲਈ ਜੋ ਤੁਸੀਂ ਸੁਰਗ ਦੇ ਰਾਜ ਨੂੰ ਮੁਰਖਾਂ ਦੇ ਅੱਗੇ ਬੰਦ ਕਰਦੇ ਹੋ हे ਕਪਟੀ ਗਰੰਥਿਓ ਅਤੇ ਫ੍ਰੀਸਿਓ ਤੁਹਾਡੇ ਉੱਤੇ ਹਾਏ ਹਾਏ ਕਿਉਂ ਜੋ ਤੁਸੀਂ ਇੱਕ ਮਨੁੱਖ ਨੂੰ ਆਪਣੇ ਪੰਥ ਵਿੱਚ ਲਾਉਣ ਲਈ ਜਲਥਲ ਗਾਉਂਦੇ ਹੋ ਅਤੇ ਜਾਂ ਉਹ ਆ ਚੁੱਕਿਆ ਤਾਂ ਤੁਸੀਂ ਉਹਨੂੰ ਆਪਣੇ ਨਾਲੋਂ ਦੂਣਾ ਨਰਕ ਦਾ ਪੁੱਤਰ ਬਣਾਉਂਦੇ ਹੋ। ਹੇ ਅੰਨੇ ਆਗੂ ਤੁਹਾਡੇ ਉੱਤੇ ਹਾਏ ਹਾਏ ਜਿਹੜੇ ਆਖਦੇ ਹੋ ਭਈ ਜੇ ਕੋਈ ਹੈਕਲ ਦੀ ਸੌਂ ਖਾਵੇ ਤਾਂ ਕੁਝ ਗੱਲ ਨਹੀਂ ਪਰ ਜੇ ਕੋਈ ਹੈਕਲ ਦੇ ਸੋਨੇ ਦੀ ਸੌਂ ਖਾਵੇ ਤਾਂ ਉਹ ਪੂਰੀ ਕਰ ਦੇ ਪਉ। ਹੇ ਮੂਰਖੋ ਅਤੇ ਅੰਨਿਓ ਕਿਹੜਾ ਵੱਡਾ ਹੈ? ਸੋਨਾ ਇਹ ਹੈ ਕਿ ਜਿਹਨਾਂ ਸੌਨ ਨੂੰ ਪਵਿੱਤਰ ਕੀਤਾ ਹੈ ਅਤੇ ਇਹ ਆਖਦੇ ਹੋ ਭਈ ਜੇ ਕੋਈ ਜਗਵੇਦੀ ਦੀ ਸੌ ਖਾਵੇ ਤਾਂ ਕੁਝ ਗੱਲ ਨਹੀਂ ਪਰ ਜਿਹੜੀ ਪੇਟ ਉਸ ਉੱਤੇ ਹੈ ਜੇ ਉਹਦੀ ਸੌ ਖਾਵੇ ਤਾਂ ਉਹਨੂੰ ਪੂਰੀ ਕਰਨੀ ਪਊ ਹੈ ਅਨਿਓ ਕਿਹੜੀ ਵੱਡੀ ਹੈ ਪੇਟ ਇਹ ਜਗਵੇਦੀ ਜਿਹੜੀ ਪੇਟ ਨੂੰ ਪਵਿੱਤਰ ਕਰਦੀ ਹੈ ਇਸ ਲਈ ਜੋ ਕੋਈ ਜਗਵੇਦੀ ਦੀ ਸੌ ਖਾਂਦਾ ਹੈ ਸੋ ਉਹਦੀ ਅਤੇ ਸਭ ਚੀਜ਼ਾਂ ਦੀ ਜਿਹੜੀਆਂ ਉਸ ਉੱਤੇ ਹਨ ਸੌ ਖਾਂਦਾ ਹੈ ਅਤੇ ਜੋ ਕੋਈ ਹੈਕਲ ਦੀ ਸੌਂ ਖਾਂਦਾ ਹੈ ਸੋ ਉਸ ਦੀ ਔਰ ਉਸ ਦੇ ਵਿੱਚ ਰਹਿਣ ਵਾਲੇ ਦੀ ਵੀ ਸੌਂ ਖਾਂਦਾ ਹੈ। ਅਤੇ ਜੋ ਕੋਈ ਸੁਰਗ ਦੀ ਸੌਂ ਖਾਂਦਾ ਹੈ ਸੋ ਪਰਮੇਸ਼ਰ ਦੇ ਸਿੰਘਾਸਣ ਦੀ ਅਤੇ ਉਸ ਉੱਪਰ ਬੈਠਣ ਵਾਲੇ ਦੀ ਸੌਂ ਖਾਂਦਾ ਹੈ। ਹੈਕਪਟੀ ਗ੍ਰੰਥਿਓ ਅਤੇ ਫ੍ਰੀਸਿਓ ਤੁਹਾਡੇ ਉੱਤੇ ਹਾਏ ਹਾਏ। ਕਿਉਂ ਜੋ ਤੁਸੀਂ ਪੁਦੀਨੇ ਅਤੇ ਸੌਫ ਅਤੇ ਜੀਰੇ ਦਾ ਦਸਾਂਤ ਦਿੰਦੇ ਹੋ ਅਤੇ ਤੁਰੈਦ ਦੇ ਭਾਰੇ ਹੁਕਮਾਂ ਨੂੰ ਅਰਥਾ ਨਿਉਂ ਔਰ ਦਇਆ ਔਰ ਨੇਚਰ ਨੂੰ ਛੱਡ ਦਿੱਤਾ ਹੈ। ਪਰ ਚਾਹੀਦਾ ਸੀ ਜੋ ਇਹਨਾਂ ਨੂੰ ਕਰ ਦੇ ਅਤੇ ਉਹਨਾਂ ਨੂੰ ਵੀ ਨਾ ਛੱਡ ਦੇ। हे ਅੰਨੇ ਆਗੂ ਜਿਹੜੇ ਮੱਛਰ ਪੁੰਨ ਜਾਂਦੇ ਹਨ ਪਰ ਉਂਟ ਨਿਗਲ ਜਾਂਦੇ ਹੋ। हे ਕਪਟੀ ਗ੍ਰੰਥਿਓ ਅਤੇ ਫ੍ਰੀਸਿਓ ਤੁਹਾਡੇ ਉਤੇ ਹਾਇ ਕਿਉਂ ਜੋ ਤੁਸੀਂ ਕਟੋਰੀ ਅਰਥਾਲੀ ਨੂੰ ਪਰੋਂ ਸਾਫ਼ ਕਰਦੇ ਹੋ ਪਰ ਅੰਦਰੋਂ ਉਹ ਲੁੱਟ ਅਤੇ ਬਦਪਰੇਜੀ ਨਾਲ ਭਰੇ ਹੋਏ ਹਨ। हे ਅਨੇ ਫ੍ਰੀਸੀ ਪਹਿਲਾਂ ਕਟੋਰੀ ਅਤੇ ਥਾਲੀ ਦੇ ਅੰਦਰ ਨੂੰ ਸਾਫ਼ ਕਰ ਤਾਂ ਉਹ ਬਾਹਰੋਂ ਵੀ ਸਾਫ਼ ਹੋਣਗੇ। हे कपटी ग्रंथियो अते फ्रिसियो तोडे उत्ते हाय हाय क्यों जो तुसी कली फेरी होइया कब्रਾਂ ਵਰਗੀ ਹੋ ਜਿਹੜੀਆਂ ਬਾਹਰੋਂ ਤਾਂ ਸੋਹਣੀਆਂ ਦਿਸਦੀ ਹਨ ਪਰ ਅੰਦਰੋਂ ਮੁਰਦਿਆਂ ਦੀਆਂ ਹੱਡੀਆਂ अते ਹਰ ਪ੍ਰਕਾਰ ਦੀ ਪਲੀਤੀ ਨਾਲ ਭਰੀਆਂ ਹੋਈਆਂ ਹਨ ਇਸੇ ਤਰ੍ਹਾਂ ਤੁਸੀਂ ਵੀ ਬਾਹਰੋਂ ਮਨੁੱਖਾਂ ਨੂੰ ਤਰਮਿਫ ਖੈ ਦਿੰਦੇ ਹੋ ਪਰ ਅੰਦਰੋਂ ਕਫਟ ਅਰ ਕੁਤਰਮ ਨਾਲ ਭਰੇ ਹੋਏ ਹੋ हे कपटी ग्रंथियो अते फ्रिसियो ਤੁਹਾਡੇ ਉਤੇ ਹਾਏ ਹਾਏ ਕਿਉਂ ਜੋ ਤੁਸੀਂ ਨਬੀਆਂ ਦੀਆਂ ਕਬਰਾਂ ਬਣਾਉਂਦੇ ਹੋ ਅਤੇ ਤਰਵੀਹ ਦੀਆਂ ਸਮਾਧਾਂ ਸਵਾਰਦੇ ਹੋ ਅਤੇ ਆਖਦੇ ਹੋ ਜੇ ਅਸੀਂ ਆਪਣੇ ਪਿਓ ਦਾਦਿਆਂ ਦੇ ਦਿਨਾਂ ਵਿੱਚ ਹੁੰਦੇ ਤਾਂ ਉਹਨਾਂ ਨਬੀਆਂ ਦੇ ਖੂਨ ਵਿੱਚ ਸਾਂਝੀ ਨਾ ਹੁੰਦੇ ਸੋ ਤੁਸੀਂ ਆਪਣੇ ਉੱਤੇ ਗਵਾਹੀ ਦਿੰਦੇ ਹੋ ਜੋ ਅਸੀਂ ਨਬੀਆਂ ਦੇ ਖੂਨੀਆਂ ਦੇ ਪੁੱਤਰ ਹਾਂ ਸੋ ਤੁਸੀਂ ਆਪਣੇ ਪਿਓ ਦਾਦਿਆਂ ਦੇ ਮਾਪ ਨੂੰ ਭਰੀ ਜਾਓ हे ਸੱਪੋ हे ਨਾਗਾਂ ਦੇ ਬੱਚੋ ਤੁਸੀਂ ਨਰਕ ਦੇ ਡੰਨੋਂ ਕਿਸ ਬਿੱਤ ਪਜੋਗੇ ਇਸ ਲਈ ਵੇਖੋ ਜਿਵੇਂ ਨਬੀਆਂ ਅਤੇ ਗਿਆਨੀਆਂ ਅਤੇ ਗ੍ਰੰਥੀਆਂ ਨੂੰ ਤੁਹਾਡੇ ਕੋਲ ਭੇਜਦਾ ਹਾਂ ਤੁਸੀਂ ਉਹਨਾਂ ਵਿੱਚੋਂ ਕਈਆਂ ਨੂੰ ਮਾਰ ਸੁੱਟੋਗੇ ਅਤੇ ਸਲੀਬ 'ਤੇ ਚੜਾਓਗੇ ਅਤੇ ਕਈਆਂ ਨੂੰ ਆਪਣੇ ਸਮਾਜਾਂ ਵਿੱਚ ਕੋਰੜੇ ਮਾਰੋਗੇ ਅਤੇ ਸ਼ਹਿਰ-ਸ਼ਹਿਰ ਉਹਨਾਂ ਦੀ ਮਗਰ ਪਹੋਗੇ ਤਾਂ ਕਿ ਧਰਮੀਆਂ ਦਾ ਜਿਨ੍ਹਾਂ ਲਹੂ ਧਰਤੀ ਉੱਤੇ ਵਹਾਇਆ ਗਿਆ ਹਾਬਲ ਧਰਮੀ ਦੇ ਲਹੂ ਤੋਂ ਲੈ ਕੇ ਬکریاں ਦੇ ਪੁੱਤਰ ਜ਼ਕਰੀਆ ਦੇ ਲਹੂ ਤੱਕ ਜਿਹਨੂੰ ਤੁਸੀਂ ਹੈਕਲ ਅਤੇ ਜਗਵਦੀ ਦੇ ਵਿਚਕਾਰ ਮਾਰ ਦਿੱਤਾ ਸਭ ਉਹ ਤੁਹਾਡੇ ਜਮੇ ਆਵੇ ਮੈਂ ਤੁਹਾਨੂੰ ਸਤ ਅਕਦਾ ਜੋ ਇਹ ਸਭ ਕੁਝ ਇਸ ਪੀੜੇ ਦੇ ਲੋਕਾਂ ਦੇ ਜਮੇ ਆਵੇਗਾ ਹੇ ਯਰੂਸ਼ਲਮ ਯਰੂਸ਼ਲਮ ਜੋ ਤੂੰ ਨਬੀਆਂ ਨੂੰ ਕਤਲ ਕਰਦਾ ਹੈ ਅਤੇ ਉਹਨਾਂ ਨੂੰ ਜਿਹੜੇ ਤੇਰੇ ਕੋਲ ਧਲੇ ਗਏ ਪਥਰਾਉ ਕਰਦਾ ਹੈ ਮੈਂ ਕਿੰਨੀ ਵਾਰ ਚਾਹਿਆ ਜੋ ਤੇਰੇ ਬਾਲਕਾਂ ਨੂੰ ਉਸੇ ਤਰ੍ਹਾਂ ਇਕੱਠੇ ਕਰਾਂ ਜਿਸ ਤਰ੍ਹਾਂ ਕੁਕੜੀ ਆਪਣੇ ਬੱਚਿਆਂ ਨੂੰ ਖੰਭਾਂ ਦੇ ਹੇਠ ਇਕੱਠੇ ਕਰਦੀ ਹੈ ਪਰ ਤੂੰ ਸਾਂ ਨਾ ਚਾਹਿਆ ਵੇਖੋ ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡ ਜਾਂਦਾ ਹੈ ਕਿਉਂਕਿ ਮੈਂ ਤੁਹਾਨੂੰ ਆਖਦਾ ਹਾਂ ਜੋ ਤੁਸੀਂ ਮੈਨੂੰ ਐਦਾਂਗੇ ਫੇਰ ਨਾ ਵੇਖੋਗੇ ਜਾਂ ਤੋੜੀ ਇਹ ਨਾ ਕਹੋਗੇ ਭਾਈ ਮੁਬਾਰਕ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ ਮੱਤੀ ਅਧਿਆਇ 24 ਯਿਸੂ ਹੇਕਲੋਂ ਬਾਹਰ ਨਿਕਲ ਕੇ ਚਲੇ ਜਾਂਦਾ ਸੀ ਕਿ ਉਹਦੇ ਚੇਲੇ ਉਸ ਕੋਲ ਆਏ ਜੋ ਹੇਕਲ ਦੀ ਇਮਾਰਤਾਂ ਉਹਨੂੰ ਵਿਖਾਲਣ ਪਰ ਉਸਨੇ ਅਗੋਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਸਭਨਾਂ ਚੀਜ਼ਾਂ ਨੂੰ ਨਹੀਂ ਵਿਖਦੇ ਮੈਂ ਤੁਹਾਨੂੰ ਸੱਤਖਦਾ ਜੋ ਇੱਥੇ ਪੱਥਰ ਉੱਤੇ ਪੱਥਰ ਛੱਡਿਆ ਨਾ ਜਾਏਗਾ ਜੋ ਡਿੱਗਿਆ ਨਾ ਜਾਵੇ ਜਦੋਂ ਯਤੂਨ ਦੇ ਪਹਾੜ ਉੱਤੇ ਬੈਠਾ ਹੋਇਆ ਸੀ ਉਹਦੇ ਚੇਲੇ ਉਹਦੇ ਕੋਲ ਵੱਖਰੇ ਹੋ ਕੇ ਆਏ ਅਤੇ ਪੁੱਛਿਆ ਸਾਨੂੰ ਦੱਸ ਜੋ ਇਹ ਗੱਲਾਂ ਕਦ ਹੋਣਗੀਆਂ ਅਤੇ ਤੇਰੇ ਆਉਣ ਅਰ ਯੁੱਗ ਦੇ ਅੰਤ ਦਾ ਕੀ ਲੱਛਣ ਹੋ ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ ਚੌਕਸ ਰਹੋ ਕਿ ਤੁਹਾਨੂੰ ਕੋਈ ਪਲਾਵੇ ਵਿੱਚ ਨਾ ਪਾਵੇ ਕਿਉਂ ਜੋ ਮੇਰਾ ਨਾਮ ਧਾਰ ਕੇ ਬਥੇਰੇ ਇਹ ਕਹਿੰਦੇ ਆਉਣਗੇ ਜੋ ਮੈਂ ਮਸੀਹਾ ਅਤੇ ਬਹੁਤਾਂ ਨੂੰ ਪਲਾਵੇ ਵਿੱਚ ਪਾ ਦੇਣਗੇ ਤੁਸੀਂ ਲੜਾਈਆਂ ਦੀਆਂ ਆਵਾਜ਼ਾਂ ਸੁਣੋਗੇ ਖਬਰਦਾਰ ਕਿਤੇ ਘਬਰਾ ਨਾ ਜਾਣਾ ਕਿਉਂਕਿ ਇਹ ਗੱਲਾਂ ਤਾਂ ਹੋਣੀਆਂ ਹੀ ਹਨ ਪਰ ਅਜੇ ਅੰਤ ਨਹੀਂ ਕੌਮ ਕੌਮ ਉਤੇ ਅਤੇ ਪਾਤਸ਼ਾਹੀ ਪਾਤਸ਼ਾਹੀ ਉਤੇ ਚੜਾਈ ਕਰੇਗੀ ਹਰ ਥਾਂ ਥਾਂ ਕਾਲ ਪੈਣਗੇ ਅਤੇ ਪਚਾ ਲਉਣਗੇ ਪਰ ਇਹ ਸਭ ਕੁਝ ਪੀੜਾਂ ਦਾ ਆਰੰਭ ਹੈ ਤਦ ਉਹ ਤੁਹਾਨੂੰ ਵਿਪਤਾ ਲਈ ਫੜਵਾ ਦੇਣਗੇ ਅਤੇ ਤੁਹਾਨੂੰ ਮਾਰ ਦੇਣਗੇ ਅਤੇ ਮੇਰੇ ਨਾਮ ਦੇ ਕਾਰਨ ਮੇਰੀਆਂ ਕੌਮਾਂ ਤੁਹਾਡੇ ਨਾਲ ਵੈਰ ਰੱਖਣਗੀਆਂ ਅਤੇ ਉਸ ਸਮੇਂ ਬਥੇਰੇ ਠੋਕਰ ਖਾਣਗੇ ਅਤੇ ਇੱਕ ਦੂਏ ਨੂੰ ਫੜਵਾਏਗਾ ਅਤੇ ਇੱਕ ਦੂਏ ਨਾਲ ਵੈਰ ਰੱਖੇਗਾ ਅਰਬਹੁਤ ਝੂਠੇ ਨਵੀ ਉੱਠਣਗੇ ਅਤੇ ਬਥੇਰਿਆਂ ਨੂੰ ਪਲਾਵੇ ਵਿੱਚ ਪਾ ਦੇਣਗੇ ਅਤੇ ਕੁਤਰਮ ਦੇ ਵਦਨ ਕਰਕੇ ਬੋਧਨ ਜੀ ਪ੍ਰੀਤ ਠੰਡੀ ਹੋ ਜਾਵੇਗੀ ਪਰ ਜਿਹੜਾ ਅੰਧ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ ਅਤੇ ਰਾਜ ਦੀ ਇਸ ਖੁਸ਼ਖਬਰੀ ਦਾ ਪ੍ਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕਮਾਉਤੇ ਸਾਖੀ ਹੋਵੇ ਤਦ ਅੰਤ ਆਵੇਗਾ ਉਪਰੰਤ ਜਦ ਤੁਸੀਂ ਉਸ ਉਜਾੜਨ ਵਾਲੀ ਘਣਾਉਣੀ ਚੀਜ਼ ਨੂੰ ਜਿਹਦੀ ਖਬਰ ਦਾਨੀਅਲ ਨਬੀ ਨੇ ਦਿੱਤੀ ਪਵਿੱਤਰ ਥਾਂ ਵਿੱਚ ਖੜੀ ਵੇਖੋ ਵਾਚਣ ਵਾਲਾ ਸਮਝ ਲਵੇ ਤਦ ਉਹ ਜਿਹੜੇ ਯਹੂਦੀਆ ਵਿੱਚ ਹੋਣ ਪਹਾੜਾਂ ਉੱਤੇ ਪੱਜ ਜਾਣ ਜਿਹੜਾ ਕੋਠੇ ਉੱਤੇ ਹੋਵੇ ਉਹ ਆਪਣੇ ਘਰ ਵਿੱਚੋਂ ਅਸਬਾਬ ਲੈਣ ਨੂੰ ਹੇਠਾਂ ਨਾ ਉਤਰੇ ਅਤੇ ਜੇ ਦਾ ਖੇਦ ਹੋਵੇ ਆਪਣੇ ਨੇੜੇ ਲੈਣ ਨੂੰ ਪਛਾਹਣਾ ਮੁੜੇ ਪਰ ਹਮਸੁਸ ਉਹਨਾਂ ਹਤੇ ਜਿਹੜੀਆਂ ਉਹਨ ਦੇ ਨੇ ਗਰਭਣੀਆਂ ਅਤੇ ਦੁੱਧ ਚੋਣ ਵਾਲੀਆਂ ਹੋਣ ਪਰ ਤੁਸੀਂ ਪ੍ਰਾਰਥਨਾ ਕਰੋ ਜੇ ਤੁਹਾਡਾ ਭਜਨਾ ਸਾਲ ਵਿੱਚ ਜਾਂ ਸਬਦ ਦੇ ਦਿਨ ਨਾ ਹੋਵੇ ਕਿਉਂਕਿ ਜੋ ਉਸ ਸਮੇ ਅਜਿਹੇ ਵੱਡਾ ਕਸ਼ਟ ਹੋਵੇਗਾ ਜੋ ਜਗਤ ਦੇ ਮੁੱਢੋਂ ਲੈ ਕੇ ਨਾ ਹੁਣ ਥੋੜੀ ਹੋਇਆ ਅਤੇ ਨਾ ਕਦੀ ਹੋਵੇਗਾ ਔਰ ਜੇ ਉਹ ਦਿਨ ਕਟਾਏ ਨਾ ਜਾਂਦੇ ਤਾਂ ਕੋਈ ਸਰੀਰ ਨਾ ਬਚਦਾ ਪਰ ਉਹ ਦਿਨ ਚੁਣਿਆ ਹੋਇਆਂ ਦੀ ਖਾਤਰ ਕਟਾਏ ਜਾਣਗੇ ਤਦ ਜੇ ਕੋਈ ਤੁਹਾਨੂੰ ਆਖੇ ਵੇਖੋ ਮਸੀ ਇੱਥੇ ਜਾਂ ਉੱਥੇ ਹੈ ਤਾਂ ਸੱਚ ਨਾ ਮੰਨਣਾ ਕਿਉਂਕਿ ਝੂਠੇ ਮਸੀ ਅਤੇ ਝੂਠੇ ਨਵੀ ਉੱਠਣਗੇ ਔਰ ਅਜਿਹੇ ਵੱਡੇ ਨਿਸ਼ਾਨ ਅਤੇ ਅਚਰਜ ਕੰਮ ਦਿਖਾਉਣਗੇ ਕਿ ਜੇ ਹੋ ਸਕਦਾ ਤਾਂ ਉਹ ਚੁਣਿਆ ਹੋਇਆਂ ਨੂੰ ਵੀ ਪਲਾਵੇ ਵਿੱਚ ਪਾ ਦਿੰਦੇ ਵੇਖੋ ਮੈਂ ਤੁਹਾਨੂੰ ਅੱਗੋਂ ਹੀ ਦੱਸ ਦਿੱਤਾ ਇਸ ਲਈ ਜੇ ਉਹ ਤੁਹਾਨੂੰ ਆਖਣ ਵੇਖੋ ਉਹ ਉਜਾੜ ਵਿੱਚ ਹੈ ਤਾਂ ਬਾਹਰ ਨਾ ਜਾਣਾ ਵੇਖੋ ਉਹ ਅੰਦਰਲੀਆ ਕੋਠੜੀਆਂ ਵਿੱਚ ਹੈ ਤਾਂ ਸਤ ਨਾਮ ਵੰਦਨਾ ਕਿਉਂਕਿ ਜਿਸ ਤਰ੍ਹਾਂ ਬਿਜਲੀ ਚੜਦੇ ਹੋ ਚਮਕਾਰਾ ਮਾਰ ਕੇ ਲਹਿੰਦੇ ਧਿਕਰ ਦਿਸਦੀ ਹੈ ਉਸੇ ਤਰ੍ਹਾਂ ਮੁਨਖ ਦੇ ਪੁੱਤਰ ਦਾ ਆਉਣਾ ਹੋਵੇਗਾ ਜਿੱਥੇ ਮਰਦਾਰ ਹੈ ਉਥੇ ਗਿਲਜਾਂ ਇਕੱਠੀਆਂ ਹੋਣਗੀਆਂ ਉਹਨਾਂ ਜਿਨ੍ਹਾਂ ਦੇ ਕਸ਼ਟ ਦੇ ਪਿੱਛੋਂ ਛੱਟ ਸੂਰਜ ਹਨੇਰਾ ਹੋ ਜਾਵੇਗਾ ਅਤੇ ਚੰਦ ਆਪਣੀ ਚਾਨਣੀ ਨਾ ਦੇਵੇਗਾ ਅਤੇ ਤਾਰੇ ਆਕਾਸ਼ ਤੋਂ ਡਿੱਗ ਪੈਣਗੇ ਅਤੇ ਆਕਾਸ਼ਰ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ ਤਦ ਮਨੁੱਖ ਦੇ ਪੁੱਤਰ ਦਾ ਨਿਸ਼ਾਨ ਆਕਾਸ਼ ਵਿੱਚ ਪ੍ਰਗਟ ਹੋਵੇਗਾ ਅਤੇ ਤਦੋਂ ਧਰਤੀ ਦੀਆਂ ਸਾਰੀਆਂ ਕੌਮਾਂ ਪਿੱਟਣਗੀਆਂ ਅਤੇ ਮਨੁੱਖ ਦੇ ਪੁੱਤਰ ਨੂੰ ਸਮਰੱਥਾ ਅਤੇ ਬੜੇ ਤੇਜ ਨਾਲ ਆਕਾਸ਼ ਦੇ ਬੱਦਲਾਂ ਉੱਤੇ ਆਉਂਦਾ ਵੇਖਣਗੀਆਂ ਅਤੇ ਉਹ ਤੁਰਲੇ ਦੀ ਬੜੀ ਆਵਾਜ਼ ਨਾਲ ਆਪਣੇ ਦੂਤਾਂ ਨੂੰ ਭੇਜੇਗਾ ਔਰ ਉਹ ਚੌਹਾਂ ਕੋਟਾ ਤੋਂ ਆਕਾਸ਼ ਦੇ ਉਸ ਸਿਰੇ ਤੋਂ ਲੈ ਕੇ ਐਸ ਸਿਰੇ ਤੱਕ ਉਹਦੇ ਚੁਣੇ ਹੋਏ ਨੂੰ ਇਕੱਠਿਆਂ ਕਰਨਗੇ ਫਿਰ ਹੰਜੀਰ ਦੇ ਬਿਰਸ਼ ਤੋਂ ਇੱਕ ਦਿਸਤੰਤ ਸਿੱਖੋ ਜਦ ਉਹਦੀ ਟਾਣੀ ਨਰਮ ਹੁੰਦੀ ਅਤੇ ਪੱਤੇ ਫੁੱਟਦੇ ਹਨ ਤਦ ਜਾਣ ਲੈਂਦੇ ਪਈ ਗਰਮੀ ਦੀ ਰੁੱਤ ਨੇੜੇ ਹੈ ਇਸੇ ਤਰ੍ਹਾਂ ਤੁਸੀਂ ਵੀ ਜਾਂ ਇਹ ਸਭ ਕੁਝ ਵੇਖੋ ਤਾਂ ਜਾਣ ਲਓ ਜੋ ਉਹ ਨੇੜੇ ਸਗੋਂ ਬੂਹੇ ਉੱਤੇ ਹੈ ਮੈਂ ਤੁਹਾਨੂੰ ਸੱਤਖਦਾ ਹਾਂ ਜੇ ਤਿੱਕਰ ਇਹ ਸਭ ਗੱਲਾਂ ਨਾ ਹੋ ਲੈਣ ਇਹ ਪੀੜੀ ਬੀਤ ਨਾ ਜਾਵੇਗੀ ਆਕਾਸ਼ ਅਤੇ ਧਰਤੀ ਤਲ ਜਾਣਗੇ ਪਰ ਮੇਰੇ ਬਚਨ ਕਦੇ ਨਾ ਟਲਣਗੇ ਪਰ ਉਸ ਦਿਨ ਅਤੇ ਉਸ ਘੜੀ ਨੂੰ ਕੋਈ ਨਹੀਂ ਜਾਣਦਾ ਨਾ ਸੁਖ ਦੇ ਦੂਤ ਨਾ ਪੁੱਤਰ ਪਰ ਕੇਵਲ ਪਿਤਾ ਪਰ ਜਿਸ ਤਰ੍ਹਾਂ ਨੂ ਦੇ ਦਿਨ ਸਨ ਮਨੁੱਖ ਦੇ ਪੁੱਤਰ ਦਾ ਆਉਣਾ ਉਸੇ ਤਰ੍ਹਾਂ ਹੋਵੇਗਾ ਕਿਉਂਕਿ ਜਿਸ ਤਰ੍ਹਾਂ ਪਰਲੋ ਤੋਂ ਅਗਰੇ ਦਿਨਾਂ ਵਿੱਚ ਲੋਕ ਖਾਂਦੇ ਪੀਂਦੇ ਵਿਆਹ ਕਰਦੇ ਅਤੇ ਕਰਾਉਂਦੇ ਸਨ ਉਸ ਦਿਨ ਤੱਕ ਕੀ ਨੂ ਕਿਸ਼ਤੀ ਉੱਤੇ ਚੜਿਆ ਅਤੇ ਉਹ ਨਹੀਂ ਜਾਣਦੇ ਸਨ ਜਦ ਤਾਈ ਪਰਲੋ ਨਾ ਆਈ ਅਤੇ ਸਭਨਾਂ ਨੂੰ ਰੁੜਾ ਕੇ ਲੈ ਨ ਗਈ ਇਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ ਤਦ ਦੋ ਜਣੇ ਖੇਤ ਵਿੱਚ ਹੋਣਗੇ ਇੱਕ ਲੈ ਲ ਜਾਵੇਗਾ ਅਤੇ ਇੱਕ ਛੱਡਿਆ ਜਾਵੇਗਾ ਦੋ ਤੀਵੀਆਂ ਚੱਕੀ ਪੀਂਦੀਆਂ ਹੋਣਗੀਆਂ ਇੱਕ ਲੈ ਲ ਜਾਵੇਗੀ ਅਤੇ ਇੱਕ ਛੱਡੀ ਜਾਵੇਗੀ ਸੋ ਜਾਗਦੇ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਤੁਹਾਡਾ ਪ੍ਰਭੂ ਕਿਹੜੇ ਦਿਨ ਆਉਂਦਾ ਹੈ ਪਰ ਇਹ ਜਾਣੋ ਕਿ ਜੇ ਘਰ ਦੇ ਮਾਲਕ ਨੂੰ ਖਬਰ ਹੁੰਦੀ ਭਈ ਚੋਰ ਕਿਸ ਪੈਰ ਆਵੇਗਾ ਤਾਂ ਜਾਗਦਾ ਰਹਿੰਦਾ ਅਤੇ ਆਪਣੇ ਘਰ ਨੂੰ ਸਨ ਲੱਗ ਨਾ ਦਿੰਦਾ ਇਸ ਲਈ ਤੁਸੀਂ ਵੀ ਤਿਆਰ ਰਹੋ ਕਿਉਂਕਿ ਜਿਸ ਕੜੀ ਤਨੁਚਿਤਚਤ ਨਾ ਹੋਵੇ ਉਸੇ ਕੜੀ ਮੁਨਖ ਦਾ ਪੁੱਤਰ ਆ ਜਾਵੇਗਾ ਉਪਰੰਤ ਉਹ ਮਾਤਬਰ ਅਤੇ ਬੁੱਧਵਾਨ ਨੌਕਰ ਕੌਣ ਹੈ ਜਿਨ ਮਾਲਕ ਨੇ ਆਪਣੇ ਚੱਕਰ ਉਤੇ ਮੁਖਤਿਆਰ ਕੀਤਾ ਭਈ ਵਿਲੇਸਰ ਉਹਨਾਂ ਨੂੰ ਰਸਤ ਦੇਵੇ ਤਨ ਉਹ ਨੌਕਰ ਜਿਹਨੂੰ ਉਸਦਾ ਮਾਲਕ ਜਦ ਆਵੇ ਅਜਿਹਾ ਹੀ ਕਰਦਿਆ ਵੇਖੇ ਮੈਂ ਤੁਹਾਨੂੰ ਸੱਤ ਆਖਦਾ ਹਾਂ ਜੋ ਉਹ ਉਸ ਨੂੰ ਆਪਣੇ ਸਾਰੇ ਮਾਲ ਮਤਾ ਉਤੇ ਮੁਖਤਿਆਰ ਕਰ ਦੇਵੇਗਾ ਪਰ ਜੀ ਉਹ ਦੁਸ਼ਟ ਨੌਕਰ ਆਪਣੇ ਮਨ ਵਿੱਚ ਆਖੇ ਜੋ ਮੇਰਾ ਮਾਲਕ ਚਿਰ ਲਾਉਂਦਾ ਹੈ ਅਤੇ ਆਪਣੇ ਨਾਲ ਦੇ ਨੌਕਰਾਂ ਨੂੰ ਮਾਰਨ ਲੱਗੇ ਅਤੇ ਸ਼ਰਾਬੀ ਨਾਲ ਖਾਏ ਪੀਵੇ ਤਾਂ ਜਿਸ ਦਿਨ ਉਹ ਉਡੀਕ ਨਹੀਂ ਕਰਦਾ ਅਤੇ ਜਿਸ ਘੜੀ ਉਹ ਨਹੀਂ ਜਾਣਦਾ ਉਸ ਨੌਕਰ ਦਾ ਮਾਲਕ ਆ ਜਾਵੇਗਾ ਅਤੇ ਉਹਨੂੰ ਦੋ ਟੋਟੇ ਕਰ ਦੇਵੇਗਾ ਔਰ ਕਪੜੀਆਂ ਨਾਲ ਉਹਦਾ ਹਿੱਸਾ ਠਰਾਵੇਗਾ ਉੱਥੇ ਰੋਣਾ ਅਤੇ ਕਚਿਚੇ ਵਟਣਾ ਹੋਵੇਗਾ ਮੱਤੀ ਅਜਾਏ 25 ਉਸ ਵੇਲੇ ਸੁਰਗਦਰਜ ਦਸਾਂ ਕਾਰੀਆਂ ਵਰਗ ਹੋਵੇਗਾ ਜਿਹੜੀਆਂ ਆਪਣੇ ਮਸਾਲਾ ਲੈ ਕੇ ਲਾੜੇ ਨੂੰ ਮਿਲਣ ਨੂੰ ਨਿਕਲੀਆਂ ਔਰ ਉਹਨਾਂ ਵਿੱਚੋਂ ਪੰਜ ਤਾਂ ਮੂਰਖ ਅਤੇ ਪੰਜ ਚਤਰਸਨ ਕਿਉਂਕਿ ਜਿਹੜੀਆਂ ਮੂਰਖਣੀਆਂ ਸਨ ਉਹਨਾਂ ਨੇ ਆਪਣੀਆਂ ਮਸਾਲਾ ਤਾਂ ਲੈ ਲਈਆਂ ਪਰ ਤੇਲ ਆਪਣੇ ਨਾਲ ਨਾ ਲਿਆ ਪਰ ਚਾਤਰਾ ਨੇ ਆਪਣੇ ਭਾਂਡੇ ਵਿੱਚ ਤੇਲ ਆਪਣੀ ਮਸਾਲਾ ਨਾਲ ਲੈ ਲਿਆ ਅਤੇ ਜਦ ਲਾੜੇ ਨੇ ਚਿਰ ਲਾਇਆ ਉਹ ਸਭ ਉング ਪਈਆਂ ਅਤੇ ਸੌ ਗਈਆਂ ਅਰ ਅੱਧੀ ਰਾਤ ਨੂੰ ਤੁਮ ਪੈ ਗਈ ਉਹ ਲੜ ਆਇਆ ਉਹਦੇ ਮਿਲਣ ਨੂੰ ਨਿਕਲੋ ਤਦ ਉਹਨਾਂ ਸਭਨਾਂ ਕੋਹਾਰੀਆਂ ਨੇ ਉੱਠ ਕੇ ਆਪਣੀਆਂ ਮਸਾਲਾਂ ਤਿਆਰ ਕੀਤੀਆਂ ਅਤੇ ਮੂਰਖਾਂ ਨੇ ਚਤਰਾਂ ਨੂੰ ਕਿਹਾ ਕਿ ਆਪਣੇ ਤੇਲ ਬੱਚੋਂ ਕੁਝ ਸਾਨੂੰ ਦੇ ਦਿਓ ਕਿਉਂ ਜੋ ਸਾਡੀਆਂ ਮਸਾਲਾਂ ਬੁਝਦੀਆਂ ਜਾਂਦੀਆਂ ਹਨ ਪਰ ਚਤਰਾਂ ਨੇ ਉਤਰ ਦਿੱਤਾ ਨਾ ਕਿਤੇ ਸਾਡੇ ਅਤੇ ਤੁਹਾਡੇ ਦੀ ਥੋੜਾ ਨਾ ਜਾਏ ਪਰ ਤੁਸੀਂ ਵੇਚਣ ਵਾਲਿਆਂ ਦੇ ਕੋਲ ਜਾ ਕੇ ਆਪਣੇ ਲਈ ਮੁੱਲ ਲਓ ਅਤੇ ਜਦ ਉਹ ਮੁੱਲ ਲੈਣ ਗਈਆਂ ਲੜਾ ਆ ਪਹੁੰਚਿਆ ਅਤੇ ਜਿਹੜੀਆਂ ਤਿਆਰ ਸਨ ਉਹਦੇ ਨਾਲ ਵਿਆਹ ਵਿੱਚ ਜਾਵੜੀਆਂ ਅਤੇ ਬੂਹਾ ਮਾਰਿਆ ਗਿਆ। ਔਰ ਪਿੱਛੋਂ ਜਦ ਦੂਜੀਆਂ ਕੁੜੀਆਂ ਵੀ ਆਈਆਂ ਅਤੇ ਬੋਲੀਆਂ, "ਹੇ ਮਹਾਰਾਜ, ਹੇ ਮਹਾਰਾਜ ਸਾਡੇ ਲਈ ਖੋਲ ਦਿਓ।" ਪਰ ਉਹਨੇ ਉੱਤਰ ਦਿੱਤਾ, "ਮੈਂ ਤੁਹਾਨੂੰ ਸਤ ਅਖਦਾ ਹਾਂ, ਮੈਂ ਤੁਹਾਨੂੰ ਨਹੀਂ ਪਛਾਣਦਾ। ਇਸ ਕਰਕੇ ਜਾਗਦੇ ਰਹੋ ਕਿਉਂਕਿ ਤੁਸੀਂ ਨਾ ਉਸ ਦਿਨ ਨਾਸਕੜੀ ਨੂੰ ਜਾਣਦੇ ਹੋ।" ਇਹ ਗੱਲ ਤਾਂ ਉਸ ਮੁਨਖ ਵਰਗੀ ਹੈ ਜਿਨੇ ਪ੍ਰਦੇਸ਼ ਨੂੰ ਜਾਣ ਲੱਗਿਆਂ ਆਪਣੇ ਚੱਕ ਨੂੰ ਸੱਦ ਕੇ ਆਪਣਾ ਮਾਲ ਉਹਨਾਂ ਨੂੰ ਸੌਂਪਿਆ ਅਤੇ ਇੱਕ ਨੂੰ ਪੰਜ ਤੋੜੇ ਦੁਇਨ ਦੋ ਤੋੜੇ ਕਿ ਉਹਨੂੰ ਇੱਕ ਹਰੇਕ ਨੂੰ ਉਹਦੇ ਗੁਣ ਦੇ ਅਨੁਸਾਰ ਦਿੱਤਾ ਤਾਂ ਪ੍ਰਦੇਸ਼ ਨੂੰ ਚਲਿਆ ਗਿਆ ਜਿਨੇ ਪੰਜ ਤੋੜੇ ਲੈ ਸਨ ਉਹਨੇ ਛੱਟ ਜਾ ਕੇ ਉਹਨਾਂ ਨਾਲ ਵਣਜ ਵਪਾਰ ਕੀਤਾ ਅਤੇ ਹੋਰ ਪੰਜ ਤੋੜੇ ਕਮਾਏ ਇਸੇ ਤਰ੍ਹਾਂ ਜਿਨੇ ਦੋ ਲੈ ਸਨ ਉਹਨੇ ਵੀ ਹੋਰ ਦੋ ਖੱਟ ਲਏ ਪਰ ਜਿਨੇ ਇੱਕੋ ਲਿਆ ਸੀ ਉਹਨੇ ਜਾ ਕੇ ਤਰਤੀ ਪੁੱਟੀ ਅਤੇ ਆਪਣੇ ਮਾਲਕ ਦੇ ਰੁਪਈਆ ਨੂੰ ਲੁਕਾ ਦਿੱਤਾ ਬਹੁਤ ਚਿਰ ਪਿੱਛੋਂ ਉਹਨਾਂ ਚੱਕਰਾਂ ਦਾ ਮਾਲਕ ਆਇਆ ਅਤੇ ਉਹਨਾਂ ਤੋਂ ਲੇਖਾ ਲੈਣ ਲੱਗਾ ਸੋ ਜਿਹਨੇ ਪੰਜ ਤੋੜੇ ਲੈ ਸਨ ਉਹਨੇ ਕੋਲ ਆਣ ਕੇ ਹੋਰ ਪੰਜ ਤੋੜੇ ਉਹਦੇ ਅੱਗੇ ਰੱਖੇ ਅਤੇ ਕਿਹਾ ਸਵਾਮੀ ਜੀ ਤੁਸੀਂ ਮੈਨੂੰ ਤੁਸੀਂ ਮੈਨੂੰ ਪੰਜ ਤੋੜੇ ਸੌਂਪੇ ਸਨ ਵੇਖੋ ਮੈਂ ਪੰਜ ਤੋੜੇ ਹੋਰ ਵੀ ਖੱਟੇ ਉਹਦੇ ਮਾਲਕ ਨੇ ਉਸ ਨੂੰ ਕਿਹਾ ਹੇ ਚੰਗੇ ਅਤੇ ਮਾਧਵਰ ਚੱਕਰ ਸ਼ਾਬਾਸ਼ ਏ ਤੂੰ ਤਾਂ ਥੋੜੇ ਜਿ ਵਿੱਚ ਮਾਧਵਰ ਨਿਕਲਿਆ ਮੈਂ ਤੈਨੂੰ ਬਹੁਤ ਸਾਰੇ ਉੱਤੇ ਇਖਤਿਆਰ ਦੇਵਾਂਗਾ ਤੂੰ ਆਪਣੇ ਮਾਲਕ ਦੀ ਖੁਸ਼ੀ ਵਿੱਚ ਦਾਖਲ ਹੋ ਅਤੇ ਜੀਨੇ ਦੋ ਤੋੜੇ ਲੈ ਸੰ ਉਹ ਵੀ ਕੋਲ ਆਣ ਕੇ ਬੋਲਿਆ ਸਵਾਮੀ ਜੀ ਤੁਸੀਂ ਮੈਨੂੰ ਦੋ ਤੋੜੇ ਸਾਹਮਣੇ ਸੰ ਵੇਖੋ ਮੈਂ ਦੋ ਤੋੜੇ ਹੋਰ ਵੀ ਖੱਟੇ ਉਹਦੇ ਮਾਲਕ ਨੇ ਉਸ ਨੂੰ ਕਿਹਾ ਹੇ ਚੰਗੇ ਅਤੇ ਮਾਧਵਰ ਚੱਕਰ ਸ਼ਾਬਾਸ਼ ਏ ਤੂੰ ਥੋੜੇ ਜਿ ਵਿੱਚ ਮਾਧਵਰ ਨਿਕਲਿਆ ਮੈਂ ਤੈਨੂੰ ਬਹੁਤ ਸਾਰੇ ਇਖਤਿਆਰ ਦਿਆਂਗਾ ਤੂੰ ਆਪਣੇ ਮਾਲਕ ਦੀ ਖੁਸ਼ੀ ਵਿੱਚ ਦਾਖਲ ਹੋ ਫਿਰ ਜਿਹਨੇ ਇੱਕ ਤੋੜਾ ਲਿਆ ਸੀ ਉਹ ਵੀ ਕੋਲ ਆਣ ਕੇ ਬੋਲਿਆ ਸਵਾਮੀ ਜੀ ਮੈਂ ਤੁਹਾਨੂੰ ਜਾਣਿਆ ਜੋ ਤੁਸੀਂ ਕਰੜੇ ਆਦਮੀ ਹੋ ਕਿ ਜਿੱਥੇ ਤੁਸੀਂ ਨਹੀਂ ਬੀਜਿਆ ਉੱਥੋਂ ਵੜਦੇ ਹੋ ਔਰ ਜਿੱਥੇ ਨਹੀਂ ਕੰਡਾਇਆ ਉੱਥੋਂ ਇਕੱਠਾ ਕਰਦੇ ਹੋ ਸੋ ਮੈਂ ਡਰਿਆ ਅਤੇ ਜਾ ਕੇ ਤੁਹਾਡੇ ਤੋੜੇ ਨੂੰ ਧਰਤੀ ਵਿੱਚ ਲੁਕਾ ਦਿੱਤਾ ਇਹ ਆਪਣਾ ਲੈ ਲਓ ਉਸਦੇ ਮਾਲਕ ਨੇ ਉਸ ਨੂੰ ਉਤਰ ਦਿੱਤਾ ਉਹ ਇੱਕ ਦੁਸ਼ਟ ਅਤੇ ਆਲਸੀ ਚੱਕਰ ਕੀਤਾ ਜਾਣਿਆ ਭਈ ਜਿੱਥੇ ਮੈਂ ਨਹੀਂ ਵਿੱਜਾ ਉਥੋਂ ਵੜਦਾ ਹਾਂ ਔਰ ਜਿੱਥੇ ਮੈਂ ਨਹੀਂ ਖੰਡਾਇਆ ਉਥੋਂ ਇਕੱਠਾ ਕਰਦਾ ਹਾਂ ਇਸੇ ਲਈ ਤੈਨੂੰ ਚਾਹੀਦਾ ਸੀ ਜੋ ਮੇਰੇ ਰੁਪਏ ਸਰਾਫਾਂ ਨੂੰ ਦਿੰਦਾ ਤਾਂ ਮੈਂ ਆਣ ਕੇ ਆਪਣਾ ਮਾਲ ਬਿਆਸ ਸੁਧਾ ਲੈਂਦਾ ਸੋ ਉਹ ਥੋੜਾ ਉਸ ਕੋਲੋਂ ਲੈ ਲਓ ਅਤੇ ਜਿਹਦੇ ਕੋਲ ਦਸਤੂਰੇ ਹਨ ਉਹਨੂੰ ਦਿਓ ਕਿਉਂਕਿ ਜਿਸ ਕੋਲ ਕੁਝ ਹੈ ਉਹਨੂੰ ਦਿੱਤਾ ਜਾਵੇਗਾ ਅਤੇ ਉਹਦਾ ਵਾਅਦਾ ਹੋਵੇਗਾ ਪਰ ਜਿਹਦੇ ਕੋਲ ਨਹੀਂ ਹੈ ਉਸ ਕੋਲੋਂ ਜੋ ਉਧਾ ਹੈ ਸੋ ਵੀ ਫੇਰ ਲਿਆ ਜਾਵੇਗਾ ਇਸ ਨਿਕੰਮੇ ਚੱਕਰ ਨੂੰ ਬਾਹਰ ਦੇ ਅੰਧਕੋਰ ਵਿੱਚ ਕੱਢ ਦਿਓ ਉੱਥੇ ਰੋਣਾ ਅਤੇ ਕਚੀਚੇ ਵਟਣਾ ਹੋਵੇਗਾ ਜਦ ਮਨੁੱਖ ਦਾ ਪੁੱਤਰ ਆਪਣੇ ਤੇਜਦਾਲ ਸਾਰੇ ਦੂਤਾਂ ਸਣੇ ਆਵੇਗਾ ਤਦ ਉਹ ਆਪਣੇ ਤੇਜ ਦੇ ਸੰਗ ਅਸਰ ਉੱਤੇ ਬੈਠੇਗਾ ਔਰ ਸਭ ਕੌਮਾਂ ਉਹਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ ਔਰ ਜਿਸ ਤਰ੍ਹਾਂ ਆਯਾਲੀ ਪੇਡਾਂ ਨੂੰ ਬੱਕਰੀਆਂ ਵਿੱਚੋਂ ਵੱਖਰੇ ਕਰਦਾ ਹੈ ਉਸੇ ਤਰ੍ਹਾਂ ਉਹ ਉਹਨਾਂ ਨੂੰ ਇੱਕ ਦੂਏ ਤੋਂ ਵੱਖਰਾ ਕਰੇਗਾ ਅਤੇ ਉਹ ਪੇਡਾ ਨੂੰ ਆਪਣੇ ਸੱਜੇ ਪਾਸੇ ਔਰ ਬੱਕਰੀਆਂ ਨੂੰ ਖੱਬੇ ਪਾਸੇ ਖੜੀਆਂ ਕਰੇਗਾ। ਅਤੇ ਪਾਦਸ਼ਾ ਉਹਨਾਂ ਨੂੰ ਜਿਹੜੇ ਉਹਦੇ ਸੱਜੇ ਪਾਸੇ ਹੋਣ ਆਖੇਗਾ, "ਹੇ ਮੇਰੇ ਪਿਤਾ ਦੇ ਮੁਬਾਰਕ ਲੋਕੋ, ਆਓ ਜਿਹੜਾ ਰਾਜ ਸੰਸਾਰ ਦੇ ਮੁੱਢੋਂ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ, ਉਹਦੇ ਵਾਰਸ ਬਣੋ। ਕਿਉਂ ਜੋ ਮੈਂ ਭੁੱਖਾ ਸੀ, ਤੁਸੀਂ ਮੈਨੂੰ ਖਾਣੂ ਦਿੱਤਾ। ਮੈਂ ਤਿਆਹਾ ਸੀ, ਅਤੇ ਤੁਸੀਂ ਮੈਨੂੰ ਪੀਆ। ਮੈਂ ਪਰਦੇਸੀ ਸੀ, ਔਰ ਤੁਸੀਂ ਮੈਨੂੰ ਆਪਣੇ ਘਰ ਉਤਾਰਿਆ।" ਨਗਾਸਾ ਔਰ ਤੁਸਾ ਮੈਨੂੰ ਪਹਿਨਾਇਆ ਮੈਂ ਰੋਗੀ ਸਾਂ ਔਰ ਤੁਸਾ ਮੇਰੀ ਖਬਰ ਲਈ ਮੈਂ ਕੈਦ ਸਾਂ ਅਤੇ ਤੁਸੀਂ ਮੇਰੇ ਕੋਲ ਆਏ ਤਦ ਧਰਮੀ ਲੋਕ ਉਹਨੂੰ ਉੱਤਰ ਦੇਣਗੇ ਪ੍ਰਭੂ ਜੀ ਅਸਾਂ ਖਤ ਤੈਨੂੰ ਪੁਖਾ ਵੇਖਿਆ ਅਤੇ ਖੁਆਇਆ ਜਾਂ ਤਿਹਾਇਆ ਅਤੇ ਪਿਲਾਇਆ ਕਦ ਅਸਾਂ ਤੈਨੂੰ ਪਰਦੇਸੀ ਵੇਖਿਆ ਅਤੇ ਆਪਣੇ ਘਰ ਉਤਾਰਿਆ ਜਾਂ ਨੰਗਾ ਵੇਖਿਆ ਅਤੇ ਪਹਿਨਾਇਆ ਕਦ ਅਸਾਂ ਤੈਨੂੰ ਰੋਗੀ ਜਾਂ ਕੈਦੀ ਵੇਖਿਆ ਔਰ ਤੇਰੇ ਕੋਲ ਆਏ ਪਾਤਸ਼ਾਹ ਉਹਨਾਂ ਨੂੰ ਉੱਤਰ ਦੇਵੇਗਾ ਮੈਂ ਤੁਹਾਨੂੰ ਸੱਤ ਅਖਦਾ ਹਾਂ ਪਈ ਜਦ ਤੁਸੀਂ ਮੇਰੀ ਇਹਨਾਂ ਸਭ ਨਾਲ ਤੋਂ ਛੋਟੇ ਭਰਾਵਾਂ ਵਿੱਚੋਂ ਇੱਕ ਨਾਲ ਵੀ ਇਹ ਕੀਤਾ ਤਾਂ ਮੇਰੇ ਨਾਲ ਕੀਤਾ ਤਦ ਜਿਹੜੇ ਖੱਬੇ ਪਾਸੇ ਹੋਣ ਉਹਨਾਂ ਨੂੰ ਵੀ ਉਹ ਕਹੇਗਾ हे ਸਰਾਪੇ ਹੋਇਓ ਮੇਰੇ ਕੋਲੋਂ ਉਸ ਦੀਪਕ ਅੱਗੇ ਵਿੱਚ ਚਲੇ ਜਾਓ ਜਿਹੜੀ ਸ਼ੈਤਾਨ ਅਤੇ ਉਹਦੇ ਦੂਤਾਂ ਲਈ ਤਿਆਰ ਕੀਤੀ ਹੋਈ ਹੈ ਕਿਉਂ ਜੋ ਮੈਂ ਭੁੱਖਾ ਸਾਂ ਔਰ ਤੁਸੀਂ ਮੈਨੂੰ ਨਾ ਖਵਾਇਆ ਮੈਂ ਤਿਆਹਾ ਸਾਂ ਔਰ ਤੁਸੀਂ ਮੈਨੂੰ ਨਾ ਪਿਲਾਇਆ ਮੈਂ ਪਰਦੇਸੀ ਸਾਂ ਅਤੇ ਤੂੰ ਸਾਂ ਮੈਨੂੰ ਆਪਣੇ ਘਰ ਨਾਲ ਉਤਾਰਿਆ ਨੰਗਾ ਸਾਂ ਅਤੇ ਤੂੰ ਸਾਂ ਮੈਨੂੰ ਨਾ ਪਹਿਨਾਇਆ ਰੋਗੀ ਅਤੇ ਕੈਦੀ ਸਾਂ ਪਰ ਤੂੰ ਸਾਂ ਮੇਰੀ ਖਬਰ ਨਾ ਲਈ ਤਦ ਉਹ ਵੀ ਉਤਰ ਦੇਣਗੇ ਪ੍ਰਭੂ ਜੀ ਕਦ ਅਸਾਂ ਤੈਨੂੰ ਭੁੱਖਾ ਜਾਂ ਤਿਹਾਇਆ ਜਾਂ ਪਰਦੇਸੀ ਜਾਂ ਨੰਗਾ ਜਾਂ ਰੋਗੀ ਜਾਂ ਕੈਦੀ ਵੇਖਿਆ ਅਤੇ ਤੇਰੀ ਤਿਲ ਨਾ ਕੀਤੀ ਤਦ ਉਹ ਉਹਨਾਂ ਨੂੰ ਉਤਰ ਦੇਵੇਗਾ ਮੈਂ ਤੁਹਾਨੂੰ ਸੱਤ ਅਖਦਾ ਹਾਂ ਭਈ ਜਦ ਤੂੰ ਸਾਂ ਇਹਨਾਂ ਸਭ ਨਾਲ ਤੋਂ ਛੋਟੇ ਵਿੱਚੋਂ ਇੱਕ ਨਾਲ ਇਹ ਨਾ ਕੀਤਾ ਤਾਂ ਮੇਰੇ ਨਾਲ ਨਾ ਕੀਤਾ ਅਤੇ ਇਹ ਸਦੀਪਕ ਸਜ਼ਾ ਵਿੱਚ ਪਾਉਣਗੇ ਅਤੇ ਇਹ ਸਦੀਪਕ ਸਜ਼ਾ ਵਿੱਚ ਜਾਣਗੇ ਪਰ ਧਰਮੀ ਸਦੀਪਕ ਜੂਨ ਵਿੱਚ ਮਤੀ ਅਜਾਏ 26 ਐ ਹੋਇਆ ਕਿ ਜਾਂ ਯਿਸੂ ਇਹ ਸਾਰੀਆਂ ਗੱਲਾਂ ਕਰ ਹਟਿਆ ਤਾਂ ਆਪਣੇ ਚੇਲੇ ਨੂੰ ਆਖਿਆ ਤੁਸੀਂ ਜਾਣਦੇ ਹੋ ਜੋ ਦੋ ਦਿਨਾਂ ਦੇ ਪਿਛੋਂ ਪਸਾ ਦਾ ਤਿਉਹਾਰ ਹੋਵੇਗਾ ਅਤੇ ਮਨੁੱਖ ਦਾ ਪੁੱਤਰ ਸਲੀਬ 'ਤੇ ਜਾਣ ਲਈ ਫੜਵਾਇਆ ਜਾਵੇਗਾ ਤਦ ਪ੍ਰধান ਜਾਜਕ ਅਤੇ ਲੋਕਾਂ ਦੇ ਬਜ਼ੁਰਗ ਕਿਆਫਾ ਨਾਮੇ ਸਰਦਾਰ ਜਾਜਕ ਦੇ ਵੇੜੇ ਵਿੱਚ ਇਕੱਠੇ ਹੋਏ ਅਤੇ ਮਤਬਕਾਇਆ ਜੋ ਯਿਸੂ ਨੂੰ ਛਲ ਨਾਲ ਫੜ ਕੇ ਮਾਰਕੁੱਟਿਏ ਪਰ ਉਹਨਾਂ ਆਖਿਆ ਜੋ ਤਿਉਹਾਰ ਦੇ ਦਿਨ ਨਹੀਂ ਕਿਤੇ ਲੋਕਾਂ ਵਿੱਚ ਬਲਵਾਨਾ ਹੋ ਜਾਏ ਅਤੇ ਜਾਂ ਯਿਸੂ ਬੈਤਨੀਆਂ ਵਿੱਚ ਸ਼ਮੌਨ ਕੋੜੀ ਦੇ ਘਰ ਸੀ ਤਾਂ ਇੱਕ ਧੀ ਮਹਿੰਗ ਮੁੱਲਾ ਅਤਰ ਸ਼ਸ਼ੀ ਵਿੱਚ ਉਹਦੇ ਕੋਲ ਲਾਈ ਔਰ ਜਿਸ ਵੇਲੇ ਉਹ ਰੋਟੀ ਖਾਣੇ ਬੈਠਾ ਹੋਇਆ ਸੀ ਉਹਦੇ ਸਿਰ ਉੱਤੇ ਡੋਲ ਦਿੱਤਾ ਪਰ ਚੇਲੇ ਇਹ ਵੇਖ ਕੇ ਖਿਜ ਗਏ ਅਤੇ ਬੋਲੇ ਇਹ ਨੁਕਸਾਨ ਕਾਨੂੰ ਹੋਇਆ ਕਿਉਂਕਿ ਹੋ ਸਕਦਾ ਸੀ ਜੋ ਇਹ ਵੱਡੇ ਮੁੱਲ ਨੂੰ ਵਿਕਦਾ ਅਤੇ ਕੰਗਾਲਾਂ ਨੂੰ ਦਿੱਤਾ ਜਾਂਦਾ ਪਰ ਯਿਸੂ ਨੇ ਇਹ ਜਾਣ ਕੇ ਉਹਨਾਂ ਨੂੰ ਆਖਿਆ ਇਸ ਧੀਵੀ ਨੂੰ ਕਿਉਂ ਔਖਿਆ ਕਰਦੇ ਹੋ ਕਿਉਂਕਿ ਉਹਨੇ ਮੇਰੇ ਨਾਲ ਚੰਗਾ ਵਰਤਾਵਾ ਕੀਤਾ ਹੈ ਕੰਗਾਲਤਾ ਸਦਾ ਤੁਹਾਡੇ ਨਾਲ ਹਨ ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਹਾਂ ਇਹ ਅਤਰ ਜੋ ਉਸਨੇ ਮੇਰੀ ਦੇਹੀ ਉੱਤੇ ਪਾਇਆ ਹੈ ਸੋ ਮੇਰੇ ਕਫਨਾਉਣ ਦਫਨਾਉਣ ਲਈ ਕੀਤਾ ਹੈ ਮੈਂ ਤੁਹਾਨੂੰ ਸਤ ਅਕਦਾ ਹਾਂ ਜੋ ਸਾਰੇ ਸੰਸਾਰ ਵਿੱਚ ਜਿੱਥੇ ਕਿਤੇ ਇਸ ਖੁਸ਼ਖਬਰੀ ਦਾ ਪ੍ਰਚਾਰ ਹੋਵੇਗਾ ਉੱਥੇ ਇਹ ਵੀ ਜੋ ਉਹਨੇ ਕੀਤਾ ਹੈ ਉਹਦੀ ਯਾਦਗਾਰੀ ਲਈ ਕਿਹਾ ਜਾਵੇਗਾ ਤਦ ਉਹਨਾਂ 12 ਵਿੱਚੋਂ ਇੱਕ ਨੇ ਜਿਹਦਾ ਨਾਮ ਯੋਧਾ ਇਸਕ੍ਰੋਤੀ ਸੀ ਪ੍ਰਦਾਨ ਜਾਜਗਾਂ ਕੋਲ ਜਾ ਕੇ ਆਖਿਆ ਜੇ ਮੈਂ ਉਹਨੂੰ ਤੁਹਾਡੇ ਹੱਥ ਫੜਵਾ ਦਿਆਂ ਤਾਂ ਮੈਨੂੰ ਕੀ ਦਿਓਗੇ ਤਾਂ ਉਹਨਾਂ ਉਸਨੂੰ 30 ਰੁਪਏ ਤੋਲ ਦਿੱਤੇ ਅਤੇ ਉਹ ਉਸੇ ਵੇਲੇ ਉਹਦੇ ਪਰਵਾਉਣ ਦਾ ਦਾਅਵ ਲਬਦਾ ਸੀ ਪਤੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਚੇਲਿਆਂ ਨੇ ਯਿਸੂ ਕੋਲ ਆਣ ਕੇ ਆਖਿਆ ਤੂੰ ਕਿੱਥੇ ਚਾਹੁੰਦਾ ਹੈ ਜੋ ਅਸੀਂ ਤੇਰੇ ਖਾਣ ਲਈ ਪਸਾਹ ਤਿਆਰ ਕਰੀਏ ਤਾਂ ਉਹਨੇ ਕਿਹਾ ਸ਼ਹਿਰ ਵਿੱਚ ਫਲਾਣੇ ਕੋਲ ਜਾ ਕੇ ਉਹਨੂੰ ਕਹੋ ਪਏ ਗੁਰੂ ਆਖਦਾ ਹੈ ਮੇਰਾ ਵੇਲਾ ਜਿਹੜਾ ਆ ਗਿਆ ਹੈ ਮੈਂ ਆਪਣੇ ਚੇਲੇ ਨਾਲ ਤੇਰੇ ਘਰ ਪਸਾਹ ਦਾ ਤਿਉਹਾਰ ਕਰਾਂਗਾ ਚੇਲਿਆਂ ਨੇ ਜਿਸ ਤਰ੍ਹਾਂ ਯਿਸੂ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਕੀਤਾ ਅਤੇ ਪਸਾ ਤਿਆਰ ਕੀਤੀ ਜਾਂ ਸੰਝ ਹੋਈ ਤਾਂ ਉਹ 12 ਚੇਲਿਆਂ ਸਣੇ ਬੈਠਾ ਖਾਂਦਾ ਸੀ ਔਰ ਜਦ ਉਹ ਖਾਰੇ ਸਨ ਉਸਨੇ ਆਖਿਆ ਮੈਂ ਤੁਹਾਨੂੰ ਸਤ ਅਖਦਾ ਹਾਂ ਜੋ ਤੁਹਾਡੇ ਵਿੱਚੋਂ ਇੱਕ ਮੈਨੂੰ ਫੜਵਾਏਗਾ ਤਾਂ ਉਹ ਬਹੁਤ ਉਦਾਸ ਹੋਏ ਅਤੇ ਹਰੇਕ ਉਹਨੂੰ ਆਖਣ ਲੱਗਾ ਪ੍ਰਭੂ ਜੀ ਕਿਉਂ ਮੈਂ ਹਾਂ ਉਹਨੇ ਉੱਤਰ ਦਿੱਤਾ ਜਿਨੇ ਮੇਰੇ ਨਾਲ ਕਟੋਰੀ ਵਿੱਚ ਹੱਥ ਪਾਇਆ ਹੈ ਉਹ ਮੈਨੂੰ ਫੜਵਾਏਗਾ ਮਨੁੱਖ ਦਾ ਪੁੱਤਰ ਤਾਂ ਜਾਂਦਾ ਹੈ ਜਿਵੇਂ ਉਹਦੇ ਹੱਕ ਵਿੱਚ ਲਿਖਿਆ ਹੈ ਫੜਾਇ ਉਸ ਮਨੁੱਖ ਉਤੇ ਜਿਹਦੇ ਰਾਹੀਂ ਮਨੁੱਖ ਦਾ ਪੁੱਤਰ ਫੜਵਾਇਆ ਜਾਂਦਾ ਹੈ ਉਸ ਮਨੁੱਖ ਦੇ ਲਈ ਪਲਾ ਹੁੰਦਾ ਜੋ ਨਿਝ ਜਾਂਦਾ ਤਦ ਯਹੂਦਾ ਜਿਹਨੇ ਉਹਨੂੰ ਫੜਵਾਇਆ ਅੱਗੋਂ ਬੋਲਿਆ ਸਵਾਮੀ ਜੀ ਕਿਉ ਮੈਂ ਹਾਂ ਉਸ ਉਹਨੂੰ ਆਖਿਆ ਤੈਂ ਆਪ ਹੀ ਆਖ ਦਿੱਤਾ ਜਦੋਂ ਖਾਰੇ ਸਨ ਤਦ ਯਿਸੂ ਨੇ ਰੋਟੀ ਲਈ ਅਜੇ ਬਰਕਤ ਦੇ ਕੇ ਤੋੜੀ ਔਰ ਚੇਲਿਆਂ ਨੂੰ ਦੇ ਕੇ ਆਖਿਆ ਲਓ ਖਾਓ ਇਹ ਮੇਰਾ ਸਰੀਰ ਹੈ ਫਿਰ ਉਹਨੇ ਪਿਆਲਾ ਲੈ ਕੇ ਸ਼ੁਕਰ ਕੀਤਾ ਅਤੇ ਉਹਨਾਂ ਨੂੰ ਦੇ ਕੇ ਆਖਿਆ ਤੁਸੀਂ ਸਾਰੇ ਇਸ ਵਿੱਚ ਪਿਓ ਕਿਉਂ ਜੋ ਨਿਯਮ ਦਾ ਇਹ ਮੇਰਾ ਉਲਹੁ ਹੈ ਜਿਹੜਾ ਬਹੁਤਿਆਂ ਦੀ ਖਾਤਰ ਪਾਪਾਂ ਦੀ ਮਾਫੀ ਲਈ ਵਾਹਿਆ ਜਾਂਦਾ ਹੈ ਅਤੇ ਮੈਂ ਤੁਹਾਨੂੰ ਆਖਦਾ ਹਾਂ ਜੋ ਐਦੋਂ ਅੱਗੇ ਮੈਂ ਇਸ ਅੰਗੂਰ ਦੇ ਰਸ ਨੂੰ ਕਦੇ ਨਾ ਪੀਵਾਂਗਾ ਜਿਸ ਦਿਨ ਤੱਕ ਤੁਹਾਡੇ ਨਾਲ ਆਪਣੇ ਪਿਤਾ ਦੇ ਰਾਜ ਵਿੱਚ ਉਹ ਨਾ ਪੀਵਾਂ ਫਿਰ ਉਹ ਪਰਜਨਾ ਕੇ ਜ਼ਤੂਨ ਦੇ ਪਹਾੜ ਨੂੰ ਨਿਕਲ ਗਿਆ ਅਤੇ ਯਿਸੂ ਨੇ ਉਹਨਾਂ ਨੂੰ ਆਖਿਆ ਅੱਜ ਰਾਤ ਤੁਸੀਂ ਸਭੇ ਮੇਰੇ ਕਾਰਨ ਠੋਕਰ ਖਾਓਗੇ ਕਿਉਂਕਿ ਇਹ ਲਿਖਿਆ ਹੈ ਜੋ ਮੈਂ ਅਯਾਲੇ ਨੂੰ ਮਾਰਾਂਗਾ ਅਤੇ ਇੱਜੜਦੀਆਂ ਪੇਡਾਂ ਖਿਲਰ ਜਾਣਗੀਆਂ ਮੈਂ ਆਪਣੇ ਜੁੱਥਰੋਂ ਦੇ ਪਿੱਛੋਂ ਤੁਹਾਥੋਂ ਅੱਗੇ ਗਲੀਲ ਨੂੰ ਜਾਵਾਂਗਾ ਤਦ ਪਤਰਸ ਨੇ ਉਹਨੂੰ ਉੱਤਰ ਦਿੱਤਾ ਭਾਵੇਂ ਤੇਰੇ ਕਾਰਨ ਸਭੇ ਠੋਕਰ ਖਾਣ ਪਰ ਮੈਂ ਠੋਕਰ ਕਦੇ ਨਹੀਂ ਖਾਵਾਂਗਾ ਯਿਸੂ ਨੇ ਉਹਨੂੰ ਕਿਹਾ ਮੈਂ ਤੈਨੂੰ ਸਤਖਦਾ ਹਾਂ ਜੋ ਅੱਜ ਰਾਤ ਕੁੱਕੜ ਦੇ ਬਾਗ ਦੇਣ ਤੋਂ ਅੱਗੇ ਤਿੰਨ ਵਾਰੀ ਤੂੰ ਮੇਰੇ ਇਨਕਾਰ ਕਰੇਗਾ ਪਤਰਸ ਨੇ ਉਹਨੂੰ ਕਿਹਾ ਭਾਵੇਂ ਤੇਰੇ ਨਾਲ ਮੈਨੂੰ ਮਰਨਾ ਹੀ ਪਵੇ ਤਾਂ ਵੀ ਮੈਂ ਤੇਰਾ ਇਨਕਾਰ ਕਦੇ ਨਾ ਕਰਾਂਗਾ ਅਤੇ ਸਾਰੇ ਚੇਲੇ ਇਸ ਤਰ੍ਹਾਂ ਆਖਣ ਲੱਗੇ ਤਦ ਯਿਸੂ ਉਹਨਾਂ ਦੇ ਨਾਲ ਗਤਸਮਨੀ ਨਾਮੇ ਇਕੱਠਾ ਆਇਆ ਅਤੇ ਆਪਣੇ ਚੇਲੇ ਨੂੰ ਕਿਹਾ ਤੁਸੀਂ ਇੱਥੇ ਬੈਠੋ ਜਿੰਨਾ ਚਿਰ ਮੈਂ ਉੱਥੇ ਜਾ ਕੇ ਪ੍ਰਾਰਥਨਾ ਕਰਾਂ ਅਤੇ ਪਤਰਸ ਅਰ ਜ਼ਬਦੀ ਦੇ ਦੋਵੇਂ ਪੁੱਤਰਾਂ ਨੂੰ ਦਾਲ ਲੈ ਕੇ ਉਹ ਉਦਾਸ ਅਤੇ ਦਿਲਗੀਰ ਹੋਣ ਲੱਗਾ ਫਿਰ ਉਸਨੇ ਉਹਨਾਂ ਨੂੰ ਆਖਿਆ ਮੇਰਾ ਜੀ ਬਹੁਤ ਉਦਾਸ ਹੈ ਸਗੋਂ ਮਰਨ ਦਰਜਿਤ ਕਰ ਤੁਸੀਂ ਇੱਥੇ ਠਹਿਰੋ ਅਤੇ ਮੇਰੇ ਨਾਲ ਜਾਗਦੇ ਰਹੋ ਅਰ ਥੋੜਾ ਅੱਗੇ ਵਧ ਕੇ ਮੂੰਹ ਪਾਰ ਪੈ ਗਿਆ ਅਤੇ ਪ੍ਰਾਰਥਨਾ ਕਰਦਿਆਂ ਆਖਿਆ हे ਮੇਰੇ ਪਿਤਾ ਜੇ ਹੋ ਸਕੇ ਤਾਂ ਇਹ ਪਿਆਲਾ ਮੈਥੋਂ ਟਲ ਜਾਵੇ ਪਰ ਉਹ ਨਾ ਹੋਵੇ ਜੋ ਮੈਂ ਚਾਹੁੰਦਾ ਹਾਂ ਪਰ ਉਹ ਜੋ ਤੂੰ ਚਾਹੁੰਦਾ ਹੈ ਅਤੇ ਚੇਲਿਆਂ ਦੇ ਕੋਲ ਆਣ ਕੇ ਉਹਨਾਂ ਨੂੰ ਸੁੱਤੇ ਹੋਏ ਵੇਖਿਆ ਅਤੇ ਪਤਰਸ ਨੂੰ ਆਖਿਆ ਇਹ ਕੀ ਤਦਥ ਮੇਰੇ ਨਾਲ ਇੱਕ ਘੜੀ ਵੀ ਨਾ ਜਾਗ ਹੋਇਆ ਜਾਗੋ ਅਤੇ ਪ੍ਰਾਰਥਨਾ ਕਰੋ ਜੋ ਤੁਸੀਂ ਪ੍ਰਤਾਵੇ ਵਿੱਚ ਨਾ ਪਾਓ ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ ਫਿਰ ਉਹ ਦੁਈ ਵਾਰ ਅਤੇ ਇਹ ਕਹਿ ਕੇ ਉਹਨੇ ਪ੍ਰਾਰਥਨਾ ਕੀਤੀ ਜੇ ਇਹ ਮੇਰੇ ਪੀਣ ਬਿਨਾ ਨਹੀਂ ਡਰ ਸਕਦਾ ਤਾਂ ਤੇਰੀ ਮਰਜ਼ੀ ਹੋਵੇ ਅਤੇ ਉਸਨੇ ਆਣ ਕੇ ਉਹਨੂੰ ਫਿਰ ਸੁੱਤੇ ਹੋਏ ਵੇਖਿਆ ਕਿਉਂਕਿ ਉਹਨਾਂ ਦੀਆਂ ਅੱਖਾਂ ਨਿੰਦਰ ਨਾਲ ਭਾਰੀ ਹੋਈਆਂ ਸਨ ਅਤੇ ਉਹਨਾਂ ਨੂੰ ਫੇਰ ਛੱਡ ਕੇ ਗਿਆ ਅਤੇ ਉਹੋ ਗੱਲ ਕਹਿ ਕੇ ਤੀਜੀ ਵਾਰੀ ਪ੍ਰਾਰਥਨਾ ਕੀਤੀ ਫਿਰ ਜੀਲਿਆ ਕੋਲ ਆਨ ਕੇ ਉਹਨਾਂ ਨੂੰ ਆਖਿਆ ਹੁਣ ਤੁਸੀਂ ਸੁੱਤੇ ਰਹੋ ਅਤੇ ਵਿਸ਼ਰਾਮ ਕਰੋ ਵੇਖੋ ਕੜੀ ਆ ਗਈ ਹੈ ਅਤੇ ਮਨੁੱਖ ਦਾ ਪੁੱਤਰ ਪਾਪੀਆਂ ਦੇ ਹੱਥਾਂ ਵਿੱਚ ਫੜਵਾਇਆ ਜਾਂਦਾ ਹੈ ਉਠੋ ਚਲਿਏ ਵੇਖੋ ਮੇਰਾ ਫਰੋਨ ਵਾਲਾ ਨੇੜੇ ਆ ਗਿਆ ਹੈ ਉਹ ਵਜੇ ਬੋਲਦਾ ਸੀ ਕਿ ਵੇਖੋ ਯਹੂਦਾ ਜਿਹੜਾ ਉਹਨਾਂ 12 ਵਿੱਚੋਂ ਇੱਕ ਸੀ ਆ ਪਹੁੰਚਿਆ ਅਤੇ ਪ੍ਰধান ਜਾਜਕਾਂ ਅਤੇ ਲੋਕਾਂ ਦੇ ਬਜ਼ੁਰਗਾਂ ਦੀ ਵੱਲੋਂ ਇੱਕ ਵੱਡੀ ਢੀੜ ਤਲਵਾਰਾਂ ਅਤੇ ਡਾਂਗਾਂ ਫੜੀ ਉਹਦੇ ਨਾਲ ਸੀ ਅਤੇ ਉਹਦੇ ਪਰਵਾਨ ਵਾਲੇ ਨੇ ਉਹਨਾਂ ਨੂੰ ਇਹ ਕਹਿ ਕੇ ਪਤਾ ਦਿੱਤਾ ਸੀ ਪਈ ਜਿਹਨੂੰ ਮੈਂ ਚੁੰਮਾਂ ਉਹ ਹੈ ਉਸ ਨੂੰ ਫੜ ਲੈਣਾ ਅਰ ਛੱਟ ਯਿਸੂ ਕੋਲ ਆਣ ਕੇ ਉਹਨੂੰ ਆਖਿਆ ਸਵਾਮੀ ਜੀ ਆਦੇਸ਼ ਅਤੇ ਉਹਨੂੰ ਚੁੰਮਿਆ ਤਾਂ ਯਿਸੂ ਨੇ ਉਹਨੂੰ ਆਖਿਆ ਬੇਲੀਆ ਕਿਵੇਂ ਆਇਆ ਤਾਂ ਉਹਨਾਂ ਨੇ ਕੁਰਾਨ ਕੇ ਯਿਸੂ ਤੇ ਹੱਥ ਪਾਏ ਅਤੇ ਉਹਨੂੰ ਫੜ ਲਿਆ। ਔਰ ਵੇਖੋ ਯਿਸੂ ਦੇ ਨਾਲਦਿਆਂ ਵਿੱਚੋਂ ਇੱਕ ਨੇ ਹੱਥ ਉਹਦਾ ਕੇ ਆਪਣੀ ਤਲਵਾਰ ਤੋਲੀ ਅਤੇ ਸਰਦਾਰ ਜਾਜਕ ਦੇ ਨੌਕਰ ਨੂੰ ਮਾਰ ਕੇ ਉਹਦਾ ਕੰਨ ਉਡਾ ਦਿੱਤਾ। ਤਾਂ ਯਿਸੂ ਨੇ ਉਹਨੂੰ ਆਖਿਆ ਆਪਣੀ ਤਲਵਾਰ ਮਿਆਨ ਕਰ ਕਿਉਂਕਿ ਸਭ ਜੋ ਤਲਵਾਰ ਖਿੱਚਦੇ ਹਨ ਤਲਵਾਰ ਨਾਲ ਮਾਰੇ ਜਾਣਗੇ। ਕੀ ਤੂੰ ਸਮਝਦਾ ਹੈ ਜੇ ਮੈਂ ਆਪਣੇ ਪਿਤਾ ਕੋਲ ਬੇਨਤੀ ਨਹੀਂ ਕਰ ਸਕਦਾ? ਅਤੇ ਉਹ ਹੁਣੇ ਦੂਤਾਂ ਦੀਆਂ 12 ਫੌਜਾਂ ਤੋਂ ਵਧੇਕ ਮੇਰੇ ਕੋਲ حاضر ਨਾ ਕਰੇਗਾ ਫਿਰ ਉਸ ਵੇਲੇ ਯਿਸੂ ਨੇ ਉਸ ਭੀੜ ਨੂੰ ਆਖਿਆ ਤਲਵਾਰਾਂ ਅਤੇ ਡਾਂਗਾ ਫੜੀ ਕਿ ਤੁਸੀਂ ਮੈਨੂੰ ਡਾਕੂ ਵਾਂਗੂ ਫੜਨੋਂ ਨਿਕਲੇ ਹੋ ਮੈਂ ਰੋਜ਼ ਹیکل ਵਿੱਚ ਬੈਠ ਕੇ ਉਪਦੇਸ਼ ਦਿੰਦਾ ਸੀ ਅਤੇ ਤੁਸੀਂ ਮੈਨੂੰ ਨਾ ਫੜਿਆ ਪਰ ਇਹ ਸਭ ਕੁਝ ਇਸ ਲਈ ਹੋਇਆ ਜੋ ਨਬੀਆਂ ਦੀਆਂ ਲਿਖਤਾਂ ਪੂਰੀਆਂ ਹੋਣ ਤਦ ਸਾਰੇ ਚੇਲੇ ਉਹਨਾਂ ਛੱਡ ਕੇ ਭੱਜ ਗਏ ਜਿਨ੍ਹਾਂ ਨੇ ਯਿਸੂ ਨੂੰ ਫੜਿਆ ਸੀ ਸੋ ਸਰਦਾਰ ਜਾਜਕ ਕੈਫਾ ਦੇ ਕੋਲ ਜਿੱਥੇ ਗ੍ਰੰਥੀ ਔਰ ਬਜ਼ੁਰਗ ਇਕੱਠੇ ਹੋਏ ਸਨ ਉਹਨੂੰ ਲੈ ਗਏ ਅਤੇ ਪਤਰਸ ਕੁਝ ਬਿਥ ਨਾਲ ਉਹਦੇ ਪਿੱਛੇ ਬੱਛੇ ਸਰਦਾਰ ਜਾਜਕ ਦੇ ਵਿਰੁੱਧ ਚਲਿਆ ਗਿਆ ਅਤੇ ਅੰਦਰ ਜਾ ਕੇ ਸਿਪਾਈਆਂ ਨਾਲ ਬੈਠਾ ਪਈ ਉੜਕ ਨੂੰ ਵੇਖੇ ਪਰ ਜਾਜਕ ਔਰ ਸਾਰੀ ਮਹਾਂਸਭਾ ਯਿਸੂ ਦੇ ਵਿਰੁੱਧ ਉਹਦੇ ਜਾਨੋ ਮਾਰਨ ਲਈ ਝੂਠੀ ਗਵਾਹੀ ਢੁੰਡਦੀ ਸੀ ਪਰ ਨਾ ਲੱਭੀ ਭਾਵੇਂ ਝੂਠੇ ਗਵਾਹ ਬਹੁਤ ਆਏ ਔੜਕ ਨੂੰ ਦੋ ਜਣੇ ਅੱਗੇ ਆਣ ਕੇ ਬੋਲੇ ਇਹਨੇ ਆਖਿਆ ਹੈ ਮੈਂ ਪਰਮੇਸ਼ਰ ਦੀ ਹੈਕਲ ਨੂੰ ਟਾ ਕੇ ਤਿੰਨ ਦਿਨਾਂ ਵਿੱਚ ਉਹਨੂੰ ਬਣਾ ਸਕਦਾ ਹਾਂ ਅਤੇ ਸਰਦਾਰ ਜਾਜਕ ਨੇ ਖਲੋ ਕੇ ਉਹਨੂੰ ਆਖਿਆ ਕੀ ਤੂੰ ਜਵਾਬ ਨਹੀਂ ਦਿੰਦਾ ਇਹ ਤੇਰੇ ਵਿਰੁੱਧ ਕੀ ਕਹੀ ਜਾਂਦੇ ਹਨ ਪਰ ਯਿਸੂ ਚੁੱਪੀ ਰਿਹਾ ਅਤੇ ਸਰਦਾਰ ਜਾਜਕ ਨੇ ਉਹਨੂੰ ਆਖਿਆ ਮੈਂ ਤੈਨੂੰ ਜਿਉਂਦੇ ਪਰਮੇਸ਼ਰ ਦੀ ਸੌਂ ਦਿੰਦਾ ਹਾਂ ਭਈ ਜੇ ਤੂੰ ਮਸੀਹ ਪਰਮੇਸ਼ਰ ਦਾ ਪੁੱਤਰ ਹੈ ਤਾਂ ਸਾਨੂੰ ਦੱਸ ਯਿਸੂ ਨੇ ਉਹਨੂੰ ਕਿਹਾ ਤੇ ਸਤ ਆਖ ਦਿੱਤਾ ਹੈ ਪਰ ਮੈਂ ਤਉ ਨਾ ਆਖਦਾ ਹਾਂ ਜੋ ਐਦੋਂ ਅੱਗੇ ਤੁਸੀਂ ਮਨੁੱਖ ਦੇ ਪੁੱਤਰ ਨੂੰ ਕੁਦਰਤ ਦੇ ਸੱਜੇ ਹੱਥ ਵਿਰਾਜਮਾਨ ਹੋਇਆ ਅਤੇ ਆਕਾਸ਼ ਦੇ ਬੱਦਲਾਂ ਉੱਤੇ ਆਉਂਦਾ ਵੇਖੋਗੇ ਤਦ ਸਦਾ ਜਾਜਕ ਨੇ ਆਪਣੇ ਕੱਪੜੇ ਪਾੜ ਕੇ ਆਖਿਆ ਇਸ ਕੁਫਰ ਬਕਿਆ ਹੈ ਹੁਣ ਸਾਨੂੰ ਗਵਾਹ ਦੀ ਹੋਰ ਕੀ ਲੋੜ ਹੈ ਵੇਖੋ ਹੁਣ ਤੁਸੀਂ ਇਹ ਕੁਫਰ ਸੁਣਿਆ ਤੁਹਾਡੀ ਕੀ ਸਲਾਹ ਹੈ ਉਹਨਾਂ ਉੱਤਰ ਦਿੱਤਾ ਇਹ ਮਰ ਜਾਣ ਦੇ ਯੋਗ ਹੈ ਤਦ ਉਹਨਾਂ ਨੇ ਉਦੇ ਮੂੰਹ ਤੇ ਥੁੱਕਿਆ ਔਰ ਉਹਨੂੰ ਮੁੱਕੇ ਮਾਰੇ ਅਤੇ ਹੋਰ ਨਾਨੇ ਚਿਬੜਾ ਮਾਰ ਕੇ ਆਖਿਆ हे ਮਸੀ ਸਾਨੂੰ ਅਗੰਗ ਗਿਆਨ ਨਾ ਦੱਸ ਤੈਨੂੰ ਕਿਨੇ ਮਾਰਿਆ ਅਤੇ ਪਤਰਸ ਬਾਰ ਬੇੜੀ ਵਿੱਚ ਬੈਠਾ ਸੀ ਔਰ ਇੱਕ ਗੋਲੀ ਉਹਦੇ ਕੋਲ ਆਣ ਕੇ ਬੋਲੀ ਯਿਸੂ ਗਲੀਲੀ ਦੇ ਨਾਲ ਤੂੰ ਵੀ ਸ ਹੈ ਪਰ ਉਹਨੇ ਸਮਰਨ ਦੇ ਅੱਗੇ ਮੁਕਰ ਕੇ ਆਖਿਆ ਮੈਨਿ ਜਾਣਦਾ ਤੂੰ ਕੀ ਬੋਲਦੀ ਹੈ ਜਦੋਂ ਬਾਹਰ ਡੋੜੀ ਵਿੱਚ ਗਿਆ ਦੂਈ ਨੇ ਉਹਨੂੰ ਵੇਖ ਕੇ ਉਹਨਾਂ ਨੂੰ ਜਿਹੜੇ ਉੱਥੇ ਸਨ ਆਖਿਆ ਇਹ ਵੀ ਯਿਸੂ ਨਾਸੀਰ ਦੇ ਨਾਲ ਸੀ ਅਤੇ ਉਹ ਸੌਖਾ ਕੇ ਫੇਰ ਮੁੱਕਰ ਗਿਆ ਜੋ ਮੈਂ ਉਸ ਮਨੁੱਖ ਨੂੰ ਜਾਣਦਾ ਹੀ ਨਹੀਂ ਔਰ ਥੋੜੇ ਜਿ ਦੇ ਪਿਛੋਂ ਜਿਹੜੇ ਉੱਥੇ ਖੜੇ ਸਨ ਉਹਨਾਂ ਦੇ ਕੋਲ ਆਣ ਕੇ ਪਤਰਸ ਨੂੰ ਕਿਹਾ ਸੱਚੀ ਮੁੱਚੀ ਤੂੰ ਵੀ ਉਹਨਾਂ ਦੇ ਵਿੱਚੋਂ ਹੈ ਤੇਰੀ ਬੋਲੀ ਪਈ ਦੱਸਦੀ ਹੈ ਤਦੋਂ ਸ਼ਰਾਪ ਦੇਣ ਔਰ ਸੌਖਾਣ ਲੱਗਾ ਭਈ ਮੈਂ ਉਸ ਮਨੁੱਖ ਨੂੰ ਜਾਣਦਾ ਹੀ ਨਹੀਂ ਅਤੇ ਓਵੇਂ ਕੁੱਕੜ ਨੇ ਬਾਗ ਦਿੱਤੀ ਤਦੋਂ ਪਤ੍ਰਸ ਨੂੰ ਉਹ ਗੱਲ ਚੇਤੇ ਆਈ ਜਿਹੜੀ ਯਿਸੂ ਨੇ ਆਖੀ ਸੀ ਜੋ ਕੁੱਕੜ ਦੇ ਬਾਗ ਦੇਣ ਤੋਂ ਅੱਗੇ ਤਿੰਨ ਵਾਰੀ ਤੁਮਰੇ ਇਨਕਾਰ ਕਰੇਗਾ ਅਤੇ ਉਹ ਬਾਹਰ ਗਿਆ ਔਰ ਪੁੱਬਾ ਮਾਰ ਕੇ ਰੋਇਆ ਮੱਤੀ ਅਧਿਆਇ ਸਤਾਈ ਜਦ ਸਵੇਰ ਹੋਈ ਤਾਂ ਸਾਰੇ ਪ੍ਰਧਾਨ ਜਾਜਕਾਂ ਅਤੇ ਲੋਕਾਂ ਦੇ ਬਜ਼ੁਰਗਾਂ ਨੇ ਯਿਸੂ ਦੇ ਵਿਰੁੱਧ ਮਤਭਕਾਇਆ ਜੋ ਉਹਨੂੰ ਜਾਨੋਂ ਮਾਰ ਸੁੱਟਣ ਅਤੇ ਉਹ ਉਹਨੂੰ ਬੰਨ ਕੇ ਲੈ ਗਏ ਔਰ ਪਿਲਤਸ ਹਾਕਮ ਦੇ ਹਵਾਲੇ ਕੀਤਾ ਤਾਂ ਯਹੂਦਾ ਜਿੰਨ ਉਸ ਨੂੰ ਫੜਵਾਇਆ ਸੀ ਇਹ ਵੇਖ ਕੇ 230 ਜ਼ਿਆਦਾ ਹੁਕਮ ਹੋ ਗਿਆ ਹੈ ਪਛਤਾਇਆ ਅਤੇ 300 ਰੁਪਏ ਪ੍ਰਧਾਨ ਜਾਜਕਾਂ ਔਰ ਬਜ਼ੁਰਗਾਂ ਕੋਲ ਮੋੜ ਲਿਆ ਅਤੇ ਬੋਲਿਆ ਮੈਂ ਪਾਪ ਕੀਤਾ ਜੋ નિર્ਦੋਸ਼ ਜਿੰਨ ਨੂੰ ਫੜਵਾ ਦਿੱਤਾ ਉਹ ਬੋਲੇ ਸਾਨੂੰ ਕੀ ਤੂੰ ਹੀ ਜਾਣ ਅਤੇ ਉਹ ਉਹਨਾਂ ਰੁਪਈਆਂ ਨੂੰ ਹੇਕਲ ਵਿੱਚ ਸੁੱਟ ਕੇ ਚਲਾ ਗਿਆ ਔਰ ਜਾ ਕੇ ਆਪੇ ਫਹਾ ਲੈ ਲਿਆ ਅਤੇ ਪ੍ਰਧਾਨ ਜਾਜਕਾਂ ਨੇ ਰੁਪਏ ਲੈ ਕੇ ਆਖਿਆ ਜੋ ਇਹਨਾਂ ਨੂੰ ਖਜ਼ਾਨੇ ਵਿੱਚ ਪਾਉਣਾ ਯੋਗ ਨਹੀਂ ਕਿਉਂਕਿ ਲਹੂ ਦਾ ਮੁੱਲ ਹੈ ਤਾਂ ਉਹਨਾਂ ਨੇ ਮਤਾ ਕਰਕੇ ਉਹਨਾਂ ਨਾਲ ਇੱਕ কুমਿਆਰ ਦਾ ਖੇਤ ਪਰਦੇਸੀਆਂ ਦੇ ਦੱਬਣ ਲਈ ਮੁੱਲ ਲੈ ਲਿਆ ਇਸ ਕਾਰਨ ਉਹ ਖੇਤ ਅੱਜ ਤੱਕ ਲਹੂਦਾ ਖੇਤ ਕਹਾਉਂਦਾ ਹੈ ਤਦ ਜਿਹੜਾ ਬਚਨ ਯਰਮੀਆ نبی ਦੀ ਰਾਹੀਂ ਕਿਹਾ ਗਿਆ ਸੀ ਪੂਰਾ ਹੋਇਆ ਕਿ ਉਹਨਾਂ ਨੇ 30 ਰੁਪਏ ਲਏ ਅਰਥਾਤ ਉਸ ਦਾ ਮੁੱਲ ਜਿਹਦਾ ਇਸ్రਾਈਲ ਦੇ ਵੰਸ਼ ਦੇ ਵਿੱਚੋਂ ਕਿੰਨਾ ਨੇ ਮੁੱਲ ਠਰਾਇਆ ਅਤੇ ਉਹਨਾਂ ਨੂੰ কুমਿਆਰ ਦੇ ਖੇਤ ਦੇ ਬਦਲੇ ਦਿੱਤਾ ਜਿਵੇਂ ਪ੍ਰਭੂ ਨੇ ਮੈਨੂੰ ਆਗਿਆ ਦਿੱਤੀ యేసు ਹਾਕਮ ਦੇ ਸਾਹਮਣੇ ਖੜਾ ਸੀ ਔਰ ਹਾਕਮ ਨੇ ਉਸ ਤੋਂ ਪੁੱਛਿਆ ਪਲਾ ਯੂਦਿਆਂ ਦਾ ਪਾਤਸ਼ਾਹ ਤੂੰ ਹੈ ਇਹ ਸੁਣੇ ਉਹ ਵਾਕਿਆ ਤੂੰ ਸੱਚ ਆਖਿਆ ਹੈ ਜਦ ਪ੍ਰধান ਜਾਜਕ ਔਰ ਬਜ਼ੁਰਗ ਉਸ ਉੱਤੇ ਦੋਸ਼ ਲਾਉਂਦੇ ਸਨ ਉਹ ਕੁਝ ਜਵਾਬ ਨਹੀਂ ਦੇਂਦਾ ਤਦ ਪਲਾ ਤ ਉਸ ਨੇ ਉਹਨਾਂ ਕਿਹਾ ਤੂੰ ਸੁਣਦਾ ਨਹੀਂ ਜੋ ਤੇਰੇ ਵਿਰੁੱਧ ਕਿਨੀਆਂ ਉਹ ਗਈਆਂ ਜਾਂਦੇ ਹਨ ਪਰ ਉਸ ਉਹਨੂੰ ਇੱਕ ਗੱਲ ਦਾ ਵੀ ਜਵਾਬ ਨਾ ਦਿੱਤਾ ਇਥੋਂ ਤੇ ਇੱਕ ਜੋ ਹਾਕਮ ਨੇ ਬਹੁਤ ਅਚਰਜ ਮੰਨਿਆ ਅਤੇ ਹਾਕਮ ਦਾ ਇਹ ਦਸਤੂਰ ਸੀ ਜੋ ਉਸ ਤਿਹਾੜ ਨੂੰ ਲੋਕਾਂ ਦੀ ਖਾਤਰ ਇੱਕ ਕੈਦੀ ਜਿਹਨੂੰ ਚਾਹੁੰਦੇ ਸਨ ਛੜਦਾ ਹੁੰਦਾ ਸੀ ਔਰ ਉਸ ਵੇਲੇ ਉਹਨਾਂ ਦਾ ਬਰਬਾ ਕਰਕੇ ਇੱਕ ਨਾਮੀ ਕੈਦੀ ਸੀ ਸੁਝਾ ਉਹ ਇਕੱਠੇ ਹੋਏ ਤਾਂ ਪਿਲਤਸ ਨੇ ਉਹਨਾਂ ਨੂੰ ਆਖਿਆ ਤੁਸੀਂ ਕਿਹਨੂੰ ਚਾਹੁੰਦੇ ਹੋ ਜੋ ਮੈਂ ਤੁਹਾਡੀ ਖਾਤਰ ਛੱਡ ਦਿਆਂ ਬਰਬਾ ਨੂੰ ਜਾਂ ਯਿਸੂ ਨੂੰ ਜਿਹੜਾ ਮਸੀਹ ਹੋਂਦਾ ਹੈ ਕਿਉਂਕਿ ਉਹ ਜਾਣਦਾ ਸੀ ਜੋ ਉਹਨਾਂ ਉਸਨੂੰ ਖਾਰ ਦੇ ਮਾਰੇ ਹਵਾਲੇ ਕੀਤਾ ਸੀ ਜਦੋਂ ਅਦਾਲਤ ਦੀ ਗੱਦੀ ਉੱਤੇ ਬੈਠਾ ਹੋਇਆ ਸੀ ਉਹਦੀ ਪਤਨੀ ਨੇ ਉਹਨੂੰ ਅਖਵਾ ਭੇਜਿਆ ਜੋ ਤੂੰ ਇਸ ਧਰਮੀ ਨਾਲ ਕੁਝ ਵਾਸਤਾ ਨਾ ਰੱਖ ਕਿਉਂਕਿ ਜੁ ਮੈਂ ਅੱਜ ਸੁਪਨੇ ਵਿੱਚ ਉਹਦੇ ਕਾਰਨ ਵੱਡਾ ਦੁੱਖ ਦੇਖਿਆ ਪਰ ਪ੍ਰਧਾਨ ਜਾਜਕਾਂ ਅਤੇ ਬਜ਼ੁਰਗਾਂ ਨੇ ਲੋਕਾਂ ਨੂੰ ਉਬਾਰਿਆ ਤੂੰ ਬਰਬਾ ਨੂੰ ਮੰਗੋ ਅਤੇ ਯਿਸੂ ਦਾ ਨਾਸ ਕਰੋ ਫਿਰ ਹਾਕਮ ਨੇ ਉਹਨਾਂ ਨੂੰ ਅੱਗੋਂ ਆਖਿਆ ਤੁਸੀਂ ਦੋਹਾਂ ਵਿੱਚੋਂ ਕਿਹਨੂੰ ਚਾਹੁੰਦੇ ਹੋ ਜੋ ਮੈਂ ਤੁਹਾਡੀ ਖਤ ਛੱਡ ਦਿਆਂ ਉਹ ਬੋਲੇ ਬਰਬਾ ਨੂੰ ਪਹਿਲਾ ਤ ਤੁਸੀਂ ਉਹਨਾਂ ਨੂੰ ਕਿਹਾ ਪਰ ਯਿਸੂ ਜਿਹੜਾ ਮਸੀਹ ਹੁੰਦਾ ਹੈ ਮੈਂ ਕੀ ਕਰਾਂ ਉਹ ਸਭ ਬੋਲੇ ਸਲੀਬ ਦਿਓ ਪਰ ਉਸਨੇ ਆਖਿਆ ਉਹਨੇ ਕੀ ਬੁਰਾਈ ਕੀਤੀ ਹੈ ਪਰ ਉਹਨਾਂ ਨੇ ਹੋਰ ਵੀ ਡੰਡ ਪਾ ਕੇ ਆਖਿਆ ਇਹਨੂੰ ਸਲੀਬ ਦਿਓ ਜਦ ਪਲਾਤੂਸ ਨੇ ਵੇਖਿਆ ਜੋ ਕੁਝ ਨਹੀਂ ਬਣਦਾ ਸਗੋਂ ਹੋਰ ਵੀ ਰੌਲਾ ਪੈਦਾ ਜਾਂਦਾ ਹੈ ਤਦ ਉਹਨੇ ਪਾਣੀ ਲੈ ਕੇ ਲੋਕਾਂ ਦੇ ਸਾਹਮਣੇ ਆਪਣੇ ਹੱਥ ਧੋਤੇ ਅਤੇ ਕਿਹਾ ਮੈਂ ਇਸ ਦੇ ਲਹੂ ਤੋਂ નિર્ਦੋਸ਼ ਹਾਂ ਤੁਸੀਂ ਜਾਣੋ ਅਤੇ ਸਾਰੇ ਲੋਕਾਂ ਨੇ ਉਤਰ ਦਿੱਤਾ ਉਧਰ ਲਹੂ ਸਾਡੇ ਉੱਤੇ ਅਰ ਸਾਡੀ ਆਰਾਧਾ ਉੱਤੇ ਪਵੇ ਤਦ ਉਸਨੇ ਬਰਬਾ ਨੂੰ ਉਹਨਾਂ ਦੇ ਖਾਤਰ ਛੱਡ ਦਿੱਤਾ ਪਰ ਯਿਸੂ ਨੂੰ ਕੋੜੇ ਮਾਰ ਕੇ ਸਲੀਬ ਉੱਤੇ ਚੜ੍ਹਨ ਲਈ ਹਵਾਲੇ ਕੀਤਾ ਤਦ ਹਾਕਮ ਦੇ ਸਿਪਾਹੀਆਂ ਨੇ ਯਿਸੂ ਨੂੰ ਦੀਵਾਨਖਾਨੇ ਵਿੱਚ ਲਿਜਾ ਕੇ ਸਾਰਾ ਜੱਥਾ ਉਹਦੇ ਕੋਲ ਇਕੱਠਾ ਕੀਤਾ ਅਤੇ ਉਹਦੇ ਕੱਪੜੇ ਲਾ ਕੇ ਕਿਰਮਚੀ ਚੋਗਾ ਉਹਨੂੰ ਪੁਆਇਆ ਅਤੇ ਉਹਨਾਂ ਨੇ ਕੰਡਿਆਂ ਦਾ ਤਾਜ ਗੁੰਦ ਕੇ ਉਹਦੇ ਸਿਰ ਉੱਤੇ ਰੱਖਿਆ ਅਤੇ ਇੱਕ ਕਾਨਾ ਉਹਦੇ ਸੱਜੇ ਹੱਥ ਵਿੱਚ ਦਿੱਤਾ ਉਹਦੇ ਸਾਹਮਣੇ ਗੋਡੇ ਨਿਵਾਏ ਅਤੇ ਉਹਨੂੰ ਠੱਠਾ ਮਾਰ ਕੇ ਆਖਿਆ ਹੈ ਯਹੂਦੀਆਂ ਦੇ ਪਾਤਸ਼ਾਹ ਨਮਸਕਾਰ ਅਤੇ ਉਹਨਾਂ ਨੇ ਉਸ ਉੱਤੇ ਥੁੱਕਿਆ ਔਰ ਉਹ ਕਾਨਾ ਲੈ ਕੇ ਉਹਦੇ ਸਿਰ ਉੱਤੇ ਮਾਰਿਆ ਜਦ ਉਹ ਠੱਠਾ ਕਰ ਹਟੇ ਤਦ ਉਹਨਾਂ ਨੇ ਉਹ ਚੋਗਾ ਉਹਦੇ ਉੱਤੇ ਲਾ ਲਿਆ ਔਰ ਉਸਦੇ ਕੱਪੜੇ ਉਹਨੂੰ ਪੁਵਾਏ ਅਤੇ ਸਲੀਬ ਉੱਤੇ ਚੜਾਉਣ ਲਈ ਉਹਨੂੰ ਲੈ ਗਏ ਜਦੋਂ ਬਾਹਰ ਜਾਂਦੇ ਸਨ ਉਹਨਾਂ ਨੇ ਸ਼ਮਾਉ ਨਾਮੇ ਇੱਕ ਕੁਰੇਨੀ ਮੂਰਖ ਨੂੰ ਲੱਭਿਆ ਉਹਨੂੰ ਵਿਗਾਰੇ ਫੜਿਆ ਭਈ ਉਹਦੀ ਸਲੀਬ ਚੁੱਕ ਕੇ ਲੈ ਚਲੇ ਅਤੇ ਜਾਂ ਉਸ ਥਾਂ ਵਿੱਚ ਆਏ ਜਿਹਦਾ ਨਾਮ ਗਲਗੱਥਾ ਅਰਥਾਤ ਖੋਪਰੀ ਦੀ ਥਾਂ ਸੀ ਤਾਂ ਉਹਨਾਂ ਨੇ ਪਿਤ ਦੇ ਨਾਲ ਮਿਲਾਈ ਹੋਈ ਦਾਖਰਸ ਉਹਨੂੰ ਪੀਣ ਲਈ ਦਿੱਤੀ ਪਰ ਉਸ ਨੇ ਚੱਕ ਕੇ ਉਹਨੂੰ ਪੀਣਾ ਨਾ ਚਾਹਿਆ ਤਾਂ ਉਹਨਾਂ ਉਹਨੂੰ ਸਲੀਬ ਉੱਤੇ ਚੜਾਇਆ ਅਤੇ ਗੁਣੇ ਪਾ ਕੇ ਉਹਦੇ ਕੱਪੜੇ ਵੰਡ ਲਏ ਔਰ ਬੈਠ ਕੇ ਉੱਥੇ ਉਹਦੀ ਰਾਖੀ ਕਰਨ ਲੱਗੇ ਉਹਨਾਂ ਨੇ ਉਹਦੇ ਸਰੀਰ ਦੀ ਤਹਾ ਕਰਕੇ ਉਹਦੀ ਦੋਸ਼ ਪੱਤਰੀ ਲਾਈ ਇਹ ਯਿਸੂ ਯੂਦੀਆ ਦਾ ਪਾਤਸ਼ਾ ਉਸ ਵੇਲੇ ਉਹਦੇ ਨਾਲ ਦੋ ਡਾਕੂ ਸਲੀਬ ਉੱਤੇ ਚੜਾਏ ਗਏ ਇੱਕ ਸੱਜੇ ਅਤੇ ਇੱਕ ਖੱਬੇ ਪਾਸੇ ਤੇ ਆਉਣ ਜਾਣ ਵਾਲੇ ਉਹਨੂੰ ਤਾਣੇ ਮਾਰ ਕੇ ਤੇ ਸਿਰ ਹਿਲਾ ਕੇ ਕਹਿਣ ਲੱਗੇ ਤੂੰ ਜਿਹੜਾ ਹਾਈਕਲ ਨੂੰ ਢਾ ਕੇ ਤਿੰਨ ਦਿਨਾਂ ਵਿੱਚ ਬਣਾਉਂਦਾ ਸ ਹੈ ਆਪਣੇ ਆਪ ਨੂੰ ਬਚਾ ਲੈ ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਸਲੀਬ ਤੋਂ ਉੱਤਰ ਆ ਔਰ ਇਸੇ ਤਰ੍ਹਾਂ ਪ੍ਰਧਾਨ ਜਾਜਕਾਂ ਨੇ ਵੀ ਗਰੰਥੀਆਂ ਅਤੇ ਬਜ਼ੁਰਗਾਂ ਦੇ ਨਾਲ ਮਿਲ ਕੇ ਠੱਠਾ ਮਾਰਿਆ ਤੇ ਕਿਹਾ ਉਸਨੇ ਹੋਰਨਾਂ ਨੂੰ ਬਚਾਇਆ ਆਪਣੇ ਆਪ ਨੂੰ ਨਹੀਂ ਬਚਾ ਸਕਦਾ ਇਹ ਤਾਂ ਇਸਰਾਈਲ ਦਾ ਪਾਤਸ਼ਾਹ ਹੈ ਹੁਣ ਸਲੀਬੋਂ ਉਤਰਾਵੇ ਤਾਂ ਅਸੀਂ ਉਹਦੇ ਉੱਤੇ ਨਿਚਾ ਕਰਾਂਗੇ ਉਹਨੇ ਪਰਮੇਸ਼ਰ ਉੱਤੇ ਭਰੋਸਾ ਰੱਖਿਆ ਸੀ ਜੇ ਉਹ ਚਾਹੁੰਦਾ ਹੈ ਤਾਂ ਹੁਣ ਉਸ ਨੂੰ ਛੁਡਾਵੇ ਕਿਉਂਕਿ ਉਹਨੇ ਆਖਿਆ ਸੀ ਮੈਂ ਪਰਮੇਸ਼ਰ ਦਾ ਪੁੱਤਰ ਹਾਂ ਔਰ ਉਹ ڈاکੂ ਜਿਹੜੇ ਉਹਦੇ ਨਾਲ ਸਲੀਬ ਉੱਤੇ ਚੜਾਏ ਗਏ ਇਸੇ ਤਰ੍ਹਾਂ ਉਹਨੂੰ ਬੋਲੀਆਂ ਮਾਰਦੇ ਸਨ ਦੁਪਹਿਰ ਤੋਂ ਲੈ ਕੇ ਤੀਹ ਪੈਰ ਤੱਕ ਸਾਰੀ ਧਰਤੀ ਉੱਤੇ ਹਨੇਰਾ ਰਿਹਾ ਔਰ ਤੀਏ ਕੁ ਪੈਰ ਯਿਸੂ ਨੇ ਉੱਚੀ ਆਵਾਜ਼ ਨਾਲ ਪੁਕਾਰਿਆ ਕਿ ਐਲੀ ਐਲੀ ਲਮਸ ਬਕਤਾਨੀ ਜਿਸ ਦਾ ਅਰਥ ਹੈ ਹੇ ਮੇਰੇ ਪਰਮੇਸ਼ਰ ਹੇ ਮੇਰੇ ਪਰਮੇਸ਼ਰ ਤੈ ਮੈਨੂੰ ਕਿਉਂ ਛੱਡ ਦਿੱਤਾ ਅਤੇ ਕਿੰਨੇ ਉਹਨਾਂ ਵਿੱਚੋਂ ਜਿਹੜੇ ਉੱਥੇ ਖੜੇ ਸਨ ਸੁਣ ਕੇ ਬੋਲੇ ਇਹ ਏਲੀਆ ਨੂੰ ਆਵਾਜ਼ ਮਾਰਦਾ ਹੈ ਔਰ ਚਾਟੋਂਾਂ ਵਿੱਚੋਂ ਇੱਕ ਨੇ ਦੌੜ ਕੇ ਸੁਪੰਜ ਲਿਆ ਅਤੇ ਸਿਰਕੇ ਨਾਲ ਭੇਵੇਂ ਅਤੇ ਕਾਨੇ ਉੱਤੇ ਰੱਖ ਕੇ ਉਹਨੂੰ ਚੁਸਾਇਆ ਹੋਰ ਨਾਕਿਆ ਰਹਿਣ ਦੇ ਅਸੀਂ ਵੇਖੀਏ ਭਲਾ ਏਲੀਆ ਉਹਦੇ ਬਚਾਉਣ ਨੂੰ ਆਉਂਦਾ ਹੈ ਕਿ ਨਹੀਂ ਯਿਸੂ ਨੇ ਫਿਰ ਉੱਚੀ ਆਵਾਜ਼ ਨਾਲ ਪੁਕਾਰ ਕੇ ਜਾਂਦੇ ਦਿੱਤੀ ਔਰ ਵੇਖੋ ਹੇਕਲ ਦਾ ਪਰਦਾ ਉਪਰੋਂ ਲੈ ਕੇ ਹੇਠਾਂ ਤਾਈਂ ਪਾਟ ਕੇ ਦੂ ਹੋ ਗਿਆ ਅਤੇ ਧਰਤੀ ਕੰਬੀ ਅਤੇ ਪੱਥਰ ਟੜਕ ਗਏ ਅਤੇ ਕਬਰਾਂ ਖੁੱਲ ਗਈਆਂ ਔਰ ਸੁੱਤੇ ਹੋਏ ਸੰਤਾਂ ਦੀਆਂ ਬਥੇਰੀਆਂ ਲੋਥਾਂ ਉਠਾਈਆਂ ਗਈਆਂ ਉਹਦੇ ਜਿਉ ਉਠਣ ਦੇ ਪਿੱਛੋਂ ਉਹ ਕਬਰਾਂ ਵਿੱਚੋਂ ਨਿਕਲ ਕੇ ਪਵਿੱਤਰ ਸ਼ਹਿਰ ਦੇ ਅੰਦਰ ਚਲੇ ਗਏ ਤੇ ਬੋਧ ਨੂੰ ਖਾਈ ਦਿੱਤੇ ਸੂਬੇ ਦਾ ਔਰ ਜਿਹੜੇ ਉਹਦੇ ਨਾਲ ਯਿਸੂ ਦੀ ਰਾਖੀ ਕਰਦੇ ਸਨ ਪੁਚਾਲ ਅਤੇ ਸਾਰੀ ਵਾਰਤਾ ਵੇਖ ਕੇ ਬੋਧਰੇ ਅਤੇ ਬੋਲੇ ਇਹ ਸੱਚਮੁੱਚ ਪਰਮੇਸ਼ਰ ਦਾ ਪੁੱਤਰ ਸੀ ਉਥੇ ਬਹੁਤ ਈਵੀਆਂ ਦੂਰੋਂ ਵੇਖ ਰਹੀਆਂ ਸਨ ਜਿਹੜੀਆਂ ਯਿਸੂ ਦੇ ਨਾਲ ਗਲੀਲ ਤੋਂ ਉਹਦੀ ਟਹਿਲ ਸੇਵਾ ਕਰਦੀਆਂ ਆਈਆਂ ਸਨ ਉਹਨਾਂ ਵਿੱਚੋਂ ਮਰੀਮ ਮਗਦਲੀਨੀ ਅਤੇ ਯਾਕੂਬ ਔਰ ਯੋਸੇਫ ਦੀ ਮਾਤਾ ਮਰੀਮ ਅਤੇ ਜ਼ਬਦੀ ਦੇ ਪੁੱਤਰਾਂ ਦੀ ਮਾਤਾ ਸੀ ਜਦ ਸੰਝ ਹੋਈ ਤਾਂ ਯੂਸਫ ਨਾਮੇ ਔਰ ਮਿਥਿਆ ਨਾਂ ਦਾ ਇੱਕ ਤਨੀ ਮੁਨਕ ਆਇਆ ਜਿਹੜਾ ਆਪ ਵੀ ਯਿਸੂ ਦਾ ਚੇਲਾ ਸੀ ਉਹਨੇ ਪਿਲਤਸ ਕੋਲ ਜਾ ਕੇ ਯਿਸੂ ਦੀ ਲੋਥ ਮੰਗੀ ਤਦ ਪਿਲਤਸ ਨੇ ਲੋਥ ਦੇਣ ਦਾ ਹੁਕਮ ਦਿੱਤਾ ਅਤੇ ਯੂਸਫ ਨੇ ਲੋਥ ਨੂੰ ਲੈ ਕੇ ਸਾਫ ਮਹੀਨ ਕੱਪੜੇ ਵਿੱਚ ਬੁਲੇਟਿਆ ਔਰ ਆਪਣੀ ਨਵੀਂ ਕਬਰ ਉਹਦੇ ਅੰਦਰ ਰੱਖਿਆ ਜਿਹੜੀ ਉਹਨੇ ਪੱਥਰ ਵਿੱਚ ਖਦਾਈ ਸੀ ਅਤੇ ਭਾਰਾ ਪੱਥਰ ਕਬਰ ਦੇ ਮੂੰਹ ਉਤੇ ਰੇੜ ਕੇ ਚਲਾ ਗਿਆ ਅਤੇ ਮਰੀਮ ਮਗਦਲਿਨੀ ਅਤੇ ਦੂਜੀ ਮਰੀਮ ਉਥੇ ਕਬਰ ਦੇ ਸਾਹਮਣੇ ਬੈਠੀਆਂ ਸਨ ਅਗਲੇ ਪਲਕ ਜਿਹੜਾ ਤਰੀ ਦੇ ਦਿਨ ਤੋਂ ਪਿਛੋਂ ਸੀ ਪ੍ਰধান ਜਾਜਕ ਅਤੇ ਫਰਿਸੀ ਇਕੱਠੇ ਹੋ ਕੇ ਪਹਿਲਾ ਤੁਸ ਦੇ ਕੋਲ ਆਏ ਔਰ ਬੋਲੇ ਮਹਾਰਾਜ ਸਾਨੂੰ ਯਾਦ ਹੈ ਕਿ ਉਹ ਛਲਿਆ ਆਪਣੇ ਜੌਂਦੇ ਜੀ ਕਹਿ ਗਿਆ ਸੀ ਜੋ ਮੈਂ ਤਿੰਨ ਦਿਨਾਂ ਪੁੱਛੋ ਜੀ ਉਠਾਂਗਾ ਇਸ ਲਈ ਹੁਕਮ ਕਰੋ ਜੋ ਤੀਏ ਦਿਨ ਤੱਕ ਕਬਰ ਦੀ ਰਾਖੀ ਕੀਤੀ ਜਾਏ ਕਿਤੇ ਉਹਦੇ ਚੇਲੇ ਆਣ ਕੇ ਉਹਨੂੰ ਚੁਰਾਣਾ ਲੈ ਜਾਣ ਅਤੇ ਲੋਕਾਂ ਨੂੰ ਨਾਖਣ ਭਈ ਉਹ ਮੁਰਦੇ ਵਿੱਚੋਂ ਜੀ ਉੱਠਿਆ ਹੈ ਸੋ ਪਿਛਲੀ ਪੁੱਲ ਪਹਿਲੇ ਨਾਲੋਂ ਬੁਰੀ ਹੋਊਗੀ ਪਹਿਲਾ ਤੂੰ ਉਸਨੇ ਉਹਨਾਂ ਨੂੰ ਆਖਿਆ ਪਹਿਰਾ ਤੁਹਾਡੇ ਕੋਲ ਹੈ ਜਾਓ ਜਿਸ ਤਰ੍ਹਾਂ ਸਮਝੋ ਉਹਦੀ ਰਾਖੀ ਕਰੋ ਸੋ ਉਹ ਗਏ ਔਰ ਪਹਿਲੇ ਵਾਲਿਆਂ ਨਾਲ ਪੱਥਰੋ ਤੇ ਮੋਹਰ ਲਾ ਕੇ ਉਹਨਾਂ ਨੇ ਕਬਰ ਦੀ ਰਾਖੀ ਕਰਵਾਈ ਮੱਤੀ ਅਧਿਆਇ 28 ਜਾਂ ਸਬਦ ਦਾ ਦਿਨ ਬੀਤ ਗਿਆ ਤਾਂ ਹਫਤੇ ਦੇ ਪਹਿਲੇ ਦਿਨ ਪਰ ਪਰਤਨ ਦੇ ਵੇਲੇ ਮਰੀਮ ਮਗਦਲਿਨੀ ਅਤੇ ਦੂਈ ਮਰੀਮ ਕਬਰ ਨੂੰ ਵੇਖਣ ਆਈਆਂ। ਔਰ ਵੇਖੋ ਇੱਕ ਵੱਡਾ ਪੁਚਾਲ ਆਇਆ। ਇਸ ਲਈ ਜੋ ਪ੍ਰਭੂ ਦਾ ਦੂਤ ਆਕਾਸ਼ੋਂ ਉਤਰਿਆ ਔਰ ਨੇੜੇ ਆਣ ਕੇ ਉਸ ਪੱਥਰ ਨੂੰ ਰੇੜ ਕੇ ਲੰਬੇ ਕਰ ਦਿੱਤਾ ਔਰ ਉਸ ਉੱਤੇ ਬਹਿ ਗਿਆ। ਉਹਦਾ ਰੂਪ ਬਿਜਲੀ ਵਰਗਾ ਔਰ ਉਹਦਾ ਬਸਤਰ ਬਰਫ਼ ਜਿਹਾ ਚਿੱਟਾ ਸੀ। ਅਤੇ ਉਹਦੇ ਪੈਜੇ ਮਾਰੇ ਸਾਰੇ ਰਾਖੇ ਕੰਬੁੱਠੇ ਅਤੇ ਮੁਰਦੇ ਵਾਂਗੂ ਹੋ ਗਏ। ਪਰ ਦੂਤ ਨੇ ਅੱਗੋਂ ਤੀਵਿਆਂ ਨੂੰ ਕਿਹਾ ਤੁਸੀਂ ਨਾ ਡਰੋ ਕਿਉਂਕਿ ਮੈਂ ਜਾਣਦਾ ਹਾਂ ਜੋ ਤੁਸੀਂ ਯਿਸੂ ਨੂੰ ਜਿਹੜਾ ਸਲੀਬ ਉੱਤੇ ਚੜਾਇਆ ਗਿਆ ਸੀ ਭਾਲਦਿਆਂ ਹੋ ਉਹ ਇੱਥੇ ਹੈ ਨਹੀਂ ਕਿਉਂਕਿ ਜਿਵੇਂ ਉਸਨੇ ਕਿਹਾ ਸੀ ਉਹ ਜੀ ਉੱਠਿਆ ਹੈ ਆਓ ਇਹ ਥਾਂ ਵੇਖੋ ਜਿੱਥੇ ਪ੍ਰਭੂ ਪਿਆ ਹੋਇਆ ਸੀ ਅੱਛੇ ਤੀ ਜਾ ਕੇ ਉਹਦੇ ਚੇਲਿਆਂ ਨੂੰ ਆਖੋ ਭਈ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਅਤੇ ਵੇਖੋ ਉਹ ਤਵਾਥੂ ਅੱਗੇ ਗਲੀਲ ਨੂੰ ਜਾਂਦਾ ਹੈ ਉਹਨੂੰ ਤੁਸੀਂ ਉੱਥੇ ਵੇਖੋਗੇ ਲਓ ਮੈਂ ਤੁਹਾਨੂੰ ਦੱਸ ਦਿੱਤਾ ਅਤੇ ਉਹ ਹੈ ਅਤੇ ਬੜੀ ਖੁਸ਼ੀ ਨਾਲ ਕਬਰ ਕੋਲੋਂ ਛੇਤੀ ਚੱਲ ਕੇ ਉਹਦੇ ਚੇਲਿਆਂ ਨੂੰ ਖਬਰ ਦੇਣ ਲਈ ਦੌੜੀਆਂ ਗਈਆਂ ਅਤੇ ਵੇਖੋ ਯਿਸੂ ਉਹਨਾਂ ਨੂੰ ਮਿਲਿਆ ਔਰ ਬੋਲਿਆ ਸੁਖੀ ਰਹੋ ਅਤੇ ਉਹਨਾਂ ਨੇ ਕੋਲ ਆਣ ਕੇ ਉਹਦੇ ਚਰਨ ਫੜੇ ਅਤੇ ਉਸ ਨੂੰ ਮੱਥਾ ਟੇਕਿਆ ਤਾਂ ਯਿਸੂ ਨੇ ਉਹਨਾਂ ਨੂੰ ਆਖਿਆ ਡਰੋ ਨਾ ਜਾਓ ਮੇਰੇ ਭਾਈਆਂ ਨੂੰ ਆਖੋ ਜੋ ਗਲੀਲ ਨੂੰ ਜਾਣ ਅਤੇ ਉਹ ਉੱਥੇ ਮੈਨੂੰ ਵੇਖਣਗੇ ਜਿਸ ਵੇਲੇ ਉਹ ਚਲੀਆਂ ਜਾਂਦੀਆਂ ਸਨ ਤਾਂ ਵੇਖੋ ਬਾਰੇ ਵਾਲੇ ਵਿੱਚੋਂ ਕਿੰਨਾਂ ਨੇ ਸ਼ਹਿਰ ਜਾ ਕੇ ਸਾਰੀ ਵਾਰਤਾ ਪ੍ਰਧਾਨ ਜੱਜ ਕ ਨੂੰ ਦੱਸ ਦਿੱਤੀ। ਅਤੇ ਉਹ ਬਜ਼ੁਰਗਾਂ ਦੇ ਨਾਲ ਇਕੱਠੇ ਹੋਏ ਔਰ ਮਤਾ ਪਕਾ ਕੇ ਸਪਈਆਂ ਨੂੰ ਬਹੁਤ ਰੁਪਏ ਦਿੱਤੇ ਅਤੇ ਬੋਲੇ ਤੁਸੀਂ ਇਹ ਕਹਿਣਾ ਕਿ ਜਦ ਅਸੀਂ ਸੁੱਤੇ ਹੋਏ ਸਾਂ ਉਹਦੇ ਚੇਲੇ ਰਾਤ ਨੂੰ ਆ ਕੇ ਉਹਨੂੰ ਚੋਰਾ ਕੇ ਲੈ ਗਏ। ਅਤੇ ਜੇ ਇਹ ਗੱਲ ਹਾਕਮ ਦੇ ਕੰਨ ਤੱਕ ਪਹੁੰਚੇ ਤਾਂ ਅਸੀਂ ਉਹਨੂੰ ਮਨਾ ਕੇ ਤੁਹਾਨੂੰ ਨਿਚਿੰਤ ਕਰ ਦਿਆਂਗੇ। ਸੋ ਉਹਦਾਂ ਨੇ ਰੁਪਏ ਲੈ ਕੇ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਸਿਖਲਾਈ ਗਏ ਸਨ ਅਤੇ ਇਹ ਗੱਲ ਅੱਜ ਤੱਕ 유ਧੀਆਂ ਵਿੱਚ ਉਜਾਗਰ ਹੈ ਫਿਰ ਉਹ 11 ਚੇਲੇ ਗਲੀਲ ਵਿੱਚ ਉਸ ਪਹਾੜ ਉਤੇ ਗਏ ਜਿੱਥੇ ਯਿਸੂ ਉਹਨਾਂ ਨਾਲ ਠਹਿਰਾਇਆ ਹੋਇਆ ਸੀ ਅਤੇ ਉਹਨਾਂ ਨੇ ਉਸ ਨੂੰ ਵੇਖ ਕੇ ਮੱਥਾ ਟੇਕਿਆ ਪਰ ਕਈਆਂ ਨੇ ਭਰਮ ਕੀਤਾ ਅਤੇ ਯਿਸੂ ਨੇ ਕੋਲ ਆਣ ਕੇ ਉਹਨਾਂ ਨਾਲ ਗੱਲਾਂ ਕੀਤੀਆਂ ਅਤੇ ਆਖਿਆ ਆਕਾਸ਼ ਅਤੇ ਧਰਤੀ ਦਾ ਸਾਰਾ اختیار ਮੈਨੂੰ ਦਿੱਤਾ ਗਿਆ ਹੈ ਇਸ ਲਈ ਤੁਸੀਂ ਜਾ ਕੇ ਕੋਮਨ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ ਅਤੇ ਉਹਨਾਂ ਨੂੰ ਸਿਖਾਓ ਭਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਮੈਂ ਯੁੱਗ ਦੇ ਅੰਤ ਤੱਕ ਹਰ ਵੇਲੇ ਤੁਹਾਡੇ ਨਾਲ ਹਾਂ